So ਆਦਲਾ ਰਿਹਾ ਪੂਰਾ। ਸੱਚੀ ਗੱਲ ਦੱਸਾਂ, ਸੱਚੀ ਦੱਸਾਂ, ਉਹ ਨੌਜਵਾਨ ਨੇ ਪਹਿਲਾਂ ਹੀ ਗੱਲ ਕੀਤੀ ਸੀ ਬੜੀ ਛੋਟੀ ਜਿਹੀ, ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲਹਿੰਦੇ ਪੰਜਾਬ ਦੇ, ਪਹਿਲਾਂ ਪੰਜਾਬ ਸਾਂਝਾ ਹੁੰਦਾ ਸੀ ਤਾਂ ਚੜ੍ਹਦਾ ਲਹਿੰਦਾ ਨਹੀਂ ਸੀ ਹੁੰਦਾ। ਦੂਜੀ ਗੱਲ ਇਹ ਹੈ ਬਈ ਫਿਲਮ 'ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ, ਇਹ ਸਾਰੀ ਟੀਮ ਮੈਂ ਕਹਿ ਕੇ ਬੁਲਾਈ ਹੈ, ਕਿਉਂਕਿ ਆਮ ਤੌਰ 'ਤੇ ਜਦੋਂ ਕਾਨਫਰੰਸ ਹੁੰਦੀ ਹੈ ਤਾਂ ਹੀਰੋ ਆਪਣੀਆਂ ਗੱਪਾਂ ਮਾਰ ਕੇ ਚਲੇ ਜਾਂਦਾ ਕਿ ਜਿਵੇਂ ਸਾਰੀ ਫਿਲਮ ਉਹਨੇ ਮੋਢੇ 'ਤੇ ਚੱਕੀ, ਇੱਦਾਂ ਦਾ ਨਹੀਂ ਹੁੰਦਾ। ਹਰ ਕਿਰਦਾਰ ਜ਼ਰੂਰੀ ਹੈ ਔਰ ਫਿਲਮ 'ਚ ਤਿੰਨ ਪੱਖ ਹੁੰਦੇ ਆ। ਪਹਿਲਾ ਪੱਖ ਹੁੰਦਾ ਕਹਾਣੀ, ਡਾਇਰੈਕਟਰ, ਉਹਨਾਂ ਦਾ ਡਿਪਾਰਟਮੈਂਟ। ਦੂਜਾ ਪੱਖ ਹੁੰਦਾ ਸੰਗੀਤ ਅਤੇ ਉਹਦੇ 'ਚ ਜਿਹੜੇ ਗੀਤ ਹੈ ਜਾਂ ਜਿਹੜੇ ਉਹਨਾਂ ਦੇ ਅਲਫਾਜ਼ ਹੈ। ਤੀਜਾ ਪ੍ਰੋਡਕਸ਼ਨ ਹਾਊਸ, ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਆ। ਹੀਰੋ ਫਰੰਟ ਫੇਸ ਹੁੰਦਾ, ਜੇ ਹੀਰੋ ਨਾਲੇ ਫਿਲਮਾਂ ਹਿੱਟ ਹੁੰਦੀਆਂ ਫਿਰ ਕੋਈ ਵੀ ਫਿਲਮ ਫੇਲ ਨਾ ਹੋਵੇ, ਕਹਾਣੀ ਹੀਰੋ ਹੁੰਦੀ ਹੈ। ਇਸੇ ਕਰਕੇ ਸਾਰੇ ਪਾਤਰਾਂ 'ਚ ਬੁਲਾਏ, ਇਹ ਸਾਰੇ ਵੱਡੇ ਪਾਤਰ ਹੈ, ਇੱਕ ਜ਼ੋਰਦਾਰ ਤਾੜੀ ਇਹਨਾਂ ਦੀ ਪਾ ਲਓ। ਥੈਂਕ ਯੂ ਸਰ। ਕੁਸ਼ਚਨ ਇੱਦਾਂ, ਸਤਿ ਸ਼੍ਰੀ ਅਕਾਲ ਸਰ ਜੀ, ਪਹਿਲਾਂ ਤਾਂ ਬਹੁਤ ਬਹੁਤ, ਮੇਰੀ ਕੁਸ਼ਚਨ ਸਾਰੀ ਟੀਮ ਨੂੰ ਹੈ ਕਿ ਪਹਿਲੀ ਪੰਜਾਬੀ ਫਿਲਮ ਹੈ ਜਿਹਦਾ ਥੀਮ ਸੌਂਗ ਪੰਜਾਬੀ ਫਿਲਮ ਹੈ, ਜਿਹਦਾ 4 ਦਿਨ ਲਗਾਤਾਰ ਟ੍ਰੈਂਡਿੰਗ 'ਤੇ ਚੱਲੇ, ਇਸ ਦੇ ਬਾਰੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ, ਪਲੀਜ਼ ਸਾਨੂੰ ਜ਼ਰੂਰ ਸਾਂਝੇ ਕਰਿਓ। ਦੇਖੋ, ਇਹਦਾ ਸਿਹਰਾ ਇਸ ਪ੍ਰੋਡਕਸ਼ਨ ਹਾਊਸ ਨੂੰ ਜਾਂਦਾ, ਇਹਨਾਂ ਨੇ ਜਿਹੜੀ ਚੋਣ ਕਰੀ ਉਹ ਬਹੁਤ ਅੱਛੀ ਕਰੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਆਮ ਤੌਰ 'ਤੇ ਜਿਹੜੀਆਂ ਫਿਲਮਾਂ ਇਹਨਾਂ ਦਾ ਬੈਕਗਰਾਊਂਡ ਮਿਊਜ਼ਿਕ ਜ਼ਿਆਦਾ ਬੰਬੇ ਬੇਸਡ ਲੋਕ ਕਰਦੇ ਸੀ ਪਹਿਲਾਂ, ਸਾਡੇ ਨੌਜਵਾਨ ਟੈਕਨੀਸ਼ੀਅਨ ਘੱਟ ਸੀ, ਪਰ ਹੁਣ ਨੌਜਵਾਨ ਸਾਡੇ ਟੈਕਨੀਸ਼ੀਅਨ ਅੱਛੇ ਹੋਣ ਲੱਗ ਗਏ ਔਰ ਇਹ ਇਸ ਫਿਲਮ 'ਚ ਉਦਾਹਰਨ ਹੈ। ਸੋ ਬਹੁਤ ਅੱਛਾ ਹੈ ਕਿ ਸਾਡੇ ਮੁੰਡੇ ਨੇ ਬੜਾ ਅੱਛਾ ਕੰਮ ਕਰਿਆ, ਉਹਨੂੰ ਅਸੀਂ ਵਧਾਈ ਦਿੰਦੇ ਹਾਂ। ਹੈਲੋ ਹੈਲੋ ਹੈਲੋ, ਮਾਨ ਸਾਹਿਬ ਇੱਧਰ, ਸਟ੍ਰੇਟ ਸਟ੍ਰੇਟ ਸਟ੍ਰੇਟ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੈਂ ਸਾਹਿਲ ਜੀ, ਨਿਊਜ਼ 18 ਤੋਂ। ਮਾਨ ਸਾਹਿਬ, ਪਹਿਲੇ ਤਾਂ ਬੜੀ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ ਕਿ ਤੁਸੀਂ ਅੱਜ ਇੱਥੇ ਆਏ ਹੋ, ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚਲੋ ਹੈ ਨਾ ਫਿਲਮ ਆ ਰਹੀ ਹੈ ਤੁਹਾਡੀ, ਸਾਡੇ ਵਾਸਤੇ ਵੀ ਚੰਗੀ ਗੱਲ ਹੈਗੀ, ਬਿਕੋਜ਼ ਲੋਕ ਤੁਹਾਨੂੰ ਦੇਖਣਾ ਤਾਂ ਪਸੰਦ ਕਰਦੇ ਕਰਦੇ ਹੈ, ਸਾਹਮਣੇ ਵੀ ਅਤੇ ਫਿਲਮਾਂ 'ਚ ਵੀ। ਅਤੇ ਸਵਾਲ ਮੇਰਾ ਇਹ ਹੈ ਕਿ ਮਾਨ ਸਾਹਿਬ, ਜਿਹੜੇ ਤੁਹਾਡੇ ਚਾਹੁਣ ਵਾਲੇ ਆ ਜਾਂ ਹੈ ਨਾ ਜਿੰਨਾ ਵੀ ਲੋਕ ਤੁਹਾਨੂੰ ਸੁਣਦੇ ਆ, ਪੰਜਾਬ ਇੱਧਰ ਲਗਾ ਲਓ ਜਾਂ ਬਾਹਰ ਲਗਾ ਲਓ, ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਹਾਡੀ ਫਿਲਮਾਂ ਕਰੀਬ ਤੋਂ ਕਰੀਬ ਹੈ ਨਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਈਆਂ ਨੇ, ਗਾਣੇ ਵੀ ਤੁਹਾਡੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਏ ਨੇ, ਪਰ ਤੁਹਾਡੇ ਚਾਹੁਣ ਵਾਲੇ ਹਮੇਸ਼ਾ ਸਦਾ ਬਹਾਰ, ਅੱਜ ਵੀ ਥੋੜ੍ਹਾ ਗੀਤ ਆਵੇ ਨਾ ਆਵੇ, ਫਿਲਮ ਕੋਈ ਆਵੇ ਨਾ ਆਵੇ, ਪਰ ਫਿਰ ਵੀ ਅਸੀਂ ਕਮੈਂਟਸ ਦੇਖਦੇ ਹਾਂ, ਹਰ ਜਗ੍ਹਾ ਦੇਖਦੇ ਹਾਂ, ਸਾਰੇ ਜਗ੍ਹਾ ਗੱਲ ਕਿਸੇ ਹੋਰ ਦੀ ਹੋ ਰਹੀ ਹੁੰਦੀ, ਸਾਰੇ ਕਹਿੰਦੇ ਆ ਬੱਬੂ ਮਾਨ ਜ਼ਿੰਦਾਬਾਦ। ਇਹ ਜਿਹੜੇ ਤੁਹਾਡੇ ਫੈਨਸ ਨੇ, ਇਹ ਜਿਹੜੇ ਤੁਹਾਡੇ ਚਾਹੁਣ ਵਾਲੇ ਨੇ, ਇਹਨਾਂ ਬਾਰੇ ਮੈਂ ਜ਼ਰੂਰ ਤੁਹਾਡੇ ਦਿਲ ਦੇ ਅਲਫਾਜ਼ ਕੋ ਜਾਣਨਾ ਚਾਹੂੰਗਾ। ਸਰ, ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਕਿੱਤਾ ਕਰਦੇ ਹਾਂ ਤਾਂ ਜਾਂ ਕੋਈ ਪੇਸ਼ੇ 'ਚ ਜਾਂਦੇ ਹਾਂ ਜਾਂ ਵਪਾਰ ਕਰਦੇ ਹਾਂ, ਦੋ ਚੀਜ਼ਾਂ ਹੁੰਦੀਆਂ। ਕਈ ਲੋਕ ਪੈਸਾ ਕਮਾ ਲੈਂਦੇ ਆ, ਕਈ ਲੋਕ ਸੱਜਣ ਕਮਾ ਲੈਂਦੇ ਆ। ਅਸੀਂ ਮਿੱਤਰ ਕਮਾਇਆ, ਸੱਜਣ ਕਮਾਇਆ, ਚਾਹੁਣ ਵਾਲੇ ਕਮਾਇਆ। ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ, ਐਂਡ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਕਿ ਤੁਸੀਂ ਇੱਦਾਂ ਦੀ ਫਿਲਮ ਲੈ ਕੇ ਆ ਰਹੀ ਹੈ ਜਿਹੜਾ ਸਾਡੇ ਇਤਿਹਾਸ ਦਾ ਇੱਕ ਬਹੁਤ ਸੋਹਣਾ ਹਿੱਸਾ ਸਾਹਮਣੇ ਰੱਖ ਰਹੇ ਹੋ। ਤੇ ਮੇਰਾ ਸਵਾਲ ਸਰ ਇਹ, ਅੱਗੇ ਆ ਜਾ ਕੇ ਦੇਖਦਾ ਨਹੀਂ ਤੂੰ ਯਾਰ, ਹਾਲ ਲਾਈਟ ਬਹੁਤ ਤਿੱਖੀ ਹੈ, ਲਾਈਟ ਤਾਂ ਪਿਛਲੀ ਵਾਰ ਜੀ ਮੈਂ ਇਧਰ ਸੱਜ ਰਿਹਾ ਸਰ। ਆ ਜਾ, ਤੂੰ ਤਾਂ ਅੱਛਾ, ਤੂੰ ਤਾਂ ਐਕਟਰ ਹੈ ਯਾਰ। ਹਾਂਜੀ ਸਰ,
ਸਰ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਅਸੀਂ ਟ੍ਰੇਲਰ ਵੀ ਦੇਖਦੇ ਹਾਂ ਤਾਂ ਉਹ 'ਚ ਸਾਰੇ ਕਰੈਕਟਰ ਬੜੇ ਸਟਰੋਂਗ ਨਜ਼ਰ ਆਉਂਦੇ ਆ, ਚਾਹੇ ਕੁੱਕਰ ਦਾ ਕਰੈਕਟਰ ਅਸੀਂ ਗੱਲ ਕਰੀਏ ਤਾਂ ਉਹਨਾਂ ਜਿਹੜਾ ਕਰੈਕਟਰ ਉਹ ਕਿਤੇ ਨਾ ਕਿਤੇ ਭਾਰੀ ਪੈਂਦਾ ਨਜ਼ਰ ਆਉਂਦਾ ਸਾਨੂੰ ਹੀਰੋ ਦੇ ਉੱਪਰ ਵੀ ਟ੍ਰੇਲਰ ਦੇ ਵਿੱਚ ਹੁੰਦਾ। ਤੇ ਉਹ ਕਿੱਦਾਂ ਮਤਲਬ ਤੁਸੀਂ ਸਾਰੇ ਕਰੈਕਟਰ ਚੁਣੇ ਕਿੱਦਾਂ, ਤਾਂ ਮਤਲਬ ਉਹ ਜਿਹੜੀ ਟੀਮ ਕਿੱਦਾਂ ਬਣੀ ਹੋਈ? ਦੇਖੋ ਇਹ ਪਹਿਲਾਂ ਕਹਾਣੀ ਜਦੋਂ ਤਣਦੇ ਆ, ਅਸਲ 'ਚ ਫਿਲਮ ਦੀ ਦਾਸਤਾਨ ਬੜੀ ਲੰਬੀ ਹੈ। ਜਿੱਦਾਂ ਨੌਜਵਾਨ ਨੇ ਪੁੱਛਿਆ ਸੀ ਵੀ ਇੰਨਾ ਟਾਈਮ ਕਾਤੇ ਲਾਤਾ, ਪਹਿਲਾਂ ਸਾਰਾਗੜੀ ਕਹਾਣੀ, ਇਹ ਗੁਰਪ੍ਰੀਤ ਸਾਡਾ ਛੋਟਾ ਭਰਾ ਸਾਰਾਗੜੀ ਲਿਖੀ ਸੀ, ਪਰ ਉਹ ਬਣਦੇ ਬਣਦੇ ਪ੍ਰਪੋਜ਼ਲਾਂ ਜਦ ਨੂੰ ਫਿਰ ਬੰਬੇ ਬਣ ਗਈ ਸੀ ਫਿਰ ਰੁਕ ਗਏ। ਉਦੋਂ ਅਸੀਂ ਉਸ ਫਿਲਮ ਲਈ ਸਾਰੇ ਜਿੰਨੇ ਵੀ ਸੀ ਕਰੈਕਟਰ ਸਾਰਿਆਂ ਨੇ ਵੱਡੀਆਂ ਦਾੜੀਆਂ ਵਧਾਈਆਂ ਸੀ ਪ੍ਰੋਪਰ ਉਸ ਤਰ੍ਹਾਂ ਦਾ ਕਿਰਦਾਰ ਕਰਨ ਲਈ। ਫਿਰ ਰੁਕਦੇ ਰੁਕਦੇ ਇੱਕ ਦੋ ਚੀਜ਼ਾਂ ਹੋਰ ਜ਼ਹਿਨ 'ਚ ਆਈਆਂ, ਫਿਰ ਇਹਦੇ 'ਤੇ ਆ ਕੇ ਖੜੇ। ਕਰੈਕਟਰ ਦਾ ਇਹ ਹੈ ਵੀ ਦੇਖੋ ਆਮ ਤੌਰ 'ਤੇ ਕੀ ਹੁੰਦਾ ਨਾ, ਜਦੋਂ ਫਿਲਮ ਦੀ ਸਕ੍ਰਿਪਟ ਲਿਖਦੇ ਹਾਂ, ਜਦੋਂ ਸੈੱਟ 'ਤੇ ਜਾਂਦੇ ਹਾਂ ਜਾਂ ਪਹਿਲਾਂ ਕਹਾਣੀ ਸੁਣਦੇ ਹਾਂ, ਜਿਹੜਾ ਮੁੱਖ ਕਿਰਦਾਰ ਹੁੰਦਾ ਉਹ ਇੰਟਰਫੇਰੈਂਸ ਕਰਦਾ, ਇੱਥੇ ਆਹ ਕਰ ਦਿਉ, ਇੱਥੇ ਆਹ ਕਰ ਦਿਉ। ਮੈਂ ਜਦੋਂ ਪਹਿਲੇ ਦਿਨ ਸੈੱਟ 'ਤੇ ਗਿਆ, ਉਹ ਜਿਹੜਾ ਨੌਜਵਾਨ ਸੀ ਸਾਡਾ ਜਿਹਨੇ ਕੁੱਕਰ ਦਾ ਰੋਲ ਕਰਿਆ, ਉਹ ਦੂਰੋਂ ਨੇੜੇ ਮੇਰੇ ਵਾਕਫ ਸੀ, ਜਿਹੜੇ ਉਹਨਾਂ ਦਾ ਰਿਸ਼ਤੇਦਾਰ ਸੀ, ਹੀ ਵਾਜ਼ ਬਿਟ ਨਰਵਸ, ਉਹ ਇਸ ਕੰਪਲੈਕਸ ਸੀ ਅਤੇ ਗੁਰਪ੍ਰੀਤ ਨਾਲ ਸੀ ਮੇਰੇ, ਬਈ ਮੈਂ ਕਿੱਦਾਂ ਕਰੂੰਗਾ, ਮੈਂ ਵੈਸੇ ਹੀ ਤੁਹਾਨੂੰ ਪਿਆਰ ਕਰਦਾ, ਫੈਨ ਹੈ। ਫਿਰ ਅਸੀਂ ਉਹਨੂੰ 10 ਮਿੰਟ ਮੈਂ ਗੁਰਪ੍ਰੀਤ ਨੂੰ ਬੁਲਾਇਆ, ਚਾਹ 'ਚ ਬੁਲਾਈ, ਉਹਨੂੰ ਰਿਲੈਕਸ ਕਰਿਆ। ਫਿਰ ਮੈਂ ਗੁਰਪ੍ਰੀਤ ਨੂੰ ਜਦੋਂ ਇਹ ਡਾਇਲਾਗ ਲੈ ਕੇ ਸਵੇਰੇ ਆਉਂਦੇ ਸੀ, ਮੈਨੂੰ ਕਹਿੰਦਾ ਸੀ ਮੇਰੇ ਆਹ 4 ਲਾਈਨਾਂ ਕੱਢ ਦੇ, ਇੱਕ ਨਾਲ ਹੀ ਸਰ ਜਾਣਾ, ਇਹਦੀਆਂ ਵਧਾ ਦੇ, ਇਹ ਤਕੜਾ ਕਰੈਕਟਰ ਹੋਊਗਾ, ਲੜਨ ਦਾ ਸਵਾਦ ਆਊਗਾ। ਸੋ ਇਹ ਇੱਕ ਜ਼ਰੂਰੀ ਸੀ। ਫਿਲਮਾਂ ਦੀ ਪ੍ਰਮੋਸ਼ਨ ਦੇ ਬਹੁਤ ਪੈਸੇ ਖਰਚੇ ਜਾਂਦੇ ਆ, ਇਕੱਲੇ ਪੰਜਾਬ ਦੀ ਗੱਲ ਨੀ ਕਰਦਾ, ਸਾਰੇ ਭਾਰਤ ਦੀਆਂ ਫਿਲਮਾਂ ਦੇ। ਤੁਹਾਡੀ ਫਿਲਮ ਟ੍ਰੇਲਰ ਆਉਣ ਤੋਂ ਪਹਿਲਾਂ ਹੀ ਪਿੰਡ ਪਿੰਡ ਪਹੁੰਚ ਗਈ ਸੀਗੀ ਜੀ, ਮੈਨੂੰ ਲੱਗਦਾ ਕਿ ਇਹ ਜਿਹੜੀ ਕਮਾਈ ਹੈ 25-30 ਸਾਲ ਪੁਰਾਣੀ ਹੈ ਨਾ, ਇਹ ਤੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਹੈ ਵੀ ਪਿੰਡ ਵਿੱਚ ਗੱਲਾਂ ਹੋ ਰਹੀ ਸੀ ਵੀ ਯਾਰ ਇੱਕ ਫਿਲਮ ਆ ਰਹੀ ਹੈ ਸੁੱਚਾ ਸੁਰਮਾ ਬੱਬੂ ਮਾਨ ਦੀ। ਖੱਟੜ ਪੈਣ ਚੈਨਲ ਵਰ ਗਿਆ ਸਾਡੇ, ਲੈ ਜਾਂਦੇ ਹਾਂ ਪਿੰਡ ਪਿੰਡ ਗੱਲ। ਸਾਡੇ ਜਿੱਦਾਂ ਪੁਰਾਤਨ ਜ਼ਮਾਨੇ 'ਚ ਹਰ ਕਾਰੇ ਹੁੰਦੇ ਸੀ ਨਾ, ਛੁੱਟੀ ਅੱਗੇ ਤੋਂ ਅੱਗੇ ਪਹੁੰਚਾ ਦਿੰਦੇ ਸੀ। ਸੋ ਚੰਗੀ ਗੱਲ ਇਹ ਹੈ ਵੀ ਸਾਡੇ ਵਾਲਿਆਂ ਨੇ ਆਪਣਾ ਕੰਮ ਪਹਿਲਾਂ ਹੀ ਸ਼ੁਰੂ ਕਰਤਾ ਸੀ। ਸੋ ਦੂਜੀ ਗੱਲ ਇਹ ਵੀ ਪ੍ਰੋਡਕਸ਼ਨ ਹਾਊਸ ਸੁਹਿਰਦ ਹੈ, ਇਹਨਾਂ ਨੇ ਵੀ ਆਪਣੇ ਨਾਲ ਬਹੁਤ ਲੋਕ ਜੁੜੇ ਹੋਏ ਆ। ਅੱਜ ਜਿਹੜੀ ਤੁਹਾਡੀ ਇਕੱਤਰਤਾ ਹੈ, ਸ਼ਾਇਦ ਇਹ ਇਸੇ ਕਰਕੇ ਹੈ ਕਿ ਇਸ ਪ੍ਰੋਡਕਸ਼ਨ ਹਾਊਸ ਨੇ ਤੁਹਾਡੇ ਨਾਲ ਚੰਗੇ ਰਿਸ਼ਤੇ ਲਵਾਏ ਆ। ਮਾਨ ਸਾਹਿਬ ਦੂਜੀ ਗੱਲ ਇਹ ਵੀ ਜਿਹੜੀ ਤੁਸੀਂ ਹੁਣ ਕਰਕੇ ਹਟੇ ਹੋ, ਮੈਂ ਗੁਰਪ੍ਰੀਤ ਭਾਈ ਨੂੰ ਪੁੱਛੀ ਸੀਗੀ ਵੀ ਯਾਰ ਮਾਨ ਸਾਹਿਬ ਲਈ ਨੈਗੇਟਿਵ ਰੋਲ ਖੜਾ ਕਰਨਾ ਇਹ ਵੀ ਵੱਡੀ ਚੁਣੌਤੀ ਹੁੰਦੀ ਹੈ, ਤੁਹਾਨੂੰ ਅੱਗੇ ਵੀ ਫਿਲਮਾਂ 'ਚ ਚੁਣੌਤੀ ਦੇਖਣੀ ਪਈ ਹੈ ਯਾਰ ਵੀ ਕਿਵੇਂ ਲੱਭੀਏ, ਕਿਉਂਕਿ ਮਾਸ਼ਾਅੱਲਾ ਤੁਸੀਂ 7 ਫੁੱਟ ਦੇ ਹੋ ਨਾ ਜੀ, ਤੈਨੂੰ ਤੂੰ ਕਿੱਥੇ ਸੀ, ਮਤਲਬ ਤੈਨੂੰ ਥੀਏਟਰ ਵੀ ਕਰਦਾ ਰਿਹਾ, ਮੈਨੂੰ ਮੈਂ ਵੈਸੇ ਹੀ ਥੀਏਟਰ ਵਾਲਿਆਂ ਨੂੰ ਪਸੰਦ ਕਰਿਆ, ਜਦੋਂ ਕੋਈ ਕਹਿੰਦਾ ਨਾ ਮੈਂ ਥੀਏਟਰ ਕਰਦਾ, ਮੈਂ ਤਕਰੀਬਨ ਦੇਖੋ ਮੇਰਾ ਤਾਂ ਕੰਮ ਗਾਉਣਾ ਸੀ। ਮੈਂ ਜਦੋਂ ਪਹਿਲੀ ਫਿਲਮ ਬਣਾਈ ਸੀ, ਜਦੋਂ ਅਸੀਂ ਹਵਾਇਆਂ ਵੀ ਬਣਾਈ ਸੀ, ਉਦੋਂ ਵੀ ਇਸ ਥੋਟ ਨਾਲ ਬਣਾਈ ਸੀ ਕਿ ਬਹੁਤ ਨਵੇਂ ਲੋਕਾਂ ਨੂੰ ਕੰਮ ਮਿਲੇ, ਇੰਡਸਟਰੀ ਗਰੋ ਕਰੇ, ਕਿਉਂਕਿ ਜਿਸ ਬਾਲੀਵੁੱਡ ਦੇ ਲਈ ਭੱਜਦੇ ਆ ਲੋਕ, ਉੱਥੇ ਪੰਜਾਬੀ ਸੀ ਸਾਰੇ, ਹੌਲੀ ਹੌਲੀ ਪੰਜਾਬੀ ਆਊਟ ਹੋਣ ਲੱਗ ਗਏ ਉੱਥੋਂ, ਜੋ ਧਰਮ ਜੀ ਉਹਨਾਂ ਦਾ ਜਾਂ ਸੁਨੀਲ ਦੱਤ ਸਾਹਿਬ ਹੋਰੀ ਜਾਂ ਜੋ ਉਹਨਾਂ ਦਾ ਗ੍ਰੇਟ ਸੀ ਉਹ ਨਹੀਂ ਉੱਥੇ ਮਿਲਿਆ। ਉਹ ਤੋਂ ਬਾਅਦ
ਸੋ ਸਾਡੀ ਇਸੇ ਤਰ੍ਹਾਂ ਹਸ਼ਰ 'ਚ ਵੀ ਇਹੀ ਤਮੰਨਾ ਸੀ ਕਿ ਬਹੁਤ ਨੌਜਵਾਨਾਂ ਨੂੰ ਕੰਮ ਮਿਲੇ ਤਾਂ ਕਿ ਹੋਰ ਪੈਦਾ ਹੋਣ ਕਰੈਕਟਰ। ਸੋ ਇਸੇ ਸੋਚ ਨਾਲ ਅਸੀਂ ਫਿਲਮਾਂ ਕਰਦੇ ਹਾਂ। ਬਾਕੀ ਇਹ ਹੈ ਵੀ ਜ਼ਿੰਦਗੀ ਦਾ ਸਫ਼ਰ ਹੈ, ਕਈ ਵਾਰੀ ਅਸੀਂ ਗਲਤੀਆਂ ਕਰ ਜਾਂਦੇ ਹਾਂ, ਸਾਤੋਂ ਵੀ ਹੋਈਆਂ, ਪਰ ਆਮ ਤੌਰ 'ਤੇ ਫਿਲਮਾਂ ਦਾ ਰੇਟ ਜਿਹੜਾ ਸਕਸੈਸ ਰੇਟ ਆ ਉਹ 10-15% ਹੀ ਹੁੰਦਾ। ਪਰ ਅਸੀਂ ਲੱਕੀ ਹਾਂ ਕਿ ਅਸੀਂ 50% ਆਪਣੀ ਜ਼ਿੰਦਗੀ ਦਾ ਜਿਹੜਾ ਕੰਮ ਹੈ ਉਹ ਸੁਪਰੇਟ ਕਰਿਆ, ਇੱਕ ਦੋ ਫਲੋਪ ਵੀ ਕਰੀਆਂ, ਉਹ ਸਾਡੀ ਗਲਤੀ ਸੀ ਜਾਂ ਸਾਡੇ ਦੋਸਤਾਂ ਦੀ, ਜਾਂ ਅਸੀਂ ਥੋੜ੍ਹੇ ਜਿਹੇ ਜ਼ਿਆਦਾ ਮਲਾ ਪੜਿਆ, ਸਭ ਨੂੰ ਗੱਲ ਨਾਲ ਲਾ ਲੈਂਦੇ ਹਾਂ। 100% ਜਿਹੜੀ ਗਲਤ ਹੈ ਜੀ। ਸਰ ਮੈਂ ਅੱਜ ਵੀ ਤੁਹਾਨੂੰ ਦੱਸ ਰਿਹਾ ਵੀ ਹੀਰੋ ਸਿਰਫ ਗੱਪਾਂ ਮਾਰਨ ਲਈ ਹੁੰਦਾ ਪ੍ਰੈਸ ਕਾਨਫਰੰਸ 'ਚ, ਵੀ ਮੈਂ ਬੜਾ ਔਖਾ ਨਿਭਾਇਆ, ਫਿਰ ਮੈਂ ਕੁਛ ਨਹੀਂ ਕੀਤਾ। ਸਰ ਮੈਂ ਮੇਰੀ ਅਮਤੋਜ ਨਾਲ ਮੈਂ ਇਸ ਇੰਡਸਟਰੀ ਸਾਰੇ ਨਵੇਂ ਬੱਚੇ ਅੱਛਾ ਕੰਮ ਕਰਦੇ ਹਾਂ, ਪਰ ਇਸ ਤਰ੍ਹਾਂ ਦੀ ਫਿਲਮ ਲਈ ਸਿਰਫ ਅਮਤੋਜ ਹੀ ਬੈਸਟ ਹੈ, ਇਹ ਗਰੰਟੀ ਹੈ। ਤੋ ਮੈਂ ਜਦੋਂ ਸੈੱਟ 'ਤੇ ਜਾਂਦਾ ਸੀ ਇਹ ਗੁਰਪ੍ਰੀਤ ਡਾਇਲਾਗ ਲੈ ਕੇ ਆਉਂਦਾ ਸੀ, ਮੈਨੂੰ ਕਹਿੰਦਾ ਪੜ੍ਹ ਲੈ, ਮੈਂ ਕਹਿੰਦਾ ਪੜ੍ਹਨਾ ਨਹੀਂ, ਤੂੰ ਸੁਣਾ ਦੇ, ਇਹ ਸੁਣਾ ਕੇ ਚਲਾ ਜਾਂਦਾ ਸੀ। ਅੱਛਾ ਹੁਣ ਜਿਹੜਾ ਡਾਇਰੈਕਟਰ ਐਕਟਰ ਹੁੰਦਾ ਉਹਦੇ ਦਿਮਾਗ 'ਚ ਇੱਕ ਖਿਆਲ ਆਉਂਦਾ ਕਿ ਮੈਨੂੰ ਇੱਦਾਂ ਦੀ ਵਾਕ ਚਾਹੀਦੀ ਹੈ ਅਤੇ ਇੱਦਾਂ ਜਿਹੜਾ ਤੁਹਾਡਾ ਥਰੋ ਚਾਹੀਦਾ। ਤਾਂ ਉਹ ਜਦੋਂ ਅਮਿਤੋਜ ਬੈਠਦਾ ਸੀ ਉਹਨੇ ਕਹਿਣਾ ਹਾਂ ਡਾਇਲਾਗ ਆ, ਤਾਂ ਮੈਂ ਕਿਹਾ ਤੂੰ ਇੱਧਰ ਆ ਜਾ, ਤੂੰ ਕਰਕੇ ਦਿਖਾ ਦੇ, ਮੈਂ ਉੱਥੇ ਖੜਦਾ। ਉਹ ਕਰਦਾ ਸੀ ਅਤੇ ਮੈਂ ਬਾਅਦ 'ਚ ਖੜ੍ਹੇ ਹੁੰਦਾ ਸੀ, ਸੌਖਾ ਸੀ ਮੇਰੇ ਲਈ। ਸੋ ਇੱਕ ਡਾਇਰੈਕਟਰ ਦਾ ਐਕਟਰ ਹੋਣਾ ਜ਼ਰੂਰੀ ਹੈ, ਉਹ ਅਸੀਂ ਅੱਛਾ ਕੰਮ ਕਰ ਲੈਂਦੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਸੀਂ ਇੱਧਰ ਹਾਂਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਗੁਰਪ੍ਰੀਤ ਭਾਈ ਤੁਹਾਨੂੰ ਡਾਇਲੋਗ ਸੁਣਾਉਂਦੇ ਸੀਗੇ, ਮੈਂ ਬਾਈ ਉਹਨਾਂ ਨਾਲ ਗੱਲ ਕਰਦਾ ਸੀਗਾ, ਕਹਿੰਦੇ ਵੀ ਜਦੋਂ ਅਸੀਂ ਕੋਈ ਬਾਈ ਨੂੰ ਡਾਇਲੋਗ ਸੁਣਾਉਣਾ ਤਾਂ ਉਹ ਕਈ ਵਾਰੀ ਇੱਦਾਂ ਵੀ ਬੋਲ ਦਿੰਦੇ ਸੀ ਕਿ ਇਹ ਡਾਇਲੋਗ ਸ਼ਾਇਦ ਮੇਰੇ ਅੱਗੇ ਵਾਲੇ ਬੰਦੇ ਨੂੰ ਜ਼ਿਆਦਾ ਫੱਬੇ। ਮਤਲਬ ਇਹ ਇੱਕ ਐਕਟਰ ਲਈ ਬਹੁਤ ਔਖਾ ਹੁੰਦਾ ਨਹੀਂ, ਮੋਸਟਲੀ ਤਾਂ ਇੱਦਾਂ ਹੁੰਦਾ ਜਦ ਮੈਂ ਐਕਟਰ ਹਾਂ ਨਾ ਤਾਂ ਫੋਕਸ ਮੇਰੇ 'ਤੇ ਹੋਣਾ ਚਾਹੀਦਾ। ਨਹੀਂ ਸਰ, ਇੱਦਾਂ ਮੈਂ ਹੋਰ ਤਰ੍ਹਾਂ ਮੈਨੂੰ ਲੱਗਦਾ ਫਿਲਮ ਸੱਚੀ ਹਰ ਕਰੈਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਦਾ ਨੌਜਵਾਨ ਦਾ ਕਰੈਕਟਰ ਹੁਣ ਤਾਂ ਪੂਰਾ ਯੈਂਕੀ ਸ਼ੈਂਕੀ ਹੈ ਬਣਿਆ ਬੈਠਾ, ਜਾਂ ਤੁਸੀਂ ਦੇਖੋਗੇ ਨਾ ਫਿਲਮ 'ਚ ਤੁਹਾਨੂੰ ਛਾਪ ਛੱਡ ਜੂਗਾ ਇਹ ਕਿਰਦਾਰ। ਕਿਸੇ ਦੇਖੋ, ਆਪਾਂ ਛੋਟੇ ਹੁੰਦਿਆਂ ਨੇ ਸ਼ੋਲੇ ਫਿਲਮ ਦੇਖੀ ਸੀ, ਅੱਜ ਵੀ ਤੁਹਾਨੂੰ ਇੱਕ ਇੱਕ ਕਿਰਦਾਰ ਕਾਲੀਆ ਸਾਂਬਾ ਸਭ ਯਾਦ ਰਹਿੰਦਾ। ਤਾਂ ਮੈਂ ਇਹ ਤਾਂ ਨਹੀਂ ਦਾਅਵਾ ਕਰਦਾ, ਕਿਉਂਕਿ ਸਾਡੀ ਅਜੇ ਜਿਹੜੀ ਪੰਜਾਬੀ ਟਰੈਟਰੀ ਆ ਉਹ ਹਿੰਦੀ ਵਾਲਿਆਂ ਦੀ ਸਾਡੇ ਤੋਂ ਥੋੜ੍ਹੀ ਜਿਹੀ ਵਾਸਟ ਹੈ, ਬਟ ਤੁਸੀਂ ਇਹ ਫਿਲਮ ਦੇ ਕਿਰਦਾਰ ਜਿੱਦਾਂ ਹਾਸ਼ਰ ਦੇ ਤੁਹਾਨੂੰ ਅਜੇ ਵੀ ਯਾਦ ਹੋਣੇ, ਕੁਛ ਕਿਰਦਾਰ ਹਨ ਇਸ ਫਿਲਮ ਦੇ ਤੁਹਾਨੂੰ ਯਾਦ ਰਹਿਣਗੇ, ਤੁਹਾਨੂੰ ਇਸ ਨੌਜਵਾਨ ਤੋਂ ਜਾਂ ਗੁਰਪ੍ਰੀਤ ਜੋ ਕਰੂਗਾ ਸਾਰੇ ਤੁਹਾਨੂੰ ਚੇਤੇ ਰਹਿਣਗੇ। ਮੋਸਟਲੀ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਹੋ, ਭਾਅ ਜੀ ਮੇਰੀ ਸਵਾਲ ਹੈ ਜੀ, ਇੰਨੇ ਇਕੱਠੇ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਹਾਡੀ ਜੋ ਤਵੱਜੋ ਹਮੇਸ਼ਾ ਗੀਤਾਂ ਨੂੰ ਰਹੀ ਹੈ, ਵੀ ਫਿਲਮਾਂ ਨੂੰ ਤੁਸੀਂ ਸਾਈਡ 'ਤੇ ਰੱਖਦੇ ਹੋ। ਨਹੀਂ, ਸਾਈਡ 'ਤੇ ਇਸ ਕਰਕੇ ਨਾ, ਦੇਖੋ ਪਤਾ ਕੀ ਹੈ, ਟੀਮ ਕਦੇ ਕਦੇ ਬਣਦੀ ਹੈ। ਜਦੋਂ ਅਸੀਂ ਹਮਾਇਆ ਬਣਾਈ ਸੀ ਤਾਂ ਬਹੁਤ ਅੱਛੀ ਟੀਮ ਸੀ, ਇੱਕ ਸਫਲ ਫਿਲਮ ਬਣਾਈ, ਔਰ ਮੇਰਾ ਮੰਨਣਾ ਕਿ ਜੇ ਪੱਗ ਬੰਨੀ ਹੈ ਜਾਂ ਸਰਦਾਰ ਜਾਂ ਪੰਜਾਬੀ ਦਾ ਰੋਲ ਕਰਨਾ ਤਾਂ ਜਾਂ ਉਸ ਤਰ੍ਹਾਂ ਜਾਂ ਸੱਚੇ ਸੁੱਚੇ ਸਿੱਖ ਦਾ ਰੋਲ ਕਰਨਾ, ਫਿਰ ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹਦੇ ਨਾਲ ਅਸੀਂ ਮਜ਼ਾਕ ਦਾ ਪਾਤਰ ਬਣੀਏ। ਇਸੇ ਕਰਕੇ ਅਸੀਂ ਬਾਲੀਵੁੱਡ ਗਏ ਸੀ, ਇਸੇ ਕਰਕੇ ਸਾਡੀ ਉੱਥੇ ਬਹੁਤ ਲੋਕਾਂ ਨਾਲ ਬਣੀ ਨਹੀਂ, ਕਿ ਅਸੀਂ ਜਿਹੜਾ ਸਰਦਾਰ ਪੇਸ਼ ਕਰਿਆ ਸੀ ਉਹ ਸਿਸਟਮ ਦੇ ਮੂੰਹ ਅਸੀਂ ਅਸਲੀ ਪਿਕਚਰ ਪੇਸ਼ ਕਰੀ ਸੰਘਰਸ਼ੀਆਂ ਦੀ। ਸੋ ਇਸ ਕਰਕੇ ਹਰ ਕਿਰਦਾਰ ਦਾ ਹੋਣਾ ਜ਼ਰੂਰੀ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਜਿਹੜੀਆਂ ਫਿਲਮਾਂ ਫਲੋਪ ਹੋ ਜਾਂਦੀਆਂ ਉਹ ਸਾਡੀਆਂ ਕੁਛ ਗਲਤੀਆਂ ਕਰਕੇ ਹੋ ਜਾਂਦੀਆਂ। ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਇੱਧਰ ਪਿੱਛੇ ਜੀ। ਸਾਨੂੰ ਨਾ ਪਤਾ ਨਹੀਂ ਕੁਛ ਲੱਗਦਾ, ਹੱਥ ਵੀ ਨਹੀਂ ਦਿਖਦਾ। ਮਾਨ ਸਾਹਿਬ ਸਤਿ ਸ਼੍ਰੀ ਅਕਾਲ, ਮੇਰਾ ਨਾਮ ਪੱਤਰਕਾਰ ਮਨਪ੍ਰੀਤ ਸਿੰਘ ਹੈ ਜੀ। ਮਨਪ੍ਰੀਤ ਜੀ ਜੀ, ਕੁੱਕਰ ਮਲ ਤੇ ਸੁੱਚੇ ਦੀ ਜਿਵੇਂ ਯਾਰੀ ਵੀ ਸੀਗੀ,
ਪਰ ਉਹਦੇ ਵਿੱਚ ਕੁੱਕਰ ਗਰਦਾਰ ਹੀ ਕਰਦਾ। ਜਿਵੇਂ ਆਪਾਂ ਸਾਰੇ ਰਿਸ਼ਤੇ ਤਾਂ ਜਿਵੇਂ ਆਪਾਂ ਨੂੰ ਰੱਬ ਵੱਲੋਂ ਮਿਲਦੇ, ਜਿਵੇਂ ਆਪਾਂ ਮਾਂ ਨਹੀਂ ਚੁਣ ਸਕਦੇ, ਪਿਓ ਨਹੀਂ, ਪਰ ਯਾਰੀ ਅਸੀਂ ਆਪ ਚੁਣਨੀ ਹੁੰਦੀ ਹੈ। ਯਾਰੀ 'ਚ ਗਦਾਰੀ ਦੀ ਇਹੀ ਸਜ਼ਾ ਹੋਣੀ ਚਾਹੀਦੀ ਹੈ? ਮਤਲਬ ਅੱਜ ਤਾਂ ਬਹੁਤ ਸਾਰੀਆਂ ਯਾਰੀਆਂ। ਇਹ ਤੁਸੀਂ ਅੱਜ ਦੀ ਗੱਲ ਕਰਦੇ ਹੋ, ਅਸੀਂ ਇਹ ਉਦੋਂ ਕੀ ਸੋਚਦੇ ਸੀ ਲੋਕ? ਤੁਸੀਂ 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 ਮਤਲਬ ਦੀ ਬਹੁਤ ਛੋਟੇ, ਮੈਂ ਚਿਹਰਾ ਤਾਂ ਦਿਖਾ, ਮੈਂ ਪਹਿਲਾਂ ਸਾਲ ਤਾਂ ਬੜਾ ਕਿਹੜਾ ਤੇਰਾ ਤੁਸੀਂ ਛੋਟੇ ਹੋ। ਇਹ ਫਿਲਮ ਟਾਈਮ ਪੀਰੀਅਡ ਆ, ਆਪਾਂ ਅੱਜ ਦੇ ਨਜ਼ਰੀਏ ਨਾਲ ਨਹੀਂ ਸੋਚ ਸਕਦੇ। ਸਾਡੇ ਬਜ਼ੁਰਗ ਕੀ ਸੋਚਦੇ ਸੀ? ਦੇਖੋ ਉਦੋਂ ਫੈਸਲੇ ਕਈ ਵਾਰੀ ਪਰਾਂ 'ਚ ਵੀ ਹੁੰਦੇ ਸੀ, ਜਿੱਦਾਂ ਖਾਬ ਪੰਚਾਇਤਾਂ ਕਰਦੀਆਂ ਨਾ। ਅੱਜ ਯੁੱਗ ਬਦਲ ਗਿਆ, ਆਲਮੋਸਟ ਸਦੀ 'ਤੇ ਪਹੁੰਚ ਗਿਆ ਸੀ, ਹੈ ਨਾ। ਤੋ ਇਸ ਕਰਕੇ ਉਸ ਨਜ਼ਰੀਏ ਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਜੀ। ਮਾਨ ਸਾਹਿਬ ਇੱਧਰ ਜੀ, ਤੁਹਾਡੇ ਸਾਹਮਣੇ ਜੀ, ਤੁਹਾਡੇ ਬਿਲਕੁਲ ਸਾਹਮਣੇ ਇੱਧਰ ਜੀ, ਨੀਚੇ ਸਰ, ਨੀਚੇ ਨੀਚੇ ਗਰਾਊਂਡ 'ਤੇ ਖੜੇ ਹਾਂ। ਓਕੇ ਸਰ, ਓਕੇ। ਕੁਲਵੰਤ ਸਿੰਘ ਲਿਸ਼ਕਾਰਾ ਜੀ, ਲਿਸ਼ਕਾਰਾ ਸਰ ਜੀ। ਇੱਕ ਨਾ ਤੁਹਾਡੇ ਜੋ ਤੁਸੀਂ ਪ੍ਰੋਮੋ ਪਾਇਆ ਹੈ ਨਾ ਫੇਸਬੁੱਕ 'ਤੇ, ਪੇਜ 'ਤੇ ਪਾਇਆ ਤੁਸੀਂ, ਤੁਹਾਡੇ ਵੱਲੋਂ ਸ਼ੇਅਰ ਕੀਤਾ ਗਿਆ, ਤਾਂ ਇੱਕ ਬੰਦੇ ਨੇ ਕਮੈਂਟ ਲਿਖਿਆ ਬੜਾ ਹਾਸੋ ਮਿਲਣ ਜਾ ਵੀ ਬੱਬੂ ਮਾਨ ਤਾਂ ਵੀ ਤੋਜ ਮਾਨ ਤੋਂ ਹੀ ਲੋਟ ਆਉਂਦਾ, ਹੋਰ ਕਿਸੇ ਤੋਂ ਲੋਟ ਨਹੀਂ ਆਉਂਦਾ। ਜਦੋਂ ਅਸੀਂ ਬਹੁਤ ਦੇਰ ਬਾਅਦ ਇਕੱਠੇ ਹੋਏ ਤਾਂ ਇਸ ਵੱਡੇ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਕੀ ਰੌਲਾ ਕੀ ਸੀ ਵੈਸੇ ਦੋਨਾਂ ਦਾ? ਮੈਂ ਕਿਹਾ ਜਿਹੜਾ ਤੁਹਾਡਾ ਤੇ ਸਦੀਕ ਸਾਹਿਬ ਦਾ ਸੀ। ਤੋ ਇਸ ਕਰਕੇ ਉਹਨਾਂ ਦੀ ਅੱਜ ਡਿਊਟੀ ਲੱਗੀ ਹੈ, ਕਾਨਫਰੰਸ ਹੋ ਰਹੀ ਹੈ ਜਲੰਧਰ ਪਾਣੀ ਦੇ ਮਸਲੇ 'ਤੇ, ਸਾਡੀ ਜ਼ਿੰਮੇਦਾਰੀ ਉਹਦੇ ਲੱਗੀ ਹੈ। ਉਹ ਵੱਡਾ ਭਰਾ ਹੈ, ਉਹ ਮੇਰੇ ਤੋਂ ਪਹਿਲਾਂ ਆਇਆ ਇਸ ਇੰਡਸਟਰੀ, ਉਹਦਾ ਤਜ਼ਰਬਾ ਮੇਰੇ ਤੋਂ ਅੱਛਾ, ਉਹ ਮੇਰੇ ਲਈ ਸੌਖਾ ਕੰਮ ਬਹੁਤ। ਆਮ ਤੌਰ 'ਤੇ ਪੰਜਾਬ, ਮੈਂ 2-3 ਫਿਲਮਾਂ ਬਾਹਰ ਕਰੀਆਂ ਨਾ ਆਪਣੇ ਪ੍ਰੋਡਕਸ਼ਨ ਹਾਊਸ ਤੋਂ, ਮੇਰਾ ਤਜ਼ਰਬਾ ਕੋਈ ਬਹੁਤਾ ਅੱਛਾ ਨਹੀਂ ਸੀ ਉਹਨਾਂ 'ਚ। 2-3 ਉਹਦੇ 'ਚ ਹਿੱਸੇਦਾਰ ਹੁੰਦੇ ਸੀ, ਉਹਨਾਂ ਦਾ ਤਕਰਾਰ, ਔਰ ਯਕੀਨ ਮੰਨਿਓ ਕਿ ਚਲੋ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ, ਪਰ ਕਈ ਵਾਰੀ ਡਾਇਲਾਗ ਹੀ ਨਹੀਂ ਸੀ ਹੁੰਦੇ ਸੈੱਟ 'ਤੇ। ਕਹਾਣੀ ਡਾਇਰੈਕਟਰ ਬੈਠ ਕੇ ਲਿਖਦਾ ਨਾ, ਜਦੋਂ ਉਹਨਾਂ ਦਾ ਇੱਕ ਖਿਆਲ ਹੁੰਦਾ ਕਿ ਇੱਦਾਂ ਦਾ ਕਿਰਦਾਰ ਚਾਹੀਦਾ, ਜਦੋਂ ਡਾਇਰੈਕਟਰ ਇਹ ਕਹਿਣ ਲੱਗ ਜਾਏ ਨਾ ਕਿ ਇੱਕ ਫਲਾਣੀ ਫਿਲਮ 'ਚ ਫਲਾਣੇ ਬੰਦੇ ਨੇ ਐਂ ਕਰਿਆ ਸੀ, ਉੱਦਾਂ ਕਰ ਦਿਉ, ਉੱਦਾਂ ਮਾਰ ਖਾ ਜਾਂਦਾ। ਠੀਕ ਉਸੇ ਤਰ੍ਹਾਂ ਜਿਵੇਂ ਬੰਦਾ ਜਦੋਂ ਕਮੈਂਟ ਪੜ੍ਹਦਾ ਨਾ, ਉਹਦਾ ਗ੍ਰਾਫ ਥੱਲੇ ਚਲੇ ਜਾਂਦਾ, ਅੱਜ ਤੋਂ ਬਾਅਦ ਕਮੈਂਟ ਨਹੀਂ ਪੜ੍ਹਨੇ ਜੀ। ਇੱਕ ਮੇਰਾ ਆਖਰੀ ਸਵਾਲ ਹੈ, ਉਸ ਤੋਂ ਮੈਂ ਕਿਸੇ ਹੋਰ ਨੂੰ ਦੇਊਂਗਾ। ਮੋਹ ਤੁਹਾਡਾ ਮੈਂ ਥੀਏਟਰੀਕਲ ਪ੍ਰੋਮੋ ਦੇਖਿਆ, ਪਹਿਲਾਂ ਤਾਂ ਮੁਬਾਰਕਾਂ ਦੇਣੀਆਂ ਭੁੱਲ ਗਿਆ, ਬਹੁਤ ਅਲਟੀਮੇਟ ਪ੍ਰੋਮੋ। ਸਰ ਇਹਦਾ ਸਿਹਰਾ ਮੈਨੂੰ ਬਿਲਕੁਲ ਨਹੀਂ ਦੇਣਾ, ਮੈਂ ਸਪੈਸ਼ਲੀ ਸਾਡੇ ਕੁਛ ਜਿਹੜੇ ਕਰੈਕਟਰ ਹੈ ਹੋਰ ਜਿਹਨਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਛ ਜੌਬ 'ਤੇ ਹੈ, ਕੁਛ ਹੋਰ ਫਿਲਮਾਂ 'ਚ ਕੰਮ ਕਰ ਰਹੇ ਹੈ। ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ ਜੇ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਛ ਇਹੋ ਜਿਹਾ ਕੰਮ ਨਹੀਂ, ਫਿਲਮ 'ਚ ਰੀਟੇਕ ਹੁੰਦਾ, 200 ਬੰਦਾ ਇੱਕ ਬੰਦੇ ਤੋਂ ਐਕਟ ਕਰਾਉਂਦਾ, ਜੇ ਉਹਦਾ ਗਲਤ ਹੋ ਜਾਵੇ ਦੁਬਾਰਾ ਕਰਾ ਲਾਉਂਦੇ, ਜੇ ਫਿਰ ਵੀ ਮਨਿਊਟਲੀ ਰਹਿ ਜਾਏ ਕਿਤੇ ਫਿਰ ਉਹ ਡਬਿੰਗ 'ਚ ਠੀਕ ਹੋ ਜਾਂਦਾ। ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ, ਹੀਰੋ ਦਾ ਨਹੀਂ ਯੋਗਦਾਨ ਸਾਰਾ ਪੂਰੀ ਟੀਮ ਦਾ, ਇੱਕ ਇੱਕ ਲਾਈਟ ਮੈਨ ਤੋਂ ਲੈ ਕੇ ਸਪੋਟ ਬੋਆਏ ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀ ਹੈ ਉਹਦਾ ਯੋਗਦਾਨ ਹੈ। ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਇਹ ਫਿਲਮ ਮੇਰੇ ਕਰਕੇ ਜਾਂ ਮੈਂ, ਆਮ ਨਥਿੰਗ ਇਸ ਬਿਕੋਜ਼ ਆਫ ਸਾਰੇ ਜਿਹੜੇ ਕਰੈਕਟਰ ਦਾ ਉਹਨਾਂ ਨੇ ਬਾਖੂਬੀ ਨਿਭਾਇਆ। ਤੁਸੀਂ ਕਮਾਲ ਦੀ, ਮੈਂ ਅੱਗੇ ਵੀ ਦੱਸੀ ਸੀ ਇਹ ਗੱਲ, ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ਼ਰੀਕੇ 'ਚੋਂ ਸੀ, ਕੋਈ ਡੈਥ ਹੋ ਗਈ, ਉਹ ਮੇਰੇ ਨਾਲ, ਮੈਨੂੰ ਕਹਿੰਦਾ ਸ਼ੂਟਿੰਗ 'ਤੇ ਜਾਣਾ ਸੀ, ਉਹ 3-4 ਬੱਚੇ ਮੇਰੇ ਨਾਲ ਉੱਥੇ ਸੈੱਟ 'ਤੇ ਰਹੇ। ਤਾਂ ਜਦੋਂ ਅਸੀਂ
ਪਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਦਿਨ ਸਵਖਤ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਜਦੋਂ ਤਿਆਰ ਹੋਣ ਲੱਗੇ ਸੀ ਅਸੀਂ। ਮੈਨੂੰ ਕਹਿੰਦਾ ਬਿਜ਼ੀ ਇਹ ਸਾਰੇ ਅਸੀਂ ਉਹਨੇ ਪੱਗਾਂ 'ਚ ਦੇਖੇ, ਕਹਿੰਦਾ ਮੈਨੂੰ ਤਾਂ ਐਂ ਲੱਗਦਾ ਵੀ ਸੱਚੀ ਉਹ ਪਿਛਲੀ ਸਦੀ 'ਚ ਫਿਰਦਾ, ਮੈਂ ਤਾਂ ਹੁਣ ਦਾੜੀ ਰੱਖ ਲੈਣੀ। ਸਾਡੀ ਫਿਲਮ 'ਚ ਤੁਹਾਨੂੰ ਕੋਈ ਚੋਕਲੇਟ ਫੇਸ ਨਹੀਂ ਮਿਲੂਗਾ, ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ। ਕੁੱਕਰ ਵਿਲਨ ਜੇ ਹੈ, ਖਲਨਾਇਕ ਹੈ, ਤਾਂ ਉਹ ਕਿਉਂ ਬਣਿਆ? ਉਹਦੇ ਪਿੱਛੇ ਕਹਾਣੀ ਹੈ, ਕਿਉਂਕਿ ਜੰਮਦਾ ਕੋਈ ਵੀ ਬੰਦਾ ਆਪਦੇ ਆਪਦਾ ਕਿਰਦਾਰ ਨਹੀਂ ਖਰਾਬ ਕਰਦਾ। ਬਲਵੀਰ ਕੌਰ ਦੀ ਆਪਣੀ ਦਾਸਤਾਨ, ਉਹਦੀ ਬਦਕਾਰੀ ਦੀ ਦਾਸਤਾਨ, ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਦੀ ਹੈ। ਸ਼ਾਇਦ ਬਹੁਤ ਫਿਲਮਾਂ 'ਚ ਇਸ ਤਰ੍ਹਾਂ ਨਹੀਂ ਹੁੰਦਾ, ਬਟ ਇਹ ਫਿਲਮ 'ਚ ਤੁਹਾਨੂੰ ਹਰ ਕਿਰਦਾਰ ਇਹ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ ਤਾਂ ਸਹੀ ਹੈ। ਇਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਹੈ। ਮੇਰਾ ਸਵਾਲ ਇਹ ਸੀਗਾ ਜੀ, ਉਹ ਅੱਛਾ ਹੈ ਹੀ ਨਹੀਂ ਸੀ, ਨਹੀਂ ਉਹ ਮੇਰਾ ਨਹੀਂ ਹੈਗਾ ਵੀ, ਇਹ ਤਾਂ ਹੈਗਾ ਸੀਗਾ, ਪਰ ਵਿੱਚ ਮੇਰਾ ਕਿਛੋ ਛੱਡਦਾ ਨਹੀਂ ਮੈਂ, ਕਿ ਮੈਂ ਹਿਸਾਬ ਲਾ ਲਿਆ, ਨਹੀਂ ਬਸ ਮੈਂ ਦੇ ਦੇ ਫੋਪੜਾ ਹੋਰ ਕਿਸੇ ਨੂੰ, ਦੋ ਸੈਕਿੰਡ ਮੈਨੂੰ ਹੋਰ ਦੇ ਦੇ। ਤੁਸੀਂ, ਤੁਹਾਡਾ ਇੱਕ ਰੋਮਾਂਟਿਕ ਡਾਇਲੋਗ ਹੈ ਨਾ, ਤੇ ਮੈਂ ਮੋਸਟ ਫਿਰ ਮੈਂ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ, ਮਤਲਬ ਤੁਹਾਡੇ ਹਾਵ ਭਾਵ ਵੀ ਹੋਰ ਹੁੰਦੇ ਨੇ, ਇੱਕ ਰੋਮਾਂਟਿਕ ਹੁੰਦਾ ਨਾ ਵਧੀਆ ਅੱਖਾਂ 'ਚ ਵੀ ਮਤਲਬ ਰੋਮਾਂਟਿਕ ਪਣ ਹੋਵੇ, ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ? ਪਤਾ ਨਹੀਂ, ਤੇ ਹੁਣ ਮੈਨੂੰ ਸਾਫ ਨਹੀਂ ਪਤਾ, ਮੇਰੀ ਆਵਾਜ਼ ਹੀ ਏਦਾਂ ਦੀ ਆ, ਮੇਰਾ ਅੱਖਾਂ ਨਸ਼ੇੜੀ ਬੁੱਲ ਮੋਟੇ, ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ, ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ, ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ। ਸ਼ਾਇਦ ਮੈਂ ਆਪਦਾ ਜਿਹੜਾ ਸਾਂਭਲਾਪਣ ਲੁਕਾਉਣ ਲਈ ਇੰਨਾ ਕਰ ਲਾ ਜਾਂਦਾ ਕਿ ਸਾਹਮਣੇ ਨੂੰ ਖਿਆਲ ਹੀ ਨਾ ਆਵੇ ਵੀ ਇਹਦੀ ਸ਼ਕਲ ਕਿੱਦਾਂ ਦੀ ਹੈ ਯਾਰ। ਅਗਲਾ ਸਵਾਲ, ਸੁੱਚੇ ਸੂਰਮੇ ਦਾ ਯਾਰਾਂ ਦੀ ਯਾਰੀ ਹੈ ਨਾ, ਜਿੱਥੇ ਖੜ ਗਏ ਉੱਥੇ ਅੜ ਗਏ, ਪਰ ਜਿੰਨਾ ਕੁ ਅਸੀਂ ਤੁਹਾਨੂੰ ਜਾਣਦੇ ਹਾਂ ਜਾਂ ਜਿੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆ ਰਿਹਾ, ਅਸੀਂ ਦੇਖਦੇ ਹਾਂ ਕਿ ਬੱਬੂ ਮਾਨ ਜੀ ਵੀ ਰਿਜ਼ੈਂਬਲ ਕਰਦੇ ਨੇ ਸੁੱਚਾ ਸੂਰਮਾ ਨਾਲ ਯਾਰੀ ਦੇ ਮਾਮਲੇ ਵਿੱਚ। ਸਿਰਫ ਅਮਿਤੋਜ ਮਾਨ ਜੀ ਨਾਲ ਹੀ ਨਹੀਂ, ਮਨੀਸ਼ ਜੀ ਬੈਠੇ ਨੇ, ਬਬਲਾ ਬਾਜੀ ਨੇ, ਸੋ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਵੀ ਯਾਰੀਆਂ ਬੱਬੂ ਮਾਨ ਦੀਆਂ ਉੱਥੇ ਹੀ ਖੜੀਆਂ ਨੇ। ਵੀ ਆਪਾਂ ਐਗਜ਼ਾਮਪਲ ਦੇ ਸਕਦੇ ਕਿ ਯਾਰੀ ਹੋਵੇ ਤੇ ਉਹਦਾ ਦੀ ਜਾਨ ਦੇ ਵੀ ਦਈਏ ਤੇ ਲੈ ਵੀ ਲਈਏ। ਦੇਖੋ ਜ਼ਿੰਦਗੀ 'ਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਗਰੋਅ ਕਰਦੇ ਹੋ, ਕੰਮ ਕਰਦੇ ਹੋ, ਪ੍ਰੋਫੈਸ਼ਨ 'ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ। ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ ਹੈ, ਪਰ ਜਦੋਂ ਅਸੀਂ ਪਲ ਪਲ ਜਿਉਂਦੇ ਹਾਂ ਤਾਂ ਇਹ ਬਹੁਤ ਲੰਬਾ ਹੈ। ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ। ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ, ਉਹਦੀ ਕੋੜੀ ਨਿਕਲ ਗਏ ਚੈਨ ਨੂੰ ਟਾਈਟ ਕਰ, ਇਸੇ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ ਦੋਸਤ ਉਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ, ਜਿਹਨਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ, ਜਿਹਨਾਂ ਖਿਆਲਾਂ 'ਚ ਬਹਿਸ ਹੋਣ ਲੱਗ ਜਾਏ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ। ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ 'ਤੇ ਲੰਘੀ ਹੈ, ਬਹੁਤੀ। ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ, ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ, ਮੇਰੇ ਸੀਨੀਅਰ ਉਸ ਸੰਘਰਸ਼ 'ਚ ਕੁੱਦ ਗਏ, ਅਸੀਂ ਉਹਨਾਂ ਦੇ ਸਪੋਰਟਰ ਸੀ। ਸੋ ਉਸ ਦੌਰ 'ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ। ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ, ਗਹਿਣੇ ਹਮੇਸ਼ਾ ਬੰਦਾ ਸਾਂਭ ਕੇ ਰੱਖਦਾ। ਤੋ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਹੈ, ਕਮਾਏ ਆ, ਸ਼ਿਕਵੇ ਵੀ ਹੋ ਜਾਂਦੇ ਹਾਂ ਅਸੀਂ, ਕਈ ਵਾਰੀ ਗੁੱਸੇ ਵੀ ਹੋ ਜਾਂਦੇ ਹਾਂ। ਇਹ ਸਮੀਰ ਵੀ ਬਹੁਤ ਸਾਲਾਂ ਤੋਂ, ਵੈਨ ਹੀ ਸਟਾਰਟਡ ਹਿਸ ਕੈਰੀਅਰ, ਉਦੋਂ ਤੋਂ ਅਸੀਂ ਵਾਕਫ ਹੈ। ਤੋ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ 'ਚ ਨੋਕ ਝੋਕ ਹੁੰਦੀ ਹੈ, ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵੱਧ ਲਵਾਉਂਦੇ ਮੇਰੇ ਨਾਲ, ਮੈਂ ਇਹਨੂੰ ਫਿਰ ਕਈ ਵਾਰੀ ਕਹਿਣਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹਨੇ ਨਿਭਾਉਂਦੇ ਹਾਂ।
ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੋੜਿਆ। ਅੱਜ ਇਹਦੀ ਉਦਾਹਰਨ ਹੈ ਕਿ ਇਸ ਖੁਸ਼ ਪੂਰਾ ਸੋ ਹੈਪੀ ਨਾਓ। ਸੋ ਪਰਮਾਤਮਾ ਕਰੇ ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤੇ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ ਇਹ ਸਾਡੇ ਸ਼ਰਮਾ ਜੀ ਅਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਹਾਂ ਅਤੇ ਉਹਦੀ ਵੀ ਫਿਲਮ ਆਉਣੀ ਆ। ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਜਾਂ ਆਰਟਿਸਟ ਆਪਣੀ ਗੱਲ ਕਰਦਾ ਪਰ ਮੈਨੂੰ ਜਿਹੜੇ ਮੇਰੇ ਆਪਣੇ ਮੈਂ ਉਹਨਾਂ ਦੀ ਉਹਦੀ ਇੱਕ ਫਿਲਮ ਅੱਗੇ ਆਉਣੀ ਆ ਸ਼ਾਹਕੋਟ ਉਹਦੀ ਵੀ ਤੁਸੀਂ ਦੱਬ ਕੇ ਪ੍ਰਮੋਸ਼ਨ ਕਰਨੀ ਮੇਰੇ ਵੀਰ ਹੈ। ਜੀ ਜ਼ਰੂਰ। ਇੱਕ ਹੋਰ ਸਵਾਲ, ਤਿੰਨ ਹੋਰ ਕਰ ਤੂੰ ਚਿੰਤਾ ਨਾ ਕਰ। ਮੈਂ ਜਦੋਂ ਟ੍ਰੇਲਰ ਦੇਖਿਆ ਸੀਗਾ ਤੇ ਮੈਂ ਘੋੜਿਆਂ ਦੀ ਐਂਟਰੀ ਤੋਂ ਮੇਰਾ ਸਿੱਧਾ ਧਿਆਨ ਗਿਆ ਬੈਕ ਆਫ ਦਾ ਮਾਈਂਡ ਇਸ਼ਕ ਪੂਰਾ। ਮੈਂ ਗੁਰਪ੍ਰੀਤ ਭਾਜੀ ਨਾਲ ਸਵਾਲ ਵੀ ਕੀਤਾ ਸੀ, ਮੈਂ ਕਿਹਾ ਚੱਕਰ ਲਾ ਕੇ ਆਏ ਹੋ? ਕਹਿੰਦੇ ਹਾਂ, ਕਿਉਂਕਿ ਅੱਜ ਕੱਲ ਜਦੋਂ ਐਕਸ਼ਨ ਦੇਖਦੇ ਹੋਏ ਅਸੀਂ ਗੱਲ ਕਰਦੇ ਆ ਤੇ ਅਸੀਂ ਬਹੁਤ ਆਮ ਤੌਰ ਤੇ ਕਹਿ ਦਿੰਦੇ ਆ ਐਕਸ਼ਨ ਤੇ ਬਹੁਤ ਵਰਕ ਕੀਤਾ ਜਾ ਰਿਹਾ, ਵਿਚ ਇਜ਼ ਟਰੂ, ਅਸੀਂ ਸਾਊਥ ਨਾਲ ਕੰਪੈਰੀਜ਼ਨ ਕਰਦੇ ਆ। ਪਰ ਐਕਸ਼ਨ ਤੇ ਉਸ ਪੀਰੀਅਡ ਦੇ ਵਿੱਚ ਵੀ ਸੀ ਜਦੋਂ ਘੋੜਿਆਂ ਦੇ ਉੱਤੇ ਬਹਿ ਕੇ ਆਇਆ ਜਾਂਦਾ ਸੀ, ਲੋਕਾਂ ਨੂੰ ਲੱਗਦਾ ਬਹੁਤ ਮਿਹਨਤ ਕੀਤੀ ਜਾਂਦੀ ਹੈ, ਪਰ ਤੁਹਾਡੇ ਲਈ ਤਾਂ ਇਹ ਹੈ ਕਿ ਤੁਹਾਨੂੰ ਘੋੜਿਆਂ ਨਾਲ ਇੰਨਾ ਪਿਆਰ ਹੈ ਕਿ ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਬਸ ਪਿਆਰ ਹੀ ਰੋਲ ਕਰਵਾ ਜਾਂਦਾ। ਔਰ ਗੁਰਪ੍ਰੀਤ ਵੀਰੇ ਨੇ ਕਿਹਾ ਵੀ ਸੀ, ਕਹਿੰਦੇ ਬਹੁਤ ਪਾਰਖੂ ਨੇ ਇਸ਼ਕ ਪੂਰੇ ਦੇ ਵਿੱਚ ਖੜੇ ਘੋੜੇ ਦੱਸਦੇ ਨੇ। ਹਾਂ ਨਹੀਂ, ਹੁਣ ਅਸੀਂ ਕੁਛ ਮੰਗਾਇਆ, ਸਾਡੇ ਕੁਛ ਘੋੜੇ ਪਿੱਛੇ ਜੇ ਪ੍ਰੋਬਲਮ ਆ ਗਈ ਸੀ ਕੋਈ ਉਹਨਾਂ ਨੂੰ, ਹੁਣ ਅਸੀਂ ਦੁਬਾਰਾ ਜਿਹੜੀ ਸਾਡੀ ਲੋਕਲ ਬਰੀਡ ਹੁੰਦੀ ਹੈ ਉਹਦੀ ਉਹ ਮੰਗਾਉਂਦੇ ਹਾਂ, ਉਹ ਦੁਬਾਰਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਘੋੜੇ। ਸਤਿ ਸ਼੍ਰੀ ਅਕਾਲ ਸਰ, ਮੇਰਾ ਸਵਾਲ ਫਿਲਮ ਦੇ ਡਾਇਰੈਕਟਰ ਮਨਤੋਜ ਮਾਨ ਜੀ ਤੋਂ ਹੈ। ਸਤਿ ਸ਼੍ਰੀ ਅਕਾਲ। ਇੱਧਰਲੇ ਪਾਸੇ ਹੀ, ਇੱਧਰ ਜਿੱਧਰ ਹੁਣੇ ਸਵਾਲ ਸੀਗਾ ਉਹਨਾਂ ਦੇ ਨਾਂ ਹੀ। ਹਾਂਜੀ ਜੀ। ਸੋ ਮੇਰਾ ਮਨਤੋਜ ਮਾਨ ਜੀ ਤੋਂ ਹੈ, ਕਿਉਂਕਿ ਨਾ ਰੀਅਲ ਬੇਸ ਸਟੋਰੀ ਹੈ ਤੇ ਹਰ ਕਿਰਦਾਰ ਇੰਪੋਰਟੈਂਟ ਹੈ ਤੇ ਉਹਦੇ ਨਾਲ ਹੀ ਪੂਰੀ ਕਹਾਣੀ ਬਣਦੀ ਹੈ। ਸੋ ਜਦੋਂ ਫੈਕਟ ਇਕੱਠੇ ਕਰਦੇ ਹਾਂ ਆਪਾਂ ਕਿ ਇਸ ਕਿਰਦਾਰ ਦਾ ਇਹ ਫੈਕਟ ਸੀਗਾ ਜਾਂ ਉਹਦੇ ਨਾਲ ਆਹ ਕਹਾਣੀ ਜੁੜਦੀ ਹੈ, ਸੋ ਕੀ ਸੋਰਸ ਸੀਗੇ ਪੂਰੀ ਸਟੋਰੀ ਕਰਨ ਦੇ ਲਈ? ਨੌਜਵਾਨ ਦਾਸਤਾਨ ਅੱਗੇ ਚੱਲ ਕੇ ਆਈ ਹੈ ਉਸ ਵਕਤ ਕੁਛ, ਦੇਖੋ ਅੰਗਰੇਜ਼ਾਂ ਦਾ ਰਾਜ ਸੀ, ਬਹੁਤ ਚੀਜ਼ਾਂ ਨਾ ਇਹ ਸਾਡੇ ਪੰਜਾਬ ਦੀਆਂ ਲਿਖੀਆਂ ਨਹੀਂ ਗਈਆਂ ਸੀ, ਪਹਿਲਾਂ ਕਵਿਤ ਬਣੇ, ਛੰਦ ਬਣੇ, ਫਿਰ ਗਾਣੇ ਬਣੇ, ਫਿਰ ਕਵੀਸਰੀ ਦੇ ਜ਼ਰੀਏ, ਕਿਉਂਕਿ ਜਿਹੜੀ ਪੜ੍ਹਾਈ ਦਾ ਸਿਸਟਮ ਸੀ ਉਹ ਇਸ ਤਰ੍ਹਾਂ ਵਾਸਟ ਨਹੀਂ ਸੀ ਉਦੋਂ, ਤੋ ਜਿਹੜਾ ਇੱਕ ਪਿੰਡ 'ਚ ਕੋਈ ਥੋੜ੍ਹਾ ਪਾਰਕੂ ਹੁੰਦਾ ਜਾਂ ਪੜ੍ਹਿਆ ਲਿਖਿਆ ਹੁੰਦਾ ਸੀ, ਫਿਰ ਉਹ ਕੁਛ ਗੱਲਾਂ ਨਾਲ ਲਿਆਉਂਦਾ ਸੀ, ਸੱਥ 'ਚ ਬੈਠ ਕੇ ਸੁਣਾਉਂਦਾ ਸੀ, ਇੱਦਾਂ ਇਹ ਸੱਥਾਂ 'ਚੋਂ ਨਿਕਲੀ ਹੈ। ਫਿਰ ਹੌਲੀ ਹੌਲੀ ਜਿੱਦਾਂ ਗੁਰਪ੍ਰੀਤ ਵਰਗੇ ਨੌਜਵਾਨ ਜਾਂ ਹੋਰ ਅਨੇਕਾਂ ਨੌਜਵਾਨ ਯੂਨੀਵਰਸਿਟੀਆਂ 'ਚ ਆਏ, ਫਿਰ ਉਹਨਾਂ ਨੇ ਹੌਲੀ ਹੌਲੀ ਉਹ ਲਿਖਤਾਂ ਇਕੱਠੀਆਂ ਕਰੀਆਂ, ਜਿੱਦਾਂ ਉਦਾਹਰਣ ਦੇ ਤੌਰ 'ਤੇ 50-100 ਸਾਲ 125 ਸਾਲ ਪੁਰਾਣੀਆਂ ਜਿਹੜਾ ਕਵੀਸ਼ਰ ਯੁੱਗ ਸ਼ੁਰੂ ਹੋਇਆ ਸੀ ਉਹ ਵੀ ਉੱਥੇ ਕਿਤਾਬਾਂ 'ਚ ਮਿਲਦਾ। ਤੋ ਇੱਦਾਂ ਫਿਰ ਇਕੱਲੀ ਚੀਜ਼, ਤੁਸੀਂ ਫਿਲਮ ਦੇਖੋਗੇ ਸ਼ਾਇਦ ਤੁਹਾਨੂੰ ਇਹ ਸਾਰੇ ਜਵਾਬ ਮਿਲ ਜਾਣਗੇ। ਔਰ ਮੈਂ ਗੁਰਪ੍ਰੀਤ ਨੂੰ ਮਾਈਕ ਦਿੰਦਾ, ਤੁਹਾਨੂੰ ਦੱਸੂਗਾ ਰਿਸਰਚ ਦਾ ਵੇ ਕੀ ਸੀ। ਪਹਿਲਾਂ ਤੁਸੀਂ ਭਾਈ ਕੋਈ ਸਵਾਲ ਸਾਰੇ ਤੁਹਾਡੇ ਤੋਂ ਲੈ ਲੈਣੇ। ਨਹੀਂ ਨਹੀਂ ਆਉਣ ਦੇ ਤੂੰ ਕੋਈ। ਨਹੀਂ ਇਹਦੀ ਦੇਖੋ ਜੀ, ਰਿਸਰਚ ਦਾ ਇਹ ਸੀਗਾ ਕਿ ਇੱਕ ਤਾਂ ਪਿੰਡ ਦੇ ਜਿੰਨੇ ਬਜ਼ੁਰਗ ਸੀਗੇ ਲੋਕ ਅਸੀਂ ਉਹਨਾਂ ਨੂੰ ਜਾਣਿਆ ਸਮਝਿਆ, ਤੇ ਥੋੜ੍ਹੀ ਜਿਹੀ ਬੈਕਗ੍ਰਾਉਂਡ ਇਹਦੀ ਇਹ ਵੀ ਸੀਗੀ ਕਿ ਮੇਰੇ ਪਿੰਡ ਤੋਂ ਸੁੱਚਾ ਸੂਰਮਾ ਦਾ ਪਿੰਡ, ਮੈਨੂੰ ਲੱਗਦਾ 25ਵੇਂ ਮਿੰਟ 'ਚ ਅਸੀਂ ਸੂਰਮੇ ਦੇ ਪਿੰਡ ਪਹੁੰਚ ਜਾਂਦੇ ਹਾਂ। ਸਮਾਓ ਸਾਡੇ ਬਜ਼ੁਰਗਾਂ ਤੋਂ ਮੈਂ ਇਹ ਵੀ ਸੁਣਿਆ ਕਿ ਸੰਗਤੀ ਵਾਲਾ ਪਿੰਡ ਪੈਂਦਾ ਹੈ ਜਿੱਥੇ ਉਹਨਾਂ ਨੂੰ ਇੱਕ ਵਾਰੀ ਅਰੈਸਟ ਵੀ ਕਰਵਾਇਆ ਗਿਆ ਸੀ, ਉਹ ਸਾਡੇ ਪਿੰਡਾਂ ਵਿੱਚ ਹੀ ਜਾਂਦੇ ਹੁੰਦੇ ਸੀ, ਅਸੀਂ ਬਚਪਨ ਤੋਂ ਉਹਨਾਂ ਦੀਆਂ ਗਾਥਾਵਾਂ ਸੁਣ ਕੇ ਵੱਡੇ ਹੋਏ ਹਾਂ। ਸਾਨੂੰ ਇੰਨੀ ਕੁ ਰਿਸਰਚ ਪਤਾ ਚੱਲ ਗਈ ਸੀ ਕਿ 1916 ਦੇ ਆਸ ਪਾਸ ਗੰਗਾ ਜਾ ਕੇ ਫੁੱਲ ਪਾਏ ਗਏ ਸੀ ਸੁੱਚਾ ਸਿੰਘ ਦੇ, ਅਤੇ ਸਾਡੀ ਰਿਸਰਚ ਇਸ ਲੈਵਲ ਤੱਕ ਸੀ ਕਿ ਸਾਨੂੰ ਪਤਾ ਲੱਗਿਆ ਸੀ ਉਹਨਾਂ ਦਾ ਦੌਰ ਵੀ ਕਿਹੜਾ ਹੈਗਾ, ਅਤੇ ਪਿੰਡ ਦੇ ਕੁਛ ਲੋਕਾਂ ਨੇ ਕਾਫ਼ੀ ਕੀਤਾ ਰਿਸਰਚ, ਜਿੱਦਾਂ ਭਾਜੀ ਹੋਰਾਂ ਨੇ ਦੱਸਿਆ ਕਿ ਜਿਹੜੇ ਗਾਥਾਵਾਂ ਲਿਖੀਆਂ ਜਾਂਦੀਆਂ ਨੇਗੀਆਂ, ਮੈਂ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ ਅਤੇ ਸਾਨੂੰ ਉੱਥੋਂ ਕਾਫ਼ੀ ਰੈਫਰੈਂਸ ਮਿਲੀਆਂ ਨੇਗੀਆਂ,
ਬਾਕੀ ਜਦੋਂ ਤੁਸੀਂ ਫਿਲਮ ਨੂੰ ਪੂਰਾ ਜੋੜਦੇ ਹੁੰਦੇ ਹੋਗੇ ਤਾਂ ਤੁਹਾਨੂੰ ਕੁਛ ਨਾ ਕੁਛ ਕ੍ਰੀਏਟਿਵ ਲਿਬਰਟੀ ਲੈਣੀ ਪੈਂਦੀ ਆ। ਕੁਛ ਇੱਦਾਂ ਦੀਆਂ ਤੰਦਾਂ ਸੀ ਜੋ ਨਹੀਂ ਇੱਕ ਦੂਸਰੇ ਨਾਲ ਜੁੜਦੀਆਂ ਸੀ, ਜੋ ਲੋਕਾਂ ਥਾਵਾਂ ਤਾਂ ਚੱਲਦੀਆਂ ਹੁੰਦੀਆਂ ਨੇ, ਉਹ ਲੌਜਿਕਸ ਵਾਸਤੇ ਫਿਰ ਅਮਿਤੋਜ ਭਾਜੀ ਇਸ ਚੀਜ਼ ਕਰਾਫਟ ਦੇ ਮਾਸਟਰ ਨੇ, ਅਤੇ ਮੈਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੇ ਜੋ ਇਹਦੇ ਬੈਸਟ ਸਲਿਊਸ਼ਨਸ ਕੱਢੇ ਨੇ। ਤੁਸੀਂ ਫਿਲਮ 'ਚ ਦੇਖੋਗੇ ਤੁਸੀਂ ਕਹੋਗੇ ਯਾਰ ਕਿ ਆਹ ਲੌਜਿਕਸ ਵੀ ਇੱਦਾਂ ਜੁੜ ਸਕਦੇ ਨੇ। ਕੁਛ ਚੀਜ਼ਾਂ ਪਹਿਲੀ ਵਾਰ ਤੁਸੀਂ ਇਸ ਕਿੱਸੇ ਨੂੰ ਲੈ ਕੇ ਫਿਲਮ 'ਚ ਜਾ ਕੇ ਦੇਖੋਗੇ। ਸਰ ਮੇਰੇ ਇਹਦੇ ਨਾਲ ਹੀ ਜੁੜਦਾ ਸਵਾਲ ਹੈ, ਜਿਵੇਂ ਤੁਸੀਂ ਕਿਹਾ ਨਾ ਸਮਾਓ ਪਿੰਡ ਜਾ ਕੇ ਮਤਲਬ ਬਜ਼ੁਰਗਾਂ ਤੋਂ ਜਾਂ ਉਹ ਰਿਸਰਚ ਕੀਤੀ, ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਾਨਕੇ ਸੀਗੇ ਗਹਿਰੀ ਭਾਗੀ, ਉੱਥੇ ਜਾ ਕੇ ਵੀ ਤੁਸੀਂ ਉਹਨਾਂ ਨੇ ਰਿਸਰਚ ਕੀਤੀ ਜਿੱਥੇ ਕਹਿੰਦਾ ਫਾਂਸੀ ਦਿੱਤੀ ਗਈ ਸੀ? ਬਿਲਕੁਲ ਆ ਜੀ, ਗਹਿਰੀ ਭਾਗੀ ਦੇ ਨਾਲ ਹੀ ਉਹਨਾਂ ਦਾ ਕਨੈਕਸ਼ਨ ਜੁੜਦਾ, ਅਤੇ ਇਹ ਵੀ ਸੱਚ ਹੈ ਕਿ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਉਹ ਗਹਿਰੀ ਭਾਗੀ ਦੇ ਵਿੱਚ ਕੀਤਾ ਗਿਆ ਸੀ, ਉਸ ਜੰਡ ਥੱਲੇ ਜਿੱਥੇ ਫਾਂਸੀ ਦਿੱਤੀ ਗਈ ਸੀ ਉਹ ਸਾਰੇ ਲੋਕਾਂ ਨੂੰ ਅਸੀਂ ਮਿਲੇ ਜਾਣਿਆ, ਔਰ ਉਸ ਕਿੱਸੇ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸੁੱਚਾ ਸਿੰਘ ਸੂਰਮੇ ਦਾ ਗਹਿਰੀ ਭਾਗੀ ਦੇ ਨਾਲ ਕੀ ਸੰਬੰਧ ਹੈ, ਅਤੇ ਜਦਕਿ ਉਹਨਾਂ ਦੇ ਅਸਲ ਫਾਂਸੀ ਲੱਗਣ ਦਾ ਕਾਰਨ ਕੀ ਸੀ, ਉਹ ਸਾਰੀ ਰਿਸਰਚ ਅਸੀਂ ਉੱਥੇ ਜਾ ਕੇ ਕੀਤੀ ਹੈ ਜੀ। ਮਾਨ ਸਾਹਿਬ, ਮੇਰਾ ਸਵਾਲ ਤੁਹਾਡੇ ਨਾਲ ਹੈ, ਮੈਂ ਡੇਲੀ ਪੋਸਟ ਤੋਂ ਸੰਦੀਪ ਕੰਬੋਜ ਗੱਲ ਕਰ ਰਿਹਾ ਜੀ। ਤੁਹਾਡੇ ਇੱਕ ਤਾਂ ਜਿਹੜਾ ਵਾਲਾਂ ਦਾ ਸਟਾਈਲ ਹੈ ਬੜਾ ਸੋਹਣਾ ਹੈ, ਬੜੇ ਲੰਬੇ ਸਮੇਂ ਤੇ ਹੀ ਚੱਲ ਰਿਹਾ ਹੈ, ਤੇ ਅਸੀਂ ਫਿਲਮ ਦਾ ਜੋ ਟ੍ਰੇਲਰ ਦੇਖਿਆ ਤਾਂ ਟ੍ਰੇਲਰ ਦੇ ਵਿੱਚ ਕਿਸੇ ਵੀ ਮਤਲਬ ਅਸੀਂ ਕਹਿ ਦਈਏ ਕਿ ਕੋਈ ਵੀ ਸੈੱਟ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਗਿਆ, ਸਾਰੀ ਚੀਜ਼ ਹੈ ਪੁਰਾਣੀ ਦਿਖਾਈ ਗਈ, ਚਾਹੇ ਮੰਜੇ ਹੋਣ, ਚਾਹੇ ਕੈਂਟੇ ਹੋਣ, ਚਾਹੇ ਉਹ ਗਲਾਂ ਦੇ ਵਿੱਚ ਮਨਕੇ ਹੋਣ, ਚਾਹੇ ਕੁੜੀਆਂ ਦੀ ਡਰੈਸਅਪ ਦੀ ਗੱਲ ਹੋਵੇ, ਤੁਹਾਡੇ ਹੱਥ 'ਚ ਗੰਡਾਸਾ ਜਿਹੜਾ ਕਿ ਹਮੇਸ਼ਾ ਕਿਸਾਨ ਦੇ ਨਾਰੇ ਨਾਲ, ਜ਼ਿਮੀਂਦਾਰ ਦੇ ਨਾਰੇ ਨਾਲ ਜਿਹੜੀ ਪੁਰਾਣੀ ਪਛਾਣ ਹੈਗੀ ਹੈ। ਦੇਖੋ ਇਹ ਸਾਰੀਆਂ ਗੱਲਾਂ ਵੈਸੇ ਤਾਂ ਅਮਿਤੋਜ ਦਾ ਪੱਖ ਸੀ, ਉਹਨਾਂ ਨੇ ਦੱਸਣੇ ਸੀ, ਕਿਉਂਕਿ ਇਹ ਸਾਰੀ ਜਿਹੜੀ ਪੂਰੀ ਕਹਾਣੀ ਜਾਂ ਇਹ ਜਿਹੜੀ ਪੂਰਾ ਪੂਰੀ ਜਿਹੜੀ ਬਸਾਤ ਹੈ ਇਹ ਡਾਇਰੈਕਟਰ ਸਾਹਿਬ ਦੇ ਹਿਸਾਬ ਨਾਲ ਆ, ਔਰ ਇਹ ਬਰੀਕੀ ਤੱਕ ਜਾਣਾ ਅਤੇ ਉਸ ਤਰ੍ਹਾਂ ਦੀ ਟੀਮ ਇਕੱਠੀ ਕਰਨਾ, ਔਰ ਆਰਟ ਵਰਕ ਸੱਚੀ ਲੱਗਦਾ ਸੀ ਉਸ ਸੈੱਟ 'ਤੇ ਕਿ ਅਸੀਂ ਉਸ ਯੁੱਗ 'ਚ ਪਹੁੰਚ ਗਏ। ਸੋ ਇਹ ਇਸ ਵਧਾਈ ਦੇ ਸਾਰੇ ਪਾਤਰ, ਔਰ ਇਸ ਕੰਪਨੀ ਵਾਲੇ ਜਿਨ੍ਹਾਂ ਨੇ ਇਹ ਚੀਜ਼ਾਂ ਮੁਹੱਈਆ ਕਰਵਾਈਆਂ। ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਦੀਪ ਸਿੰਘ ਐਸਐਮਟੀਵੀ ਤੋਂ। ਮੇਰਾ ਗੁਰਪ੍ਰੀਤ ਭਾਈ ਮਾਨ ਸਾਹਿਬ ਤੁਹਾਨੂੰ ਦੋਨਾਂ ਨੂੰ ਸਵਾਲ ਆ, ਸੁੱਚਾ ਸੂਰਮਾ ਦੀਆਂ ਅਸੀਂ ਗਾਥਾਵਾਂ ਵੀ ਬਹੁਤ ਸੁਣੀਆਂ, ਕਹਾਣੀਆਂ ਬਹੁਤ ਸੁਣੀਆਂ, ਅਤੇ ਅੱਗੋਂ ਪਹਿਲਾਂ ਇੱਕ ਫਿਲਮ ਵੀ ਬਣ ਚੁੱਕੀ ਆ 1996 ਦੇ ਵਿੱਚ, ਹੁਣ ਇਹ ਮੂਵੀ ਦੁਬਾਰੇ ਰਿਪੀਟ ਹੋ ਗਈ ਆ, ਇਹਦੇ ਵਿੱਚ ਸਾਨੂੰ ਕੁਝ ਚੇਂਜ ਮਿਲੂਗਾ, ਕੁਝ ਨਵਾਂ ਦੇਖਣ ਨੂੰ ਮਿਲੂਗਾ? ਕੀ ਹੁੰਦਾ ਤੁਸੀਂ ਇਸ ਤਰ੍ਹਾਂ ਦੇ ਇਹ ਇਸ ਤਰ੍ਹਾਂ ਦੇ ਇਹ ਸਵਾਲ ਦੇ ਜਵਾਬ ਨਹੀਂ ਕੋਈ ਹੁੰਦੇ, ਇਹ ਮਤਲਬ ਆਪਾਂ ਇਹ ਖਿਆਲ ਆ ਜੀ ਫਿਲਮ ਆਉਣੀ ਹੈ, ਤੁਹਾਨੂੰ ਇਹ ਸਵਾਲ ਤੁਸੀਂ ਬਾਅਦ 'ਚ ਅੱਛਾ ਲੱਗੂਗਾ ਕਿ ਕਿੱਦਾਂ ਲੱਗੀ, ਉਹ ਅਸੀਂ ਇੱਦਾਂ ਦੱਸ ਨਹੀਂ ਪਾਉਂਦੇ। ਮੰਨ ਲਓ ਹੁਣ ਗੁਰਪ੍ਰੀਤ ਸਿੰਘ ਨੇ ਕਹਾਣੀ ਲਿਖੀ ਹੈ, ਸ਼ਾਇਦ ਜੇ ਗੁਰਪ੍ਰੀਤ ਸਿੰਘ ਉਹਨਾਂ ਨੇ ਪਿਛਲੀ ਫਿਲਮ ਨਹੀਂ ਦੇਖੀ ਕਿੱਦਾਂ ਦੱਸ ਸਕਦੇ, ਹੈ ਨਾ, ਉਹ ਪੋਸੀਬਲ ਨਹੀਂ। ਇਸ ਸਵਾਲ ਦਾ ਜਵਾਬ ਅਸੀਂ ਤੁਹਾਡਾ ਰੱਖ ਲੈਂਦੇ, ਰਾਖਵਾਂ, ਅਤੇ ਬਾਅਦ 'ਚ ਆਪਾਂ ਇਕੱਠੇ ਹੋ ਕੇ ਨਾਲ ਚਾਹ ਪੀਵਾਂਗੇ, ਨਾਲ ਫਿਰ ਤੁਹਾਨੂੰ ਦੇ ਦਾਂਗੇ। ਸ਼ੁਕਰੀਆ, ਲਵ ਯੂ ਬ੍ਰਦਰ। ਹੈਲੋ, ਹਾਈ ਜੀ ਸਰ, ਮੈਂ ਪੁੱਛਣਾ ਸੀਗਾ ਕਿ ਤੁਸੀਂ ਬਹੁਤ ਸਿਲੈਕਟਿਵ ਹੋ ਆਪਣੇ ਪ੍ਰੋਜੈਕਟਸ ਨੂੰ ਲੈ ਕੇ, ਬਹੁਤ ਘੱਟ ਫਿਲਮਾਂ ਕਰਦੇ ਹੋ, ਲਾਈਕ ਕਬੱਡੀ ਦੇ ਮੈਚ ਦੇਖਦਾ ਸੀ, ਕਹਿੰਦਾ ਕਬੱਡੀ ਯਾਰ ਫਿਲਮ ਦਾ ਕੀ ਲੈਣਾ, ਮੈਂ ਕਿਹਾ ਮੈਂ ਦੇਖਦਾ ਸੀ ਭੀਮਾ ਹੱਥ ਕਿਵੇਂ ਲਾਉਂਦਾ, ਹਰਜੀਤ ਕਿੱਦਾਂ ਰੇਡ ਕਰਦਾ, ਮੱਗੀ ਕਿੱਦਾਂ ਫੜਦਾ, ਕਹਿੰਦਾ ਫੇਰ, ਮੈਂ ਕਿਹਾ ਫਿਰ ਹੁਣ ਅਸੀਂ ਰੇਡ ਪਾਉਣ ਨਿਕਲ ਗਏ। ਸੋ ਇਸ ਕਰਕੇ ਪਤਾ ਕੀ ਹੁੰਦਾ ਫਿਲਮ ਨਾ, ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ, ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀ ਹਾਂ, ਥੋੜ੍ਹੇ ਜਿਹੇ ਸਾਡੇ ਸੁਭਾਅ ਥੋੜ੍ਹੇ ਅੜਬ ਹੈ ਸਾਰਿਆਂ ਦੇ, ਛੋਟੀ ਜਿਹੀ ਗੱਲ 'ਤੇ ਫਿਰ ਅਸੀਂ ਗੁੱਸੇ ਹੋ ਜਾਂਦੇ ਹਾਂ, ਇੱਦਾਂ ਫਿਰ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ।
ਤੋ ਇਸ ਕਰਕੇ ਕਈ ਵਾਰੀ ਅੱਛੀਆਂ ਫਿਲਮਾਂ ਨਹੀਂ ਬਣਾ ਪਾਉਂਦੇ ਪਰ ਵਕਤ ਨਾਲ ਫਿਰ ਆਪਾਂ ਸਿਰਮਾ ਇੱਕ ਚੀਜ਼ ਐਸੀ ਹੈ ਨਾ ਇਹ ਹੌਲੀ ਹੌਲੀ ਸਮਝ ਆਉਂਦਾ ਇਹ ਜਦੋਂ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਅੱਛਾ ਕੰਮ ਪਰ ਨਹੀਂ ਇਹਦਾ ਸਕਸੈਸ ਰੇਟ ਬਹੁਤ ਘੱਟ ਹੈ ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ 2 ਘੰਟੇ ਹੈ ਉਹਨੇ 2 ਘੰਟੇ ਡਿਸਾਈਡ ਕਰਨਾ ਅੱਛਾ ਹੈ ਉਹਦੇ ਕੋਲ 2 ਹੀ ਸਵਾਲ ਹੈ ਕਮਾਲ ਹੈ ਜਾਂ ਬਕਵਾਸ ਹੈ ਸੋ ਇਸ ਕਰਕੇ ਕਦੇ ਕਦੇ ਅੱਛੀਆਂ ਚੀਜ਼ਾਂ ਬਣਦੀਆਂ ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਜਾਂ ਪ੍ਰੋਡਕਸ਼ਨ ਹਾਊਸ ਇੱਕ ਇੱਕ ਬੰਦਾ ਇਹਦੇ 'ਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਹੈ ਔਰ ਦਰਸ਼ਕਾਂ ਦਾ ਨਹੀਂ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ ਹੈ ਮੰਨ ਲਓ ਦੇਖੋ ਇਤਿਹਾਸਕ ਫਿਲਮਾਂ ਬਹੁਤ ਘੱਟ ਬਣਦੀਆਂ ਇਸੇ ਲਈ ਕਿ ਇਹਨਾਂ 'ਤੇ ਖਰਚਾ ਬਹੁਤ ਹੁੰਦਾ ਅਤੇ ਕਈ ਵਾਰੀ ਉਹ ਨਹੀਂ ਪੈਸੇ ਪੂਰੇ ਹੁੰਦੇ ਦੂਜੀ ਬਣਾ ਹੀ ਨਹੀਂ ਪਾਉਂਦੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ ਤਾਂ ਸ਼ਾਇਦ ਅਸੀਂ ਵੀ ਫਿਰ ਇੱਕ ਵਾਰੀ ਹੋਰ ਜ਼ੋਰ ਨਾਲ ਹਿੰਮਤ ਕਰ ਲਈਏ ਉਹ ਜੋ ਸਾਡੇ ਖਿਆਲ 'ਚ ਹੈ ਕਿਉਂਕਿ ਹਰ ਦਹਾਕੇ ਬਾਅਦ ਸਿਲੇਬਸ ਬਦਲਦੇ ਇੱਕ ਚੀਜ਼ ਦਿਮਾਗ 'ਚ ਰੱਖਿਓ ਸਿਆਣੀ ਗੱਲ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨ ਦਾ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਿਸਾਬ ਨਾਲ ਸਿਸਟਮ ਚੱਲਦਾ ਸੀ ਸਾਡੀਆਂ ਬਹੁਤ ਮਾਲਵੇ ਦੀਆਂ ਸਾਡੇ ਸਾਂਝੇ ਪੰਜਾਬ ਦੇ ਤਾਂ ਇੰਨੀਆਂ ਕਹਾਣੀਆਂ ਮਤਲਬ ਤੁਸੀਂ ਸੋਚ ਹੀ ਨਹੀਂ ਸਕਦੇ ਜਿਹਦੇ 'ਚ ਛੋਟੀ ਛੋਟੀਆਂ ਬਰੇਵਰੀਜ਼ ਹੈ ਬਟ ਉਹ ਉਸ ਵਕਤ ਬਹੁਤ ਵੱਡੀਆਂ ਸੀ ਤਾਂ ਉਹ ਛੋਟੀ ਛੋਟੀਆਂ ਗੱਲਾਂ ਨਾਲ ਬਹੁਤ ਅੱਛੀਆਂ ਫਿਲਮਾਂ ਬਣ ਸਕਦੀਆਂ ਇਸ ਫਿਲਮ ਨੂੰ ਜਦੋਂ ਤੁਸੀਂ ਸਾਈਨ ਕੀਤਾ ਤਾਂ ਉਹਦਾ ਰੀਜ਼ਨ ਪਹਿਲਾਂ ਮਤਲਬ ਪਹਿਲਾਂ ਸਕ੍ਰਿਪਟ ਆਈ ਸੀ ਜਾਂ ਪਹਿਲਾਂ ਯਾਰੀ ਦੋਸਤੀ ਕਰਕੇ ਨਹੀਂ ਮੇਰਾ ਇਹ ਤਾਂ ਸਾਡੀ ਯਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਵੀ ਸਾਡਾ ਹੀ ਹੈ ਮੈਂ ਕਦੇ ਕਦੇ ਮੈਨੂੰ ਸ਼ਿਕਵਾ ਕਰਦਾ ਰਹਿੰਦਾ ਪਰ ਮੇਰੇ ਤੋਂ ਛੋਟਾ ਫਿਰ ਮੈਂ ਮਿੱਤਰਤਾ ਤਾਂ ਹੁੰਦੀ ਹੈ ਦੇਖੋ ਤੇ ਸਿਨੇਮਾ ਨੂੰ ਜੁੜਦਾ ਇੱਕ ਹੋਰ ਸਵਾਲ ਸੀ ਮੇਰਾ ਕਿ ਤੁਸੀਂ ਜਦੋਂ ਦੇਖੋ ਪੰਜਾਬੀ ਸਿਨੇਮਾ ਨੂੰ ਤਾਂ ਬਹੁਤ ਸਾਰੇ ਜਿਹੜੇ ਏ ਲਿਸਟ ਐਕਟਰਸ ਹੈ ਉਹ ਇਕੱਠੇ ਕਿਸੇ ਦੀ ਗੱਲ ਨਾ ਕਰੋ ਫਿਰ ਚੰਗਾ ਨਹੀਂ ਲੱਗਦਾ ਮੈਂ ਤਾਂ ਬੋਲਦਾ ਨਹੀਂ ਮੈਂ ਤਾਂ ਜੇ ਕਦੇ ਕਦੇ ਬੋਲਦਾ ਫਿਰ ਉਹਦੇ ਹਰ ਗੱਲ ਦੀ ਕੰਟਰੋਲ ਮੇਰੇ ਤੋਂ ਸਾਰੇ ਛੋਟੇ ਆ ਨੌਜਵਾਨ ਨਹੀਂ ਬਟ ਮੇਰਾ ਸਿੰਪਲ ਸਵਾਲ ਆ ਸੀ ਕਿ ਕੋਲੈਬੋਰੇਸ਼ਨ ਐਜ਼ ਇਨ ਕਿ ਐਕਟਰਸ ਦੇ ਵਿੱਚ ਹੋਰ ਹੋਣੀ ਚਾਹੀਦੀ ਹੈ ਜੀ ਭੈਣੇ ਜੀ ਸੁਣ ਮੈਂ ਸੁਣਾਉਂਦਾ ਅਸੀਂ ਤਾਂ ਜਦੋਂ ਕੈਰੀਅਰ ਸ਼ੁਰੂ ਕੀਤਾ ਉਦੋਂ ਹੀ ਬੰਬੇ ਫਿਲਮ ਬਣਾਉਣ ਵਗ ਗਏ ਸੀ ਉਸ ਇੰਡਸਟਰੀ ਨਾਲ ਸਾਡਾ ਇਸ ਕਰਕੇ ਬਹੁਤ ਹੀ ਬਣੀ ਨਹੀਂ ਕਿਉਂਕਿ ਜਿਹੜੀ ਅਸੀਂ ਫਿਲਮ ਬਣਾਈ ਸੀ ਨਾ ਉਹ ਅਸਲੀ ਸਰਦਾਰਾਂ ਦੀ ਕਹਾਣੀ ਸੀ ਜਿਹੜੇ ਅੜਦੇ ਆ ਲੜਦੇ ਆ ਤੇ ਖੜਦੇ ਆ ਔਰ ਜਿਹੜੇ ਸਦੀਆਂ ਤੋਂ ਖੜਦੇ ਆਏ ਆ ਸੋ ਇਸ ਕਰਕੇ ਤੁਸੀਂ ਦੱਸੋ ਕਿਹਦੇ ਨਾਲ ਕਰਨੀ ਆ ਮੈਂ ਤਾਂ ਰੈਡੀ ਹਾਂ ਤੁਸੀਂ ਸਾਰੇ ਗਾਉਣ ਵਾਲੇ ਇਕੱਠੇ ਕਰ ਲਓ ਮੈਂ ਤਾਂ ਵਿਲਨ ਦਾ ਰੋਲ ਕਰਨ ਨੂੰ ਤਿਆਰ ਹਾਂ ਤੁਸੀਂ ਜੋ ਮਰਜ਼ੀ ਦੇ ਦਿਓ ਬਣਾ ਰਹੇ ਹੋ ਤੁਸੀਂ ਆਪਾਂ ਸਾਰੇ ਮੀਡੀਆ ਵਾਲੇ ਥੋੜੇ ਥੋੜੇ ਇਕੱਠੇ ਕਰਕੇ ਇੱਕ ਫਿਲਮ ਬਣਾ ਲੈਂਦੇ ਹਾਂ ਕਿਉਂਕਿ ਦੇਖੋ ਮੀਡੀਆ ਵਾਲਿਆਂ ਕੋਲ ਗਾਉਣੇ ਵਾਲਿਆਂ ਨੇ ਆਉਣਾ ਹੁੰਦਾ ਤੁਸੀਂ ਸ਼ਰਤ ਰੱਖ ਦਿਓ ਸਾਰੇ ਪ੍ਰੈਸ ਰਿਪੋਰਟਰ ਵੀ ਦੇਖੋ ਸ਼ਰਤ ਇੱਕ ਹੈ ਵੀ ਪ੍ਰੈਸ ਵਾਲਿਆਂ ਨੇ ਫਿਲਮ ਬਣਾਉਣੀ ਹੈ ਅਤੇ ਜੇ ਨਹੀਂ ਕਰੋਗੇ ਫਿਰ ਅਸੀਂ ਬਾਕੀ ਕੱਟ ਕਰਾਂਗੇ ਆਮ ਰੈਡੀ ਐਨੀ ਟਾਈਮ ਮਾਨ ਸਾਹਿਬ ਇੱਧਰ ਸਿੱਧਾ ਸਟ੍ਰੇਟ ਹਾਂਜੀ ਹਾਂ ਦੂਜਾ ਸਵਾਲ ਹੈ ਤੁਹਾਡਾ ਹਾਂਜੀ ਕਿਉਂਕਿ ਮੈਨੂੰ ਐਂ ਲੱਗਿਆ ਕਿ ਤੁਸੀਂ ਹੱਥ ਕਦੀ ਕਦੀ ਆਉਂਦੇ ਤੁਸੀਂ ਤਾਂ ਜਿੰਨਾ ਫਾਇਦਾ ਅਸੀਂ ਲੈ ਸਕੀਏ ਲੈ ਲਈਏ ਤੁਸੀਂ ਬਿਨਾਂ ਕੈਮਰੇ ਤੋਂ ਆ ਜਾ ਕਰੋ ਬਹੁਤ ਟਾਈਮ ਹੁੰਦਾ ਮੇਰੇ ਉਦਾਂ ਹੀ ਗੱਲਾਂ ਬਾਤਾਂ ਮਾਰਿਆ ਕਰਾਂਗੇ ਜ਼ਰੂਰ ਤੁਹਾਨੂੰ ਐਸੀ ਜਗ੍ਹਾ ਐਸੀ ਚਾਹ ਪਿਲਾਉਂਗਾ ਵੀ ਮੈਂ ਤੁਸੀਂ ਯਾਦ ਕਰੋ ਨਾਟ ਇਨ ਦੈਟ ਵੇ ਅਸਲ 'ਚ ਕੀ ਹੈ ਸਾਡੇ ਸਮਾਜ 'ਚ ਨਾ ਗੈਪ ਬਹੁਤ ਹੈ ਮੰਨ ਲਓ ਆਪਾਂ ਅੱਜ ਇਕੱਠੇ ਹੋਏ ਹਾਂ ਤੁਸੀਂ ਪ੍ਰੈਸ ਵਾਲੇ ਹੋ ਮੈਂ ਮਤਲਬ ਇਸ ਖਿੱਤੇ 'ਚ ਹੈ ਅੱਜ ਆਪਾਂ ਨੇ ਆਪਣਾ ਕੰਮ ਕਰਕੇ ਵਗ ਜਾਣਾ ਤੁਸੀਂ ਆਪਦੀਆਂ ਖਬਰਾਂ 'ਚ ਮਸਰੂਫ ਮੈਂ ਆਪਦੇ ਕੰਮ ਪਰ ਨਿੱਜੀ ਤੌਰ 'ਤੇ ਵੀ ਜਦੋਂ ਤੁਸੀਂ ਜਿੰਨੇ ਦੇਖੋ ਇਸ ਸਮਾਜ ਨੂੰ ਹਰ ਵਰਗ ਦੀ ਲੋੜ ਹੈ ਔਰ ਤੁਸੀਂ ਜਿਹੜੇ ਪੱਤਰਕਾਰ ਵਿਭਾਗ ਪੱਤਰਕਾਰ ਆ ਨਾ ਬਹੁਤ ਥੋੜ੍ਹੇ ਰਹਿ ਗਏ
ਤੁਸੀਂ ਜਾਗਰੂਕ ਕਰਨ ਵਾਲੇ ਲੋਕ ਹੋ, ਤੁਸੀਂ ਸਿਸਟਮ ਨਾਲ ਅੜਨ ਵਾਲੇ ਲੋਕ ਹੋ। ਜਿੰਨਾ ਸੋਸ਼ਲ ਵਰਕਰ ਅੜਦਾ ਉਦੋਂ ਵੱਧ ਤੁਹਾਡਾ ਯੋਗਦਾਨ ਆਉਂਦਾ। ਨਿੱਜੀ ਤੌਰ 'ਤੇ ਵੀ ਕੋਈ ਇਸ ਤਰ੍ਹਾਂ ਦੀਆਂ ਮਿਲਣੀਆਂ ਰੱਖਿਆ ਕਰੋ। ਕੋਈ ਜ਼ਰੂਰੀ ਨਹੀਂ ਆਪਾਂ ਨੇ TRP ਲਿਆ ਇੱਕ ਦੂਜੇ ਨਾਲ ਇੱਦਾਂ ਹੀ ਮਿਲਣਾ। ਤੁਸੀਂ ਜੇ ਮੈਂ ਤਾਂ ਚਾਹੁੰਦਾ ਹੁੰਦਾ, ਮੈਂ ਕਈ ਵਾਰੀ ਇਹਨੂੰ ਕਿਹਾ, ਮੈਂ ਪਿੱਛੇ ਇਹਨੂੰ ਕਿਹਾ ਸੀ, ਮੈਂ ਕਿਹਾ ਜਿੰਨੇ ਤੁਹਾਡੇ ਪ੍ਰੋਫੈਸਰ ਤੇਰੇ ਸੱਜ ਕਿਤੇ ਬਿਠਾ ਆਪਾਂ ਗੋਸ਼ਟੀ ਕਰੀਏ। ਮੈਂ ਚਾਹੁੰਦਾ ਕਿ ਤੁਹਾਡੇ ਜਿੰਨੇ ਪੜ੍ਹੇ ਲਿਖੇ ਕਿ ਮੈਨੂੰ ਦੱਸਿਆ ਕਰੋ, ਮੈਂ ਤੁਹਾਡੇ ਲਈ, ਅਸੀਂ ਬਹੁਤ ਅੱਛੇ ਮਹਿਮਾਨ ਨਵਾਜ਼ ਹਾਂ। ਤੁਸੀਂ ਆਓ ਕਦੇ, ਆਪਾਂ ਵੈਸੇ ਵੀ ਗੱਲਾਂ ਕਰੀਏ ਜਿਹੜੀਆਂ ਆਪਣੇ ਤੋਂ ਬਿਨਾਂ ਵੀ ਹੋਣ, ਸਾਡੇ ਸਮਾਜ ਲਈ ਹੋਣ, ਪੰਜਾਬ ਲਈ ਹੋਣ। ਜ਼ਰੂਰ ਮਾਨ ਸਾਹਿਬ, ਧੰਨਵਾਦ। ਮਾਨ ਸਾਹਿਬ, ਮੇਰਾ ਸਵਾਲ ਨਾ ਥੋੜ੍ਹੀ ਇਸੇ ਗੱਲ ਨੂੰ ਰਿਲੇਟ ਕਰਦਾ ਹੀ ਹੈ। ਇੱਥੇ ਬਹੁਤ ਸਾਰੀ ਯੰਗ ਜਨਰੇਸ਼ਨ ਬੈਠੀ ਹੈ ਨਾ, ਤੁਹਾਡੇ ਖਿਆਲ, ਆਪਾਂ ਨਾ ਬਹੁਤ ਵਾਰ ਸੋਚਦੇ ਹਾਂ ਕਿ ਵਿਚਰਦੇ ਰਹਿੰਦੇ ਹਾਂ ਹਰ ਹਫ਼ਤੇ, ਹੈ ਨਾ, ਆਰਟਿਸਟ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਤਾਂ ਸਾਨੂੰ ਚੰਗਾ ਲੱਗਦਾ ਜਦੋਂ ਤੁਹਾਡੇ ਵਰਗੇ ਐਕਸਪੀਰੀਅੰਸਡ ਲੋਕ, ਜਿਨ੍ਹਾਂ ਨੇ ਸਿਨੇਮਾ ਨੂੰ ਦੇਖਿਆ, ਜਿਨ੍ਹਾਂ ਦੇ ਜ਼ਿੰਦਗੀ ਦੇ ਆਪਦੇ ਤਜ਼ਰਬੇ ਬੜੇ ਅਲੱਗ ਰਹੇ ਹੈ, ਬੜੇ ਚੰਗੇ ਰਹੇ ਹੈ, ਸਾਨੂੰ ਚੰਗਾ ਲੱਗਦਾ ਇਸ ਚੀਜ਼ ਵਾਸਤੇ ਕਿ ਅਸੀਂ ਇੱਦਾਂ ਦੇ ਆਰਟਿਸਟ ਨਾਲ ਬੈਠੀਏ ਦੋ ਘੜੀ, ਉਹਨਾਂ ਨੂੰ ਸੁਣ ਪਾਈਏ, ਉਹਨਾਂ ਨੂੰ ਸਮਝ ਪਾਈਏ। ਕੈਮਰੇ ਅੱਗੇ ਤੁਸੀਂ ਜਿਵੇਂ ਕਿਹਾ ਬਹੁਤ ਘੱਟ ਆਉਂਦੇ ਹੋ, ਮੈਂ ਅੱਜ ਦੀ ਜਨਰੇਸ਼ਨ ਅਤੇ ਪੁਰਾਣੀ ਜਨਰੇਸ਼ਨ 'ਚ ਨਾ ਤੁਹਾਡੇ ਅਕੋਰਡਿੰਗ ਫਰਕ ਕੀ ਹੈ, ਮੈਂ ਉਹ ਜਾਣਨਾ ਚਾਹੁੰਦਾ। ਮੇ ਬੀ ਸ਼ਾਇਦ ਤੁਹਾਡੀ ਐਡਵਾਈਸ ਕਿੰਨੇ ਲੋਕਾਂ ਦੇ ਕੰਮ ਆ ਸਕੇ, ਕਿੰਨੇ ਲੋਕ ਇਸ ਚੀਜ਼, ਜਿਵੇਂ ਮੈਂ ਕਿਹਾ ਯੰਗ ਜਨਰੇਸ਼ਨ ਬੈਠੀ ਹੋਈ ਹੈ, ਕਿਉਂਕਿ ਤੁਸੀਂ ਥੋੜ੍ਹਾ ਜਿਹਾ ਸਾਈਡ ਰਹਿੰਦੇ ਹੋ ਅੱਜ ਕੱਲ੍ਹ ਕੈਮਰਾਸ ਤੋਂ, ਹੈ ਨਾ, ਜਾਂ ਤੁਸੀਂ ਨਾ ਹੋ ਕੇ, ਤੁਸੀਂ ਮੈਨੂੰ ਬੁਲਾਓ। ਪਤਾ ਕੀ ਹੁੰਦਾ, ਜਦੋਂ ਕੋਈ ਬੰਦਾ ਸਟੂਡੀਓ 'ਚ ਬੰਦਾ ਗੱਲ ਕਰਦਾ ਅੱਛਾ ਲੱਗਦਾ ਕਰਦਾ, ਮੈਂ ਸ਼ਲਾਰੂ ਜੀ ਆ ਔਲਾਰ ਕਿਸਮ ਦੀ ਗੱਲ ਦਾ ਨਾ ਕੋਈ ਸਵਾਲ ਦਾ ਨਾ ਕੋਈ ਜਵਾਬ ਹੁੰਦਾ। ਉਸ ਤਰ੍ਹਾਂ ਦੀਆਂ ਗੱਲਾਂ ਦਾ ਮੈਂ ਵੈਸੇ ਸ਼ੌਕੀਨ ਨਹੀਂ, ਪਹਿਲਾਂ ਤੋਂ ਨਹੀਂ ਸ਼ੌਕੀਨ ਮੈਂ। ਚੰਗੀਆਂ ਗੱਲਾਂ ਵਾਲੇ ਤਾਂ ਮੈਂ ਤਾਂ ਲੱਭਦਾ, ਮੈਨੂੰ ਕੋਈ ਚੰਗੇ ਔਥਰ, ਚੰਗੇ ਕਿਤਾਬਾਂ ਲਿਖਣ ਵਾਲੇ ਨੂੰ, ਮੈਂ ਤਾਂ ਇਹਨਾਂ ਨੂੰ ਕਿਹਾ ਕਿ ਕੋਈ ਵੀ ਨੌਜਵਾਨ ਅੱਛਾ ਕੋਈ ਲੇਖਕ ਹੈ, ਕਿਤਾਬ ਲਿਖਦਾ, ਨਹੀਂ ਛਪਾਉਣ ਦੀ ਸਮਰੱਥਾ ਰੱਖਦਾ, ਤੂੰ ਮੇਰੇ ਕੋਲ ਲੈ ਕੇ ਆ, ਕਿਤਾਬਾਂ ਦੀ ਲੋੜ ਪੈਣੀ ਹੈ ਤੁਹਾਨੂੰ। ਭਵਿੱਖ ਦੋ ਚੀਜ਼ਾਂ 'ਤੇ ਖੜਾ ਤੁਹਾਡਾ, ਯਾਦ ਰੱਖਿਓ, ਇੱਕ ਸੋਨੇ 'ਤੇ, ਜਿੰਦ ਜੇ ਕਿਸੇ ਕੋਲ ਮੁੰਦੀ ਜਾਂ ਚੈਨੀ ਆਪਦੀ ਸਾਂਭ ਕੇ ਰੱਖੋ, ਇਹ ਭਵਿੱਖ ਹੈ ਤੁਹਾਡਾ, ਇਹ ਕਰੰਸੀ ਹੌਲੀ ਹੌਲੀ ਇਸ ਤਰ੍ਹਾਂ ਚੇਂਜ ਹੋਣੀ ਹੈ। ਸੋਨਾ, ਪੁਰਾਣੇ ਬਜ਼ੁਰਗ ਸਿਆਣੇ ਹੁੰਦੇ ਸੀ, ਬੇਬੀਆਂ ਸਾਡੀਆਂ ਸਾਂਭ ਕੇ ਸੰਦੂਕ 'ਚ ਸੋਨਾ ਰੱਖਦੀਆਂ ਸੀ, ਉਹ ਸਾਡੀ ਵਰਤ ਸੀ, ਇਸੇ ਤਰ੍ਹਾਂ ਇੱਕ ਕਿਤਾਬਾਂ। ਤੋ ਇਹ ਦੋ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕਰੋ ਹਮੇਸ਼ਾ। ਅੱਜ ਤੁਸੀਂ, ਤੁਹਾਡੇ ਅਕੋਰਡਿੰਗ ਇਸ ਚੀਜ਼ ਦੀ ਜ਼ਿਆਦਾ ਕਮੀ ਹੈਗੀ ਜਿਹੜੀ ਯੰਗ ਜਨਰੇਸ਼ਨ, ਕਿਉਂਕਿ ਲੋਕ ਨਾ ਭੱਜ ਦੌੜ 'ਚ ਕਾਫੀ ਜ਼ਿਆਦਾ ਨੇ, ਕੁਆਲਿਟੀ ਚੀਜ਼ਾਂ 'ਤੇ ਕਾਫੀ ਘੱਟ ਫੋਕਸ ਰੱਖਦੇ ਆ? ਸਰ, ਤੁਸੀਂ ਸਮਝ ਨਹੀਂ, ਜਿਹੜਾ ਕਾਰਪੋਰੇਟ ਆ ਤੁਹਾਤੋਂ 10 ਸਾਲ ਅੱਗੇ ਸੋਚਦਾ, ਉਹਨਾਂ ਨੂੰ ਪਤਾ ਸੀ ਕਿ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਜਿਹੜੇ ਬੈਸਟ ਦੇ ਲੋਕ ਆ, ਥੋੜ੍ਹੇ ਜਿਹੇ ਆਲਸੀ ਹੋ ਗਏ, ਉਹ ਫਨ ਲਵਰ ਹੋ ਗਏ, ਉਹ ਪਿੰਡ ਛੱਡ ਕੇ ਆਪਦੇ ਸ਼ਹਿਰਾਂ ਦੀ ਅਪਾਰਟਮੈਂਟ 'ਚ ਰਹਿਣ ਲੱਗ ਗਏ, ਉਹਨਾਂ ਨੂੰ ਸਿਰਫ 4 ਦਿਨ ਕੰਮ ਤੱਕ ਮਤਲਬ ਹੈ, ਫਿਰ ਸਾਡੇ ਲਈ ਵਰਕਰ ਕਿੱਥੋਂ ਰਹਿਣਗੇ? ਫਿਰ ਉਹਨਾਂ ਨੇ ਨਵਾਂ ਥੋਟ ਸੋਚਿਆ, ਦੇ ਸਟਾਰਟਡ ਦਿਸ ਸਮਾਜਿਕ ਮੀਡੀਆ, ਉਹ ਕਹਿੰਦੇ ਇਹਨਾਂ ਨੂੰ ਹੈਬਿਟ ਤਾਂ ਪਾਓ, ਅੱਜ 4 ਸਾਲ ਦਾ ਨਿਆਣਾ ਜਾਂ 3 ਸਾਲ ਦਾ ਨਿਆਣਾ ਰੋਟੀ ਤਾਂ ਕਹਿੰਦਾ, ਪਹਿਲਾਂ ਹੱਥ 'ਚ ਫੋਨ ਫੜਾਓ, ਅਡਿਕਟ ਕਰਤਾ ਨਾ ਕੀਬੋਰਡ ਲਈ, ਬਸ ਇਹ ਮਤਲਬ ਉਹ ਆਪਣੀ ਲਹਿਰ ਬਣਾਈ ਰੱਖਦੇ ਹਾਂ। ਕਿਉਂ ਤੁਹਾਨੂੰ ਭੋਜਨ ਖਾਣ ਲੱਗੇ ਲਾਲ ਰੰਗ ਦੇ ਲੋਕੋ ਕਿਉਂ ਮਿਲਦੇ ਆ? ਕਿਉਂ ਜਿਹੜੇ ਸਾਡੀ ਬੋਡੀ ਦੇ ਚੱਕਰ ਹੈ, ਜੋ ਪੁਰਾਤਨ ਸਾਡੀ ਸੱਭਿਅਤਾ ਮੁਤਾਬਕ ਉਹ ਰੈੱਡ ਕਲਰ ਹੈ, ਉਹ ਫਾਇਰ ਦਾ ਸਾਈਨ ਹੈ। ਤੁਸੀਂ ਇਹ ਬਹੁਤ ਦੂਰ ਦੇਸ਼ੀ ਦੀਆਂ ਗੱਲਾਂ, ਇਕੱਲੇ ਆਇਓ, ਫਿਰ ਆਪਾਂ ਮਾਰਾਂਗੇ ਗੱਪਾਂ ਬੈਠ ਕੇ। ਦੇਖੋ, ਪੂਰੀ ਦੁਨੀਆ ਜਗੜ ਲਈ ਸਿਆਸਤ ਭਾਰੂ ਆ, ਹਰ ਚੀਜ਼ ਤੇ ਕੋਈ ਸ਼ੱਕ ਨਹੀਂ। ਸੁੱਚਾ ਸੂਰਮਾ ਤੇ ਕੱਟ ਸੁਭਾਵਿਕ ਤੌਰ ਤੇ ਨਹੀਂ ਲੱਗੋ ਕਿ ਉਸ ਤਰ੍ਹਾਂ ਦੀ ਫਿਲਮ ਹੈ ਨਹੀਂ। ਹਾਂ, ਹਵਾਏ ਵੇਲੇ ਤਾਂ ਅਸੀਂ ਬਹੁਤ ਲਟਾ ਫਿਲਮ ਹੈ, ਸਾਡੇ ਤਾਂ ਬੜੇ ਪਰਚੇ ਪੁਰਚੇ ਹੋਏ,
ਕਈ ਵਾਰੀ ਕਈ ਬੰਦੇ ਪੁੱਛਦੇ, ਦੇਖੋ ਹਰ ਬੰਦਾ ਆਪਣੇ ਤਰੀਕੇ ਨਾਲ ਪੱਤਰਕਾਰ ਆਪਣੇ ਤਰੀਕੇ ਨਾਲ ਖਬਰ ਲਾ ਕੇ ਸਿਸਟਮ ਦੇ ਖਿਲਾਫ ਬੋਲਦਾ। ਤੋ ਜਦੋਂ ਅਸੀਂ ਕੈਰੀਅਰ ਸ਼ੁਰੂ, ਸਾਡੇ 'ਚ ਇਸ ਤਰ੍ਹਾਂ ਦਾ, ਕਿਉਂਕਿ ਅਸੀਂ ਨਿਕਲੇ ਸੀ ਉਸ ਕੰਮ 'ਚੋਂ, ਸਾਡੇ ਬਹੁਤ ਸੱਜਣ ਸੰਘਰਸ਼ੀ ਸੀ, ਪਰ ਉਹਦੇ ਲੜਨਾ ਬਹੁਤ ਔਖਾ ਸੀ। ਅੱਜ ਵੀ ਉਹੀ ਹਾਲ ਹੈ। ਤੁਸੀਂ ਸਿਸਟਮ ਨੂੰ ਚੈਲੰਜ ਕਰਨ ਲਈ ਕੋਈ ਚੀਜ਼ ਬਣਾਉਂਦੇ ਹੋ, ਉਹ ਡੱਕ ਦਿੰਦਾ। ਪਰ ਇਹ ਦੇਖੋ, ਇਹ ਇਨਸਾਨੀ ਜ਼ਿੰਦਗੀ ਹੈ, ਇਹਦੇ ਨਾਲ ਤਾਂ ਲੜਨਾ ਤਾਂ ਪੈਂਦੀ ਹੈ। ਆਵਾਜ਼ ਤਾਂ ਤੁਹਾਨੂੰ ਚੱਕਣੀ ਪੈਂਦੀ ਹੈ, ਚੱਕਦੇ ਰਹੋ ਕਿੱਥੇ ਤੱਕ ਜਾਂਦੀ ਹੈ। ਉਹ ਸਭ ਦਾ ਲੜਨ ਦਾ ਆਪਣਾ ਆਪਣਾ ਤਰੀਕਾ ਹੁੰਦਾ। ਕੋਈ ਗਰੀਲਾ ਯੁੱਧ ਜਦੋਂ ਹੁੰਦੇ ਸੀ ਉਦੋਂ ਉਸ ਤਰ੍ਹਾਂ ਲੜਿਆ ਜਾਂਦਾ ਸੀ। ਅੱਜ ਵਿਚਾਰ ਦਾ ਯੁੱਗ ਆ ਗਿਆ, ਜਿਹੜਾ ਗੁਰੂ ਸਾਹਿਬ ਨੇ, ਪਹਿਲੇ ਗੁਰੂ ਸਾਹਿਬ ਨੇ ਸਾਡੇ ਨੇ ਦੱਸਿਆ ਸੀ ਵੀ ਵਿਚਾਰ ਕਰੋ। ਹੁਣ ਦੇਖੋ ਅੱਗੇ ਅੱਗੇ ਦੁਨੀਆ ਕਿਵੇਂ ਬਦਲਦੀ ਹੈ। ਨਹੀਂ, ਮੈਂ ਦੇਖੋ, ਮੇਰੀ ਇੱਕ ਚੀਜ਼ ਯਾਦ ਰੱਖਿਓ, ਮੈਨੂੰ ਪਤਾ ਸੀ ਤੈਂ ਸ਼ਰਾਰਤ ਕਰਨੀ, ਉੱਠ ਕੇ ਆਇਆ ਤੂੰ ਕੁਰਸੀ ਤੋਂ। ਨਹੀਂ, ਮੈਨੂੰ ਦੇਖਦਾ ਨਿਗਾਹ ਨਹੀਂ ਘੱਟੀ ਵਾਰੀ ਸੈੱਟ। ਪ੍ਰੋਬਲਮ ਮੇਰੀਆਂ ਦੋ ਆ। ਮੈਂ ਸਾਰੇ ਅੰਦੋਲਨ 'ਚ ਤੁਸੀਂ ਦੇਖਿਆ ਹੋਣਾ, ਮੈਂ ਜੇ ਸਿਸਟਮ ਨਾਲ ਵੀ ਗੱਲ ਕਰਦਾ, ਮੈਂ ਰਿਸਪੈਕਟਫੁਲੀ ਕਰਦਾ। ਸਟੇਜ 'ਤੇ ਖੜ ਕੇ, ਤੈਸ਼ 'ਚ ਆ ਕੇ, ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਭਰਮਾ ਸਕਦੇ ਹੋ, ਪਰ ਉਹਦੇ ਨਾਲ ਤੁਸੀਂ ਆਪਣਾ ਕਿਰਦਾਰ ਸੁੱਟ ਲੈਂਦੇ ਹੋ। ਕਦੇ ਵੀ ਕਿਸੇ ਦੀ ਬੁਰਾਈ ਨਹੀਂ ਕਰਨੀ, ਮੈਂ ਤਾਂ ਇਹੀ ਸਿੱਖਿਆ। ਤੁਹਾਡਾ ਵਿਚਾਰ ਹੀ ਐਡਾ ਵੱਡਾ ਹੋਣਾ ਚਾਹੀਦਾ ਕਿ ਸਾਹਮਣੇ ਵਾਲੀ ਦੀ ਬੁਰਾਈ ਛੋਟੀ ਹੋ ਜਾਏ ਯਾਰ। ਔਰ ਆਪਾਂ ਕਿਉਂ, ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ, ਆਪਾਂ ਕਿਉਂ ਛੋਟੀਆਂ ਛੋਟੀਆਂ ਗੱਲਾਂ 'ਚ ਪਾਇਆ। ਦੇਖੋ ਮੈਨੂੰ ਵਿਚਾਰ, ਮੈਂ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਦਾ। ਤੁਸੀਂ ਮੈਨੂੰ 100 ਵਾਰੀ ਕਹੋ, 100 ਗਾਲਾਂ ਕੱਢ ਲਓ, ਮੈਨੂੰ ਟਰੋਲ ਵੀ ਕਰੋ, ਕਰਨ ਦੀ ਕੋਸ਼ਿਸ਼ ਵੀ ਕਰੀ ਆ ਭੇਡਾਂ ਨੇ ਖੱਚਾਂ ਨੇ, ਮੈਨੂੰ ਕੋਈ ਫਰਕ, ਮੈਂ ਪੰਜਾਬੀ ਹਾਂ, ਮੈਂ ਪੰਜਾਬ ਨੂੰ ਪਿਆਰ ਕਰਦਾ। ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜ੍ਹੀ ਹੈ। ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ, ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ, ਉੱਥੇ ਹੀ ਟੇਕਿਆ, ਹੋਰ ਕਿਤੇ ਨਹੀਂ ਟੇਕਦੇ। ਤੋ ਇਹ ਮੈਨੂੰ ਦੱਸਣ ਦੀ ਲੋੜ ਨਹੀਂ। ਆਪਾਂ ਕਿਸੇ ਦੀ ਗੱਲ ਹੀ ਨਾ ਕਰੋ ਯਾਰ, ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ। ਸਾਡਾ ਵਿਚਾਰ ਹੈ, ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ, ਅਸੀਂ ਆਪਦੇ ਜਿਹੜੇ ਸਾਡੇ ਬਜ਼ੁਰਗ ਹੋਏ ਆ, ਸਾਡੇ ਸਪਿਰਚੁਅਲੀ ਉਹਨਾਂ ਨੂੰ ਪਿਆਰ ਕਰਦੇ ਹਾਂ ਅਸੀਂ। ਸਾਡਾ ਇਹ ਮੰਤਵ ਹੈ, ਔਰ ਅਸੀਂ ਆਪਦਾ ਵਿਚਾਰ ਛੱਡਦੇ ਜਾਈ ਜਾਣਾ, ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ। ਔਰ ਦੇਖੋ, ਦੋ ਤਰ੍ਹਾਂ ਦੇ ਲੋਕ ਹੁੰਦੇ ਆ। ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਆ ਜਿਹਦਾ ਮੁੱਦਾ ਬਣੇ। ਆਪਾਂ, ਮੈਂ ਤਾਂ ਸ਼ੌਕੀਨ ਹੈ ਨਹੀਂ, ਮੈਨੂੰ ਲੱਗਦਾ ਸਾਈਡ 'ਤੇ ਉਹ ਆਪਣਾ ਕੰਮ ਕਰੋ, ਸਾਡਾ ਕੰਮ ਬਹੁਤ ਚੰਗਾ। ਔਰ ਪੰਜਾਬ ਜਾਂ ਪੰਜਾਬੀ ਆ, ਐਡਾ ਛੋਟਾ ਵਿਚਾਰ ਥੋੜ੍ਹੀ ਆਪਣਾ ਵੀ ਕਿਸੇ ਦੇ ਅੱਖੀਂ ਛੋਟਾ ਹੋ ਜਾਊ। ਔਰ ਜਿਹੜੇ ਲੋਕ, ਮਤਲਬ ਚੱਲਦੀ ਗੰਗਾ ਇਹ ਹੱਥ ਧੋਣ ਵਾਲਾ ਕੰਮ ਹੁੰਦਾ ਵੀ, ਜਦੋਂ ਕੋਈ ਮੁੱਦਾ ਭਗਦਾ ਚੀਕਾਂ ਮਾਰਦੇ ਹੈ, ਫਿਰ ਜਦੋਂ ਕੋਈ ਪੁਲਿਸ ਰੇਡ ਕਰਦੀ ਹੈ, ਫਿਰ ਰਾਟ ਪੈਂਦਾ, ਫਿਰ ਭੱਜਦੇ ਹੈ, ਫਿਰ ਜਦੋਂ ਟੈਕਸ ਵਾਲੇ ਫੋਨ ਕਰਦੇ, ਫਿਰ ਉੱਧਰ ਨੂੰ ਡੋਂਟ ਡੂ ਦੈਟ। ਆਪਾਂ ਆਪਣਾ ਕੰਮ ਕਰਨਾ, ਅਸੀਂ ਕਿਸੇ ਦੀ ਗੱਲ ਹੀ ਨਹੀਂ ਕਰਨੀ ਯਾਰ। ਸਾਡਾ ਪੰਜਾਬ, ਸਾਡੀ ਪੰਜਾਬੀ ਬਹੁਤ ਵੱਡੀ ਹੈ, ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ। ਬਸ ਠੀਕ ਹੈ, ਅਸੀਂ ਆਪਣਾ ਕੰਮ ਕਰਦੇ ਜਾਈ ਜਾਣਾ। ਸੁਮਿਤ ਭਾਜੀ, ਸੁਮਿਤ ਭਾਜੀ, ਭਾਜੀ ਇੱਥੇ ਜੀ, ਸਾਹਮਣੇ ਜੀ ਭਾਜੀ, ਅਸੀਂ ਤੁਹਾਡੀਆਂ ਪਹਿਲਾਂ ਜਿਹੜੀਆਂ ਫਿਲਮਾਂ ਵੇਖੀਆਂ ਨੇ, ਉਹ ਤੋਂ ਇਹ ਸਮਝਿਆ ਕਿ ਤੁਸੀਂ ਫਿਲਮੀ ਲਵਰ ਹੋ ਨਾ, ਸਿਨੇਮੇ ਲਈ ਇੰਨਾ ਕੁਛ ਤੁਸੀਂ ਆਪਣਾ ਯੋਗਦਾਨ ਦਿੱਤਾ ਆ। ਸੋ ਸੁੱਚਾ ਸੁਰਮਾ ਉਹ ਫਿਲਮ ਆ ਜੋ ਬਹੁਤ ਟਾਈਮ ਤੱਕ ਯਾਦ ਰੱਖੀ ਜਾਣ ਵਾਲੀ ਫਿਲਮ ਹੋ ਗਈ ਨਾ, ਤਾਂ ਮੈਂ ਜਾਣਨਾ ਚਾਹੁੰਦਾ ਕਿ ਇਹਦੇ ਲਈ ਤੁਹਾਡੀ ਕਿੰਨੀ ਕੁ ਸ਼ਿੱਦਤ ਮੁਹੱਬਤ ਸੀਗੀ, ਔਰ ਕੀ ਕੀ ਤਿਆਰੀ ਕੀਤੀ ਤੁਸੀਂ ਜਦੋਂ ਫਿਲਮ ਸੈੱਟ ਤੋਂ ਬਣਨ ਤੋਂ ਪਹਿਲਾਂ, ਕੀ ਕੀ ਤਿਆਰੀਆਂ ਕੀਤੀਆਂ, ਮੈਂ ਜਾਣਨਾ ਚਾਹੁੰਦਾ ਕਿ ਤੁਸੀਂ। ਪਹਿਲਾਂ ਤਾਂ ਜੀ ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਅਤੇ ਸਾਰੇ ਆਏ ਹੋਏ। ਫਿਲਮ ਤੁਸੀਂ ਦੇਖ ਹੀ ਰਹੇ ਹੋ, ਇਹ ਪੀਰੀਅਡ ਫਿਲਮ ਹੈ, ਅਤੇ ਪੀਰੀਅਡ ਫਿਲਮ ਜਨਰਲੀ ਸੌਖੀ ਨਹੀਂ ਹੁੰਦੀ ਕਰਨੀ, ਅਤੇ ਜਦੋਂ ਅਸੀਂ ਸ਼ੂਟ ਕੀਤੀ ਸੀ ਉਦੋਂ ਕਾਫੀ ਗਰਮੀ ਵੀ ਬਹੁਤ ਸੀ, ਸੋ ਕਾਫੀ ਸਾਨੂੰ, ਮੈਂ ਅਰਾਊਂਡ 50 ਡਿਗਰੀ ਟੈਂਪਰੇਚਰ ਪਹੁੰਚ ਗਿਆ ਸੀ ਜਦੋਂ ਅਸੀਂ ਸ਼ੂਟ ਕਰ ਰਹੇ ਸੀ।
ਪਰ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ ਕਿ ਜਨਰਲੀ ਅਸੀਂ ਗੱਲ ਕਰਦੇ ਹਾਂ ਨਾ ਬਈ ਇੱਕ ਫਿਲਮ ਦੇ ਅੱਗੇ ਲੋਕ ਹੁੰਦੇ ਨੇ ਕੈਮਰੇ ਦੇ ਅੱਗੇ ਅਤੇ ਇੱਕ ਕੈਮਰੇ ਦੇ ਪਿੱਛੇ, ਇਹਦੇ 'ਚ ਹੋਰ ਵੀ ਲੋਕ ਇਨਵੋਲਵ ਨੇ। ਸੋ ਬੜੇ ਸਾਰੇ ਦੋਸਤਾਂ ਦਾ, ਬੜੇ ਸਾਰੇ ਸ਼ੁਭ ਚਿੰਤਕਾਂ ਦਾ ਹੱਥ ਹੈ ਇਸ ਫਿਲਮ ਨੂੰ ਪੂਰਾ ਕਰਾਉਣ 'ਚ, ਜਿਵੇਂ ਮਨੀਸ਼ ਜੀ ਇੱਥੇ ਬੈਠੇ ਨੇ, ਜਿਹੜੇ ਨਾ ਤਾਂ ਕੈਮਰੇ ਦੇ ਅੱਗੇ ਨੇ ਨਾ ਕੈਮਰੇ ਦੇ ਪਿੱਛੇ ਨੇ, ਪਰ ਉਹਨਾਂ ਨੇ ਬੜਾ ਇਸ ਨੂੰ ਸਪੋਰਟ ਕੀਤਾ ਅੱਗੇ ਲੈ ਕੇ ਆਪਣਾ। ਸੋ ਸਾਡੇ ਕਾਮਨ ਮਿੱਤਰ ਵੀ ਨੇ, ਏ ਪੀ ਐਸ ਮਾਨ, ਜੈਦੇਵ ਜੀ, ਬੜੀ ਸਾਰਿਆਂ ਦਾ ਬੜਾ ਇਹਦੇ 'ਚ ਸਾਨੂੰ ਸਪੋਰਟ ਮਿਲਿਆ, ਪਰ ਪੂਰਾ ਕਰੀਏ। ਸੋ ਤੁਸੀਂ ਹੁਣ ਸਾਰਿਆਂ ਨੇ ਇਹਨੂੰ ਪਹੁੰਚਾਓ ਲੋਕਾਂ ਤੱਕ। ਜੀ ਸੁਮਿਤ ਭਾਅ ਜੀ, ਮਾਨ ਸਾਹਿਬ ਨਾਲ ਅੱਗੇ ਆਉਣ ਵਾਲੇ ਸਮੇਂ 'ਚ ਫਿਲਮਾਂ ਹੋਰ ਕਰੋਗੇ? ਕਿਉਂ ਨਹੀਂ ਕਰਾਂਗੇ ਜੀ, ਪੱਕਾ ਕਰ ਰਿਹਾ। ਮੈਂ ਕਹਿੰਦਾ ਦੇਖੋ, ਇਹਨਾਂ ਦੀ ਫਿਲਮ ਮਤਲਬ ਜਨਰਲੀ ਬਹੁਤ, ਇਹਨਾਂ ਦੀ ਇੱਕ ਖਾਸੀਅਤ ਹੈ, ਇਹ ਸਮਰਪਿਤ ਹੈ ਪੰਜਾਬੀ ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ। ਐਫਰਟ ਵੀ ਬਹੁਤ ਕਰਦੇ ਹਾਂ, ਪਹਿਲਾਂ ਵੀ ਬਣਾਉਂਦੇ ਹਾਂ ਫਿਲਮਾਂ, ਪਰ ਜਿੱਦਾਂ ਦਾ ਇਹਨਾਂ ਦਾ ਰੁਝਾਨ ਹੈ ਉਹ ਸ਼ਾਇਦ ਉਸ ਹਿਸਾਬ ਨਾਲ ਇਹਨਾਂ ਦੀ ਪਹਿਲੀ ਫਿਲਮ ਹੈ ਜਿੱਦਾਂ ਦੀ ਇਹ ਚਾਹੁੰਦੇ ਹੈ। ਸਿੱਖੀ ਨੂੰ ਪਿਆਰ ਕਰਨ ਵਾਲੇ ਹੈ, ਪੱਕ ਦਾ ਸਤਿਕਾਰ ਕਰਨ ਵਾਲੇ ਹੈ, ਤੋ ਇਸ ਕਰਕੇ ਮੈਨੂੰ ਲੱਗਦਾ ਇਹਨਾਂ ਨੂੰ ਅੱਛੀ ਟੀਮ ਮਿਲੀ ਹੈ, ਅਤੇ ਪਰਮਾਤਮਾ ਕਰੇ ਸਫਲ ਹੋਵੇ। ਵੈਸੇ ਜੇ ਫਿਲਮ ਵੱਡਾ ਬਿਜਨਸ ਕਰ ਗਈ ਫਿਰ ਇਹਨਾਂ ਨੂੰ ਸਾਡੀ ਕੀ ਲੋੜ ਹੈ, ਫਿਰ ਇਹਨਾਂ ਨੂੰ ਹੋਰ ਬੰਬੇ ਜਾਣਗੇ, ਹਾਲੀਵੁੱਡ ਜਾਣਗੇ, ਯਾਰ ਪਚੀਨੋ ਸਾਈਨ ਕਰਨਗੇ, ਵਾਹ ਬਾਬੂ ਕਿਉਂ ਸੀ, ਤੁਸੀਂ ਦੇਖ ਸਕਦੇ ਜੀ। ਸਾਡਾ ਤੇ ਅਸੀਂ ਤੇ ਅਸੀਂ ਪਿੱਛੇ ਉਹਨੇ ਇੱਕ ਪਾਰਟਨਰਸ਼ਿਪ ਵੀ ਕੀਤੀ ਇੱਕ OTT ਪਲੈਟਫਾਰਮ ਦੇ ਨਾਲ, ਉਹ ਮਿਲ ਕੇ ਅਸੀਂ ਖੋਲਿਆ, ਤੇ ਉਹਦੇ 'ਚ ਵੀ ਅਸੀਂ ਇਹੀ ਚੀਜ਼ ਰੱਖੀ ਹੈ ਕਿ ਸਟੋਰੀਜ਼ ਫਰੋਮ ਪੰਜਾਬ, ਤੇ ਸਾਡਾ ਫੋਕਸ ਤਾਂ ਬੜਾ ਕਲੀਅਰ ਹੈ, ਅਸੀਂ ਪੰਜਾਬੀ ਫਿਲਮਾਂ ਕਰਨੀਆਂ ਨੇ, ਤੇ ਉਹ ਫਿਲਮਾਂ ਵੀ ਅਸੀਂ ਲੈ ਕੇ ਆ ਰਹੇ ਹਾਂ ਜਿਹੜੀ ਹਿੰਦੀ 'ਚ ਬਣਦੀਆਂ ਨੇ, ਪਰ ਅਸੀਂ ਉਹਨੂੰ ਪੰਜਾਬੀ 'ਚ ਡੱਬ ਕਰਨਾ। ਸੋ ਸਾਡਾ ਤੇ ਪਿਆਰ ਜਿਹੜਾ ਸਾਡੀ ਆਪਣੀ ਮਾਤਰ ਭਾਸ਼ਾ, ਸਾਡੀ ਆਪਣੀ ਮਾਂ ਬੋਲੀ ਨੂੰ ਹੈਗਾ, ਤੇ ਸਾਡਾ ਫੋਕਸ ਪੂਰਾ ਪੂਰਾ ਪੰਜਾਬੀ ਫਿਲਮਾਂ 'ਤੇ, ਤੇ ਜ਼ਰੂਰ ਕਰਾਂਗੇ ਜੀ, ਕਿਉਂ ਨਹੀਂ ਕਰਾਂਗੇ ਮਾਨ ਸਾਹਿਬ ਨਾਲ। ਸਰ ਸੁਮਿਤ ਸਰ, ਮੇਰੀ ਕੁਸ਼ਚਨ ਤੁਹਾਨੂੰ ਇੱਕ ਵਾਰ, ਮੈਂ ਮਾਈਸਲ ਹਵੀਜੋਤ ਸਿੰਘ ਫਰੋਮ ਛੋਟਾ ਪੈਕਟ ਵੱਡਾ ਧਮਾਕਾ ਚੰਨਨ ਸਰ ਦਿਸ ਸਾਈਡ। ਸਰ ਮੈਂ ਆਹ ਪੁੱਛਣਾ ਸੀ, ਜਿਹੋ ਜਿਹੀਆਂ ਫਿਲਮਾਂ ਤੁਸੀਂ ਡਾਇਰੈਕਟ ਕੀਤੀ ਇਸ ਵਾਲੀ ਫਿਲਮ ਸੁੱਚਾ ਸੁਰਮਾ, ਜਿਵੇਂ ਕਿ ਆਪਾਂ ਇਤਿਹਾਸਿਕ ਫਿਲਮਾਂ ਡਾਇਰੈਕਟ ਕਰਨ 'ਚ ਬਹੁਤ ਟਾਈਮ ਲੱਗਦਾ ਤੇ ਬਹੁਤ ਔਖੇ ਹੁੰਦੇ ਡਾਇਰੈਕਟ ਕਰਨਾ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀਗਾ ਇਸ ਫਿਲਮ ਨੂੰ ਡਾਇਰੈਕਟ ਕਰਨ 'ਤੇ? ਨਹੀਂ, ਮੈਂ ਡਾਇਰੈਕਟ ਨਹੀਂ ਕੀਤੀ ਸੀ, ਡਾਇਰੈਕਟ ਅਮਿਤੋਜ ਮਾਨ ਨੇ ਕੀਤੀ ਹੈ। ਸੋਰੀ, ਅਮਿਤੋਜ ਮਾਨ ਛੋਟਾ ਹੈ। ਮੇਰਾ ਮਾਨ ਸਾਹਿਬ ਤੁਹਾਨੂੰ ਵੀ ਕੁਐਸਚਨ ਹੈ, ਸੋਰੀ ਇੱਕ ਤਾਂ ਪਹਿਲੇ ਮੇਰੀ ਗਲਤੀ ਹੋ ਗਈ, ਅਤੇ ਮਾਨ ਸਾਹਿਬ ਮੇਰਾ ਹੀ ਕੁਐਸਚਨ, ਜਿਵੇਂ ਕਿ ਤੁਸੀਂ ਦੇਖੀਏ ਤੁਹਾਡੀ ਫੈਨ ਫੋਲੋਇੰਗ ਬਹੁਤ ਵੱਡੀ ਹੈ, ਪਰ ਇੱਕ ਚੀਜ਼, ਤੁਸੀਂ ਸੋਸ਼ਲ ਮੀਡੀਆ 'ਤੇ ਕਿੰਨਾ ਕੁ ਐਕਟਿਵ ਰਹਿੰਦੇ ਹੋ? ਕਿਉਂਕਿ ਅੱਜ ਕੱਲ੍ਹ ਜੇ ਫੈਨ ਫੋਲੋਇੰਗ ਬਣਾਉਣ 'ਤੇ ਸੋਸ਼ਲ ਮੀਡੀਆ 'ਤੇ ਆਉਣਾ ਪੈਂਦਾ, ਪਰ ਆਖਿਰਕਾਰ ਤੁਹਾਨੂੰ ਦੇਖੀਏ ਤੁਸੀਂ ਬਹੁਤ ਘੱਟ ਹੁੰਦੇ ਹੋ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ, ਨਹੀਂ ਜੇ ਦੇਖੀਏ ਤੁਸੀਂ ਬਹੁਤ ਘੱਟ ਹੋ। ਆਪਾਂ ਇਕੱਠੇ ਪੌਪਕੋਰਨ ਖਾਵਾਂਗੇ। ਦੇਖੋ ਪੁੱਤਰਾ, ਪਤਾ ਕੀ ਹੁੰਦਾ, ਜਦੋਂ ਅਸੀਂ ਤੁਹਾਡੀ ਏਜ ਸੀ ਉਹ ਮੈਨੂਅਲ ਯੁੱਗ ਸੀ, ਡਿਜੀਟਲ ਯੁੱਗ ਬਾਅਦ ਸ਼ੁਰੂ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਸ਼ੁਰੂ ਹੋਇਆ ਅਸੀਂ ਸਭ ਤੋਂ ਪਹਿਲਾਂ ਇਹ ਚੈਨਲ ਵਾਲਾ ਸਿਸਟਮ ਬਣਾਇਆ। ਚਲੋ ਖੈਰ, ਇਹ ਤਾਂ ਕਾਰਪੋਰੇਟ ਆ ਸਾਡਾ ਦੋਸਤ, ਪਰ ਮੇਰੀ ਖੜਕ ਜਾਂਦੀ ਸੀ ਵਿਚਾਰਾਂ ਦੇ ਆਧਾਰ 'ਤੇ, ਮੇਰੀ ਹਰ ਬੰਦੇ ਨੇ ਇਸ ਕਰਕੇ ਖੜਕਦੀ ਕਿ ਮੈਂ ਨਿਭ ਕੇ ਕੰਮ ਨਹੀਂ ਕਦੇ ਕਰਿਆ। ਇਸੇ ਜ਼ਿੱਦ 'ਚ ਫਿਰ ਮੈਂ ਸਮਾਜਿਕ ਮੀਡੀਆ ਸ਼ੁਰੂ ਕਰਿਆ ਸੀ, ਤੋ ਇਸੇ ਜ਼ਿੱਦ 'ਚ ਕੰਪਨੀ ਸ਼ੁਰੂ ਕਰੀ ਸੀ ਕਿ ਨਹੀਂ ਇੱਦਾਂ ਵਿਤਕਰਿਆ ਧੱਕੇ ਨਾਲ ਨੇ। ਸੋ ਉਹ ਕੰਮ ਜ਼ਰੂਰ ਸ਼ੁਰੂ ਉਹਦੇ 'ਤੇ ਕਰਿਆ, ਪਰ ਇਹ ਕਲਾ ਦੇਖੋ ਕੀ ਹੁੰਦਾ, ਸਮਾਜਿਕ ਮੀਡੀਆ ਦੀ ਦੁਰਵਰਤੋਂ ਹੁੰਦੀ ਹੈ। ਉਹ ਕਿਉਂ ਹੁੰਦੀ ਹੈ
ਕਿ ਮੈਂ ਅੱਜ ਆਪਾਂ ਕਿਸੇ ਕੰਮ ਲਈ ਇਕੱਠੇ ਹੋਏ ਹਾਂ ਕਿ ਇੱਕ ਫਿਲਮ ਬਣੀ ਹੈ, ਪ੍ਰੋਡਿਊਸਰ ਨੇ ਬਹੁਤ ਮਨੀ ਉਹਦੇ 'ਤੇ ਲਾਈ ਹੈ ਔਰ ਬੜੀ ਜਜ਼ਬਾਤੀ ਫਿਲਮ ਬਣਾਈ ਹੈ, ਇਹ ਤੁਹਾਡੇ ਤੱਕ ਆਉਣਾ ਜ਼ਰੂਰੀ ਹੈ। ਪਰ ਸਵਖਤੇ ਉੱਠ ਕੇ ਮਤਲਬ ਅੱਖਾਂ ਬਿਨਾਂ ਧੋਤੇ ਲਾਈਵ ਲਾ ਕੇ, ਅੱਛਾ ਫਿਰ ਜਦ ਤੱਕ ਥੱਲੇ ਕੋਈ ਕਮੈਂਟ ਨਹੀਂ ਆਉਂਦਾ, ਫਿਰ ਉਹਨਾਂ ਦੇ ਕਲਾਕਾਰਾਂ ਦੇ ਜਾਂ ਐਕਟਰਾਂ ਦੇ ਚਿਹਰੇ ਦੀ ਘਬਰਾਹਟ ਦੇਖਿਓ ਵੀ ਕੋਈ ਆਇਆ ਹੈ ਨਹੀਂ ਯਾਰ, ਇਹ ਵੀ ਵੇਚਦੀ ਹੈ, ਆ ਜਾਓ ਛੇਤੀ, ਤਾੜੀਆਂ ਮਾਰਦੇ ਹਾਂ, ਪਤਾ ਨਹੀਂ ਕੀ ਕੀ ਕਰਦੇ ਹਾਂ, ਇਹ ਬੰਦੇ ਵਾਲਾ ਕੰਮ ਥੋੜ੍ਹੀ ਹੈ ਯਾਰ, ਇਹ ਬੰਦਾ ਕੰਮ ਕਰਦਾ ਸੋਹਣਾ ਲੱਗਦਾ, ਔਰ ਚੋਚਲੇ ਕਰਦੀ ਔਰਤ ਸੋਹਣੀ ਲੱਗਦੀ ਹੈ, ਕੁੜੀਆਂ ਜੱਚਦੀਆਂ ਗਹਿਣੇ ਪਾਏ, ਬੰਦਾ ਥੋੜ੍ਹੀ ਇੰਨਾ ਕੁਛ ਪਾ ਸਕਦਾ। ਸੋ ਇਸ ਕਰਕੇ ਸਮਾਜਿਕ ਮੀਡੀਆ ਕੰਮ ਲਈ ਵਰਤੀਏ, ਉਹ ਇੱਕ ਘੜਾਮ ਚੌਧਰੀ ਆ ਕੇ ਮਤਲਬ ਅਜੀਬ ਅਜੀਬ ਕਿਰਦਾਰ ਪੇਸ਼ ਹੋ ਜਾਂਦੇ, ਚੰਗਾ ਨਹੀਂ ਲੱਗਦਾ। ਕਿਸੇ ਦੁਨੀਆਂ ਦੇ ਹਿੱਸੇ 'ਚ ਇਸ ਤਰ੍ਹਾਂ ਦੀ ਦੁਰਵਰਤੋਂ ਤੁਸੀਂ ਹੁੰਦੀ ਦੇਖੀ ਹੈ? ਪੜ੍ਹੇ ਲਿਖੇ ਹੋ ਸਾਰੇ, ਨਹੀਂ ਕੀ ਸਾਰੀ ਜ਼ਰੂਰਤ ਫੇਸਬੁੱਕ 'ਤੇ ਦਿਖਾਈ ਜਾਣੀ ਹੈ? ਜਦੋਂ ਲੋੜ ਪੈਂਦੀ ਹੈ ਫਿਰ ਕੋਈ ਆਉਂਦਾ ਨਹੀਂ, ਹੈ ਨਾ? ਸੋ ਨਹੀਂ, ਇਹ ਚੰਗਾ ਨਹੀਂ ਲੱਗਦਾ। ਜਿਹੜੇ ਸੀਨੀਅਰ ਜਿੱਦਾਂ ਤੁਸੀਂ ਹੈ, ਜਿਹੜੀ ਤੁਹਾਡੀ ਅਗਲੀ ਜਨਰੇਸ਼ਨ ਹੈ, ਸਾਡਾ ਇਹ ਫਰਜ਼ ਬਣਦਾ, ਇਹ ਸਬਕ ਬਣਦਾ। ਔਰ ਵੈਸੇ ਵੀ ਦਿਮਾਗ 'ਚ ਰੱਖੋ, ਲੋੜ ਤੋਂ ਜ਼ਿਆਦਾ ਤੁਸੀਂ ਦੇਖੋਗੇ ਤਾਂ ਦੁਨੀਆ ਤੁਹਾਨੂੰ ਪ੍ਰਵਾਹ ਨਹੀਂ ਕਰਦੀ, ਚੰਗਾ ਨਹੀਂ ਸਮਝਦੀ, ਫਿਰ ਗਾਲ ਹੀ ਕੱਢਦੇ ਹਾਂ। ਸੋ ਇਹ ਕੰਮ ਲਈ ਵਰਤੀ ਆਪਾਂ। ਔਰ ਵੈਸੇ ਵੀ ਮੈਂ ਬੇਨਤੀ ਕਰਦਾ ਸਿਸਟਮ ਨੂੰ ਜਾਂ ਸਰਕਾਰ ਨੂੰ, ਜੇ ਤੁਹਾਡੀ ਅਪਰੋਚ ਹੈ ਸਰਕਾਰ 'ਚ, ਤਾਂ ਜਿੰਨੇ ਜਿਹੜੇ ਸਮਾਜਿਕ ਮੀਡੀਆ ਇਹਦੇ 'ਤੇ ਜਿਹੜੇ ਲਾਈਵ ਹੁੰਦੇ ਆ, ਉਹਦੇ ਪ੍ਰੋਪਰ ਪੈਸੇ ਰੱਖੇ ਜਾਣ, 10,000 ਰੁਪਇਆ ਲੱਗੇ ਜਿਹਨੇ ਲਾਈਵ ਹੋਣਾ, ਬਟਨ ਦੱਬਣ ਲੱਗੇ ਦੁੱਖ ਤਾਂ ਲੱਗੇ, 250 ਰੁਪਏ ਚੀਕਾਂ ਮਾਰੀ ਜਾਂਦੇ ਸਾਰਾ ਦਿਨ, ਸੱਚ ਨੂੰ ਝੂਠ, ਝੂਠ ਨੂੰ ਸੱਚ, ਰਾਤ ਨੂੰ ਗਲਤ ਕੰਮ ਕਰਨਾ, ਸਵੇਰੇ ਚਿੱਟੇ ਕੱਪੜੇ ਪਾ ਕੇ ਸਵੇਰੇ ਤੜਕੇ ਹੀ ਫਿਰ ਮਤਲਬ ਸਿਫਤੀ ਇਕੱਠੀ ਕਰ ਦੇਣੀ, ਰੌਲਾ ਪਾਉਣਾ, ਝੂਠਾ ਸੱਚਾ ਹੋ ਜਾਂਦਾ, ਸੱਚਾ ਝੂਠਾ ਹੋ ਜਾਂਦਾ। ਆਪਾਂ ਚੰਗੇ ਕੰਮ ਕਰੀਏ, ਜੋੜੀਏ ਸਿਰ ਨਾ ਸਿਰ, ਬਹੁਤ ਚੀਜ਼ਾਂ ਇਨਵਾਇਰਮੈਂਟ 'ਤੇ ਕੰਮ ਕਰਨਾ, ਪਾਣੀ ਜਾ ਰਿਹਾ ਹੈ, ਸੋਚੋ ਤੁਸੀਂ ਜੇ ਪਾਣੀ ਨਾ ਰਿਹਾ, ਸਾਰਾ ਦਿਨ ਸਿੱਖਿਆਵਾਂ ਦੀਆਂ ਗੱਲਾਂ ਕਰਦੇ ਹਾਂ ਆਪਾਂ, ਗੁਰੂ ਸਾਹਿਬ ਦਾ ਤਾਂ ਇੱਕੋ ਮੈਸੇਜ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੱਤ, ਇਹ ਤਿੰਨੇ ਚੀਜ਼ਾਂ ਤਾਂ ਬਚਾਉਣੀਆਂ, ਇਹਦੇ ਲਈ ਤਾਂ ਲੁਕਾਈ ਚੱਲ ਰਹੀ ਹੈ, ਉਹ ਅਸੀਂ ਬਚਾ ਨਹੀਂ ਰਹੇ। ਤਾਂ ਕੋਸ਼ਿਸ਼ ਕਰੀਏ, ਵਕਤ ਨਾ ਬਰਬਾਦ ਕਰੀਏ ਸਮਾਜਿਕ ਮੀਡੀਆ 'ਤੇ, ਜਿੰਨੀ ਝੱਗ ਉੱਥੇ ਚੜ੍ਹਦੇ ਉਹਦੇ ਨਾਲ ਚੰਗਾ 10 ਦਰਖਤ ਲਾ ਦਈਏ ਜਾ ਕੇ, ਕੋਈ ਛਾਵੇਂ ਬੈਠ ਕੇ ਕੋਈ ਤੁਹਾਡੇ ਲਈ ਦੁਆ ਕਰੂਗਾ ਨਾ। ਜੀ ਭੈਣ, ਸਤਿ ਸ਼੍ਰੀ ਅਕਾਲ। ਸਧਾਰਨ ਬੰਦਾ ਦੋ ਤਰ੍ਹਾਂ ਦੀ ਦੁਨੀਆ, ਜਿਹੜਾ ਬੈਸਟ ਦਾ ਕਲਚਰ ਹੈ ਨਾ, ਉੱਥੇ ਸੈਲਫ ਪ੍ਰੇਜ਼ ਦੇ ਗਾਣੇ ਬਹੁਤੇ ਹੁੰਦੇ ਆ, ਜਦੋਂ ਤੁਸੀਂ ਰੈਪ ਸੁਣਦੇ ਆ, ਬ੍ਰਿਟਿਸ਼ ਜਿਹੜੇ ਆ ਜਾਂ ਤੁਹਾਡੇ ਜਮਾਈਕਨ ਹੈ ਨਾ, ਮੈਂ ਪਰ ਸਾਡੇ ਤੂੰ ਹੀ ਤੂੰ ਹੈ। ਸੋ ਮੇਰੀ ਬਹੁਤ ਗਾਣਿਆਂ 'ਚ ਕੋਸ਼ਿਸ਼ ਹੁੰਦੀ ਜਿੱਥੇ ਤੂੰ ਪ੍ਰਧਾਨ ਹੋ, ਮੈਂ ਨਹੀਂ, ਆਮ ਨਥਿੰਗ। ਤੋ ਮੈਂ ਪਹਿਲਾਂ ਵੀ ਕਿਸਾਨ ਸੀ ਅਤੇ ਅੱਜ ਵੀ ਕਿਸਾਨ ਹਾਂ, ਔਰ ਮੈਂ ਬੜਾ ਪ੍ਰਾਊਡ ਫੀਲ ਕਰਦਾ, ਮੈਂ ਪੇਂਡੂ ਹਾਂ। ਮੇਰਾ ਕੁਐਸਚਨ ਉਸੇ ਸੇ ਜੁੜਾ ਹੋਇਆ ਹੈ ਕਿ ਆਪਕੀ ਜੋ ਫਿਲਮੇ ਹੈ, ਕੰਟੈਂਟ ਹੈ, ਉਹ ਬਹੁਤ ਸਿਲੈਕਟਿਵ ਹੋਤਾ ਹੈ, ਬਹੁਤ ਚੁਣ ਕੇ ਕਰਤੇ ਹੈ, ਐਸਾ ਮੁਝੇ ਫੀਲ ਹੋਤਾ ਹੈ, ਬਹੁਤ ਅਲੱਗ ਰਹਾ ਹੈ। ਇਸ ਫਿਲਮ ਮੇਂ ਐਸਾ ਆਪਕੋ ਕਿਆ ਲਗਾ ਜਿਸ ਸੇ ਆਪ ਇਤਨਾ ਜੁੜੇ? ਦੇਖੋ, ਜਿਹੜੀਆਂ ਦਾਸਤਾਨਾਂ
ਕਿਤਾਬੀ ਰੂਪ 'ਚ ਨਹੀਂ ਮਿਲੀਆਂ ਔਰ ਸਿਲੇਬਸਾਂ 'ਚ ਨਹੀਂ ਲਾਈਆਂ। ਦੇਖੋ ਸਾਨੂੰ ਜੌਨ ਕੀਟਸ ਤਾਂ ਪੜ੍ਹਾ ਦਿੰਦੇ ਹਾਂ ਤੀਜੀ ਚੌਥੀ 'ਚ, ਅਤੇ ਸਾਡੇ ਵਾਲਾ ਬਾਬਾ ਬਲਵੰਤ ਸਾਹਿਬ ਕਿ ਕਿਉਂ ਨਹੀਂ ਪੜ੍ਹਾਇਆ ਕਦੇ, ਕਦੇ ਕਿਸੇ ਨੇ ਕਿਉਂ ਨਹੀਂ ਦੱਸਿਆ, ਹੈ ਨਾ। ਸਾਡੇ ਤਾਂ ਲਿਟਰੇਚਰ 'ਚ ਉਹ ਲੋਕ ਰਹਿ ਗਏ ਜਿਹੜੇ ਸਰਕਾਰੀ ਤੌਰ 'ਤੇ ਸਟਰੋਂਗ ਸੀ, ਉਹਨਾਂ ਦੀਆਂ ਲਿਖਤਾਂ ਰਹਿ ਗਈਆਂ। ਆਮ ਜਿਹੜੇ ਅੱਛੇ ਆ ਲਾਲ ਸਿੰਘ ਕਰਕੇ ਤਾਂ ਲੱਭਦੇ ਨਹੀਂ ਕਿਤੇ ਤੁਹਾਨੂੰ ਨਹੀਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜੀਆਂ ਸਿਨੇਮਾ ਬਹੁਤ ਵੱਡੀ ਇੱਕ ਪੜ੍ਹਾਈ ਹੈ ਜਿਹੜੀ ਜਨਰੇਸ਼ਨ ਕਿਤਾਬਾਂ ਤੋਂ ਮੁਕਤ ਹੋ ਕੇ ਫੇਸਬੁੱਕ 'ਤੇ ਆ ਗਈ। ਦੇਖੋ ਅਜੇ ਤਾਂ ਆਪਾਂ ਤੁਸੀਂ ਆ ਫੇਸਬੁੱਕ ਦੇ ਜਿਹੜਾ ਫਿਊਚਰ ਮੈਟਾਵਰਸ ਹੈ ਇਹ ਤਾਂ ਸਿਟੀਜ਼ ਬਣਨ ਲੱਗ ਗਏ। ਤੁਸੀਂ 100-150 ਰੁਪਏ ਦੀ ਟਿਕਟ ਕਟਾ ਕੇ ਸਵੇਰੇ ਵੜ ਜਾ ਕਰਨਾ, ਤੁਹਾਨੂੰ ਲੱਗਿਆ ਕਰਨਾ ਮੈਂ ਪੁਰਾਣ 'ਚ ਘੁੰਮ ਰਿਹਾ, ਉਦੋਂ ਤਾਂ ਇਹ ਚੀਜ਼ਾਂ ਜਮ੍ਹਾਂ ਮੁੱਕ ਜਾਣੀਆਂ। ਸੋ ਫਿਰ ਕੀ ਰਹਿ ਗਿਆ, ਇਹੀ ਇੱਕ ਚੀਜ਼ ਜ਼ਰੀਆ ਰਹਿ ਗਿਆ ਕਿ ਅਸੀਂ ਇਹਦੇ ਜ਼ਰੀਏ ਆਪਦਾ ਯਾਦ ਕਰਾਈਏ। ਸਾਡਾ ਕੰਮ ਹੈ ਸਬਕ ਦੇਣਾ ਅੱਗੇ ਬੱਚੇ ਨੇ, ਅੱਗੇ ਦੇਣਾ ਜਾਂ ਨਹੀਂ ਉਹਨਾਂ ਦੀ। ਦੇਖੋ ਬਹੁਤ ਲੋਕਾਂ ਨੂੰ ਪੜ੍ਹਨਾ ਚਾਹੀਦਾ, ਪਰ ਪੜ੍ਹਨ ਤੋਂ ਬਾਅਦ ਜਿਹੜਾ ਵਿਚਾਰ ਹੋਣਾ ਚਾਹੀਦਾ ਤੁਹਾਡਾ ਆਪਣਾ ਹੋਣਾ ਚਾਹੀਦਾ। ਤੁਸੀਂ ਜ਼ਿੰਦਗੀ ਨੂੰ ਹਾਊ ਟੂ ਲਿਵ, ਕਿੱਦਾਂ ਦੇਖੋ ਮੈਂ ਜ਼ਿੰਦਗੀ ਨੂੰ ਸਵੇਰ ਤੋਂ ਸ਼ਾਮ ਮੰਨਦਾ। ਇੱਕ ਬੰਦਾ ਜ਼ਿੰਦਗੀ ਸੋਚਦਾ ਮੈਂ 100 ਸਾਲ ਜੀਵਾਂ, ਮੈਂ 125 ਸਾਲ ਜੀਵਾਂ, 80 ਸਾਲ ਜੀਵਾਂ। ਦਰਅਸਲ ਜਿਵੇਂ ਜਿਵੇਂ ਸਾਡੀ ਬੋਡੀ ਸਾਇੰਟੀਫਿਕਲੀ ਲੋ ਹੋਈ ਜਾਂਦੀ ਹੈ, ਸਾਡੇ ਅੰਦਰ ਦੇ ਜਿਹੜੇ ਸਟੈਮਸ ਟੁੱਟਦੇ ਆ ਬਣਦੇ ਆ ਜਾਂ ਕੰਨ ਹਟ ਜਾਂਦੇ ਆ, ਤਾਂ ਅਸੀਂ ਕਹਿੰਦੇ ਹਾਂ ਓਲਡ ਹੋ ਗਿਆ। ਸ਼ਾਇਦ ਫਿਊਚਰ 'ਚ ਰਹੇ ਹੀ ਨਾ, ਕਿਸੇ ਨੇ ਬੁੱਢੇ ਨਹੀਂ ਹੋਣਾ, ਪੈਸੇ ਵਾਲਿਆਂ ਤਾਂ ਹੋਣਾ ਨਹੀਂ, ਇਸਦਾ ਇਹ ਤਾਂ ਕਲੀਅਰ ਹੈ। ਕਿਉਂਕਿ ਹਰ ਚੀਜ਼ ਦਾ ਹੱਲ ਮਿਲ ਗਿਆ, ਤੁਹਾਡੇ ਚਿੱਟੇ ਵਾਲ ਆਉਂਦੇ ਆ, ਲੋਕ ਕਲਰ ਕਰਾਉਂਦੇ ਆ, ਸਟਕ ਸਟੈਮ ਸੈਲ ਥੈਰੇਪੀ ਆ ਜਿਹੜੀਆਂ ਫਿਊਚਰ 'ਚ ਤੁਹਾਡੇ ਵਾਲ ਹੀ ਨਹੀਂ ਚਿੱਟੇ ਹੋਣੇ, ਇੱਦਾਂ ਤੁਹਾਡੀ ਸਕਿਨ ਹੀ ਨਹੀਂ ਖਰਾਬ ਹੋਣੀ, ਦੇਅਰ ਸੋ ਮੈਨੀ ਥਿੰਗਸ ਕਮਿੰਗ। ਸੋ ਜੇ ਜ਼ਿੰਦਗੀ ਨੂੰ ਇਹ ਮੰਨ ਕੇ ਚੱਲਦੇ ਨਾ ਕਿ ਮੇਰੀ ਜ਼ਿੰਦਗੀ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ। ਦਰਅਸਲ ਮਰਦਾ ਬੰਦਾ ਇੱਕ ਵਾਰੀ ਹੈ, ਪਰ ਪ੍ਰੈਕਟਿਸ ਰੋਜ਼ ਰਾਤ ਨੂੰ ਕਰਦਾ, ਸਦਾ ਦੀ ਨੀਂਦ ਇੱਕ ਵਾਰੀ ਸੌਂਦਾ, ਨੀਂਦ ਰੋਜ਼ ਲੈਂਦਾ। ਸੋ ਇਸ ਕਰਕੇ ਜੇ ਤੁਸੀਂ ਇਹ ਸਮਝੋ ਨਾ ਕੱਲ ਸੀ ਨਾ ਕੱਲ ਹੈ, ਅੱਜ ਹੈ। ਸਵੇਰੇ ਤੁਸੀਂ ਆਪਣਾ, ਅਸੀਂ ਤਾਂ ਸਵੇਰੇ ਸ਼ੁਰੂ ਹੋ ਜਾਂਦੇ 6-7 ਵਜੇ ਉੱਠ ਕੱਢਦੇ ਹਾਂ, ਰਾਤ ਦੇ 12 ਵਜੇ ਤੱਕ ਦਿਨ 'ਚ ਇੱਕ ਵਾਰੀ 15 ਮਿੰਟ ਕੁਰਸੀ ਹੈ ਤਾਂ ਕੁਰਸੀ 'ਤੇ ਸੌਂ ਲੈਣਾ, ਜਿੱਥੇ ਵੀ। ਉਹ ਮੇਰੇ ਫਾਦਰ ਨੇ ਮੈਨੂੰ ਹੈਬਿਟ ਪਾਈ ਸੀ, ਉਹ ਕਹਿੰਦੇ ਜੇ ਸਾਰਾ ਦਿਨ ਇੱਕੋ ਜਿਹਾ ਕੰਮ ਕਰਨਾ ਨਾ ਤਾਂ ਹਰ 5 ਤੋਂ 8 ਘੰਟੇ ਬਾਅਦ ਇੱਕ ਬ੍ਰੇਕ ਲੈਣੇ, ਚਾਹੋ 15 ਮਿੰਟਸ ਦੀ ਚਾਹੋ 5 ਮਿੰਟ ਦੀ, ਜਿੱਥੇ ਤੈਨੂੰ ਵਕਤ ਮਿਲਦਾ ਸੌਂ ਲੈਣਾ, ਨੈਪ ਲੈ ਲੈਣਾ। ਮੇਰੇ ਬਚਪਨ ਤੋਂ ਉਹੀ ਚੱਲਦਾ ਆ ਰਿਹਾ ਅਤੇ ਮੈਂ ਬੜਾ ਸਕਸੈਸਫੁੱਲ ਹੈ। ਉਹ ਰਾਤ ਨੂੰ ਅਸੀਂ ਚਾਹੋ 3 ਵਜੇ ਤੱਕ ਸ਼ੂਟਿੰਗ ਕਰੀਏ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਨਾ ਮੈਂ ਟਾਇਰਡ ਫੀਲ ਕਰਦਾ। ਸੋ ਜ਼ਿੰਦਗੀ ਸਵੇਰ ਤੋਂ ਸ਼ਾਮ ਹੈ, ਔਰ ਇਸ ਸਾਰੇ ਦਿਨ 'ਚ ਤੁਸੀਂ ਮਹਿਕ ਛੱਡਣੀ ਆ। ਦੇਖੋ ਫੁੱਲ ਨੇ ਆਪਣੀ ਮਹਿਕ, ਜੇ ਤੁਸੀਂ ਖੁਸ਼ਬੂ ਛੱਡੋਗੇ ਲੋਕ ਸਤਿਕਾਰ ਕਰਨਗੇ, ਜੇ ਤੁਹਾਨੂੰ ਕੋਈ ਨਫ਼ਰਤ ਵੀ ਕਿੰਨਾ ਚਿਰ ਕਰੂਗਾ, ਗੁਲਾਬ ਦੀ ਕਿੰਨਾ ਚਿਰ ਨਫ਼ਰਤ ਕਰਾਂਗੇ ਆਪਾਂ, ਅਲਟੀਮੇਟਲੀ ਤਾਂ ਕਹਾਂਗੇ ਨਾ ਖੁਸ਼ਬੂ ਤਾਂ ਹੈ ਯਾਰ। ਸੋ ਆਪਣਾ ਚੰਗਾ ਕਰਮ ਕਰਦੇ ਜਾਓ, ਔਰ ਟਰੈਂਡ ਟਰੁੰਡ ਕੁਛ ਨਹੀਂ ਹੁੰਦਾ ਬੱਚੇ, ਕੁਛ ਨਹੀਂ ਹੁੰਦਾ, ਇਹ ਗੱਲਾਂ ਕੰਮ ਹੀ ਹੁੰਦਾ। ਜੇ ਤੁਸੀਂ ਆਪਣੇ ਕੈਰੀਅਰ ਦੀ ਮਿਆਦ ਹੀ 4 ਸਾਲ ਮਿੱਥ ਲਈ, ਫਿਰ 3.5 ਸਾਲ ਬਾਅਦ ਆਊਟ ਹੋ ਜਾਓਗੇ। ਜੇ ਤੁਸੀਂ ਇਹ ਮਿੱਥ ਲਈ ਕਿ ਮੈਂ ਤਾਂ ਜਦ ਤੱਕ ਸਾਹ ਐਂ ਕੰਮ ਕਰਨਾ, ਹਰ ਸਵੇਰ ਮੇਰੀ ਹੋਰ ਤਕੜੀ ਹੋ ਕੇ ਨਿਕਲਣੀ ਆ। ਜਿਵੇਂ ਜਿਵੇਂ ਤੁਸੀਂ ਵੱਧਦੇ ਹੋ
ਉਮਰ ਵੱਡੀ ਹੁੰਦੀ ਹੈ, ਤੁਹਾਡੀ ਬੁੱਧੀ ਜ਼ਹੀਨ ਹੁੰਦੀ ਹੈ, ਤੁਹਾਡੀ ਆਵਾਜ਼ ਭਰਵੀਂ ਹੁੰਦੀ ਹੈ ਅਤੇ ਤੁਹਾਡੀ ਸੋਚ ਹੋਰ ਵਾਸਤ ਹੁੰਦੀ ਹੈ। ਸੋ ਇੱਕ ਦਿਨ ਦਾ ਹੋਰ ਤਜਰਬਾ ਜੁੜ ਜਾਂਦਾ। ਸੋ ਕਦੇ ਇਹ ਨਹੀਂ ਸੋਚਣਾ, ਆਮ ਤੌਰ 'ਤੇ ਬੰਦਾ ਕਹਿ ਦਿੰਦਾ ਤੂੰ ਤਾਂ 30 ਸਾਲ ਦਾ ਹੋ ਗਿਆ, ਤੂੰ ਤਾਂ 40 ਦਾ ਹੋ ਗਿਆ, ਕੀ 20 ਸਾਲਾਂ ਨੂੰ ਪਤਾ ਵੀ ਉਹਨੇ ਕਿੰਨੇ ਸਾਲ ਜਿਉਣਾ। ਇੱਕ ਲੇਡੀ ਨੂੰ ਕੈਂਸਰ ਹੋ ਗਿਆ, ਬ੍ਰਿਟਿਸ਼ਰ ਲੇਡੀ ਸੀ, ਕਿਸੇ ਨੂੰ ਅੰਮ੍ਰਿਤਸਰ ਸਾਹਿਬ ਗੁਰੂ ਘਰ ਸੇਵਾ ਕਰਦੀ ਮਿਲੀ। ਉਹ ਗੱਲਾਂ ਕਰਦੀ ਕਰਦੀ ਉਹਨੇ ਦੱਸਿਆ ਵੀ ਮੈਨੂੰ ਕੈਂਸਰ ਹੋ ਗਿਆ ਅਤੇ ਮੇਰੀ ਡਾਕਟਰ ਨੇ ਕਿਹਾ 5 ਸਾਲ ਉਮਰ ਹੈ। ਉਹ ਕਹਿੰਦੇ ਤੈਨੂੰ ਡਰ ਨਹੀਂ ਲੱਗਦਾ ਤੇਰੀ 5 ਸਾਲ ਉਮਰ ਹੈ? ਉਹ ਕਹਿੰਦੀ ਮੈਨੂੰ ਤਾਂ ਪਤਾ 5 ਸਾਲ ਹੈਗੇ ਹੈ, ਕੀ ਤੈਨੂੰ ਪਤਾ ਤੇਰੀ ਕਿੰਨੀ ਹੈ? ਸੋ ਜ਼ਿੰਦਗੀ ਨੂੰ ਇਹ ਮਿੱਥ ਕੇ ਨਾ ਚੱਲੋ, ਹਾਂ ਆਪਣਾ ਕਰਮ ਕਰਦੇ ਚੱਲੋ। ਔਰ ਇਹ ਟਰੈਂਡ ਟਰੁੰਡ ਕੁਛ ਨਹੀਂ ਹੁੰਦਾ, ਅਸੀਂ ਤਾਂ ਕਦੇ ਫੇਕ ਕਲਿੱਕ ਕਰਾਈ ਨਹੀਂ, ਫਿਰ ਵੀ ਜਾ ਖੜਦਾ ਪਹਿਲੇ ਦੂਜੇ 'ਤੇ, ਹੈ ਨਾ। ਬਹੁਤ ਲੋਕ ਚੀਕਾਂ ਮਾਰਦੇ ਆ, ਆਹ ਤੋਂ ਕਲਿੱਕਾਂ ਦਾ ਪੁੱਛ। ਜਿੱਦਣ ਇਹ ਸੋਫਟਵੇਅਰ ਆ ਗਿਆ ਨਾ ਬੱਚੇ, ਆ ਜਾਣਾ। ਵੈਸੇ ਤਾਂ 2-4 ਸਾਇੰਟਿਸਟ ਮੇਰੇ ਦੋਸਤ ਆ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਇੱਕ ਐਪ ਬਣਾ ਕੇ ਦਿਓ, ਤੁਸੀਂ ਜਿੰਨੇ ਮਰਜ਼ੀ ਪੈਸੇ ਲੈ ਲਓ, ਜਿਹਦੇ 'ਚ ਕਿਸੇ ਦਾ MP3 ਪਾਇਆ ਕਰਾਂ ਅਤੇ ਯੂਟਿਊਬ ਬੜਾ ਕੱਢ ਕੇ ਦੱਸਦਾ ਕਰਾਂ ਵੀ ਇਹ 3.5 ਲੱਖ ਸੀ, ਇਹ 2 ਲੱਖ ਸੀ। ਅਸੀਂ ਤੁਹਾਡੇ ਮੂਹਰੇ ਕੀ ਦਾਵਾ ਕਰਦੇ ਹਾਂ? ਆਪਦਾ ਕਿਰਦਾਰ ਬੰਦਾ ਬਿਲਡ ਕਰਦਾ, ਜੇ 4 ਸੱਜਣ ਸੁਣਦੇ ਹਾਂ, ਮੁਆਇਆ ਕਰਨਾ ਕਰਾਂ। ਸਵੇਰੇ ਆਪਾਂ ਕਹਿੰਦੇ ਵੀ ਮੈਂ ਗੁਰੂ ਘਰੇ ਮੱਥਾ ਟੇਕਿਆ ਸੀ, ਅਤੇ ਸਭ ਤੋਂ ਵੱਡਾ ਝੂਠ ਤਾਂ ਅਸੀਂ ਬੋਲ ਰਹੇ ਹਾਂ ਕਿ ਗਾਣਾ 5 ਲੱਖ ਨੇ ਸੁਣਿਆ ਅਤੇ ਦੁਕਾਨ ਤਾਂ 50 ਲੱਖ, ਸਾਡੇ ਨਾਲ ਝੂਠਾ ਕੌਣ ਹੋਊਗਾ ਯਾਰ? ਫਿਰ ਅਸੀਂ ਕਿਉਂ, ਅਸੀਂ ਉਹਨਾਂ ਲੋਕਾਂ ਨੂੰ ਕਿਉਂ ਲਾਜ ਲਾਉਂਦੇ ਹਾਂ ਜਿਹੜੇ ਜਿਹਨਾਂ ਨੇ ਐਡੇ ਘਾਲਣਾ ਘਾਲੀਆਂ ਗੱਲਾਂ ਭਗਤ ਸਿੰਘ ਦੀਆਂ ਅਤੇ ਕਰਾਉਣੀਆਂ ਕਲਿੱਕਾਂ? ਯਾਰ ਇਹ ਗੱਲ ਸੋਭਾ ਦਿੰਦੀ ਆਪਾਂ ਨੂੰ ਨਾ। ਸੱਚ ਸੱਚ ਹੈ, ਜਿਹਨੇ ਸੁਣਨਾ ਉਹਨੇ ਸੁਣਨਾ। ਔਰ ਗਾਣੇ ਦਾ ਤੁਸਾਨੂੰ ਇੱਕ ਹੋਰ ਮੈਂ ਸੱਚੀ ਗੱਲ ਦੱਸਾਂ ਜਿਹੜੀ ਤੁਹਾਨੂੰ ਸ਼ਾਇਦ ਨਹੀਂ ਪਤਾ। ਕੋਈ ਵੀ ਫਾਰਮੈਟ ਜਦੋਂ ਸਮਾਜਿਕ ਮੀਡੀਆ 'ਤੇ ਆਉਂਦਾ ਨਾ, ਹੌਲੀ ਹੌਲੀ ਉਹ ਆਪਦੀ ਪਕੜ ਛੱਡਦਾ ਜਾਂਦਾ। ਇਸੇ ਤਰ੍ਹਾਂ ਯੂਟਿਊਬ ਜਿਹੜੀ ਪਹਿਲਾਂ ਸੀ ਉਹਦੀ ਪਕੜ ਬਹੁਤ ਘੱਟ ਗਈ, ਫੇਸਬੁੱਕ ਦਾ ਸ਼ੇਅਰ ਟੁੱਟ ਗਿਆ, ਲੋਸ 'ਚ ਜਾ ਰਹੀ ਹੈ, ਉਹਨਾਂ ਨੇ ਮੈਟਾਵਰਸ ਸ਼ੁਰੂ ਕਰਨਾ ਸੀ, ਸ਼ੁਰੂ ਨਹੀਂ ਕਰ ਪਾਏ, ਉਹਦੇ ਕੰਪੀਟੀਸ਼ਨ 'ਚ ਡੀਸੈਂਟਰਲੈਂਡ ਆ ਗਈ, ਉਹਨਾਂ ਨੇ ਪਹਿਲਾਂ ਡਿਵੈਲਪ ਕਰ ਲਏ ਕਾਲਪਨਿਕ ਸਿਟੀਜ਼ ਔਨਲਾਈਨ ਸ਼ੋਪਿੰਗ ਦੀ। ਸੋ ਦੁਨੀਆ ਨਾ ਜਿਹੜੀ ਇਹ ਬਹੁਤ ਝੂਠ ਬੋਲਦੀ ਹੈ। ਗੱਲਾਂ ਵੱਡੀਆਂ ਜਦੋਂ ਅਸੀਂ ਗੁਰੂ ਦੀ ਚਰਨਾਂ 'ਚ ਬੈਠ ਕੇ ਗੱਲ ਕਰਦੇ ਹਾਂ, ਫਿਰ ਸਾਡੇ ਮੂੰਹ 'ਚ ਝੂਠ ਕਿਵੇਂ ਨਿਕਲ ਸਕਦਾ ਹੈ? ਇਹਦਾ ਮਤਲਬ ਅਸੀਂ ਰੱਬ ਲਿਕੁਇਡ ਬਣਾ ਲਿਆ ਨਾ, ਵੀ ਸਾਡਾ ਰੱਬ ਇੱਦਾਂ ਦਾ ਹੈ, ਅਤੇ ਜਾਂ ਸਾਡਾ ਜੀਕਰ ਦਾ ਝੂਠ ਬੋਲੀਏ ਅਤੇ ਸਕੂਲ 'ਚ ਆਪਣੇ ਬੱਚੇ ਨੂੰ ਕੋਈ ਬੱਚੇ ਸਦਾ ਸੱਚ ਬੋਲੋ, ਇੱਦਾਂ ਨਹੀਂ ਹੁੰਦਾ। ਆਪ ਚਿੱਟੇ ਕੱਪੜੇ ਪਾ ਲਓ ਅਤੇ ਦੂਜੇ ਦੇ ਛਿੱਟੇ ਪਾਉਂਦੇ ਜਾਈ ਲਓ, ਇੱਦਾਂ ਨਹੀਂ। ਕਿਰਦਾਰ ਇੱਦਾਂ ਨਹੀਂ ਬਿਲਡ ਹੁੰਦੇ, ਕਿਰਦਾਰ ਬਣਾਉਣਾ ਪੈਂਦਾ ਔਰ ਉਹਦੇ ਲਈ ਤੁਹਾਨੂੰ ਸਫ਼ਰ ਵੀ ਕਰਨਾ ਪੈਂਦਾ। ਸੋ ਮੰਨ ਲਓ ਤੁਸੀਂ ਅੱਜ ਕੋਈ ਕੰਮ ਕਰਦੇ, ਤੁਹਾਡੀ ਗੁੱਡ ਫਰੈਂਡ ਜੇ ਕੋਈ ਅੱਛਾ ਟਿਕਟੋਕ ਉਹ ਕਹੂਗੀ ਮੈਨੂੰ ਤਾਂ ਇੰਨੇ ਮਿਲੀਅਨ ਦੇਖਦੇ, ਤਿੰਨ ਤਾਂ 2 ਦੇਖਦੇ, ਪਰ 2 ਕਦਰਦਾਨ ਹੋਣ, ਮੈਨੂੰ ਨਹੀਂ, ਮੈਂ ਕਲਿੱਕਾਂ ਤੋਂ ਦੂਰ ਹਾਂ। ਅੱਜ ਕੰਪਨੀ ਨੇ ਇੰਨਾ ਐਫਰਟ ਕਰਿਆ, ਐਡ ਕਰਿਆ, ਪਰ ਜਿਹੜੇ ਸਾਨੂੰ ਚਾਹੁਣ ਵਾਲਾ ਉਹਨਾਂ ਨੇ ਪਿੰਡ ਪਿੰਡ ਪੋਸਟਰ ਲਾ ਤੇ, ਬਸ ਆਹੀ ਕਮਾਈ ਹੈ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਪਰਮਪ੍ਰੀਤ ਸਿੰਘ ਸਰ, ਮੁਬਾਰਕਾਂ ਤੁਹਾਡੀ ਫਿਲਮ ਦਾ ਜਿਹੜਾ ਟ੍ਰੇਲਰ ਬਹੁਤ ਸੋਹਣਾ ਸਰ, ਜਿਹਦੇ ਵਿੱਚ ਜੋ ਅਸੀਂ ਐਕਸ਼ਨ ਦੇਖਦੇ ਹਾਂ
ਉਹ ਬਹੁਤ ਰੀਅਲਿਸਟਿਕ ਲੱਗਦਾ ਜੀ ਜੋ ਤੁਹਾਡੀ ਪਤਾ ਕੀ ਮੈਂ ਇਕੱਲੇ ਗੱਲਾਂ ਕਰ ਜਾਣਾ ਇਹ ਮੇਰੇ ਮੈਂ ਇਹਨਾਂ ਨੂੰ ਸਪੈਸ਼ਲ ਆਰਟਿਸਟ ਹਾਂ ਜੀ ਸਰ ਮੇਰਾ ਸਵਾਲ ਸਰ ਨਰਾਇਣ ਇਹ ਇੱਥੋਂ ਸ਼ੁਰੂ ਕਰਾਂਗੇ ਪਰਲੇ ਇਹ ਸਾਡੇ ਸੀਨੀਅਰ ਆ ਮੇਰਾ ਵੀਰ ਵੱਡਾ ਪਰਲੇ ਪਾਸੇ ਮੈਂ ਵੀ ਦਊਂਗਾ ਜਵਾਬ ਮੈਂ ਹੀ ਦਊਂਗਾ ਮੈਨੂੰ ਪਤਾ ਤੈਨੂੰ ਟੀਆਰਪੀ ਦਾ ਚੱਕਰ ਨਹੀਂ ਨਹੀਂ ਸਰ ਮੇਰਾ ਸਰ ਸਵਾਲ ਨਰਾਇਣ ਨੂੰ ਲੈ ਕੇ ਸੀਗਾ ਨਰਾਇਣ ਜਿੱਦਾਂ ਤੁਸੀਂ ਦੱਸਿਆ ਕਿ ਹਰ ਇੱਕ ਕਿਰਦਾਰ ਦੀ ਕਹਾਣੀ ਹੈ ਜੀ ਜੀ ਵੀ ਬੀਬੋ ਜਿਹੜੀ ਬਲਵੀਰੋ ਭਾਬੀ ਹੈ ਉਹਦਾ ਵੀ ਇੱਕ ਵੱਖਰਾ ਕਿਰਦਾਰ ਜੀ ਮੈਂ ਸਰ ਸਰਜੀਤ ਚੀਮਾ ਜੀ ਜੋ ਇੱਥੇ ਨਹੀਂ ਮੌਜੂਦ ਜੀ ਮੈਂ ਐਕਚੁਅਲੀ ਨਰਾਇਣੇ ਬਾਰੇ ਜਾਣਨਾ ਚਾਹੁੰਦਾ ਸੀਗਾ ਕਮਾਲ ਦਾ ਕਿਰਦਾਰ ਹੈ ਚੀਮਾ ਹਾਂਜੀ ਮੈਂ ਗਰੰਟੀ ਦਿੰਦਾ ਗਰੰਟੀ ਲਿਖਾ ਲਓ ਮੈਥੋਂ ਵੀ ਚੀਮਾ ਸਾਹਿਬ ਨੂੰ ਦੁਬਾਰਾ ਇਸ ਇੰਡਸਟਰੀ 'ਚ ਫਿਲਮਾਂ ਸੋਲੋ ਹੀਰੋ ਦੀਆਂ ਮਿਲਣਗੀਆਂ ਲਿਖ ਲਓ ਜੀ ਐਕਚੁਅਲੀ ਸਰ ਸੁੱਚੇ ਸੂਰਮੇ ਦੀ ਵੀ ਗੱਲ ਬਹੁਤ ਹੁੰਦੀ ਹੈ ਬਲਵੀਰੋ ਭਾਬੀ ਦੀ ਵੀ ਗੱਲ ਬਹੁਤ ਹੁੰਦੀ ਹੈ ਕੁੱਕਰ ਦੀ ਵੀ ਗੱਲ ਬਹੁਤ ਹੁੰਦੀ ਹੈ ਬਟ ਜੋ ਮੈਂ ਤੁਹਾਨੂੰ ਦੱਸਿਆ ਨਾ ਬੈਲੈਂਸ ਨਰਾਇਣੇ ਨੂੰ ਕਿਤੇ ਨਾ ਕਿਤੇ ਅੰਡਰਐਸਟੀਮੇਟ ਕੀਤਾ ਨਾ 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 ਤੁਸੀਂ ਬੈਲੈਂਸਡ ਕਰੈਕਟਰ ਹੈ ਜੀ ਸੀ ਗੱਲ ਮਤਭੇਦ ਕਦੋਂ ਹੁੰਦਾ ਜਦੋਂ ਵਿਚਾਰ ਨਹੀਂ ਮਿਲਦੇ ਜੀ ਨਰਾਇਣੇ ਨੂੰ ਕਿਸ ਤਰ੍ਹਾਂ ਇਤਿਹਾਸਿਕ ਤੌਰ ਤੇ ਜਿਹੜਾ ਦਿਖਾਇਆ ਹਰ ਜਦੋਂ ਨਾ ਕਿਸੇ ਆਪਾਂ ਚੀਜ਼ ਤੇ ਆਪਣਾ ਵਿਊ ਦਿੰਦੇ ਹਾਂ ਜਿੱਦਾਂ ਤੁਹਾਡਾ ਨਜ਼ਰੀਆ ਹੋਰ ਹੋਊਗਾ ਮੇਰਾ ਕਿਸੇ ਕਿਤਾਬ ਬਾਰੇ ਹੋਰ ਹੋਊਗਾ ਇਹਦੇ ਪਰ ਜੇ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਲੱਗੂਗਾ ਕਿ ਨਰਾਇਣੇ ਤੇ ਜਿਹੜਾ ਵੀਰੋ ਦਾ ਤਕਰਾਰ ਕੀ ਸੀ ਉਹ ਆਪਣੀ ਆਪਣੀ ਜਗ੍ਹਾ ਸੀ ਉਹਨਾਂ ਦਾ ਏਜ ਗੈਪ ਸੀ ਬਲਬੀਰ ਕੌਰ ਦੀ ਏਜ ਘੱਟ ਸੀ ਵੀਰੋ ਦੀ ਤੇ ਉਹਨਾਂ ਦੀ ਏਜ ਵੱਧ ਸੀ ਉਹ ਉਹਨੂੰ ਲੱਗਦਾ ਸੀ ਇਹਦਾ ਹਜੂ ਹੈ ਨਾ ਉਹ ਉਹਨੂੰ ਲੱਗਦਾ ਸੀ ਵੀ ਮੇਰੇ ਬਾਪ ਨੇ ਮੈਨੂੰ ਧੱਕੇ ਨਾਲ ਵਿਆਹ ਤਾ ਜਦਕਿ ਸੰਸਕਾਰ ਹੀ ਏਦਾਂ ਸੀ ਉਹਨੂੰ ਬਾਪ ਉਦੋਂ ਅਰੇਂਜ ਮੈਰਿਜਸ ਹੁੰਦੀਆਂ ਸੀ ਉਹਦਾ ਤਰਕ ਇਹ ਹੈ ਕਿ ਫਿਰ ਤੂੰ ਪਹਿਲਾਂ ਕਿਉਂ ਵਿਆਹ ਕਰਾਇਆ ਸੀ ਉਹਦਾ ਤਰਕ ਇਹ ਹੈ ਕਿ ਮੇਰੀ ਕਿਹੜੇ ਚੱਲਦੀ ਸੀ ਸੋ ਇਹ ਬੈਲੈਂਸਡ ਹੈ ਥੋੜੇ ਸਵਾਲ ਮੈਂ ਸਮਝਦਾ ਇਹਨਾਂ ਨੂੰ ਕੀ ਕਰੋ ਤੁਸੀਂ ਬਸ ਮੈਂ ਇੱਧਰ ਦਿੰਦਾ ਮਾਈਕ ਹਾਂਜੀ ਸਰ ਮੱਕੜਾ ਭਾਜੀ ਮੇਰਾ ਪਹਿਲਾਂ ਤਾਂ ਸ਼ੁਕਰੀਆ ਸਮੀਤ ਭਾਜੀ ਅਮਿਤੋਜ ਮਾਨ ਸਾਹਿਬ ਉਹਨਾਂ ਨਾਲ ਮੇਰੀ ਦੂਜੀ ਫਿਲਮ ਮੈਂ ਪਹਿਲੇ ਹਵਾਏ ਸੀ ਹਵਾਏ 'ਚ ਬੜਾ ਖਤਰਨਾਕ ਸੀ ਛੋਟਾ ਸੀ ਰੋਲ ਪਰ ਬਹੁਤ ਅੱਛਾ ਅਤੇ ਬਹੁਤ ਜ਼ਿਕਰਯੋਗ ਰਿਹਾ ਉਹ ਕਰੈਕਟਰ ਉਸ ਤੋਂ ਬਾਅਦ ਇਹ ਸੁੱਚਾ ਸੂਰਮਾ 'ਚ ਉਹਨਾਂ ਨੇ ਚੋਣ ਕੀਤੀ ਔਰ ਮੈਨੂੰ ਸੁੱਚਾ ਜੀ ਬੱਬੂ ਭਾਜੀ ਦੇ ਫੁੱਫੜ ਜੀ ਦਾ ਰੋਲ ਮਿਲਿਆ ਆਮ ਫੁੱਫੜ ਤੁਸੀਂ ਸੁਣਦੇ ਹੋ ਸ਼ਰਾਰਤੀ ਮਸ਼ਕਰੀਆਂ ਵਾਲੇ ਹੁੰਦੇ ਆ ਪਰ ਇਹ ਮੋਟੀਵੇਸ਼ਨਲ ਫੁੱਫੜ ਸੀ ਇਹ ਨਾਲ ਖੜਨ ਵਾਲਾ ਫੁੱਫੜ ਸੀ ਹੌਸਲਾ ਵਧਾਊ ਫੁੱਫੜ ਹੈ ਔਰ ਮਾੜੀ ਮੋਟੀ ਜਿਹੜੀ ਟਿਚਕਰ ਹੁੰਦੀ ਵੀ ਉਹ ਕਰਦਾ ਵਾ ਪਰ ਉਹ ਜਿਹੜਾ ਆਮ ਪਿੰਡ ਦਾ ਕਿਰਦਾਰ ਹੁੰਦਾ ਉਹ ਕਿਰਦਾਰ ਹੈ ਔਰ ਸਾਨੂੰ ਸਾਰੀ ਟੀਮ ਨੂੰ ਉੱਥੇ ਸ਼ੂਟਿੰਗ 'ਤੇ ਰਹਿ ਕੇ ਸ਼ੂਟਿੰਗ ਕਰਦਿਆਂ ਕਿਤੇ ਵੀ ਮਹਿਸੂਸ ਨਹੀਂ ਹੋਇਆ ਕਿ ਅਸੀਂ ਐਕਟਰ ਹਾਂ ਸਾਨੂੰ ਲੱਗਾ ਅਸੀਂ ਉਸੇ ਪਿੰਡ ਦੇ ਉਸੇ ਕਹਾਣੀ ਦੇ ਅਸਲੀ ਕਿਰਦਾਰ ਹਾਂ ਅਤੇ ਸਾਰਿਆਂ ਨੇ ਇਸੇ ਤਰ੍ਹਾਂ ਹੀ ਨਿਭਾਇਆ ਪਹਿਲਾ ਫੁੱਫੜ ਹੈ ਜਿਹੜਾ ਪੋਜ਼ਿਟਿਵ ਜਾ ਰਿਹਾ ਫੁੱਫੜ ਹੁੰਦੇ ਪੋਜ਼ਿਟਿਵ ਹੈ ਉਹਨਾਂ ਦੀ ਸੋਚ ਆਪਣੇ ਤਰੀਕੇ ਦੀ ਹੁੰਦੀ ਹੈ ਜੀ ਮੈਡਮ ਨੇ ਸਵਾਲ ਮੇਰਾ ਕਰੈਕਟਰ ਕੁੱਕਰ ਦੀ ਵਾਈਫ ਦਾ ਕਰੈਕਟਰ ਹੈ ਜੋ ਕਿ ਬਹੁਤ ਦਬੀ ਗੁਜਲੀ ਉਸ ਟਾਈਮ ਦੀਆਂ ਜੋ ਮਹਿਲਾਵਾਂ ਸੀਗੀਆਂ ਉਹਨਾਂ ਨਾਲ ਮਿਲਦਾ
ਤੇ ਮੈਂ ਬਹੁਤ ਖੁਸ਼ ਹਾਂ ਕਿ ਇਹ ਕਰੈਕਟਰ ਮੇਰੇ ਹਿੱਸੇ ਆਇਆ ਕਿਉਂਕਿ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਹਰੇਕ ਇਨਸਾਨ ਦੀ ਗੱਲ ਕੀਤੀ ਜਾਂਦੀ ਆ ਪਰ ਉਹ ਔਰਤਾਂ ਜੋ ਸਫ਼ਰ ਕਰਦੀਆਂ ਨੇ ਇਹ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਜਾਂ ਜੋ ਵੀ ਘਰ ਦੇ ਵਿੱਚ ਅਬਿਊਜ਼ ਹੁੰਦਾ ਉਹਨੂੰ ਲੈ ਕੇ ਇਹ ਕਰੈਕਟਰ ਉਹਦੇ ਨਾਲ ਕਾਫ਼ੀ ਮਿਲਦਾ ਜੁਲਦਾ ਤੇ ਮੈਂ ਬਹੁਤ ਖੁਸ਼ ਹਾਂ ਜੀ ਮੇਰਾ ਮੈਂ ਪਹਿਲੀ ਵਾਰ ਇਸ ਟੀਮ ਨਾਲ ਕੰਮ ਕਰ ਰਹੀ ਹਾਂ ਤੇ ਮੇਰਾ ਐਕਸਪੀਰੀਅੰਸ ਮੇਰਾ ਬੈਸਟ ਐਕਸਪੀਰੀਅੰਸ ਸੀ ਤੇ ਸਰ ਨਾਲ ਕੰਮ ਕਰਨਾ ਤਾਂ ਵੈਸੇ ਹਿਸਟਰੀ ਕ੍ਰੀਏਟ ਹੋ ਗਈ ਹੈ ਕਿ ਹਾਂ ਸਰ ਨਾਲ ਕੰਮ ਕਰ ਰਹੀ ਹਾਂ ਥੈਂਕ ਯੂ ਸੋ ਮਚ ਮਾਨ ਸਾਹਿਬ ਮੁੜ ਕੁੜ ਕੇ ਸੂਈ ਤੁਹਾਡੇ ਤੇ ਜਾਂਦੀ ਹੈ ਸਰ ਦਾ ਬਿਹੇਵੀਅਰ ਵੀ ਜਿੱਦਾਂ ਮਰਜ਼ੀ ਦੁਆਰ ਬਚ ਲਈਏ ਬਹੁਤ ਵਧੀਆ ਬਹੁਤ ਮਤਲਬ ਕਿ ਅਗਲਾ ਸਰ ਹੀਰੋ ਗੱਪਾਂ ਲੈ ਹੁੰਦਾ ਮੈਂ ਇਦਾਂ ਕੀਤਾ ਮੈਂ ਫਿਰ ਕੁਛ ਨਹੀਂ ਹੁੰਦਾ ਮਾਈਕ ਮਾਈਕ ਦੇ ਦਿਓ ਤੋ ਲੈ ਮੈਂ ਤਾਂ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਸਵਾਲ ਕਰਾਂਗੇ ਤੋਤੀ ਵੀਰ ਸਾਡੇ ਦੇ ਇਹ ਵੀ ਹੀਰੋ ਹੈ ਜੀ ਜੀ ਹਾਂਜੀ ਤੁਸੀਂ ਆਪਣੇ ਕਿਰਦਾਰ ਬਾਰੇ ਦੱਸੋ ਜੀ ਇੱਕ ਮਿੰਟ ਇਹ ਮੈਂ ਤਾਂ ਉੱਠ ਕੇ ਬੈਠਾ ਮੈਂ ਕਹਿ ਸਕਦਾ ਮੈਂ ਮਾਨ ਸਾਹਿਬ ਨਾਲ ਤੇ ਸੁਮਿਤ ਸਰ ਨਾਲ ਬੈਠਣੀ ਉੱਠਣੀ ਹੈਗੀ ਹੈ ਮੇਰੀ ਮੈਨੂੰ ਬਹੁਤ ਖੁਸ਼ੀ ਹੈ ਮੈਂ ਇਸ ਫਿਲਮ ਦਾ ਹਿੱਸਾ ਵੈਸੇ ਮੈਂ ਆਪਣਾ ਸੁਮਿਤ ਸਰ ਔਰ ਅਮਿਤੋਜ ਮਾਨ ਜੀ ਨਾਲ ਪਹਿਲਾਂ ਵੀ ਇੱਕ ਫਿਲਮ ਕੀਤੀ ਹੈ ਮੋਟਰ ਮਿੱਤਰਾਂ ਦੀ ਉਸ ਤੋਂ ਮੈਂ ਅਮਿਤੋਜ ਸਰ ਨਾਲ ਜੁੜਿਆ ਉਹਨਾਂ ਨੇ ਮੈਨੂੰ ਉਸ ਫਿਲਮ ਦੇ ਵਿੱਚ ਵੀ ਬਹੁਤ ਐਪਰੀਸ਼ੀਏਟ ਕੀਤਾ ਮੈਨੂੰ ਇਹ ਵੀ ਗੱਲ ਕਹੀ ਕਿ ਤੂੰ ਅੱਛਾ ਐਕਟਰ ਹਾਂ ਅਤੇ ਆਪਾਂ ਅੱਗੇ ਵੀ ਕੰਮ ਕਰਾਂਗੇ ਫਿਰ ਇਹ ਫਿਲਮ ਜਦੋਂ ਮੇਰੇ ਹਿੱਸੇ ਆਈ ਅਤੇ ਮੈਨੂੰ ਮਾਨ ਸਾਹਿਬ ਬਾਰੇ ਵੀ ਪਤਾ ਲੱਗਿਆ ਤਾਂ ਇੱਕ ਚਾਅ ਹੁੰਦਾ ਮਨ ਦੇ ਵਿੱਚ ਮਾਨ ਸਾਹਿਬ ਨਾਲ ਕੰਮ ਕਰਨ ਦਾ ਇਹਨਾਂ ਨਾਲ ਵੈਸੇ ਦੇਖਣ ਦਾ ਜਾਂ ਗਾਣੇ ਸੁਣਨ ਦਾ ਉਹ ਗੱਲ ਇੱਕ ਅਲੱਗ ਆ ਲੇਕਿਨ ਇਹਦੇ ਨਾਲ ਕੰਮ ਕਰਨਾ ਇਹ ਮੇਰੇ ਲਈ ਬਹੁਤ ਵੱਡੀ ਗੱਲ ਆ ਬਹੁਤ ਵਧੀਆ ਕਿਰਦਾਰ ਆ ਮੇਰਾ ਇਹਦੇ ਵਿੱਚ ਮੇਰੇ ਕਿਰਦਾਰ ਦਾ ਨਾਮ ਹੈਗਾ ਜੁਗਤੀ ਪਿੰਡ ਦੇ ਉਹ ਕਲਾਕਾਰ ਆ ਉਹ ਬੰਦੇ ਆ ਇਹ ਦੋ ਦੋ ਜਣੇ ਇੱਕ ਮੈਂ ਆ ਮੇਰੇ ਨਾਲ ਮੇਰਾ ਬ੍ਰਦਰ ਆ ਬੀਲਾ ਕਿ ਜਿਹੜੇ ਪਿੰਡ ਦੇ ਵਿੱਚ ਇਹਨਾਂ ਦਾ ਕੋਈ ਕੰਮ ਨਹੀਂ ਕਹਿੰਦਾ ਸਿਰਫ ਲੋਕਾਂ ਦੇ ਘਰਾਂ 'ਚ ਝਾਕਣਾ ਇੱਕ ਗੱਲ ਨੂੰ ਦੂਜੇ ਥਾਂ 'ਤੇ ਪਹੁੰਚਾਉਣਾ ਔਰ ਪੂਰੇ ਦੇ ਪੂਰੇ ਪਿੰਡ ਦੇ ਵਿੱਚ ਵਿਹਲੜ ਬੰਦੇ ਆ ਔਰ ਸਵਾਦ ਲੈਂਦੇ ਆ ਕਿਸੇ ਦੇ ਘਰ 'ਚ ਲੜਾਈ ਹੋਈ ਆ ਕਿਸੇ ਦੇ ਘਰ ਦੇ ਵਿੱਚ ਕੋਈ ਕਲੇਸ਼ ਹੋਇਆ ਤਾਂ ਇਹਨਾਂ ਨੇ ਇੱਕ ਗੱਲ ਨੂੰ ਦੂਜੇ ਥਾਂ 'ਤੇ ਪਹੁੰਚਾਉਣਾ ਇਹ ਕਿਰਦਾਰ ਦਾ ਇਹਨਾਂ ਦਾ ਕੰਮ ਸੀ ਜਿਹੜਾ ਉਹ ਮੈਂ ਕੀਤਾ ਜੀ ਜੀ ਸੁਮੇਤ ਜੀ ਤੁਸੀਂ ਕੁਛ ਦੱਸ ਦਿਓ ਤੁਸੀਂ ਗੁਰਪ੍ਰੀਤ ਤੋਤੇ ਜੀ ਦਾ ਨਾ ਇੱਕ ਰਿਵਿਊ ਦੇਖੋ ਉਹਨਾਂ ਨੇ ਟ੍ਰੇਲਰ ਦਾ ਰਿਵਿਊ ਪਾਇਆ ਮੈਂ ਰਾਤੀ ਦੇਖਿਆ ਬਹੁਤ ਸੋਹਣਾ ਤੁਸੀਂ ਸਾਰੇ ਜ਼ਰੂਰ ਸ਼ੇਅਰ ਕਰਿਆ ਜੇ ਮੈਂ ਜਦੋਂ ਟ੍ਰੇਲਰ ਆਇਆ ਮਾਨ ਸਾਹਿਬ ਪਹਿਲਾਂ ਤਾਂ ਮੈਂ ਨੱਚਿਆ ਬਹੁਤ ਜ਼ਿਆਦਾ ਉਹ ਮੈਂ ਵੀਡੀਓ ਵੀ ਬਣਾਈ ਆਪਦੇ ਅਤੇ ਮੈਂ ਨੱਚਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਦੇਰ ਤੋਂ ਵੇਟ ਸੀਗੀ ਫਿਲਮ ਦੀ ਅਤੇ ਉਹ ਵੇਟ ਪੂਰੀ ਹੋਈ ਆ ਔਰ ਮੈਂ ਨੱਚ ਕੇ ਜਿਹੜਾ ਪਾਇਆ ਅਤੇ ਲੋਕਾਂ ਨੇ ਕਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਬ੍ਰਦਰ ਤੂੰ ਤਾਂ ਵੀਡੀਓ 'ਚ ਨੱਚਿਆ ਨਾ ਅਤੇ ਅਸੀਂ ਸੱਚੀ ਆਪਦੇ ਘਰਾਂ ਦੇ ਵਿੱਚ ਨੱਚ ਨੱਚ ਕੇ ਟ੍ਰੇਲਰ ਦੇਖਿਆ ਕਿ ਮਾਨ ਸਾਹਿਬ ਮਿਲ ਰਿਹਾ ਬਹੁਤ ਬਹੁਤ ਪਿਆਰ ਮਿਲਿਆ ਬਹੁਤ ਥੈਂਕ ਯੂ ਰੈਡੀ ਟੂ ਗੋ ਅਤੇ ਆਪਾਂ ਸਟਾਰਟ ਕਰਨ ਲੱਗੇ ਸਾਡਾ ਸੈਸ਼ਨ ਅੱਜ ਦਾ ਅਤੇ ਹੈਵੀ ਗੱਲ ਹੈਲੋ ਪਹਿਲਾ ਸਵਾਲ ਇੱਧਰ ਹੈ ਜੀ ਬਾਈ ਜੀ ਸੁੱਚਾ ਸੂਰਮਾ ਫਿਲਮ ਸਾਰੇ ਕਿਰਦਾਰ ਤੋਂ ਤਾਂ ਵਾਕਫ ਨੇ ਪਰ ਇਸ ਫਿਲਮ ਨੂੰ ਬਣਦਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਲਗਭਗ 5 ਸਾਲ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਰਿਲੀਜ਼ਿੰਗ ਡੇਟ ਜਾਂ ਇਹ ਸਾਲ ਪਹਿਲਾਂ ਹੀ ਸੋਚਿਆ ਹੋਇਆ ਸੀ ਇੰਨਾ ਸਮਾਂ ਲੱਗਣਾ ਸੀ ਜਾਂ ਕੋਈ ਹੋਰ ਵਜ੍ਹਾ ਦੇਖੋ ਬੱਚੇ ਨੂੰ ਵੀ ਜਵਾਨ ਹੋਣ ਲਈ ਬਹੁਤ ਟਾਈਮ ਲੱਗ ਜਾਂਦਾ ਇੱਥੇ ਫਿਲਮ ਦਾ ਕੋਈ ਜ਼ਰੂਰੀ ਨਹੀਂ ਇਹਦਾ ਟਾਈਮ ਨਹੀਂ ਹੁੰਦਾ ਕੋਈ ਨਿਰਧਾਰਿਤ ਕਈ ਵਾਰੀ ਕੋਈ ਚੀਜ਼ਾਂ ਹੁੰਦੀਆਂ ਟੈਕਨੀਕਲੀ ਫਸ ਜਾਂਦੀਆਂ ਕਈ ਵਾਰੀ ਕੋਈ ਵਿਚਾਰਕ ਤੌਰ 'ਤੇ ਆਪਾਂ ਰੁਕ ਜਾਂਦੇ ਸੋ ਆਪਾਂ ਅੱਜ ਦੀ ਇਹ ਗੱਲ ਕਰੀਏ ਕਿ ਫਿਲਮ ਰਿਲੀਜ਼ ਹੋ ਰਹੀ ਹੈ ਆਪਾਂ ਅਤੀਤ ਦੀ ਗੱਲ ਨਾ ਕਰੀਏ ਤਾਂ ਇੱਕ ਅਗਲਾ ਸਵਾਲ ਨਾਲ ਲਗਵਾਂ ਇਹ ਵੀ ਹੈ ਕਿ ਇੱਕ ਕਿਰਦਾਰ ਜਿਹੜਾ ਹੈਗਾ ਇਹ ਬਹੁਤ ਵੱਡਾ ਪਾਤਰ ਹੈ ਤੁਹਾਡੇ ਲਈ ਖੁਦ ਨਿੱਜੀ ਤੌਰ 'ਤੇ ਚੈਲੰਜ ਸੀ ਕਿ ਐਡੇ ਵੱਡੇ ਕਿਰਦਾਰ ਨਾਲ ਮੈਂ ਇਨਸਾਫ਼ ਕਰ ਪਾਊਂਗਾ
ਸਵਾਦ ਲੈ ਰਿਹਾ ਪੂਰਾ। ਸੱਚੀ ਗੱਲ ਦੱਸਾਂ, ਸੱਚੀ ਦੱਸ ਰਿਹਾ, ਉਹ ਨੌਜਵਾਨ ਨੇ ਪਹਿਲਾਂ ਹੀ ਗੱਲ ਕੀਤੀ ਸੀ ਬੜੀ ਛੋਟੀ ਜੀ, ਕਿ ਇੱਕ ਤਾਂ ਪਹਿਲਾਂ ਉਹਨਾਂ ਨੇ ਕਿਹਾ ਲਹਿੰਦੇ ਪੰਜਾਬ ਦੀ, ਪਹਿਲਾਂ ਪੰਜਾਬ ਸਾਂਝਾ ਹੁੰਦਾ ਸੀ ਤੋ ਚੜ੍ਹਦਾ ਲਹਿੰਦਾ ਨਹੀਂ ਸੀ ਹੁੰਦਾ। ਦੂਜੀ ਗੱਲ ਇਹ ਹੈ ਬਈ ਫਿਲਮ 'ਚ ਕੋਈ ਵੀ ਕਿਰਦਾਰ ਵੱਡਾ ਛੋਟਾ ਨਹੀਂ ਹੁੰਦਾ, ਇਹ ਸਾਰੀ ਟੀਮ ਮੈਂ ਕਹਿ ਕੇ ਬੁਲਾਈ ਹੈ, ਕਿਉਂਕਿ ਆਮ ਤੌਰ 'ਤੇ ਜਦੋਂ ਕਾਨਫਰੰਸ ਹੁੰਦੀ ਹੈ ਤਾਂ ਹੀਰੋ ਆਪਣੀਆਂ ਗੱਪਾਂ ਮਾਰ ਕੇ ਚਲੇ ਜਾਂਦਾ ਹੈ ਕਿ ਜਿਵੇਂ ਸਾਰੀ ਫਿਲਮ ਉਹਨੇ ਮੋਢਿਆਂ 'ਤੇ ਚੱਕੇ, ਇੱਦਾਂ ਦਾ ਨਹੀਂ ਹੁੰਦਾ। ਹਰ ਕਿਰਦਾਰ ਜ਼ਰੂਰੀ ਹੈ ਔਰ ਫਿਲਮ 'ਚ ਤਿੰਨ ਪੱਖ ਹੁੰਦੇ ਆ। ਪਹਿਲਾ ਪੱਖ ਹੁੰਦਾ ਕਹਾਣੀ, ਡਾਇਰੈਕਟਰ, ਉਹਨਾਂ ਦਾ ਡਿਪਾਰਟਮੈਂਟ। ਦੂਜਾ ਪੱਖ ਹੁੰਦਾ ਸੰਗੀਤ ਅਤੇ ਉਹਦੇ 'ਚ ਜਿਹੜੇ ਗੀਤ ਹੈ ਜਾਂ ਜਿਹੜੇ ਉਹਨਾਂ ਦੇ ਅਲਫਾਜ਼ ਹੈ। ਤੀਜਾ ਪ੍ਰੋਡਕਸ਼ਨ ਹਾਊਸ, ਇਹ ਤਿੰਨ ਮਿਲ ਕੇ ਫਿਲਮ ਬਣਾਉਂਦੇ ਆ। ਹੀਰੋ ਫਰੰਟ ਫੇਸ ਹੁੰਦਾ, ਜੇ ਹੀਰੋ ਨਾਲੇ ਫਿਲਮਾਂ ਹਿੱਟ ਹੁੰਦੀਆਂ ਫਿਰ ਕੋਈ ਵੀ ਫਿਲਮ ਫੇਲ੍ਹ ਨਾ ਹੋਵੇ, ਕਹਾਣੀ ਹੀਰੋ ਹੁੰਦੀ ਹੈ। ਇਸੇ ਕਰਕੇ ਸਾਰੇ ਪਾਤਰਾਂ 'ਚ ਬਣਾਇਆ, ਇਹ ਸਾਰੇ ਵੱਡੇ ਪਾਤਰ ਆ, ਇੱਕ ਜ਼ੋਰਦਾਰ ਤਾੜੀ ਇਹਨਾਂ ਦੀ ਮਾਰ ਗਏ। ਥੈਂਕ ਯੂ ਸਰ। ਕੁਸ਼ਚਨ ਇੱਦਾਂ, ਸਤਿ ਸ਼੍ਰੀ ਅਕਾਲ ਸਰ ਜੀ, ਪਹਿਲਾਂ ਤਾਂ ਬਹੁਤ ਬਹੁਤ, ਮੇਰੀ ਕੁਸ਼ਚਨ ਸਾਰੀ ਟੀਮ ਨੂੰ ਹੈ ਕਿ ਪਹਿਲੀ ਪੰਜਾਬੀ ਫਿਲਮ ਹੈ ਜਿਹਦਾ ਥੀਮ ਸੌਂਗ ਪੰਜਾਬੀ ਫਿਲਮ ਹੈ, ਜਿਹਦਾ ਚਾਰ ਦਿਨ ਲਗਾਤਾਰ ਟ੍ਰੈਂਡਿੰਗ 'ਤੇ ਚੱਲੇ, ਇਸਦੇ ਬਾਰੇ ਤੁਹਾਡੇ ਸਾਰਿਆਂ ਦੇ ਕੀ ਵਿਚਾਰ ਨੇ, ਪਲੀਜ਼ ਸਾਨੂੰ ਜ਼ਰੂਰ ਸਾਂਝੇ ਕਰਿਓ। ਦੇਖੋ ਇਹਦਾ ਸਿਹਰਾ ਇਸ ਪ੍ਰੋਡਕਸ਼ਨ ਹਾਊਸ ਨੂੰ ਜਾਂਦਾ, ਇਹਨਾਂ ਨੇ ਜਿਹੜੀ ਚੋਣ ਕਰੀ ਆ ਬਹੁਤ ਅੱਛੀ ਕਰੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਆਮ ਤੌਰ 'ਤੇ ਜਿਹੜੀਆਂ ਫਿਲਮਾਂ ਇਹਨਾਂ ਦਾ ਬੈਕਗਰਾਊਂਡ ਮਿਊਜ਼ਿਕ ਜ਼ਿਆਦਾ ਬੰਬੇ ਬੇਸਡ ਲੋਕ ਕਰਦੇ ਸੀ ਪਹਿਲਾਂ, ਸਾਡੇ ਨੌਜਵਾਨ ਟੈਕਨੀਸ਼ੀਅਨ ਘੱਟ ਸੀ, ਪਰ ਹੁਣ ਨੌਜਵਾਨ ਸਾਡੇ ਟੈਕਨੀਸ਼ੀਅਨ ਅੱਛੇ ਹੋਣ ਲੱਗ ਗਏ ਔਰ ਇਹ ਇਸ ਫਿਲਮ 'ਚ ਉਦਾਹਰਣ ਹੈ। ਸੋ ਬਹੁਤ ਅੱਛਾ ਹੈ ਕਿ ਸਾਡੇ ਮੁੰਡੇ ਨੇ ਬੜਾ ਅੱਛਾ ਕੰਮ ਕਰਿਆ, ਉਹਨੂੰ ਅਸੀਂ ਵਧਾਈ ਦਿੰਦੇ ਹਾਂ। ਮਾਈਕ ਦੇ ਦਿਓ ਯਾਰ, ਕਿਹੜੀ ਕਿੱਧਰ ਹੈ ਮਾਈਕ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਸਾਹਿਲ ਜੀ, ਨਿਊਜ਼ 18 ਤੋਂ। ਮਾਨਸਾ, ਪਹਿਲੀ ਤਾਂ ਬੜੀ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ ਕਿ ਤੁਸੀਂ ਅੱਜ ਇੱਥੇ ਆਏ ਹੋ, ਅਤੇ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚਲੋ ਹੈ ਨਾ ਫਿਲਮ ਆ ਰਹੀ ਹੈ ਤੁਹਾਡੀ, ਸਾਡੇ ਵਾਸਤੇ ਵੀ ਚੰਗੀ ਗੱਲ ਹੈਗੀ, ਬਿਕੋਜ਼ ਲੋਕ ਤੁਹਾਨੂੰ ਦੇਖਣਾ ਤਾਂ ਪਸੰਦ ਕਰਦੇ ਹੈ ਸਾਹਮਣੇ ਵੀ ਅਤੇ ਫਿਲਮਾਂ 'ਚ ਵੀ। ਅਤੇ ਸਵਾਲ ਮੇਰਾ ਇਹ ਹੈ ਕਿ ਮਾਨਸਾ, ਜਿਹੜੇ ਤੁਹਾਡੇ ਚਾਹੁਣ ਵਾਲੇ ਆ ਜਾਂ ਹੈ ਨਾ ਜਿੰਨਾ ਵੀ ਲੋਕ ਤੁਹਾਨੂੰ ਸੁਣਦੇ ਆ, ਪੰਜਾਬ ਇੱਧਰ ਲਗਾ ਲਓ ਜਾਂ ਬਾਹਰ ਲਗਾ ਲਓ, ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਤੁਹਾਡੀ ਫਿਲਮਾਂ ਕਰੀਬ ਤੋਂ ਕਰੀਬ ਹੈ ਨਾ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਈਆਂ ਨੇ, ਗਾਣੇ ਵੀ ਤੁਹਾਡੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਆਈਆਂ ਨੇ, ਪਰ ਤੁਹਾਡੇ ਚਾਹੁਣ ਵਾਲੇ ਹਮੇਸ਼ਾ ਸਦਾ ਬਹਾਰ, ਅੱਜ ਵੀ ਤੁਹਾਡਾ ਗੀਤ ਆਵੇ ਨਾ ਆਵੇ, ਫਿਲਮ ਕੋਈ ਆਵੇ ਨਾ ਆਵੇ, ਪਰ ਫਿਰ ਵੀ ਅਸੀਂ ਕਮੈਂਟਸ ਦੇਖਦੇ ਹਾਂ, ਹਰ ਜਗ੍ਹਾ ਦੇਖਦੇ ਹਾਂ, ਸਾਰੇ ਜਗ੍ਹਾ ਗੱਲ ਕਿਸੇ ਹੋਰ ਦੀ ਹੋ ਰਹੀ ਹੁੰਦੀ, ਸਾਰੇ ਕਹਿੰਦੇ ਆ ਬੱਬੂ ਮਾਨ ਜ਼ਿੰਦਾਬਾਦ। ਇਹ ਜਿਹੜੇ ਤੁਹਾਡੇ ਫੈਨਸ ਨੇ, ਇਹ ਜਿਹੜੇ ਤੁਹਾਡੇ ਚਾਹੁਣ ਵਾਲੇ ਨੇ, ਇਹਨਾਂ ਬਾਰੇ ਮੈਂ ਜ਼ਰੂਰ ਤੁਹਾਡੇ ਦਿਲ ਦੇ ਅਲਫਾਜ਼ ਕੋ ਜਾਣਨਾ ਚਾਹੂੰਗਾ। ਸਰ, ਜਦੋਂ ਆਪਾਂ ਕੋਈ ਕੰਮ ਕਰਦੇ ਹਾਂ, ਕਿੱਤਾ ਕਰਦੇ ਹਾਂ ਤਾਂ ਜਾਂ ਕੋਈ ਪੇਸ਼ੇ 'ਚ ਜਾਂਦੇ ਹਾਂ ਜਾਂ ਵਪਾਰ ਕਰਦੇ ਹਾਂ, ਦੋ ਚੀਜ਼ਾਂ ਹੁੰਦੀਆਂ। ਕਈ ਲੋਕ ਪੈਸਾ ਕਮਾ ਲੈਂਦੇ ਆ, ਕਈ ਲੋਕ ਸੱਜਣ ਕਮਾ ਲੈਂਦੇ ਆ। ਅਸੀਂ ਮਿੱਤਰ ਕਮਾਇਆ, ਸੱਜਣ ਕਮਾਇਆ, ਚਾਹੁਣ ਵਾਲੇ ਕਮਾਇਆ। ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ, ਐਂਡ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਕਿ ਤੁਸੀਂ ਇੱਦਾਂ ਦੀ ਫਿਲਮ ਲੈ ਕੇ ਆ ਰਹੇ ਹੋ ਜਿਹੜਾ ਸਾਡਾ ਇਤਿਹਾਸ ਦਾ ਇੱਕ ਬਹੁਤ ਸੋਹਣਾ ਹਿੱਸਾ ਸਾਹਮਣੇ ਰੱਖਦੇ ਆ। ਅਤੇ ਮੇਰਾ ਸਵਾਲ ਸਰ ਇਹ, ਅੱਗੇ ਆ ਜਾ ਕੇ ਦੇਖਦਾ ਨਹੀਂ ਤੂੰ ਯਾਰ, ਹਾਲ ਲਾਈਟ ਬਹੁਤ ਦਿੱਖੀ ਹੈ ਜੀ, ਮੈਂ ਇੱਧਰ ਸੱਚ ਰਿਹਾ ਸਰ। ਆ ਜਾ, ਤੂੰ ਤਾਂ ਅੱਛਾ, ਤੂੰ ਤਾਂ ਐਕਟਰ ਹੈ ਯਾਰ। ਹਾਂਜੀ ਸਰ। ਸਰ, ਮੇਰਾ ਸਵਾਲ ਇਹ ਹੈ ਕਿ ਜਿੱਦਾਂ ਅਸੀਂ ਟ੍ਰੇਲਰ ਵੀ ਦੇਖਦੇ ਹਾਂ ਤਾਂ ਉਹ 'ਚ ਸਾਰੇ ਕਰੈਕਟਰ ਬੜੇ ਸਟਰੋਂਗ ਨਜ਼ਰ ਆਉਂਦੇ ਆ, ਚਾਹੇ ਕੁੱਕਰ ਦਾ ਕਰੈਕਟਰ ਅਸੀਂ ਗੱਲ ਕਰੀਏ ਤਾਂ ਉਹਨਾਂ ਜਿਹੜਾ ਕਰੈਕਟਰ ਉਹ ਕਿਤੇ ਨਾ ਕਿਤੇ ਭਾਰੀ ਪੈਂਦਾ ਨਜ਼ਰ ਆਉਂਦਾ ਸਾਨੂੰ ਹੀਰੋ ਦੇ ਉੱਪਰ ਵੀ ਟ੍ਰੇਲਰ ਦੇ ਵਿੱਚ, ਜ਼ਰੂਰੀ ਹੁੰਦਾ ਹੈ।
ਤੇ ਉਹ ਕਿੱਦਾਂ ਮਤਲਬ ਤੁਸੀਂ ਸਾਰੇ ਕਰੈਕਟਰਸ ਚੁਣੇ ਕਿੱਦਾਂ ਤਾਂ ਮਤਲਬ ਉਹ ਜਿਹੜੀ ਟੀਮ ਕਿੱਦਾਂ ਬਣੀ ਪੂਰੀ? ਦੇਖੋ ਇਹ ਪਹਿਲਾਂ ਕਹਾਣੀ ਜਦੋਂ ਤਣਦੇ ਆ, ਅਸਲ 'ਚ ਫਿਲਮ ਦੀ ਦਾਸਤਾਨ ਬੜੀ ਲੰਬੀ ਹੈ। ਜਿੱਦਾਂ ਨੌਜਵਾਨ ਨੇ ਪੁੱਛਿਆ ਸੀ ਵੀ ਇੰਨਾ ਟਾਈਮ ਕਾਹਤੇ ਲਾਤਾ, ਪਹਿਲਾਂ ਸਾਰਾਗੜ੍ਹੀ ਕਹਾਣੀ, ਇਹ ਗੁਰਪ੍ਰੀਤ ਸਾਡਾ ਛੋਟਾ ਭਰਾ ਸਾਰਾਗੜ੍ਹੀ ਲਿਖੀ ਸੀ, ਪਰ ਉਹ ਬਣਦੇ ਬਣਦੇ ਪ੍ਰਪੋਜ਼ਲਾਂ ਜਦ ਨੂੰ ਫਿਰ ਬੰਬੇ ਬਣ ਗਈ ਸੀ ਫਿਰ ਰੁਕ ਗਈ। ਉਦੋਂ ਅਸੀਂ ਉਸ ਫਿਲਮ ਲਈ ਸਾਰੇ ਜਿੰਨੇ ਵੀ ਸੀ ਕੈਰੈਕਟਰ ਸਾਰਿਆਂ ਨੇ ਵੱਡੀਆਂ ਦਾੜੀਆਂ ਵਧਾਈਆਂ ਸੀ ਪ੍ਰੋਪਰ ਉਸ ਤਰ੍ਹਾਂ ਦਾ ਕਿਰਦਾਰ ਕਰਨ ਲਈ। ਫਿਰ ਰੁਕਦੇ ਰੁਕਦੇ ਇੱਕ ਦੋ ਚੀਜ਼ਾਂ ਹੋਰ ਜ਼ਹਿਨ 'ਚ ਆਈਆਂ, ਫਿਰ ਇਹਦੇ 'ਤੇ ਆ ਕੇ ਖੜ੍ਹੇ। ਕੈਰੈਕਟਰ ਦਾ ਇਹ ਆ ਵੀ ਦੇਖੋ ਆਮ ਤੌਰ 'ਤੇ ਕੀ ਹੁੰਦਾ ਨਾ, ਜਦੋਂ ਫਿਲਮ ਦੀ ਸਕ੍ਰਿਪਟ ਲਿਖਦੇ ਹਾਂ, ਜਦੋਂ ਸੈੱਟ 'ਤੇ ਜਾਂਦੇ ਹਾਂ ਜਾਂ ਪਹਿਲਾਂ ਕਹਾਣੀ ਸੁਣਦੇ ਹਾਂ, ਜਿਹੜਾ ਮੁੱਖ ਕਿਰਦਾਰ ਹੁੰਦਾ ਉਹ ਇੰਟਰਫੇਰੈਂਸ ਕਰਦਾ, ਇੱਥੇ ਆਹ ਕਰ ਦਿਉ, ਇੱਥੇ ਆਹ ਕਰ ਦਿਉ। ਮੈਂ ਜਦੋਂ ਪਹਿਲੇ ਦਿਨ ਸੈੱਟ 'ਤੇ ਗਿਆ, ਉਹ ਜਿਹੜਾ ਨੌਜਵਾਨ ਸੀ ਸਾਡਾ ਜਿਹਨੇ ਕੁੱਕਰ ਦਾ ਰੋਲ ਕਰਿਆ, ਉਹ ਦੂਰੋਂ ਨੇੜਿਓਂ ਮੇਰੇ ਵਾਕਫ ਸੀ, ਜਿਹੜੇ ਉਹਨਾਂ ਦਾ ਰਿਸ਼ਤੇਦਾਰ ਸੀ, ਹੀ ਵਾਜ਼ ਬਿਟ ਨਰਵਸ ਜੀ, ਉਹ ਇਸ ਕੰਪਲੈਕਸ ਸੀ ਅਤੇ ਗੁਰਪ੍ਰੀਤ ਨਾਲ ਸੀ ਮੇਰੇ, ਬਈ ਮੈਂ ਕਿੱਦਾਂ ਕਰੂੰਗਾ, ਮੈਂ ਵੈਸੇ ਹੀ ਤੁਹਾਨੂੰ ਪਿਆਰ ਕਰਦਾ, ਫੈਨ ਹੈ। ਫਿਰ ਅਸੀਂ ਉਹਨੂੰ 10 ਕੁ ਮਿੰਟ ਮੈਂ ਗੁਰਪ੍ਰੀਤ ਨੂੰ ਬੁਲਾਇਆ, ਚਾਹ ਚੂਹ ਬੁਲਾਈ, ਉਹਨੂੰ ਰਿਲੈਕਸ ਕਰਿਆ। ਫਿਰ ਮੈਂ ਗੁਰਪ੍ਰੀਤ ਨੂੰ ਜਦੋਂ ਇਹ ਡਾਇਲਾਗ ਲੈ ਕੇ ਸਵੇਰੇ ਆਉਂਦੇ ਸੀ, ਮੈਨੂੰ ਕਹਿੰਦਾ ਸੀ ਮੇਰੇ ਆਹ ਚਾਰ ਲਾਈਨਾਂ ਕੱਢ ਦੇ, ਇੱਕ ਨਾਲ ਹੀ ਸਰ ਜਾਣਾ, ਇਹਦੀ ਵਧਾ ਦੇ, ਇਹ ਤਕੜਾ ਕਰੈਕਟਰ ਹੋਊਗਾ, ਲੜਨ ਦਾ ਸਵਾਦ ਆਊਗਾ। ਸੋ ਇਹ ਇੱਕ ਜ਼ਰੂਰੀ ਸੀ। ਇੱਥੇ ਜੀ ਬਿਲਕੁਲ ਤੁਹਾਡੇ ਸਾਹਮਣੇ, ਸਤਿ ਸ਼੍ਰੀ ਅਕਾਲ ਜੀ, ਬਿਲਕੁਲ ਸਾਹਮਣੇ ਤੁਹਾਡੇ ਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਹੇਲ ਖਾਨ ਆ, ਫੇਮਸ ਪੰਜਾਬ ਟੀਵੀ ਤੋਂ ਜੀ ਜੀ। ਮਾਨ ਸਾਹਿਬ ਆਪਾਂ ਵੇਖਦੇ ਹਾਂ ਕਿ ਇੰਟਰਟੇਨਮੈਂਟ ਇੰਡਸਟਰੀ ਦੇ ਵਿੱਚ ਫਿਲਮਾਂ ਬਣਦੀਆਂ ਨੇ, ਅੱਜ ਕੱਲ੍ਹ ਇੰਡੀਆ ਦਾ ਸਿਨੇਮਾ ਬਹੁਤ ਵਾਈਡ ਹੋ ਗਿਆ ਹੈ ਨਾ, ਫਿਲਮਾਂ ਦੀ ਪ੍ਰਮੋਸ਼ਨ 'ਤੇ ਬਹੁਤ ਪੈਸੇ ਖਰਚੇ ਜਾਂਦੇ ਆ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਸਾਰੇ ਭਾਰਤ ਦੀਆਂ ਫਿਲਮਾਂ ਵਿੱਚ। ਤੁਹਾਡੀ ਫਿਲਮ ਟ੍ਰੇਲਰ ਆਉਣ ਤੋਂ ਪਹਿਲਾਂ ਹੀ ਪਿੰਡ ਪਿੰਡ ਪਹੁੰਚ ਗਈ ਸੀਗੀ ਜੀ, ਮੈਨੂੰ ਲੱਗਦਾ ਕਿ ਇਹ ਜਿਹੜੀ ਕਮਾਈ ਹੈ 25-30 ਸਾਲ ਪੁਰਾਣੀ ਹੈ ਨਾ, ਇਹ ਤੋਂ ਤੁਹਾਨੂੰ ਮਾਣ ਮਹਿਸੂਸ ਹੁੰਦਾ ਇਹ ਵੀ ਪਿੰਡ ਪਿੰਡ ਵਿੱਚ ਗੱਲਾਂ ਹੋ ਰਹੀ ਸੀ ਵੀ ਯਾਰ ਇੱਕ ਫਿਲਮ ਆ ਰਹੀ ਹੈ ਸੁੱਚਾ ਸੁਰਮਾ ਬੱਬੂ ਮਾਨ ਦੀ। ਖੱਟੜ ਪੈ ਚੈਨਲ ਹੋਰ ਗਿਆ ਸਾਡੇ, ਲੈ ਜਾਂਦੇ ਹਾਂ ਪਿੰਡ ਪਿੰਡ ਗੱਲ। ਸਾਡੇ ਜਿੱਦਾਂ ਪੁਰਾਤਨ ਜ਼ਮਾਨੇ 'ਚ ਹਰ ਕਾਰੇ ਹੁੰਦੇ ਸੀ ਨਾ, ਚਿੱਠੀ ਅੱਗੇ ਤੋਂ ਅੱਗੇ ਪਹੁੰਚਾ ਦਿੰਦੇ ਸੀ। ਸੋ ਚੰਗੀ ਗੱਲ ਇਹ ਹੈ ਵੀ ਸਾਡੇ ਵਾਲਿਆਂ ਨੇ ਆਪਣਾ ਕੰਮ ਪਹਿਲਾਂ ਹੀ ਸ਼ੁਰੂ ਕਰਤਾ ਸੀ। ਸੋ ਦੂਜੀ ਗੱਲ ਇਹ ਵੀ ਪ੍ਰੋਡਕਸ਼ਨ ਹਾਊਸ ਸੁਹਿਰਦ ਹੈ, ਇਹਨਾਂ ਨੇ ਵੀ ਆਪਣੇ ਨਾਲ ਬਹੁਤ ਲੋਕ ਜੁੜੇ ਹੋਏ ਆ। ਅੱਜ ਜਿਹੜੀ ਤੁਹਾਡੀ ਇਕੱਤਰਤਾ ਸ਼ਾਇਦ ਇਹ ਇਸੇ ਕਰਕੇ ਹੈ ਕਿ ਇਸ ਪ੍ਰੋਡਕਸ਼ਨ ਹਾਊਸ ਨੇ ਤੁਹਾਡੇ ਨਾਲ ਚੰਗੇ ਰਿਸ਼ਤੇ ਲਵਾਏ। ਹਾਂ ਮਾਨ ਸਾਹਿਬ, ਦੂਜੀ ਗੱਲ ਇਹ ਵੀ ਜਿਹੜੀ ਤੁਸੀਂ ਹੁਣ ਕਰਕੇ ਅੱਡੇ ਹੋ, ਮੈਂ ਗੁਰਪ੍ਰੀਤ ਭਾਅ ਜੀ ਨੂੰ ਪੁੱਛੀ ਸੀ ਵੀ ਯਾਰ ਮਾਨ ਸਾਹਿਬ ਲਈ ਨੈਗੇਟਿਵ ਰੋਲ ਖੜਾ ਕਰਨਾ ਇਹ ਵੀ ਵੱਡੀ ਚੁਣੌਤੀ ਹੁੰਦੀ ਹੈ, ਤੁਹਾਨੂੰ ਅੱਗੇ ਵੀ ਫਿਲਮਾਂ 'ਚ ਚੁਣੌਤੀ ਦੇਖਣੀ ਪਈ ਹੈ ਯਾਰ ਵੀ ਕਿਵੇਂ ਲੱਭੀਏ, ਕਿਉਂਕਿ ਮਾਸ਼ਾਅੱਲਾ ਤੁਸੀਂ 6-7 ਫੁੱਟ ਦੇ ਹੋ ਨਾ ਜੀ, ਤੈਨੂੰ ਕਿੱਥੇ ਸੀ, ਮਤਲਬ ਤੈਨੂੰ ਥੀਏਟਰ ਵੀ ਕਰਦਾ ਰਿਹਾ, ਮੈਨੂੰ ਮੈਂ ਵੈਸੇ ਥੀਏਟਰ ਵਾਲਿਆਂ ਨੂੰ ਪਸੰਦ ਕਰਿਆ, ਜਦੋਂ ਕੋਈ ਕਹਿੰਦਾ ਨਾ ਮੈਂ ਥੀਏਟਰ ਕਰਦਾ, ਮੈਂ ਤਕਰੀਬਨ ਦੇਖੋ ਮੇਰਾ ਤਾਂ ਕੰਮ ਗਾਉਣਾ ਸੀ। ਮੈਂ ਜਦੋਂ ਪਹਿਲੀ ਫਿਲਮ ਬਣਾਈ ਸੀ, ਜਦੋਂ ਅਸੀਂ ਹਵਾਏਂ ਵੀ ਬਣਾਈ ਸੀ, ਉਦੋਂ ਵੀ ਇਸ ਥੋਟ ਨਾਲ ਬਣਾਈ ਸੀ ਕਿ ਬਹੁਤ ਨਵੇਂ ਲੋਕਾਂ ਨੂੰ ਕੰਮ ਮਿਲੇ, ਇੰਡਸਟਰੀ ਗਰੋ ਕਰੇ, ਕਿ ਜਿਸ ਬਾਲੀਵੁੱਡ ਦੇ ਲਈ ਭੱਜਦੇ ਆ ਲੋਕ ਉੱਥੇ ਪੰਜਾਬੀ ਸੀ ਸਾਰੇ, ਹੌਲੀ ਹੌਲੀ ਪੰਜਾਬੀ ਆਊਟ ਹੋਣ ਲੱਗ ਗਏ ਉੱਥੋਂ, ਜੋ ਧਰਮ ਜੀ ਉਹਨਾਂ ਦਾ ਜਾਂ ਸੁਨੀਲ ਦੱਤ ਸਾਹਿਬ ਹੋਰੀ ਜਾਂ ਜੋ ਉਹਨਾਂ ਦਾ ਗ੍ਰੇਟ ਸੀ ਉਹ ਨਹੀਂ ਉੱਥੇ ਮਿਲਿਆ ਉਹ ਤੋਂ ਬਾਅਦ। ਸੋ ਸਾਡੀ ਇਸੇ ਤਰ੍ਹਾਂ ਹਸ਼ਰ 'ਚ ਵੀ ਇਹੀ ਤਮੰਨਾ ਸੀ ਕਿ ਬਹੁਤ ਨੌਜਵਾਨਾਂ ਨੂੰ ਕੰਮ ਮਿਲੇ ਤਾਂ ਕਿ ਹੋਰ ਪੈਦਾ ਹੋਣ ਕਰੈਕਟਰ। ਸੋ ਇਸੇ ਸੋਚ ਨਾਲ ਅਸੀਂ ਫਿਲਮਾਂ ਕਰਦੇ ਹਾਂ। ਬਾਕੀ ਇਹ ਹੈ ਵੀ ਜ਼ਿੰਦਗੀ ਦਾ ਸਫ਼ਰ ਹੈ, ਕਈ ਵਾਰੀ ਅਸੀਂ ਗਲਤੀਆਂ ਕਰ ਜਾਂਦੇ ਹਾਂ, ਸਾਤੋਂ ਵੀ ਹੋਈਆਂ,
ਪਰ ਆਮ ਤੌਰ ਤੇ ਫਿਲਮਾਂ ਦਾ ਰੇਟ ਜਿਹੜਾ ਸਕਸੈਸ ਰੇਟ ਆ ਉਹ 10-15% ਹੀ ਹੁੰਦਾ। ਪਰ ਅਸੀਂ ਲੱਕੀ ਹਾਂ ਕਿ ਅਸੀਂ 50% ਆਪਣੀ ਜ਼ਿੰਦਗੀ ਦਾ ਜਿਹੜਾ ਕੰਮ ਆ ਉਹ ਸੁਪਰਹਿਟ ਕਰਿਆ, ਇੱਕ ਦੋ ਫਲੋਪ ਵੀ ਕਰੀਆਂ। ਉਹ ਸਾਡੀ ਗਲਤੀ ਸੀ ਜਾਂ ਸਾਡੇ ਦੋਸਤਾਂ ਦੀ, ਜਾਂ ਅਸੀਂ ਥੋੜ੍ਹੇ ਜਿਹੇ ਜ਼ਿਆਦਾ ਮੱਲਾ ਪੜਿਆ, ਸਭ ਨੂੰ ਗੱਲ ਨਾਲ ਲਾ ਲੈਂਦੇ ਹਾਂ। 100% ਜਿਹੜੀ ਗਲਤ ਹੈ ਜੀ ਸਰ, ਮੈਂ ਅੱਜ ਵੀ ਤੁਹਾਨੂੰ ਦੱਸ ਰਿਹਾ ਵੀ ਹੀਰੋ ਸਿਰਫ ਗੱਪਾਂ ਮਾਰ ਲਈ ਹੁੰਦਾ ਪ੍ਰੈਸ ਕਾਨਫਰੰਸ 'ਚ, ਵੀ ਮੈਂ ਬੜਾ ਔਖਾ ਨਿਭਾਇਆ, ਫਿਰ ਮੈਂ ਕੁਛ ਨਹੀਂ ਕੀਤਾ। ਸਰ ਮੈਂ ਮੇਰੀ ਇਮਤੋਜ ਨਾਲ ਮੈਂ ਇਸ ਇੰਡਸਟਰੀ ਸਾਰੇ ਨਵੇਂ ਬੱਚੇ ਅੱਛਾ ਕੰਮ ਕਰਦੇ, ਪਰ ਇਸ ਤਰ੍ਹਾਂ ਦੀ ਫਿਲਮ ਲਈ ਸਿਰਫ ਇਮਤੋਜ ਹੀ ਬੈਸਟ ਹੈ, ਇਹ ਗਰੰਟੀ ਹੈ। ਤੋ ਮੈਂ ਜਦੋਂ ਸੈੱਟ 'ਤੇ ਜਾਂਦਾ ਸੀ, ਇਹ ਗੁਰਪ੍ਰੀਤ ਡਾਇਲਾਗ ਲੈ ਕੇ ਆਉਂਦਾ ਸੀ, ਮੈਨੂੰ ਕਹਿੰਦਾ ਪੜ੍ਹ ਲੈ, ਮੈਂ ਕਹਿੰਦਾ ਪੜ੍ਹਨਾ ਨਹੀਂ, ਤੂੰ ਸੁਣਾ ਦੇ। ਇਹ ਸੁਣਾ ਕੇ ਚਲਾ ਜਾਂਦਾ ਸੀ। ਅੱਛਾ, ਹੁਣ ਜਿਹੜਾ ਡਾਇਰੈਕਟਰ ਐਕਟਰ ਹੁੰਦਾ, ਉਹਦੇ ਦਿਮਾਗ 'ਚ ਇੱਕ ਖਿਆਲ ਹੁੰਦਾ ਕਿ ਮੈਨੂੰ ਇੱਦਾਂ ਦੀ ਵਾਕ ਚਾਹੀਦੀ ਹੈ ਅਤੇ ਇੱਦਾਂ ਜਿਹੜਾ ਤੁਹਾਡਾ ਥਰੋ ਚਾਹੀਦਾ। ਤਾਂ ਉਹ ਜਦੋਂ ਅਮਿਤੋਜ ਬੈਠਦਾ ਸੀ, ਉਹਨੇ ਕਹਿਣਾ ਹਾਂ ਡਾਇਲਾਗ ਯਾਦ ਆ, ਮੈਂ ਕਿਹਾ ਤੂੰ ਇੱਧਰ ਆ ਜਾ, ਤੂੰ ਕਰਕੇ ਦਿਖਾ ਦੇ, ਮੈਂ ਉੱਥੇ ਖੜ੍ਹਦਾ। ਉਹ ਕਰਦਾ ਸੀ ਅਤੇ ਮੈਂ ਬਾਅਦ 'ਚ ਕਰਿਆ ਹੁੰਦਾ ਸੀ, ਸੌਖਾ ਸੀ ਮੇਰੇ ਲਈ। ਸੋ ਇੱਕ ਡਾਇਰੈਕਟਰ ਦਾ ਐਕਟਰ ਹੋਣਾ ਜ਼ਰੂਰੀ ਹੈ, ਉਹ ਅਸੀਂ ਅੱਛਾ ਕੰਮ ਕਰ ਲੈਂਦੇ। ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਤੁਸੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਗੁਰਪ੍ਰੀਤ ਬਾਈ ਤੁਹਾਨੂੰ ਡਾਇਲੋਗ ਸੁਣਾਉਂਦੇ ਸੀਗੇ, ਮੈਂ ਬਾਈ ਉਹਨਾਂ ਨਾਲ ਗੱਲ ਕਰਦਾ ਸੀਗਾ, ਕਹਿੰਦੇ ਵੀ ਜਦੋਂ ਅਸੀਂ ਕੋਈ ਬਾਈ ਨੂੰ ਡਾਇਲੋਗ ਸੁਣਾਉਣਾ ਤਾਂ ਉਹ ਕਈ ਵਾਰੀ ਇੱਦਾਂ ਵੀ ਬੋਲ ਦਿੰਦੇ ਸੀ ਵੀ ਇਹ ਡਾਇਲੋਗ ਸ਼ਾਇਦ ਮੇਰੇ ਅੱਗੇ ਵਾਲੇ ਬੰਦੇ ਨੂੰ ਜ਼ਿਆਦਾ ਫੱਬੇ। ਮਤਲਬ ਇਹ ਇੱਕ ਐਕਟਰ ਲਈ ਬਹੁਤ ਔਖਾ ਹੁੰਦਾ ਨਹੀਂ, ਮੋਸਟਲੀ ਤਾਂ ਇੱਦਾਂ ਹੁੰਦਾ ਜਦ ਮੈਂ ਐਕਟਰ ਹਾਂ ਨਾ ਤਾਂ ਫੋਕਸ ਮੇਰੇ 'ਤੇ ਹੋਣਾ ਚਾਹੀਦਾ। ਨਹੀਂ ਸਰ, ਇੱਦਾਂ ਮੈਂ ਹੋਰ ਤਰ੍ਹਾਂ ਮੈਨੂੰ ਲੱਗਦਾ ਫਿਲਮ ਸੱਚੀ ਹਰ ਕਰੈਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਇਸ ਦਾ ਨੌਜਵਾਨ ਦਾ ਕਰੈਕਟਰ ਹੁਣ ਤਾਂ ਪੂਰਾ ਯੈਂਕੀ ਸ਼ੈਂਕੀ ਬਣਿਆ ਬੈਠਾ, ਜਦ ਤੁਸੀਂ ਦੇਖੋਗੇ ਨਾ ਫਿਲਮ 'ਚ ਤੁਹਾਨੂੰ ਛਾਪ ਛੱਡ ਜੂਗਾ ਇਹ ਕਿਰਦਾਰ। ਕਿਸੇ ਦੇਖੋ, ਆਪਾਂ ਛੋਟੇ ਹੁੰਦਿਆਂ ਨੇ ਸ਼ੋਲੇ ਫਿਲਮ ਦੇਖੀ ਸੀ, ਅੱਜ ਵੀ ਤੁਹਾਨੂੰ ਇੱਕ ਇੱਕ ਕਿਰਦਾਰ ਕਾਲੀਆ ਸਾਂਭਾ ਸਭ ਯਾਦ ਰਹਿੰਦਾ ਨਾ। ਤੋ ਮੈਂ ਇਹ ਤਾਂ ਨਹੀਂ ਦਾਅਵਾ ਕਰਦਾ, ਕਿਉਂਕਿ ਸਾਡੀ ਅਜੇ ਜਿਹੜੀ ਪੰਜਾਬੀ ਟਰੈਟਰੀ ਆ ਉਹ ਹਿੰਦੀ ਵਾਲਿਆਂ ਦੀ ਸਭ ਤੋਂ ਥੋੜ੍ਹੀ ਜਿਹੀ ਵਾਸਟ ਹੈ, ਬਟ ਤੁਸੀਂ ਇਹ ਫਿਲਮ ਦੇ ਕਿਰਦਾਰ ਜਿੱਦਾਂ ਹਸ਼ਰ ਦੇ ਤੁਹਾਨੂੰ ਅਜੇ ਵੀ ਯਾਦ ਹੋਣੇ ਕੁਛ ਕਿਰਦਾਰ ਹਨ, ਇਸ ਫਿਲਮ ਦੇ ਤੁਹਾਨੂੰ ਯਾਦ ਰਹਿਣਗੇ। ਤੁਹਾਨੂੰ ਇਸ ਨੌਜਵਾਨ ਤੋਂ ਜਾਂ ਗੁਰਪ੍ਰੀਤ ਜੋ ਕਰੂਗਾ ਸਾਰੇ ਤੁਹਾਨੂੰ ਚੇਤੇ ਰਹਿਣਗੇ। ਮੋਸਟਲੀ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਹੋ, ਭਾਜੀ ਮੇਰੀ ਸਵਾਲ ਹੈ, ਇੰਨੇ ਇਕੱਠੇ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਤੁਹਾਡੀ ਜੋ ਤਵੱਜੋ ਹਮੇਸ਼ਾ ਗੀਤਾਂ ਨੂੰ ਰਹੀ ਹੈ, ਪੱਗ ਬੰਨੀ ਹੈ ਜਾਂ ਸਰਦਾਰ ਜਾਂ ਪੰਜਾਬੀ ਦਾ ਰੋਲ ਕਰਨਾ ਤਾਂ ਜਾਂ ਉਸ ਤਰ੍ਹਾਂ ਜਾਂ ਸੱਚੇ ਸੁੱਚੇ ਸਿੱਖ ਦਾ ਰੋਲ ਕਰਨਾ, ਫਿਰ ਉਹ ਇਸ ਤਰ੍ਹਾਂ ਦਾ ਨਾ ਹੋਵੇ ਕਿ ਜਿਹਦੇ ਨਾਲ ਅਸੀਂ ਮਜ਼ਾਕ ਦਾ ਪਾਤਰ ਬਣੀਏ। ਇਸੇ ਕਰਕੇ ਅਸੀਂ ਬਾਲੀਵੁੱਡ ਗਏ ਸੀ, ਇਸੇ ਕਰਕੇ ਸਾਡੀ ਉੱਥੇ ਬਹੁਤ ਲੋਕਾਂ ਨਾਲ ਬਣੀ ਨਹੀਂ, ਕਿ ਅਸੀਂ ਜਿਹੜਾ ਸਰਦਾਰ ਪੇਸ਼ ਕਰਿਆ ਸੀ ਉਹ ਸਿਸਟਮ ਦੇ ਮੂੰਹ 'ਤੇ ਚਟਾਕਾ ਸੀ, ਅਸੀਂ ਅਸਲੀ ਪਿਕਚਰ ਪੇਸ਼ ਕਰੀ ਸੰਘਰਸ਼ੀਆਂ ਦੀ। ਸੋ ਇਸ ਕਰਕੇ ਹਰ ਕਿਰਦਾਰ ਦਾ ਹੋਣਾ ਜ਼ਰੂਰੀ ਹੈ, ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ। ਜਿਹੜੀਆਂ ਫਿਲਮਾਂ ਫਲੋਪ ਹੋ ਜਾਂਦੀਆਂ ਉਹ ਸਾਡੀਆਂ ਕੁਛ ਗਲਤੀਆਂ ਕਰਕੇ ਹੋ ਜਾਂਦੀਆਂ। ਸਾਨੂੰ ਨਾ ਪਤਾ ਨਹੀਂ ਕੁਛ ਲੱਗਦਾ, ਹੱਥ ਵੀ ਨਹੀਂ ਦਿਖਦਾ। ਸਾਰੇ ਰਿਸ਼ਤੇ ਤਾਂ ਜਿਵੇਂ ਆਪਾਂ ਨੂੰ ਰੱਬ ਵੱਲੋਂ ਮਿਲਦੇ, ਜਿਵੇਂ ਆਪਾਂ ਮਾਂ ਨੀ ਚੁਣ ਸਕਦੇ ਪਿਓ ਨੀ, ਪਰ ਯਾਰੀ ਅਸੀਂ ਆਪ ਚੁਣਨੀ ਹੁੰਦੀ ਹੈ। ਯਾਰੀ ਚ ਗਦਾਰੀ
ਦੀ ਇਹੀ ਸਜ਼ਾ ਹੋਣੀ ਚਾਹੀਦੀ ਹੈ? ਮਤਲਬ ਅੱਜ ਤਾਂ ਬਹੁਤ ਸਾਰੀਆਂ ਯਾਰੀਆਂ ਨੇ, ਤੁਸੀਂ ਅੱਜ ਦੀ ਗੱਲ ਕਰਦੇ ਹੋ, ਅਸੀਂ ਇਹ ਉਦੋਂ ਕੀ ਸੋਚਦੇ ਸੀ ਲੋਕ? ਤੁਸੀਂ 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 ਮੈਨੂੰ ਲੱਗਦੀ ਹੈ ਬਹੁਤ ਛੋਟੇ, ਮੈਨੂੰ ਚਿਹਰਾ ਤਾਂ ਦਿਖਾ, ਮੈਂ ਪਹਿਲਾਂ ਸੰਨ ਤਾਂ ਪੜਾ ਕਿਹੜਾ ਤੇਰਾ ਅਖੰਡ ਸੀ ਮਾੜਾ ਜਿਹਾ, ਤੁਸੀਂ ਇੱਧਰ ਜਿਹਨੂੰ ਆ ਜਾਓ ਨਾ ਮਾੜਾ ਜਿਹਾ, ਇੱਥੇ ਦਿਖਦਾ ਸਾਨੂੰ, ਹਾਂਜੀ ਕੀ ਸ਼ੁਭ ਨਾਂ ਹੈ ਤੁਹਾਡਾ? ਮਨਪ੍ਰੀਤ ਸਿੰਘ। ਮਨਪ੍ਰੀਤ ਸਿੰਘ ਤੁਸੀਂ ਛੋਟੇ ਹੋ, ਇਹ ਫਿਲਮ ਟਾਈਮ ਪੀਰੀਅਡ ਆ, ਆਪਾਂ ਅੱਜ ਦੇ ਨਜ਼ਰੀਏ ਨਾਲ ਨਹੀਂ ਸੋਚ ਸਕਦੇ, ਸਾਡੇ ਬਜ਼ੁਰਗ ਕੀ ਸੋਚਦੇ ਸੀ? ਦੇਖੋ ਉਦੋਂ ਫੈਸਲੇ ਕਈ ਵਾਰੀ ਪਰਾਂ 'ਚ ਵੀ ਹੁੰਦੇ ਸੀ, ਜਿੱਦਾਂ ਖਾਬ ਪੰਚਾਇਤਾਂ ਕਰਦੀਆਂ ਹਨ, ਅੱਜ ਯੁੱਗ ਬਦਲ ਗਿਆ, ਆਲਮੋਸਟ ਸਦੀ 'ਤੇ ਪਹੁੰਚ ਗਿਆ ਸੀ, ਹੈ ਨਾ, ਤੋ ਇਸ ਕਰਕੇ ਉਸ ਨਜ਼ਰੀਏ ਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ। ਜੀ ਮਾਨ ਸਾਹਿਬ ਇੱਧਰ ਜੀ, ਤੁਹਾਡੇ ਸਾਹਮਣੇ ਜੀ, ਤੁਹਾਡੇ ਬਿਲਕੁਲ ਸਾਹਮਣੇ, ਇੱਧਰ ਜੀ, ਨੀਚੇ ਸਰ, ਨੀਚੇ ਨੀਚੇ ਗਰਾਊਂਡ 'ਤੇ ਖੜੇ ਹਾਂ ਬਿਲਕੁਲ। ਓਕੇ ਸਰ, ਓਕੇ ਜੀ। ਕੁਲਵੰਤ ਸਿੰਘ ਲਿਸ਼ਕਾਰਾ ਜੀ, ਲਿਸ਼ਕਾਰਾ ਸਰ ਜੀ, ਇੱਕ ਨਾ ਤੁਹਾਡੇ ਜੋ ਤੁਸੀਂ ਪ੍ਰੋਮੋ ਪਾਇਆ ਹੈ ਨਾ ਫੇਸਬੁੱਕ 'ਤੇ, ਪੇਜ 'ਤੇ ਪਾਇਆ ਤੁਸੀਂ, ਤੁਹਾਡੇ ਵੱਲੋਂ ਸ਼ੇਅਰ ਕੀਤਾ ਗਿਆ, ਤਾਂ ਇੱਕ ਬੰਦੇ ਨੇ ਕਮੈਂਟ ਲਿਖਿਆ ਬੜਾ ਹਾਸੋ ਮਿਲਣਾ ਜਾ, ਵੀ ਬੱਬੂ ਮਾਨ ਤਾਂ ਵੀ ਤੋਏ ਮਾਨ ਤੋਂ ਹੀ ਲੋਟ ਆਉਂਦਾ, ਹੋਰ ਕਿਸੇ ਤੋਂ ਲੋਟ ਨਹੀਂ ਆਉਂਦਾ। ਉਹ ਮੈਂ ਵੀ ਬੜਾ ਹੱਸਿਆ, ਇਹ 'ਚ ਕੀ ਸੱਚ ਹੈ? ਅਮਰਤੋਜ ਮੇਰਾ ਵੱਡਾ ਭਰਾ ਹੈ, ਅੱਜ ਵੀ ਦੇਖੋ ਅਸੀਂ, ਸਾਡਾ ਇੱਕੋ ਕਬੀਲਾ ਇੱਕੋ ਕੁਣਬ ਹੈ, ਜਿਵੇਂ ਚਾਚੇ ਤਾਇਆ ਵਾਲਾ ਕਹਿ ਦਈਏ ਆਪਾਂ, ਅਸੀਂ ਕਈ ਸਾਲ ਬੋਲੇ ਵੀ ਨਹੀਂ, ਤੋ ਮੈਨੂੰ ਮੈਂ ਜਦੋਂ ਅਸੀਂ ਬਹੁਤ ਦੇਰ ਬਾਅਦ ਇਕੱਠੇ ਹੋਏ ਤਾਂ ਵੱਡੇ ਮਾਨ ਸਾਹਿਬ ਕਹਿੰਦੇ ਵੀ ਤੁਹਾਡਾ ਕੀ ਰੌਲਾ ਕੀ ਸੀ ਵੈਸੇ ਦੋਨਾਂ ਦਾ? ਮੈਂ ਕਿਹਾ ਜਿਹੜਾ ਤੁਹਾਡਾ ਅਤੇ ਸਦੀਕ ਸਾਹਿਬ ਦਾ ਸੀ। ਤੋ ਇਸ ਕਰਕੇ ਉਹਨਾਂ ਦੀ ਅੱਜ ਡਿਊਟੀ ਲੱਗੀ ਹੈ, ਕਾਨਫਰੰਸ ਹੋ ਰਹੀ ਹੈ ਜਲੰਧਰ ਪਾਣੀ ਦੇ ਮਸਲੇ 'ਤੇ, ਸਾਡੀ ਜ਼ਿੰਮੇਵਾਰੀ ਉਹਨੇ ਲੱਗੀ ਹੈ। ਉਹ ਵੱਡਾ ਭਰਾ ਹੈ, ਉਹ ਮੇਰੇ ਤੋਂ ਪਹਿਲਾਂ ਆਇਆ ਇਸ ਇੰਡਸਟਰੀ, ਉਹਦਾ ਤਜੁਰਬਾ ਮੇਰੇ ਤੋਂ ਅੱਛਾ, ਉਹ ਮੇਰੇ ਲਈ ਸੌਖਾ ਕੰਮ ਬਹੁਤ। ਆਮ ਤੌਰ 'ਤੇ ਪੰਜਾਬ, ਮੈਂ 2-3 ਫਿਲਮਾਂ ਬਾਹਰ ਕਰੀਆਂ, ਹੈ ਨਾ, ਆਪਣੇ ਪ੍ਰੋਡਕਸ਼ਨ ਹਾਊਸ ਤੋਂ, ਮੇਰਾ ਤਜੁਰਬਾ ਕੋਈ ਬਹੁਤਾ ਅੱਛਾ ਨਹੀਂ ਸੀ ਉਹਨਾਂ 'ਚ, 2-3 ਉਹਦੇ 'ਚ ਹਿੱਸੇਦਾਰ ਹੁੰਦੇ ਸੀ, ਉਹਨਾਂ ਦਾ ਤਕਰਾਰ, ਔਰ ਯਕੀਨ ਮੰਨਿਓ ਕਿ ਚਲੋ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ, ਪਰ ਕਈ ਵਾਰੀ ਡਾਇਲਾਗ ਹੀ ਨਹੀਂ ਸੀ ਹੁੰਦੇ ਸੈੱਟ 'ਤੇ। ਕਹਾਣੀ ਡਾਇਰੈਕਟਰ ਬੈਠ ਕੇ ਲਿਖਦਾ ਨਾ, ਜਦੋਂ ਉਹਨਾਂ ਦਾ ਇੱਕ ਖਿਆਲ ਹੁੰਦਾ ਕਿ ਇੱਦਾਂ ਦਾ ਕਿਰਦਾਰ ਚਾਹੀਦਾ, ਜਦੋਂ ਡਾਇਰੈਕਟਰ ਇਹ ਕਹਿਣ ਲੱਗ ਜਾਏ ਨਾ ਕਿ ਇੱਕ ਫਲਾਣੀ ਫਿਲਮ 'ਚ ਫਲਾਣੇ ਬੰਦੇ ਨੇ ਐਂ ਕਰਿਆ ਸੀ, ਉੱਦਾਂ ਕਰ ਦਿਉ, ਉੱਦਾਂ ਮਾਰ ਖਾ ਜਾਂਦਾ, ਠੀਕ ਉਸੇ ਤਰ੍ਹਾਂ ਜਿਵੇਂ ਬੰਦਾ ਜਦੋਂ ਕਮੈਂਟ ਪੜ੍ਹਦਾ ਨਾ, ਬਹੁਤਾ ਗ੍ਰਾਫ ਫਿਰ ਥੱਲੇ ਚਲੇ ਜਾਂਦਾ, ਅੱਜ ਤੋਂ ਬਾਅਦ ਕਮੈਂਟ ਨਹੀਂ ਪੜ੍ਹਨੇ। ਜੀ ਇੱਕ ਮੇਰਾ ਆਖਰੀ ਸਵਾਲ ਹੈ, ਉਸ ਮਾਈਕ ਕਿਸੇ ਹੋਰ ਨੂੰ ਦੇਊਂਗਾ, ਹੋਰ ਜਿਹਨਾਂ ਨੇ ਕੀਤੇ ਉਹ ਆ ਨਹੀਂ ਸਕੇ ਕਿ ਕੁਛ ਜੌਬ ਤੇ ਹੈ, ਕੁਛ ਹੋਰ ਫਿਲਮਾਂ 'ਚ ਕੰਮ ਕਰ ਰਹੇ ਹੈ, ਇਹਨਾਂ ਨੂੰ ਬੁਲਾਉਣ ਦਾ ਮਕਸਦ ਇਹ ਹੈ ਕਿ ਹੀਰੋ ਜੇ ਕਦੇ ਵੀ ਇਹ ਕਹੇ ਕਿ ਮੈਂ ਕੀਤਾ ਕੁਛ ਇਹੋ ਜਿਹਾ ਕੰਮ ਨਹੀਂ, ਫਿਲਮ 'ਚ ਰੀਟੇਕ ਹੁੰਦਾ, 200 ਬੰਦਾ ਇੱਕ ਬੰਦੇ ਤੋਂ ਐਕਟ ਕਰਾਉਂਦਾ, ਜੇ ਉਹਦਾ ਗਲਤ ਹੋ ਜਾਵੇ ਉਹ ਦੁਬਾਰਾ ਕਰਾ ਲਾਉਂਦੇ, ਜੇ ਫਿਰ ਵੀ ਮਨਿਊਟਲੀ ਰਹਿ ਜਾਏ ਕਿਤੇ ਫਿਰ ਉਹ ਡਬਿੰਗ ਸਟੀਕ ਹੋ ਜਾਂਦਾ। ਸੋ ਇਸ ਕਰਕੇ ਹੀਰੋ ਫਰੰਟ ਫੇਸ ਹੈ, ਹੀਰੋ ਦਾ ਨਹੀਂ ਯੋਗਦਾਨ ਸਾਰਾ ਪੂਰੀ ਟੀਮ ਦਾ, ਇੱਕ ਇੱਕ ਲਾਈਟ ਮੈਨ ਤੋਂ ਲੈ ਕੇ ਸਪੋਟ ਬੋਆਏ ਤੋਂ ਜਿਹਨੇ ਤੁਹਾਨੂੰ ਰੋਟੀ ਪ੍ਰੋਵਾਈਡ ਕਰੀ ਹੈ ਉਹਦਾ ਯੋਗਦਾਨ ਹੈ। ਸੋ ਤੁਸੀਂ ਮੈਨੂੰ ਨਾ ਇਹ ਸੋਚੋ ਕਿ ਇਹ ਫਿਲਮ ਮੇਰੇ ਕਰਕੇ ਜਾਂ ਮੈਂ, ਆਮ ਨਥਿੰਗ, ਇਸ ਬਿਕੋਜ਼ ਆਫ ਸਾਰੇ ਜਿਹੜੇ ਕਰੈਕਟਰ ਆ ਉਹਨਾਂ ਨੇ ਬਾਖੂਬੀ ਨਿਭਾਇਆ। ਤੁਸੀਂ ਕਮਾਲ ਦੀ, ਮੈਂ ਅੱਗੇ ਵੀ ਦੱਸੀ ਸੀ ਇਹ ਗੱਲ, ਮੇਰੇ ਪਿੰਡ ਦੇ ਮੇਰਾ ਛੋਟਾ ਭਰਾ ਸਾਡੇ ਸ਼ਰੀਕੇ 'ਚ ਸੀ, ਕੋਈ ਡੈਥ ਹੋ ਗਈ, ਉਹ ਮੇਰੇ ਨਾਲ, ਮੈਨੂੰ ਕਹਿੰਦਾ ਸ਼ੂਟਿੰਗ 'ਤੇ ਜਾਣਾ ਸੀ, ਉਹ 3-4 ਬੱਚੇ ਮੇਰੇ ਨਾਲ ਉੱਥੇ ਸੈੱਟ 'ਤੇ ਰਹੇ, ਅਤੇ ਜਦੋਂ ਅਸੀਂ ਪਹਿਲੇ ਦਿਨ ਸ਼ੂਟਿੰਗ ਕਰੀ ਤਾਂ ਅਗਲੇ ਦਿਨ ਸਵਖਤ ਉਹਨੇ ਮੇਰਾ ਦਰਵਾਜ਼ਾ ਖੜਕਾਇਆ ਜਦੋਂ ਤਿਆਰ ਹੋਣ ਲੱਗੇ ਸੀ ਅਸੀਂ, ਮੈਨੂੰ ਕਹਿੰਦਾ ਵੀਰ ਜੀ ਇਹ ਸਾਰੇ ਅਸੀਂ ਉਹਨੇ ਪੱਗਾਂ 'ਚ ਦੇਖੇ,
ਕਦਮ ਮੈਨੂੰ ਤਾਂ ਐਂ ਲੱਗਦਾ ਵੀ ਸੱਚੀ ਉਹ ਪਿਛਲੀ ਸਦੀ 'ਚ ਫਿਰਦਾ, ਮੈਂ ਤਾਂ ਹੁਣ ਦਾੜੀ ਰੱਖ ਲੈਣੀ। ਸਾਡੀ ਫਿਲਮ 'ਚ ਤੁਹਾਨੂੰ ਕੋਈ ਚੋਕਲੇਟ ਫੇਸ ਨਹੀਂ ਮਿਲੂਗਾ, ਕੋਈ ਤੁਹਾਨੂੰ ਹਲਕਾ ਕਿਰਦਾਰ ਨਹੀਂ ਮਿਲੂਗਾ। ਕੁੱਕਰ ਵਿਲਨ ਜੇ ਹੈ, ਖਲਨਾਇਕ ਹੈ, ਤਾਂ ਉਹ ਕਿਉਂ ਬਣਿਆ? ਉਹਦੇ ਪਿੱਛੇ ਕਹਾਣੀ ਹੈ, ਕਿਉਂਕਿ ਜੰਮਦਾ ਕੋਈ ਵੀ ਬੰਦਾ ਆਪਦਾ ਕਿਰਦਾਰ ਨਹੀਂ ਖਰਾਬ ਕਰ। ਬਲਵੀਰ ਕੌਰ ਦੀ ਆਪਣੀ ਦਾਸਤਾਨ, ਉਹਦੀ ਬਦਕਾਰੀ ਦੀ ਦਾਸਤਾਨ। ਇਸ ਕਰਕੇ ਫਿਲਮ ਹਰ ਕਿਰਦਾਰ ਨੂੰ ਸੁਚੱਜੇ ਢੰਗ ਨਾਲ ਪੇਸ਼ ਕਰਦੀ ਹੈ। ਸ਼ਾਇਦ ਬਹੁਤ ਫਿਲਮਾਂ 'ਚ ਇਸ ਤਰ੍ਹਾਂ ਨਹੀਂ ਹੁੰਦਾ, ਬਟ ਇਹ ਫਿਲਮ 'ਚ ਤੁਹਾਨੂੰ ਹਰ ਕਿਰਦਾਰ ਇਹ ਲੱਗੂਗਾ ਕਿ ਯਾਰ ਇਹ ਆਪਣੀ ਜਗ੍ਹਾ 'ਤੇ ਸਹੀ ਹੈ। ਇਹੀ ਫਿਲਮ ਹੁੰਦੀ ਹੈ ਜਿਹਦਾ ਬੈਲੈਂਸ ਹੈ। ਤੁਸੀਂ, ਤੁਹਾਡਾ ਇੱਕ ਰੋਮਾਂਟਿਕ ਡਾਇਲੋਗ ਹੈ ਨਾ, ਮੈਂ ਮੋਸਟਲੀ ਫਿਲਮ ਦੇਖਿਆ ਵੀ ਤੁਸੀਂ ਰੋਮਾਂਟਿਕ ਸੀਨ ਜਿਹੜਾ ਹੈਗਾ ਉਹ ਦਬਕੇ ਨਾਲ ਹੀ ਕਿਉਂ ਕਰਦੇ? ਮਤਲਬ ਤੁਹਾਡੇ ਹਾਵ ਭਾਵ ਵੀ ਹੋਰ ਹੁੰਦੇ ਨੇ, ਠੀਕ ਹੈ, ਰੋਮਾਂਟਿਕ ਹੁੰਦਾ ਨਾ, ਵਧੀਆ ਅੱਖਾਂ 'ਚ ਵੀ ਮਤਲਬ ਰੋਮਾਂਟਿਕਪਣ ਹੋਵੇ, ਤੁਸੀਂ ਹਮੇਸ਼ਾ ਦਬਕੇ ਨਾਲ ਹੀ ਕਿਉਂ ਕਰਦੇ ਹੋ? ਪਤਾ ਨਹੀਂ, ਇਹ ਤਾਂ ਹੁਣ ਮੈਨੂੰ ਸਾਫ ਨਹੀਂ ਪਤਾ, ਮੇਰੀ ਆਵਾਜ਼ ਹੀ ਇੱਦਾਂ ਦੀ ਹੈ, ਮੇਰਾ ਅੱਖਾਂ ਨਸ਼ੇੜੀ ਬੁੱਲ ਮੋਟੇ, ਇਸ਼ਕ ਦੇ ਮਾਮਲੇ 'ਚ ਨਸੀਬ ਖੋਟੇ, ਸਾਬਣ ਲਾ ਕੇ ਦੇਖ ਲਿਆ ਰੰਗ ਚਿੱਟਾ ਹੋਣਾ ਨਹੀਂ, ਜਦ ਵੀ ਸ਼ੀਸ਼ਾ ਦੇਖਿਆ ਕਹਿੰਦਾ ਕਮਲਿਆ ਤੂੰ ਬਹੁਤ ਸੋਹਣਾ ਨਹੀਂ। ਸ਼ਾਇਦ ਮੈਂ ਆਪਦਾ ਜਿਹੜਾ ਸਾਂਭਣਾਪਣ ਲੁਕਾਉਣ ਲਈ ਇੱਦਾਂ ਕਰਨ ਲੱਗ ਜਾਂਦਾ ਕਿ ਸਾਹਮਣੇ ਨੂੰ ਖਿਆਲ ਨਾ ਆਵੇ ਇਹਦੀ ਸ਼ਕਲ ਕਿੱਦਾਂ ਦੀ ਹੈ ਯਾਰ। ਅਗਲਾ ਸਵਾਲ ਪਰ ਜਿੰਨਾ ਤਾਂ ਅਸੀਂ ਤੁਹਾਨੂੰ ਜਾਣਦੇ ਹਾਂ ਜਾਂ ਜਿੰਨੇ ਸਾਲਾਂ ਤੋਂ ਤੁਹਾਨੂੰ ਦੇਖਦੇ ਆ ਰਿਹਾ, ਅਸੀਂ ਦੇਖਦੇ ਹਾਂ ਕਿ ਬੱਬੂ ਮਾਨ ਜੀ ਵੀ ਰਿਜ਼ੈਂਬਲ ਕਰਦੇ ਨੇ ਸੁੱਚਾ ਸੂਰਮਾ ਨਾਲ ਯਾਰੀ ਦੇ ਮਾਮਲੇ ਵਿੱਚ। ਸਿਰਫ ਅਮਿਤੋਜ ਮਾਨ ਜੀ ਨਾਲ ਹੀ ਨਹੀਂ, ਮਨੀਸ਼ ਜੀ ਬੈਠੇ ਨੇ, ਬਬਲਾ ਬਾਜੀ ਨੇ, ਸੋ ਮਟੀਰੀਅਲਿਸਟਿਕ ਵਰਲਡ ਦੇ ਵਿੱਚ ਵੀ ਯਾਰੀਆਂ ਬੱਬੂ ਮਾਨ ਦੀਆਂ ਉੱਥੇ ਹੀ ਖੜੀਆਂ ਨੇ ਵੀ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਕਿ ਯਾਰੀ ਹੋਵੇ ਤਾਂ ਉੱਦਾਂ ਦੀ ਜਾਨ ਦੇ ਵੀ ਦਈਏ ਅਤੇ ਲੈ ਵੀ ਲਈਏ। ਦੇਖੋ ਜ਼ਿੰਦਗੀ 'ਚ ਕੀ ਹੈ ਕਿ ਜਿਵੇਂ ਜਿਵੇਂ ਤੁਸੀਂ ਗਰੋਅ ਕਰਦੇ ਹੋ, ਕੰਮ ਕਰਦੇ ਹੋ, ਪ੍ਰੋਫੈਸ਼ਨ 'ਚ ਅੱਗੇ ਜਾਂਦੇ ਹੋ ਜਾਂ ਤੁਸੀਂ ਖੇਤੀ ਵੀ ਕਰਦੇ ਹੋ ਤਾਂ ਤੁਸੀਂ ਤੁਰਦੇ ਜਾਂਦੇ ਹੋ। ਜ਼ਿੰਦਗੀ ਦਾ ਸਫ਼ਰ ਵੈਸੇ ਬਹੁਤ ਛੋਟਾ, ਪਰ ਜਦੋਂ ਅਸੀਂ ਪਲ ਪਲ ਜਿਉਂਦੇ ਹਾਂ ਤਾਂ ਇਹ ਬਹੁਤ ਲੰਬਾ। ਉਸ ਲੰਬੇ ਸਫ਼ਰ 'ਚ ਤੁਹਾਡਾ ਸਾਥ ਚੱਲਦਾ। ਠੀਕ ਉਸੇ ਤਰ੍ਹਾਂ ਜਦੋਂ ਕੋਈ ਸਾਈਕਲ ਦੀ ਚੈਨ ਢਿੱਲੀ ਹੋ ਜਾਂਦੀ, ਉਹਦੀ ਕੌੜੀ ਨਿਕਲ ਕੇ ਚੈਨ ਨੂੰ ਟਾਈਟ ਕਰ। ਇਸੇ ਤਰ੍ਹਾਂ ਜ਼ਿੰਦਗੀ 'ਚ ਦੋਸਤੀਆਂ, ਦੋਸਤ ਉਹੀ ਨਿਭਦੇ ਜਿਹੜੇ ਤੁਹਾਡੇ ਵਰਗੇ ਹੁੰਦੇ ਆ, ਜਿਹਨਾਂ ਦੇ ਖਿਆਲ ਤੁਹਾਡੇ ਨਾਲ ਮਿਲਦੇ ਆ। ਜਿਹਨਾਂ ਖਿਆਲਾਂ 'ਚ ਬਹਿਸ ਹੋਣ ਲੱਗ ਜਾਏ ਫਿਰ ਉਹ ਦੋਸਤੀਆਂ ਨਹੀਂ ਨਿਭਦੀਆਂ। ਸੋ ਮੇਰੀ ਜ਼ਿੰਦਗੀ ਬਹੁਤੀ ਸੜਕਾਂ 'ਤੇ ਲੰਘੀ ਹੈ, ਬਹੁਤੀ। ਮੈਂ ਸਕੂਲ ਤੋਂ ਬਾਅਦ ਨਿਕਲ ਆਇਆ ਸੀ, ਉਦੋਂ ਸੰਘਰਸ਼ ਦਾ ਦੌਰ ਸੀ ਜਦੋਂ ਅਸੀਂ ਛੋਟੀ ਉਮਰੇ ਸੀ। ਮੇਰੇ ਸੀਨੀਅਰ ਉਸ ਸੰਘਰਸ਼ 'ਚ ਕੁੱਦ ਗਏ, ਅਸੀਂ ਉਹਨਾਂ ਦੇ ਸਪੋਰਟਰ ਸੀ। ਸੋ ਉਸ ਦੌਰ 'ਚ ਉਸ ਤਰ੍ਹਾਂ ਅਸੀਂ ਨਿਕਲਦੇ ਨਿਕਲਦੇ ਫਿਰ ਹੌਲੀ ਹੌਲੀ ਇਸ ਪਾਸੇ ਆ ਗਏ। ਸੋ ਦੋਸਤ ਜਿਹੜੇ ਚੰਗੇ ਆ ਉਹ ਗਹਿਣੇ ਹੁੰਦੇ ਆ, ਗਹਿਣੇ ਹਮੇਸ਼ਾ ਬੰਦਾ ਸਾਂਭ ਕੇ ਰੱਖਦਾ। ਤੋ ਅਸੀਂ ਆਪਣੇ ਬਹੁਤ ਜਿਹੜੇ ਚੰਗੇ ਦੋਸਤ ਹੈ ਕਮਾਏ ਆ, ਸ਼ਿਕਵੇ ਵੀ ਹੋ ਜਾਂਦੇ ਅਸੀਂ ਕਈ ਵਾਰੀ, ਗੁੱਸੇ ਵੀ ਹੋ ਜਾਂਦੇ ਹਾਂ। ਇਹ ਸਮੀਪ ਵੀ ਬਹੁਤ ਸਾਲਾਂ ਤੋਂ, ਵੈਨ ਹੀ ਸਟਾਰਟਡ ਹਿਸ ਕੈਰੀਅਰ ਉਦੋਂ ਤੋਂ ਅਸੀਂ ਵਾਕਫ ਹੈ। ਤੋ ਇਸ ਫਿਲਮ ਦੇ ਦਰਮਿਆਨ ਵੀ ਅਸੀਂ ਜਿੱਦਾਂ ਪਰਿਵਾਰ ਆਪਸ ਨੋਕ ਝੋਕ ਹੁੰਦੀ ਹੈ, ਇਹ ਕਈ ਵਾਰੀ ਮੈਨੂੰ ਫੋਨ ਕਰਕੇ ਕਹਿੰਦਾ ਸੀ ਯਾਰ ਤੁਸੀਂ ਉਹਦੇ ਨਾਲ ਦੋਸਤੀ ਵੱਧ ਨਵਾਉਣਾ ਮੇਰੇ ਨਾਲ। ਮੈਂ ਇਹਨੂੰ ਫਿਰ ਕਈ ਵਾਰੀ ਕਹਿਣਾ ਕੋਈ ਨਹੀਂ ਅਸੀਂ ਤੇਰੇ ਨਾਲ ਵੀ ਉਹਨੇ ਨਵਾਉਂਦੇ ਹਾਂ। ਸੋ ਅਸੀਂ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਜੋੜਿਆ, ਅੱਜ ਇਹਦੀ ਉਦਾਹਰਨ ਹੈ ਕਿ ਇਸ ਖੁਸ਼ ਪੂਰਾ ਸੋ ਹੈਪੀ ਨਾਓ।
ਸੋ ਪਰਮਾਤਮਾ ਕਰੇ ਔਰ ਇਸ ਫਿਲਮ ਨੂੰ ਮਤਲਬ ਅੱਜ ਜੇ ਤੁਹਾਡੇ ਸਾਹਮਣੇ ਤਾਂ ਸਭ ਤੋਂ ਵੱਡਾ ਰੋਲ ਇਸ ਨੌਜਵਾਨ ਗੁਰਪ੍ਰੀਤ ਇਹ ਸਾਡੇ ਸ਼ਰਮਾ ਜੀ ਅਤੇ ਗੁਰੂ ਰੰਧਾਵਾ ਮੇਰਾ ਛੋਟਾ ਵੀਰ ਉਹ ਅਸੀਂ ਜਿਹੜੀ ਅਗਲੀ ਫਿਲਮ ਇਕੱਠੇ ਕਰ ਰਹੇ ਹਾਂ ਅਤੇ ਉਹਦੀ ਵੀ ਫਿਲਮ ਆਉਣੀ ਆ ਵੈਸੇ ਤਾਂ ਗਾਉਣ ਵਾਲਾ ਹਮੇਸ਼ਾ ਜਾਂ ਆਰਟਿਸਟ ਆਪਣੀ ਗੱਲ ਕਰਦਾ ਪਰ ਮੈਨੂੰ ਜਿਹੜੇ ਮੇਰੇ ਆਪਣੇ ਮੈਂ ਉਹਨਾਂ ਦੀ ਉਹਦੀ ਇੱਕ ਫਿਲਮ ਅੱਗੇ ਆਉਣੀ ਆ ਸ਼ਾਹਕੋਟ ਉਹ ਵੀ ਉਹਦੀ ਵੀ ਤੁਸੀਂ ਦੱਬ ਕੇ ਪ੍ਰਮੋਸ਼ਨ ਕਰਨੀ ਮੇਰੇ ਵੀਰ ਹੈ ਜੀ ਜ਼ਰੂਰ ਇੱਕ ਹੋਰ ਸਵਾਲ ਤਿੰਨ ਹੋਰ ਕਰ ਤੂੰ ਚਿੰਤਾ ਨਾ ਕਰ ਮੈਂ ਜਦੋਂ ਟ੍ਰੇਲਰ ਦੇਖਿਆ ਸੀਗਾ ਤੇ ਮੈਂ ਘੋੜਿਆਂ ਦੀ ਐਂਟਰੀ ਤੋਂ ਮੇਰਾ ਸਿੱਧਾ ਧਿਆਨ ਗਿਆ ਬੈਕ ਆਫ ਦਾ ਮਾਈਂਡ ਇਸ਼ਕ ਪੂਰਾ ਮੈਂ ਗੁਰਪ੍ਰੀਤ ਭਾਜੀ ਨਾਲ ਸਵਾਲ ਵੀ ਕੀਤਾ ਸੀ ਮੈਂ ਕਿਹਾ ਚੱਕਰ ਲਾ ਕੇ ਆਏ ਹੋ ਕਹਿੰਦੇ ਹਾਂ ਕਿਉਂਕਿ ਅੱਜ ਕੱਲ੍ਹ ਜਦੋਂ ਐਕਸ਼ਨ ਦੇਖਦੇ ਹੋਏ ਅਸੀਂ ਗੱਲ ਕਰਦੇ ਹਾਂ ਅਤੇ ਅਸੀਂ ਬਹੁਤ ਆਮ ਤੌਰ 'ਤੇ ਕਹਿ ਦਿੰਦੇ ਹਾਂ ਐਕਸ਼ਨ 'ਤੇ ਬਹੁਤ ਵਰਕ ਕੀਤਾ ਜਾ ਰਿਹਾ ਵਿਚ ਇਜ਼ ਟਰੂ ਅਸੀਂ ਸਾਊਥ ਨਾਲ ਕੰਪੈਰੀਜ਼ਨ ਕਰਦੇ ਹਾਂ ਪਰ ਐਕਸ਼ਨ 'ਤੇ ਉਸ ਪੀਰੀਅਡ ਦੇ ਵਿੱਚ ਵੀ ਸੀ ਜਦੋਂ ਘੋੜਿਆਂ ਦੇ ਉੱਤੇ ਬਹਿ ਕੇ ਆਇਆ ਜਾਂਦਾ ਸੀ ਲੋਕਾਂ ਨੂੰ ਲੱਗਦਾ ਬਹੁਤ ਮਿਹਨਤ ਕੀਤੀ ਜਾਂਦੀ ਹੈ ਪਰ ਤੁਹਾਡੇ ਲਈ ਤਾਂ ਇਹ ਹੈ ਕਿ ਤੁਹਾਨੂੰ ਘੋੜਿਆਂ ਨਾਲ ਇੰਨਾ ਪਿਆਰ ਹੈ ਕਿ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਬਸ ਪਿਆਰ ਹੀ ਰੋਲ ਕਰਵਾ ਜਾਂਦਾ ਔਰ ਗੁਰਪ੍ਰੀਤ ਵੀਰੇ ਨੇ ਕਿਹਾ ਵੀ ਸੀ ਕਹਿੰਦੇ ਬਹੁਤ ਪਾਰਖੂ ਨੇ ਕਿਉਂਕਿ ਤੇ ਹਰ ਕਿਰਦਾਰ ਇੰਪੋਰਟੈਂਟ ਹੈ ਤੇ ਉਹਦੇ ਨਾਲ ਹੀ ਪੂਰੀ ਕਹਾਣੀ ਬਣਦੀ ਹੈ ਸੋ ਜਦੋਂ ਫੈਕਟ ਇਕੱਠੇ ਕਰਦੇ ਹਾਂ ਆਪਾਂ ਕਿ ਇਸ ਕਿਰਦਾਰ ਦਾ ਇਹ ਫੈਕਟ ਸੀਗਾ ਜਾਂ ਉਹਦੇ ਨਾਲ ਆਹ ਕਹਾਣੀ ਜੁੜਦੀ ਹੈ ਸੋ ਕੀ ਸੋਰਸ ਸੀਗੇ ਪੂਰੀ ਸਟੋਰੀ ਕਰਨ ਦੇ ਲਈ ਕਿਰਦਾਰ ਬੈਠਾ ਆ ਨੌਜਵਾਨ ਹਾਂਜੀ ਕਿ ਪਿੰਡ ਵਾਲਿਆਂ ਨਾਲ ਗੱਲ ਕੀਤੀ ਗਈ ਹੈ ਉਹਨਾਂ ਦੀ ਪੀੜ੍ਹੀ ਦੇ ਅੱਗੇ ਬੰਦੇ ਹੈਗੇ ਨੇ ਨਹੀਂ ਬਹੁਤ ਚੀਜ਼ਾਂ ਦੇਖੋ ਜਿਹੜੇ 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 ਪਿੰਡ ਦੇ ਹੈ ਆਪਣੇ ਉਹਨਾਂ ਕੋਲ ਵੀ ਇੱਦਾਂ ਦਾਸਤਾਨ ਅੱਗੇ ਚੱਲ ਕੇ ਆਈ ਹੈ ਉਹ ਉਹਨਾਂ ਉਸ ਵਕਤ ਦੇ ਕੁਛ ਦੇਖੋ ਅੰਗਰੇਜ਼ਾਂ ਦਾ ਰਾਜ ਸੀ ਬਹੁਤ ਚੀਜ਼ਾਂ ਨਾ ਇਹ ਸਾਡੇ ਪੰਜਾਬ ਦੀਆਂ ਲਿਖੀਆਂ ਨਹੀਂ ਗਈਆਂ ਸੀ ਪਹਿਲਾਂ ਕਵਿਤ ਬਣੇ ਛੰਦ ਬਣੇ ਫਿਰ ਗਾਣੇ ਬਣੇ ਫਿਰ ਕਵੀਸਰੀ ਦੇ ਜ਼ਰੀਏ ਕਿਉਂਕਿ ਜਿਹੜੀ ਪੜ੍ਹਾਈ ਦਾ ਸਿਸਟਮ ਸੀ ਉਹ ਇਸ ਤਰ੍ਹਾਂ ਵਾਸਟ ਨਹੀਂ ਸੀ ਉਦੋਂ ਤੋ ਜਿਹੜਾ ਪਿੰਡ 'ਚ ਕੋਈ ਥੋੜ੍ਹਾ ਪਾਰਖੂ ਹੁੰਦਾ ਸੀ ਜਾਂ ਪੜ੍ਹਿਆ ਲਿਖਿਆ ਹੁੰਦਾ ਸੀ ਫਿਰ ਉਹ ਕੁਛ ਗੱਲਾਂ ਨਾਲ ਲਿਆਉਂਦਾ ਸੀ ਸੱਥ 'ਚ ਬੈਠ ਕੇ ਸੁਣਾਉਂਦਾ ਸੀ ਇੱਦਾਂ ਇਹ ਸੱਥਾਂ 'ਚੋਂ ਨਿਕਲੀ ਆ ਫਿਰ ਹੌਲੀ ਹੌਲੀ ਜਿੱਦਾਂ ਗੁਰਪ੍ਰੀਤ ਵਰਗੇ ਨੌਜਵਾਨ ਜਾਂ ਹੋਰ ਅਨੇਕਾਂ ਨੌਜਵਾਨ ਯੂਨੀਵਰਸਿਟੀਆਂ 'ਚ ਆਏ ਫਿਰ ਉਹਨਾਂ ਨੇ ਹੌਲੀ ਹੌਲੀ ਉਹ ਲਿਖਤਾਂ ਇਕੱਠੀਆਂ ਕਰੀਆਂ ਜਿੱਦਾਂ ਉਦਾਹਰਣ ਦੇ ਤੌਰ 'ਤੇ 50-100 ਸਾਲ 100 ਸਾਲ 125 ਸਾਲ ਪੁਰਾਣੀਆਂ ਜਿਹੜਾ ਕਵੀਸ਼ਰ ਯੁੱਗ ਸ਼ੁਰੂ ਹੋਇਆ ਸੀ ਉਹ ਵੀ ਉੱਥੇ ਕਿਤਾਬਾਂ 'ਚ ਮਿਲਦਾ ਤੋ ਇੱਦਾਂ ਫਿਰ ਇਕੱਲੀ ਚੀਜ਼ ਤੁਸੀਂ ਫਿਲਮ ਦੇਖੋਗੇ ਸ਼ਾਇਦ ਤੁਹਾਨੂੰ ਇਹ ਸਾਰੇ ਜਵਾਬ ਮਿਲ ਜਾਣਗੇ ਔਰ ਮੈਂ ਗੁਰਪ੍ਰੀਤ ਨੂੰ ਮਾਈਕ ਦਿੰਦਾ ਤੁਹਾਨੂੰ ਦੱਸੂਗਾ ਰਿਸਰਚ ਦਾ ਵੇ ਕੀ ਸੀ ਪਹਿਲਾਂ ਤੁਸੀਂ ਭਾਈ ਇੱਕ ਵਾਰੀ ਸਵਾਲ ਸਾਰੇ ਤੁਹਾਡੇ ਤੋਂ ਲੈ ਲੈਣਗੇ ਨਹੀਂ ਇਹਦੀ ਦੇਖੋ ਜੀ ਰਿਸਰਚ ਦਾ ਇਹ ਸੀਗਾ ਕਿ ਇੱਕ ਤਾਂ ਪਿੰਡ ਦੇ ਜਿੰਨੇ ਬਜ਼ੁਰਗ ਸੀਗੇ ਲੋਕ ਅਸੀਂ ਉਹਨਾਂ ਨੂੰ ਜਾਣਿਆ ਸਮਝਿਆ ਅਤੇ ਥੋੜ੍ਹੀ ਜਿਹੀ ਬੈਕਗਰਾਊਂਡ ਇਹਦੀ ਇਹ ਵੀ ਸੀਗੀ ਕਿ ਮੇਰੇ ਪਿੰਡ ਤੋਂ ਸੁੱਚਾ ਸੂਰਮਾ ਦਾ ਪਿੰਡ ਮੈਨੂੰ ਲੱਗਦਾ 25ਵੇਂ ਮਿੰਟ 'ਚ ਅਸੀਂ ਸੂਰਮੇ ਦੇ ਪਿੰਡ ਪਹੁੰਚ ਜਾਣਾ ਸੰਭਾਵ ਸਾਡੇ ਬਜ਼ੁਰਗਾਂ ਤੋਂ ਮੈਂ ਇਹ ਵੀ ਸੁਣਿਆ ਕਿ ਸੰਗਤੀ ਵਾਲਾ ਪਿੰਡ ਪੈਂਦਾ ਹੈ ਜਿੱਥੇ ਉਹਨਾਂ ਨੂੰ ਇੱਕ ਵਾਰੀ ਅਰੈਸਟ ਵੀ ਕਰਵਾਇਆ ਗਿਆ ਸੀ ਉਹ ਸਾਡੇ ਪਿੰਡਾਂ ਵਿੱਚ ਦੀ ਜਾਂਦੇ ਹੁੰਦੇ ਸੀ ਅਸੀਂ ਬਚਪਨ ਤੋਂ ਉਹਨਾਂ ਦੀਆਂ ਗਾਥਾਵਾਂ ਸੁਣ ਕੇ ਵੱਡੇ ਹੋਏ ਹਾਂ ਸਾਨੂੰ ਇੰਨੀ ਕੁ ਰਿਸਰਚ ਪਤਾ ਚੱਲ ਗਈ ਸੀ ਕਿ 1916 ਦੇ ਆਸ ਪਾਸ ਗੰਗਾ ਜਾ ਕੇ ਫੁੱਲ ਪਾਏ ਗਏ ਸੀ ਸੁੱਚਾ ਸਿੰਘ ਦੇ ਅਤੇ ਸਾਡੀ ਰਿਸਰਚ ਇਸ ਲੈਵਲ ਤੱਕ ਸੀ ਕਿ ਸਾਨੂੰ ਪਤਾ ਲੱਗਿਆ ਸੀ ਉਹਨਾਂ ਦਾ ਦੌਰ ਵੀ ਕਿਹੜਾ ਹੈਗਾ ਅਤੇ ਪਿੰਡ ਦੇ ਕੁਛ ਲੋਕਾਂ ਨੇ ਕਾਫੀ ਕੀਤਾ ਰਿਸਰਚ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਗਾਥਾਵਾਂ ਲਿਖੀਆਂ ਜਾਂਦੀਆਂ ਨੇਗੀਆਂ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ ਅਤੇ ਸਾਨੂੰ ਉੱਥੋਂ ਕਾਫੀ ਰੈਫਰੈਂਸ ਮਿਲੀਆਂ ਨੇਗੀਆਂ ਬਾਕੀ ਜਦੋਂ ਤੁਸੀਂ ਫਿਲਮ ਨੂੰ ਪੂਰਾ ਜੋੜਦੇ ਹੁੰਦੇ ਹੋਗੇ ਤਾਂ ਤੁਹਾਨੂੰ ਕੁਛ ਨਾ ਕੁਛ ਕ੍ਰੀਏਟਿਵ ਲਿਬਰਟੀ ਲੈਣੀ ਪੈਂਦੀ ਆ
ਕੁਛ ਇੱਦਾਂ ਦੀਆਂ ਤੰਦਾਂ ਸੀ ਜੋ ਨਹੀਂ ਇੱਕ ਦੂਸਰੇ ਨਾਲ ਜੁੜਦੀਆਂ ਸੀ, ਜੋ ਲੋਕਾਂ ਥਾਵਾਂ 'ਤੇ ਚੱਲਦੀਆਂ ਹੁੰਦੀਆਂ ਨੇ, ਉਹ ਲੌਜਿਕਸ ਵਾਸਤੇ ਫਿਰ ਅਮਿਤੋਜ ਭਾਅ ਜੀ ਇਸ ਚੀਜ਼ ਕਰਾਫਟ ਦੇ ਮਾਸਟਰ ਨੇ, ਅਤੇ ਮੈਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਨੇ ਜੋ ਉਹਦੇ ਬੈਸਟ ਸਲਿਊਸ਼ਨਸ ਕੱਢੇ ਨੇ, ਤੁਸੀਂ ਫਿਲਮ 'ਚ ਦੇਖੋਗੇ ਤੁਸੀਂ ਕਹੋਗੇ ਯਾਰ ਕਿ ਆਹ ਲੌਜਿਕਸ ਵੀ ਇੱਦਾਂ ਜੁੜ ਸਕਦੇ ਨੇ, ਕੁਛ ਚੀਜ਼ਾਂ ਪਹਿਲੀ ਵਾਰ ਤੁਸੀਂ ਇਸ ਕਿੱਸੇ ਨੂੰ ਲੈ ਕੇ ਫਿਲਮ 'ਚ ਜਾ ਕੇ ਦੇਖੋਗੇ। ਸਰ ਮੇਰੇ ਇਹਦੇ ਨਾਲ ਹੀ ਜੁੜਦਾ ਸਵਾਲ ਹੈ, ਜਿਵੇਂ ਤੁਸੀਂ ਕਿਹਾ ਨਾ ਸਮਾਓ ਪਿੰਡ ਜਾ ਕੇ ਮਤਲਬ ਬਜ਼ੁਰਗਾਂ ਤੋਂ ਜਾਂ ਉਹ ਰਿਸਰਚ ਕੀਤੀ, ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਨਾਨਕੇ ਸੀਗੇ ਗਹਿਰੀ ਭਾਗੀ, ਉੱਥੇ ਜਾ ਕੇ ਵੀ ਤੁਸੀਂ ਉਹਨਾਂ ਨੇ ਰਿਸਰਚ ਕੀਤੀ ਜਿੱਥੇ ਕਹਿੰਦਾ ਫਾਂਸੀ ਦਿੱਤੀ ਗਈ ਸੀ? ਬਿਲਕੁਲ ਹੈ ਜੀ, ਗਹਿਰੀ ਭਾਗੀ ਦੇ ਨਾਲ ਹੀ ਉਹਨਾਂ ਦਾ ਕਨੈਕਸ਼ਨ ਜੁੜਦਾ, ਅਤੇ ਇਹ ਵੀ ਸੱਚ ਹੈ ਕਿ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀਗਾ ਉਹ ਗਹਿਰੀ ਭਾਗੀ ਦੇ ਵਿੱਚ ਹੀ ਕੀਤਾ ਗਿਆ ਸੀ, ਉਸ ਜੰਡ ਥੱਲੇ ਜਿੱਥੇ ਫਾਂਸੀ ਦਿੱਤੀ ਗਈ ਸੀ ਉਹ ਸਾਰੇ ਲੋਕਾਂ ਨੂੰ ਅਸੀਂ ਮਿਲੇ ਜਾਣਿਆ, ਔਰ ਉਸ ਕਿੱਸੇ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਸੁੱਚਾ ਸਿੰਘ ਸੂਰਮੇ ਦਾ ਗਹਿਰੀ ਭਾਗੀ ਦੇ ਨਾਲ ਕੀ ਸੰਬੰਧ ਹੈ, ਅਤੇ ਜਦਕਿ ਉਹਨਾਂ ਦੇ ਅਸਲ ਫਾਂਸੀ ਲੱਗਣ ਦਾ ਕਾਰਨ ਕੀ ਸੀ, ਉਹ ਸਾਰੀ ਰਿਸਰਚ ਅਸੀਂ ਉੱਥੇ ਜਾ ਕੇ ਕੀਤੀ ਹੈ ਜੀ। ਮੇਰਾ ਸਵਾਲ ਤੁਹਾਡੇ ਨਾਲ ਹੈ, ਮੈਂ ਡੇਲੀ ਪੋਸਟ ਤੋਂ ਸੰਦੀਪ ਕੰਬੋਜ ਗੱਲ ਕਰ ਰਿਹਾ ਜੀ। ਤੁਹਾਡੇ ਤਾਂ ਜਿਹੜਾ ਵਾਲਾਂ ਦਾ ਸਟਾਈਲ ਹੈ ਬੜਾ ਸੋਹਣਾ ਹੈ, ਬੜੇ ਲੰਬੇ ਸਮੇਂ ਤੇ ਹੀ ਚੱਲ ਰਿਹਾ ਹੈ, ਤੇ ਅਸੀਂ ਫਿਲਮ ਦਾ ਜਦੋਂ ਟ੍ਰੇਲਰ ਦੇਖਿਆ ਤਾਂ ਟ੍ਰੇਲਰ ਦੇ ਵਿੱਚ ਕਿਸੇ ਵੀ ਮਤਲਬ ਅਸੀਂ ਕਹਿ ਦਈਏ ਕਿ ਕੋਈ ਵੀ ਸੈੱਟ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਗਿਆ, ਸਾਰੀ ਚੀਜ਼ ਹੈ ਪੁਰਾਣੀ ਦਿਖਾਈ ਗਈ, ਚਾਹੇ ਮੰਜੇ ਹੋਣ, ਚਾਹੇ ਕੈਂਠੇ ਹੋਣ, ਚਾਹੇ ਉਹ ਗਲਾਂ ਦੇ ਵਿੱਚ ਮਨਕੇ ਹੋਣ, ਚਾਹੇ ਕੁੜੀਆਂ ਦੀ ਡਰੈਸਅਪ ਦੀ ਗੱਲ ਹੋਵੇ, ਤੁਹਾਡੇ ਹੱਥ 'ਚ ਗੰਡਾਸਾ ਜਿਹੜਾ ਕਿ ਹਮੇਸ਼ਾ ਕਿਸਾਨ ਦੇ ਨਾਂ ਰਹਿੰਦਾ, ਜ਼ਿਮੀਂਦਾਰ ਦੇ ਨਾਂ ਰਹਿੰਦਾ, ਜਿਹੜੀ ਪੁਰਾਣੀ ਪਛਾਣ ਹੈਗੀ ਹੈ। ਦੇਖੋ ਇਹ ਸਾਰੀਆਂ ਗੱਲਾਂ ਵੈਸੇ ਤਾਂ ਅਮਿਤੋਜ ਦਾ ਪੱਖ ਸੀ, ਉਹਨਾਂ ਨੇ ਦੱਸਣੇ ਸੀ, ਕਿਉਂਕਿ ਇਹ ਸਾਰੀ ਜਿਹੜੀ ਪੂਰੀ ਕਹਾਣੀ ਜਾਂ ਇਹ ਜਿਹੜੀ ਪੂਰਾ ਪੂਰੀ ਜਿਹੜੀ ਬਸਾਤ ਹੈ ਇਹ ਡਾਇਰੈਕਟਰ ਸਾਹਿਬ ਦੇ ਹਿਸਾਬ ਨਾਲ ਹੈ, ਔਰ ਇਹ ਬਰੀਕੀ ਤੱਕ ਜਾਣਾ ਅਤੇ ਉਸ ਤਰ੍ਹਾਂ ਦੀ ਟੀਮ ਇਕੱਠੀ ਕਰਨਾ ਔਰ ਆਰਟ ਵਰਕ ਸੱਚੀ ਲੱਗਦਾ ਸੀ ਉਸ ਸੈੱਟ 'ਤੇ ਕਿ ਅਸੀਂ ਉਸ ਯੁੱਗ 'ਚ ਪਹੁੰਚ ਗਏ। ਸੋ ਇਹ ਇਸ ਵਧਾਈ ਦੇ ਸਾਰੇ ਪਾਤਰ ਹਾਂ, ਔਰ ਇਸ ਕੰਪਨੀ ਵਾਲੇ ਜਿਨ੍ਹਾਂ ਨੇ ਇਹ ਚੀਜ਼ਾਂ ਮੁਹੱਈਆ ਕਰਵਾਈਆਂ। ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਰਾਜਦੀਪ ਸਿੰਘ ਐਸ ਐਮ ਟੀਵੀ ਤੋਂ। ਮੇਰਾ ਗੁਰਪ੍ਰੀਤ ਭਾਈ ਅਤੇ ਮਾਨ ਸਾਹਿਬ ਤੁਹਾਨੂੰ ਦੋਨਾਂ ਨੂੰ ਸਵਾਲ ਆ। ਸੁੱਚਾ ਸੂਰਮਾ ਦੀਆਂ ਅਸੀਂ ਗਾਥਾਵਾਂ ਵੀ ਬਹੁਤ ਸੁਣੀਆਂ, ਕਹਾਣੀਆਂ ਬਹੁਤ ਸੁਣੀਆਂ, ਅਤੇ ਇੱਦੂ ਪਹਿਲਾਂ ਇੱਕ ਫਿਲਮ ਵੀ ਬਣ ਚੁੱਕੀ ਆ 1996 ਦੇ ਵਿੱਚ, ਹੁਣ ਇਹ ਮੂਵੀ ਦੁਬਾਰੇ ਰਿਪੀਟ ਹੋ ਗਈ ਆ, ਇਹਦੇ ਵਿੱਚ ਸਾਨੂੰ ਕੁਝ ਚੇਂਜ ਮਿਲੂਗਾ, ਕੁਝ ਨਵਾਂ ਦੇਖਣ ਨੂੰ ਮਿਲੂਗਾ? ਦੇਖੋ ਪਤਾ ਕੀ ਹੁੰਦਾ, ਤੁਸੀਂ ਇਸ ਤਰ੍ਹਾਂ ਦੇ ਇਹ ਇਸ ਤਰ੍ਹਾਂ ਦੇ ਇਹ ਸਵਾਲ ਦੇ ਜਵਾਬ ਨਹੀਂ ਕੋਈ ਹੁੰਦੇ। ਇਹ ਮਤਲਬ ਆਪਾਂ ਇਹ ਖਿਆਲ ਆ ਜੇ ਫਿਲਮ ਆਉਣੀ ਹੈ, ਤੁਹਾਨੂੰ ਇਹ ਸਵਾਲ ਤੁਸੀਂ ਬਾਅਦ 'ਚ ਅੱਛਾ ਲੱਗੂਗਾ ਕਿ ਕਿੱਦਾਂ ਲੱਗੀ, ਉਹ ਅਸੀਂ ਇੱਦਾਂ ਦੱਸ ਨਹੀਂ ਪਾਉਂਦੇ। ਮੰਨ ਲਓ ਹੁਣ ਗੁਰਪ੍ਰੀਤ ਸਿੰਘ ਨੇ ਕਹਾਣੀ ਲਿਖੀ ਹੈ, ਸ਼ਾਇਦ ਜੇ ਗੁਰਪ੍ਰੀਤ ਸਿੰਘ ਉਹਨਾਂ ਨੇ ਪਿਛਲੀ ਫਿਲਮ ਨਹੀਂ ਦੇਖੀ ਇਹ ਕਿੱਦਾਂ ਦੱਸ ਸਕਦੇ, ਹੈ ਨਾ? ਉਹ ਪੋਸੀਬਲ ਨਹੀਂ। ਇਸ ਸਵਾਲ ਦਾ ਜਵਾਬ ਅਸੀਂ ਤੁਹਾਡਾ ਰੱਖ ਲੈਂਦੇ, ਰਾਖਵਾਂ, ਅਤੇ ਬਾਅਦ 'ਚ ਆਪਾਂ ਇਕੱਠੇ ਹੋ ਕੇ ਨਾਲ ਚਾਹ ਪੀਵਾਂਗੇ, ਨਾਲ ਫਿਰ ਤੁਹਾਨੂੰ ਦੇ ਦਾਂਗੇ। ਸ਼ੁਕਰੀਆ, ਲਵ ਯੂ ਬ੍ਰਾ। ਹੈਲੋ, ਹਾਈ ਜੀ। ਸਰ ਮੈਂ ਇਹ ਪੁੱਛਣਾ ਸੀਗਾ ਕਿ ਤੁਸੀਂ ਬਹੁਤ ਸਿਲੈਕਟਿਵ ਹੋ ਆਪਣੇ ਪ੍ਰੋਜੈਕਟਸ ਨੂੰ ਲੈ ਕੇ, ਬਹੁਤ ਘੱਟ ਫਿਲਮਾਂ ਕਰਦੇ ਹੋ, ਲਾਈਕ ਮੈਂ ਕਬੱਡੀ ਦੇ ਮੈਚ ਦੇਖਦਾ ਸੀ, ਕਹਿੰਦਾ ਕਬੱਡੀ ਵਾਲੀ ਫਿਲਮ ਦਾ ਕੀ ਲੈਣਾ? ਮੈਂ ਕਿਹਾ ਮੈਂ ਦੇਖਦਾ ਸੀ ਭੀਮਾ ਹੱਥ ਕਿਵੇਂ ਲਾਉਂਦਾ, ਹਰਜੀਤ ਕਿੱਦਾਂ ਰੇਡ ਕਰਦਾ, ਮੰਗੀ ਕਿੱਦਾਂ ਫੜਦਾ। ਕਹਿੰਦਾ ਫੇਰ? ਮੈਂ ਕਿਹਾ ਫਿਰ ਹੁਣ ਅਸੀਂ ਰੇਡ ਪਾਉਣ ਨਿਕਲ ਗਏ। ਸੋ ਇਸ ਕਰਕੇ ਪਤਾ ਕੀ ਹੁੰਦਾ ਫਿਲਮ ਨਾ, ਮੈਂ ਜਦੋਂ ਅਸੀਂ ਫਿਲਮਾਂ ਕਰਦੇ ਸੀ ਪਹਿਲਾਂ ਅੱਛੀ ਟੀਮ ਸੀ, ਫਿਰ ਇੱਕ ਇਹ ਹੈ ਕਿ ਅਸੀਂ ਪੰਜਾਬੀ ਹਾਂ, ਥੋੜ੍ਹੇ ਜਿਹੇ ਸਾਡੇ ਸੁਭਾਅ ਥੋੜ੍ਹੇ ਅੜਬ ਹੈ ਸਾਰਿਆਂ ਦੇ, ਨਾ ਛੋਟੀ ਜਿਹੀ ਗੱਲ 'ਤੇ ਫਿਰ ਅਸੀਂ ਗੁੱਸੇ ਹੋ ਜਾਂਦੇ ਹਾਂ, ਇੱਦਾਂ ਫਿਰ ਟੀਮਾਂ ਬਣਦੀਆਂ ਟੁੱਟਦੀਆਂ ਰਹਿੰਦੀਆਂ, ਸੋ ਇਸ ਕਰਕੇ ਕਈ ਵਾਰੀ ਅੱਛੀਆਂ ਫਿਲਮਾਂ ਨਹੀਂ ਬਣਾ ਪਾਉਂਦੇ। ਪਰ ਵਕਤ ਨਾਲ ਫਿਰ ਆਪਾਂ ਸਿਨੇਮਾ ਇੱਕ ਚੀਜ਼ ਐਸੀ ਹੈ ਨਾ
ਇਹ ਹੌਲੀ ਹੌਲੀ ਸਮਝ ਆਉਂਦਾ ਇਹ ਜਦੋਂ ਆਪਾਂ ਇੱਕ ਫਿਲਮ ਹਿੱਟ ਕਰ ਲੈਂਦੇ ਹਾਂ ਉਦੋਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਅੱਛਾ ਕੰਮ, ਪਰ ਨਹੀਂ, ਇਹਦਾ ਸਕਸੈਸ ਰੇਟ ਬਹੁਤ ਘੱਟ ਹੈ, ਕਿਉਂਕਿ ਜਿਹੜਾ ਦੇਖਣ ਆਉਂਦਾ ਉਹਦੇ ਕੋਲ 2 ਘੰਟੇ ਹੈ, ਉਹਨੇ 2 ਘੰਟੇ ਡਿਸਾਈਡ ਕਰਨਾ ਅੱਛਾ ਹੈ, ਉਹਦੇ ਕੋਲ 2 ਹੀ ਸਵਾਲ ਹੈ, ਕਮਾਲ ਹੈ ਜਾਂ ਬਕਵਾਸ ਹੈ। ਸੋ ਇਸ ਕਰਕੇ ਕਦੇ ਕਦੇ ਅੱਛੀਆਂ ਚੀਜ਼ਾਂ ਬਣਦੀਆਂ, ਇਹ ਡਾਇਰੈਕਟਰ ਜਾਂ ਐਕਟਰ ਇਕੱਲੇ ਨਹੀਂ ਕਰ ਸਕਦੇ ਜਾਂ ਪ੍ਰੋਡਕਸ਼ਨ ਹਾਊਸ, ਇੱਕ ਇੱਕ ਬੰਦਾ ਇਹਦੇ 'ਚ ਜੁੜ ਕੇ ਫਿਲਮ ਅੱਛੀ ਬਣਾ ਸਕਦਾ ਹੈ। ਔਰ ਦਰਸ਼ਕਾਂ ਦਾ ਨਹੀਂ ਪਤਾ ਉਹਨਾਂ ਨੇ ਕਦੋਂ ਕੀ ਪਸੰਦ ਕਰਨਾ। ਮੰਨ ਲਓ ਦੇਖੋ, ਇਤਿਹਾਸਿਕ ਫਿਲਮਾਂ ਬਹੁਤ ਘੱਟ ਬਣਦੀਆਂ ਇਸੇ ਲਈ ਕਿ ਇਹਨਾਂ 'ਤੇ ਖਰਚਾ ਬਹੁਤ ਹੁੰਦਾ ਅਤੇ ਕਈ ਵਾਰੀ ਉਹ ਨਹੀਂ ਪੈਸੇ ਪੂਰੇ ਹੁੰਦੇ, ਦੂਜੀ ਬਣਾ ਹੀ ਨਹੀਂ ਪਾਉਂਦੇ। ਜੇ ਤੁਸੀਂ ਇਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਕਰੋਗੇ ਜਾਂ ਦੇਖੋਗੇ ਨਾ, ਤਾਂ ਸ਼ਾਇਦ ਅਸੀਂ ਵੀ ਫਿਰ ਇੱਕ ਵਾਰੀ ਹੋਰ ਜ਼ੋਰ ਨਾਲ ਹਿੰਮਤ ਕਰ ਲਈਏ ਜੋ ਸਾਡੇ ਖਿਆਲ 'ਚ ਹੈ, ਕਿਉਂਕਿ ਹਰ ਦਹਾਕੇ ਬਾਅਦ ਸਿਲੇਬਸ ਬਦਲਦੇ ਹਾਂ। ਇੱਕ ਚੀਜ਼ ਦਿਮਾਗ 'ਚ ਰੱਖਿਓ, ਸਿਆਣੀ ਗੱਲ ਇਹ ਹੈ ਕਿ ਜਿਹੜੀਆਂ ਤੁਹਾਡੀਆਂ ਅਗਲੀਆਂ ਜਨਰੇਸ਼ਨ ਆ ਉਹਨਾਂ ਨੂੰ ਬਹੁਤ ਚੀਜ਼ਾਂ ਨਹੀਂ ਪਤਾ ਲੱਗਦਾ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਉਹਨਾਂ ਦੇ ਹਿਸਾਬ ਨਾਲ ਸਿਸਟਮ ਚੱਲਦਾ ਸੀ। ਸਾਡੀਆਂ ਬਹੁਤ ਮਾਲਵੇ ਦੀਆਂ, ਸਾਡੇ ਸਾਂਝੇ ਪੰਜਾਬ ਦੇ ਤਾਂ ਇੰਨੀਆਂ ਕਹਾਣੀਆਂ, ਮਤਲਬ ਤੁਸੀਂ ਸੋਚ ਹੀ ਨਹੀਂ ਸਕਦੇ, ਜਿਹਦੇ 'ਚ ਛੋਟੀ ਛੋਟੀਆਂ ਬਰੇਵਰੀਜ਼ ਹਨ, ਬਟ ਉਹ ਉਸ ਵਕਤ ਬਹੁਤ ਵੱਡੀਆਂ ਸੀ। ਤਾਂ ਉਹ ਛੋਟੀ ਛੋਟੀਆਂ ਗੱਲਾਂ ਨਾਲ ਬਹੁਤ ਅੱਛੀਆਂ ਫਿਲਮਾਂ ਬਣ ਸਕਦੀਆਂ। ਇਸ ਫਿਲਮ ਨੂੰ ਜਦੋਂ ਤੁਸੀਂ ਸਾਈਨ ਕੀਤਾ ਤਾਂ ਉਹਦਾ ਰੀਜ਼ਨ ਪਹਿਲਾਂ, ਮਤਲਬ ਪਹਿਲਾਂ ਸਕ੍ਰਿਪਟ ਆਈ ਸੀ ਜਾਂ ਪਹਿਲਾਂ ਯਾਰੀ ਦੋਸਤੀ ਕਰਕੇ? ਨਹੀਂ, ਮੇਰਾ ਸਾਡੀ ਯਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਵੀ ਸਾਡਾ ਹੀ ਹੈ, ਕਦੇ ਕਦੇ ਮੈਨੂੰ ਸ਼ਿਕਵਾ ਕਰਦਾ ਰਹਿੰਦਾ, ਪਰ ਮੇਰੇ ਤੋਂ ਛੋਟਾ, ਫਿਰ ਮੈਂ ਮਿੱਤਰਤਾ ਤਾਂ ਹੁੰਦੀ ਹੈ। ਦੇਖੋ, ਤੇ ਸਿਨੇਮਾ ਨੂੰ ਜੁੜਦਾ ਇੱਕ ਹੋਰ ਸਵਾਲ ਸੀ ਮੇਰਾ ਕਿ ਦੂਜੀ ਗੱਲ ਯਾਰ, ਮੈਂ ਸਾੜੀ ਪਾ ਕੇ ਤਾਂ ਬੀਚ ਤੇ ਜਾਣਾ ਨਹੀਂ ਹੈਗਾ। ਮੈਂ ਸੀਰੀਅਸਲੀ ਕਹਾਂ, ਜੇ ਕੱਲ ਨੂੰ ਮੈਂ ਮਰ ਗਈ ਨਾ, 24 ਘੰਟੇ 'ਚ ਸਾਰਿਆਂ ਨੇ ਰੋਟੀ ਖਾ ਲੈਣੀ ਹੈ। ਇੱਕ ਮੇਰੇ ਪਰਿਵਾਰ ਨੂੰ, ਸ਼ਾਇਦ ਉਹਨਾਂ ਨੂੰ ਵੀ, ਉਹ ਵੀ ਕਹੇ ਕਿ ਹਾਂ ਮੈਂ 48 ਘੰਟੇ ਬਾਅਦ ਖਾਣੀ ਹੈ। ਬਟ ਸਾਰੇ ਆਪਣੀ ਜ਼ਿੰਦਗੀ ਜਿਉਣਗੇ ਨਾ, ਅਤੇ ਮੈਂ ਆਪਣੀ ਕਿਉਂ ਨਾ ਜਿਉਂ। 2014-15 ਦੇ ਵਿੱਚ ਕਿਸੇ ਨੇ ਇੱਕ ਫੋਟੋ ਵਾਇਰਲ ਕਰਤੀ ਸੀਗੀ, ਜਿਹੜੀ ਕੁੜੀ ਮੇਰੇ ਵਰਗੀ ਲੱਗਦੀ ਸੀ, ਅਤੇ ਉਹ ਗਲਤ ਫੋਟੋ ਸੀਗੀ। ਤੁਸੀਂ ਇਹ ਸੋਚੋ, ਜਦੋਂ ਉਹ ਮੇਰੇ ਬ੍ਰਦਰ ਕੋਲ ਪਹੁੰਚੀ ਹੋਣੀ ਆ, ਉਹਨੂੰ ਕਿੱਦਾਂ ਲੱਗਿਆ ਹੋਣਾ। ਇਹ ਇੰਡੀਆ ਦੀ ਆਈ ਡੋਂਟ ਨੋ ਕਿਸ ਕਿਉਂ ਇਹ ਪ੍ਰੋਬਲਮ ਹੈ ਕਿ ਕੁੜੀਆਂ ਕਿਹੜੇ ਕਿਸੇ ਵੀ ਫੀਲਡ 'ਚ ਹੋਣ, ਭਾਵੇਂ ਉਹ ਇੰਟਰਟੇਨਮੈਂਟ 'ਚ ਹੈ, ਭਾਵੇਂ ਉਹ ਡਾਕਟਰੀ 'ਚ ਹੈ, ਭਾਵੇਂ ਉਹ ਇੰਜੀਨੀਅਰਿੰਗ 'ਚ ਹੈ, ਉਹ ਫੇਸ ਕਰਦੀਆਂ ਨੇ ਇਹ ਸਾਰੀਆਂ ਗੱਲਾਂ। ਮੇਰੇ ਪੇਰੈਂਟਸ ਨੂੰ ਪਤਾ ਹੈ ਵੀ ਸਾਡੀ ਕੁੜੀ ਕਿੱਦਾਂ ਦੀ ਆ, ਅਤੇ ਇੰਨਾ ਇੰਨਾ ਸੁੱਖ ਹੋਣਾ ਚਾਹੀਦਾ, ਬਸ ਇੰਨਾ ਬੱਚੇ ਦਾ ਪਤਾ ਹੋਣਾ ਚਾਹੀਦਾ, ਤਾਂ ਹੀ ਕਰਕੇ ਉਹ ਸਪੋਰਟ ਕਰਦੇ ਆ। ਅਤੇ ਹੈਗੇ ਪੰਜਾਬੀ ਸੀ, ਬੰਬੇ ਕੰਮ ਕਰਦੇ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ, ਠੀਕ ਹੈ ਜੀ, ਅਤੇ ਤੁਸੀਂ ਸ਼ਾਮੀ ਕੀ ਕਰ ਰਹੇ ਹੋ? ਅਤੇ ਮੇਰਾ ਬਰਥਡੇ ਸੀਗਾ। ਅਤੇ ਮੈਂ ਕਿਹਾ ਜੀ, ਮੇਰਾ ਤਾਂ ਜਨਮ ਦਿਨ ਹੈ, ਮੈਂ ਤਾਂ ਜੀ, ਮਤਲਬ ਮੇਰੀ ਫਰੈਂਡਸ ਹੈ, ਅਸੀਂ ਤਾਂ ਵੀ ਇੱਥੇ ਰਹਿੰਦੇ ਹਾਂ, ਇੱਥੇ ਅਸੀਂ ਤਾਂ ਇਹ ਕਰਾਂਗੇ, ਤੁਸੀਂ ਜੀ ਘਰ ਆ ਜਾਓ। ਮੈਂ ਕਿਹਾ ਜੀ, ਮੈਂ ਘਰ ਕਿਉਂ ਆਊਂਗੀ? ਕਹਿੰਦੇ ਕੋਈ ਨਾ, ਫਿਰ ਜੇ ਆਪਾਂ ਫਿਰ ਬਾਹਰ ਕਿਤੇ ਮਿਲ ਜਾਂਦੇ ਹਾਂ, 19 ਸਾਲ ਵੜਾਈ ਕਹਿੰਦੇ। ਅਤੇ ਮੈਂ ਕਿਹਾ, ਮੈਨੂੰ ਸਮਝ ਨਹੀਂ ਆ। ਬਾਅਦ 'ਚ ਜਦੋਂ ਮੇਰੇ ਕਿੱਕ ਕੀਤੀ ਇਹ ਗੱਲ ਦਿਮਾਗ ਦੇ ਵਿੱਚ, ਮੈਨੂੰ ਬੱਚਾ ਆ, ਉਹ ਸਮਝ ਨਹੀਂ ਆਉਂਦਾ, ਆਪਣੇ ਆਪ 'ਚ ਹੈਗਾ, ਯਾਰ ਮੇਰੇ ਨਾਲ ਇੱਦਾਂ ਗੱਲ ਕਰ ਲਈ। ਅਤੇ ਮੈਂ ਅੱਗੇ ਥੱਲੇ ਰੋਣ ਲੱਗ ਗਈ ਕਿ ਮੇਰੇ ਨਾਲ ਇਹ ਗੱਲ 2 ਵਾਰ ਵਰਤੀ ਹੈ। ਫਸਟ ਟਾਈਮ ਕੀ ਹੋਇਆ, ਮੈਂ ਗਈ ਸੀਗੀ ਕਿਸੇ ਨਾਲ ਇੰਟਰਵਿਊ ਕਰਨ, ਬੰਬੇ ਇਹ ਚੀਜ਼ਾਂ ਬਹੁਤ ਨੋਰਮਲ ਹੈ, ਦੇ ਆਸਕ ਯੂ, ਤੁਹਾਡੇ 'ਤੇ ਡਿਪੈਂਡ ਹੈ, ਇਹ ਗੱਲਾਂ ਸਾਰੇ ਕਿਤੇ ਆ, ਇੱਥੇ ਨਹੀਂ ਹੈ ਸਰ, ਇਹ ਗੱਲਾਂ ਸਾਰੇ ਫੀਲਡਾਂ 'ਚ ਹੈ। ਮੈਂ ਆਪਦੀ ਐਜੂਕੇਸ਼ਨ ਕੰਪਲੀਟ ਕੀਤੀ ਆ। ਕਿਉਂ ਕੀਤੀ ਆ? ਕਿਉਂਕਿ ਉਹ ਕਿਤੇ ਵੀ ਕੰਮ ਆ ਜਾਂਦੀ ਆ। ਅਤੇ ਸਿਰਫ ਉਹ ਨਹੀਂ ਹੈਗੀ ਗੱਲ ਕਿ ਐਜੂਕੇਸ਼ਨ ਨਾਲ ਤੁਹਾਨੂੰ ਜੋਬ ਮਿਲਦੀ ਹੈ, ਐਜੂਕੇਸ਼ਨ ਨਾਲ ਤੁਹਾਨੂੰ ਅਕਲ ਮਿਲਦੀ ਆ।
ਅਕਲ ਆਉਂਦੀ ਹੈ ਤੁਹਾਨੂੰ ਐਜੂਕੇਸ਼ਨ ਨਾਲ, ਅਤੇ ਐਡੀ ਕੋਈ ਇੱਛਾ ਨਹੀਂ ਹੈਗੀ ਜ਼ਿੰਦਗੀ 'ਚ ਵੀ ਆਹ ਕਰਨਾ ਉਹ ਕਰਨਾ। ਛੋਟੀ ਜਿਹੀ ਜ਼ਿੰਦਗੀ ਹੈ, ਪਿਆਰੀ ਜਿਹੀ ਜ਼ਿੰਦਗੀ ਹੈ, ਦੋ ਚਾਰ ਜਗ੍ਹਾ ਘੁੰਮ ਲਓ, ਪਰਿਵਾਰ ਨਾਲ ਟਾਈਮ ਸਪੈਂਡ ਕਰੋ, ਕੋਈ ਇੰਨਾ ਐਲਵੀਆਂ ਦਾ ਸ਼ੌਂਕ ਨਹੀਂ, ਕੋਈ ਵੱਡੀ ਚੀਜ਼ਾਂ ਦਾ ਸ਼ੌਂਕ ਨਹੀਂ, ਜਿਹੜੀ ਚੀਜ਼ ਮਿਲਦੀ ਹੈ ਮਤਲਬ ਰੱਬ ਨਾ ਹੱਥ ਜੋੜ ਕੇ ਲੈ ਲਓ। ਸਰ ਜਦੋਂ ਨਾ ਤੁਹਾਨੂੰ ਸਕਸੈਸ ਮਿਲੀ ਉਦੋਂ ਤੁਸੀਂ ਬਹੁਤ ਜ਼ਿਆਦਾ ਟੀਨੇਜ ਹੀ ਸੀਗੇ ਮੈਨੂੰ ਲੱਗਦਾ ਨਾ, ਜੰਗ ਏਜ ਦੇ ਵਿੱਚ ਸੀਗੇ, ਜਦੋਂ ਤੁਸੀਂ ਪੈਸੇ ਕਮਾਉਣ ਲੱਗ ਪਏ, ਖਾਸੇ ਪੈਸੇ ਕਮਾਉਣ ਲੱਗ ਪਏ, ਉਦੋਂ ਤਾਂ ਓਨੇ ਪੈਸੇ ਵੀ ਬਹੁਤ ਹੁੰਦੇ ਸੀਗੇ, ਕਿਉਂਕਿ ਉਸ ਟਾਈਮ ਫਸਟ ਟਾਈਮ ਮੈਨੂੰ ਯਾਦ ਜਦੋਂ ਜੀਨ ਕੀਤਾ ਸੀਗਾ ਮੈਨੂੰ 12,000 ਰੁਪਇਆ ਮਿਲਿਆ ਸੀ, ਹੈ ਨਾ ਯਾਰ, 12,000 ਨਾ ਮਹੀਨੇ ਦੀ ਕਮਾਈ ਹੁੰਦੀ ਸੀ ਉਸ ਟਾਈਮ 'ਤੇ, ਅਤੇ ਮੈਂ ਕਿਹਾ ਬਹੁਤ ਪੈਸਾ ਮਿਲ ਗਿਆ ਇਹ ਤਾਂ, ਕੀ ਬਹੁਤ ਜ਼ਿਆਦਾ ਪੈਸੇ ਆ ਗਏ, ਚਾਹੁੰਦੀ ਤਾਂ ਮੈਂ ਸ਼ੋਪਿੰਗਾਂ ਕਰ ਲੈਣੀ, ਬਟ ਹਾਂ ਮੈਂ ਸਭ ਲਈ ਕੁਛ ਕੁਛ ਲੈ ਕੇ ਗਈ ਘਰੇ, ਫਿਰ ਜਿਹੜੇ ਪੈਸੇ ਬਚ ਗਏ ਮੈਂ ਕਿਹਾ ਮੰਮਾ ਅਸੀਂ, ਕਿਉਂਕਿ ਹੁਣ ਮੈਨੂੰ ਕਹਿੰਦੇ ਕਿ ਤੁਸੀਂ ਗਾਣੇ ਕਿਉਂ ਨਹੀਂ ਕਰਦੇ, ਮੈਂ ਕਿਹਾ ਕਰ ਲਏ ਹੁਣ, ਮਤਲਬ ਹੁਣ ਮੈਂ ਕੁਛ ਹੋਰ ਕਰਨਾ, ਹੈ ਨਾ ਵੀ, ਕਿਉਂਕਿ ਗਾਣੇ ਉਸ ਟਾਈਮ ਚੱਲਦੇ ਸੀ, ਯੂਟਿਊਬ ਨਵਾਂ ਨਵਾਂ ਚੱਲਿਆ ਸੀ, ਅਤੇ ਉਸ ਟਾਈਮ ਇੱਦਾਂ ਹੁੰਦਾ ਸੀ ਵੀ ਬਈ ਯੂਟਿਊਬ 'ਤੇ ਗਾਣਾ ਹਿੱਟ ਹੋ ਗਿਆ, ਇੰਨੇ ਵਿਊਜ਼ ਆ ਗਏ, ਇੰਨੇ ਵਿਊਜ਼, ਅੱਜ ਕੱਲ੍ਹ ਤੁਸੀਂ ਪੈਸੇ ਸੁੱਟੋ ਵਿਊਜ਼ ਆ ਜਾਂਦੇ ਆ, ਜੋ ਕਿ ਸੱਚਾਈ ਹੈ, ਅਤੇ ਮੈਨੂੰ ਇੱਦਾਂ ਲੱਗਦਾ ਕਿ ਉਸ ਟਾਈਮ ਬਹੁਤ ਆਪਾਂ ਲੱਕੀ ਰਹੇ ਹਾਂ ਕਿ ਆਪਾਂ ਉਸ ਟਾਈਮ ਉਸ ਚੀਜ਼ ਦਾ ਪਾਰਟ ਸੀਗੇ ਜਦੋਂ ਯੂਟਿਊਬ ਚੱਲ ਰਿਹਾ ਸੀ, ਅਤੇ ਤੁਸੀਂ ਫੇਮਸ ਹੋ ਰਹੇ ਸੀ ਜੈਨੂਇਨਲੀ, ਅਤੇ ਤਾਂ ਹੀ ਕਰਕੇ ਆਈ ਐਮ ਵੈਰੀ ਵੈਰੀ ਥੈਂਕਫੁਲ ਟੂ ਐਵਰੀ ਵਨ ਜਿਨ੍ਹਾਂ ਨੇ ਇੰਨਾ ਮੈਨੂੰ ਅੱਜ ਤੱਕ ਇੱਥੇ ਤੱਕ ਅੱਜ ਤੱਕ ਲੈ ਕੇ ਆਏ ਨੇ, ਮੈਨੂੰ ਇੱਥੇ ਤੱਕ ਲੈ ਕੇ ਆਏ ਨੇ, ਇਹ ਸੋਚ ਕੇ ਕਿ ਮੈਂ ਉਹਨਾਂ ਨੂੰ ਐਂਟਰਟੇਨ ਕੀਤਾ ਹੈ। ਅਤੇ ਰਹੀ ਇਹ ਹਿੱਟ ਵਾਲੀ ਗੱਲ, ਇਹ ਸੱਚੀ ਹੁੰਦੀ ਸੀਗੀ, ਹਾਂ ਇਹ ਹੁੰਦਾ ਸੀਗਾ ਕਿ ਉਸ ਟਾਈਮ ਸੋਰੀ ਆਏ ਹਾਏ ਕਿੰਨੀ ਕਲੰਗ ਸੀ ਹਾਂ ਮੈਂ, ਅਤੇ ਉਸ ਟਾਈਮ ਹੁੰਦਾ ਸੀ ਜਸ਼ਨ ਹੁੰਦਾ ਸੀ ਸਾਡੇ ਨਾਲ, ਹੈ ਨਾ, ਉਹ ਅਸੀਂ ਕਰਦੇ ਸੀ ਦਿਲਪ੍ਰੀਤ ਦਾ ਗਾਣਾ ਆਇਆ ਜਦੋਂ ਗੁੰਡੇ ਨੰਬਰ 1, ਅਤੇ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਤਾਂ ਕਹਿੰਦੇ ਸੀ ਯਾਰ ਇਹਨੂੰ ਡਾਇਰੈਕਟਰ ਲੈ ਲਓ, ਇਹ ਕੁੜੀ ਨੂੰ ਉਹ ਲੈ ਲਓ, ਉਹ ਮਾਡਲ ਲੈ ਲਓ, ਗਾਣਾ ਹੋ ਜਾਏਗਾ, ਅਤੇ ਇਹ ਚੱਲਦਾ ਸੀ ਉਸ ਟਾਈਮ। ਅਤੇ ਮੈਂ ਕਹਿੰਦੀ ਹਾਂ ਰੱਬ ਨੇ ਬੜਾ ਸਾਡੇ 'ਤੇ ਮਿਹਰਬਾਨੀ ਰੱਖੀ ਹੈ, ਅਤੇ ਓਬਵੀਅਸਲੀ ਸਾਡੀ ਪੂਰੀ ਜਨਤਾ ਨੇ ਸਾਡੇ 'ਤੇ ਮਿਹਰਬਾਨੀ ਰੱਖੀ ਹੈ, ਸੋ ਥੈਂਕ ਯੂ ਸੋ ਮਚ। ਨਹੀਂ ਉਦੋਂ ਹੁੰਦਾ ਵੀ ਇੱਦਾਂ ਹੁੰਦਾ ਸੀਗਾ ਵੀ ਅੱਛਾ ਕਿਹਦਾ ਗਾਣਾ ਆ ਰਿਹਾ, ਸਾਰਾ ਦਾ ਗਾਣਾ ਆ ਰਿਹਾ, ਹਾਂ ਇਹ ਪਰਮਾਤਮਾ ਤੁਹਾਡੇ ਇਸ ਤੇ ਚੀਜ਼ ਦਿੱਤੀ ਆ। ਨਹੀਂ ਮੈਂ ਬਹੁਤ ਬਹੁਤ ਥੈਂਕਫੁਲ ਹਾਂ ਜੀ, ਬਹੁਤ ਬਹੁਤ ਥੈਂਕਫੁਲ ਹਾਂ ਜੀ। ਅਤੇ ਹੁਣ ਗੁਰਮੁਖ ਤੋਂ ਆਪਾਂ ਸਟਾਰਟ ਕਰਦੇ ਹਾਂ, ਹੁਣ ਗੁਰਮੁਖ ਆ ਰਹੀ ਆ, ਆਈ ਥਿੰਕ ਇਹਦੇ ਲਈ ਵੀ ਥੈਂਕਫੁਲ ਹੋਊਂਗੇ ਜਿੰਨਾ ਕਿ ਟਾਈਟਲ ਤੋਂ ਜੇ ਆਪਾਂ ਆਈਡੀਆ ਲਗਾ ਲਈਏ, ਜਿਹੋ ਜਿਹੀ ਟੀਮ ਮਿਲੀ ਹੈ ਤੁਹਾਨੂੰ। ਮੈਂ ਸੱਚੀ ਦੱਸਾਂ ਇਹ ਮੇਰੀ ਲਾਈਫ ਦਾ ਬੈਸਟ ਕੰਮ ਹੈ ਜੀ, ਅੱਜ ਤੱਕ ਦੀ ਬੈਸਟ ਇੰਜੋਏਬਲ ਜਿਹੜਾ ਕਰੈਕਟਰ ਮੈਂ ਕਹਾਂ ਉਹ ਹੈਗਾ ਸੀਰਤ, ਜੇ ਮੈਂ ਗੁਰਮੁਖ 'ਚ ਪਲੇ ਕੀਤਾ। ਪਹਿਲੀ ਗੱਲ ਕਿਉਂ, ਸਾਡੇ ਜਿਹੜੇ ਰਾਈਟਰ ਡਾਇਰੈਕਟਰ ਨੇ ਪਾਲੀ ਸਰ, ਵਿਵਿੰਦਰ ਪਾਲੀ ਜੀ, ਉਹਨਾਂ ਨੇ ਇੰਨਾ ਸੋਹਣਾ ਲਿਖਿਆ, ਨਾਲੇ ਉਹ ਟੀਚਰ ਰਹੇ ਯਾਰ ਇੰਨੇ ਸਾਲ, ਉਹਨਾਂ ਨੇ ਥੀਏਟਰ ਕਰਾਇਆ, ਇੰਨੇ ਵਧੀਆ ਵਧੀਆ ਉਹਨਾਂ ਨੇ ਸਟੇਜਿਸ ਕੀਤੇ ਆ, ਉਹਨਾਂ ਤੋਂ ਇੰਨਾ ਕੁਛ ਸਿੱਖਣ ਨੂੰ ਮਿਲਿਆ ਵੀ ਕਿੱਥੇ ਕੰਟਰੋਲ ਹੈ, ਵੋਕਲ ਕਿੱਥੇ ਕੰਟਰੋਲ ਕਰਨੀ ਹੈ, ਪੌਜ਼ ਕਿੱਥੇ ਦੇਣਾ, ਉਹ ਸਾਰੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਮਿਲਿਆ। ਜਦੋਂ ਉਹਨਾਂ ਨੇ ਫਸਟ ਦੇਖਿਆ ਨਾ, ਜਿਹੜਾ ਮਤਲਬ ਫਸਟ ਡਰਾਫਟ ਜਿਹੜਾ ਸੀਗਾ ਉਹਦੇ ਵਿੱਚ ਜਦੋਂ ਸਾਰਾ ਕੁਛ ਕੀਤਾ, ਅਤੇ ਉਹਨਾਂ ਨੇ ਮੈਨੂੰ ਕਿਹਾ ਸਰ ਆਪਾਂ ਇਹ ਚੀਜ਼ਾਂ ਕਰਨੀਆਂ ਨੇ, ਬੋਡੀ ਲੈਂਗੁਏਜ ਕਿੱਦਾਂ ਹੋਣੀ ਚਾਹੀਦੀ ਆ, ਪਿੰਡ ਦੀ ਕੁੜੀ ਆ, ਮੈਰਿਡ ਆ, ਇੱਦਾਂ ਹੋਣਾ ਚਾਹੀਦਾ, ਕੱਪੜੇ ਇੱਦਾਂ ਧੋਣੇ ਆ, ਇੱਦਾਂ ਇਹ ਚੀਜ਼ਾਂ, ਅਤੇ ਉਹ ਇੰਨਾ ਕੁਛ ਮੈਨੂੰ ਸਿੱਖਣ ਨੂੰ ਮਿਲਿਆ ਨਾ, ਮੈਨੂੰ ਲੱਗਿਆ ਕਿ ਬਈ ਮੈਂ ਬਹੁਤ ਜੀਆ ਹੈ ਇਸ ਕਰੈਕਟਰ ਨੂੰ, ਸੀਰਤ ਨੂੰ ਨਾ। ਅਤੇ ਨਾਲੇ ਕੁਲਜਿੰਦਰ ਜੀ ਤੁਹਾਨੂੰ ਪਤਾ ਹੀ ਆ, ਉਹ ਹਮੇਸ਼ਾ ਤੋਂ ਬਹੁਤ ਹੀ ਚੂਜ਼ੀ ਕੰਟੈਂਟ ਕਰਦੇ ਆ, ਅਤੇ ਜਿਹੜਾ ਕੁਛ ਵੀ ਕਰੈਕਟਰ ਵੀ ਕਰਦੇ ਉਹ ਇੰਨਾ ਇੰਪੈਕਟਫੁਲ ਹੁੰਦਾ ਆਪਣੇ ਆਪ ਦੇ ਵਿੱਚ, ਅਤੇ ਹੀ ਇਜ਼ ਅ ਗ੍ਰੇਟ ਗ੍ਰੇਟ ਐਕਟਰ, ਤਾਂ ਉਹ ਅਤੇ ਨਾ ਹੀ ਇਜ਼ ਅ ਵੈਰੀ ਕੋਆਪਰੇਟਿਵ ਪਰਸਨ ਆਲਸੋ। ਉਹਨਾਂ ਨੇ ਵੀ ਕੁਛ ਇੱਦਾਂ ਹੋਇਆ ਨਾ, ਸਾਰਾ ਨਹੀਂ ਨਹੀਂ ਇਹਨੂੰ ਇੱਦਾਂ ਕਰੀਏ ਵੀ, ਹੈ ਨਾ, ਮੈਂ ਕਿਹਾ ਹਾਂ ਯਾਰ। ਹੁਣ ਮੈਨੂੰ ਇੱਦਾਂ ਲੱਗਦਾ ਕਿ ਆਫਟਰ ਅ ਫਿਊ ਮੂਵੀਜ਼ ਹੁਣ ਮੈਨੂੰ ਮਜ਼ਾ ਆਉਣ ਲੱਗ ਗਿਆ ਐਕਟਿੰਗ 'ਚ, ਅਤੇ ਹੁਣ ਆਪਾਂ ਚੂਜ਼ ਕਰ ਸਕਦੇ ਹਾਂ ਕਿ ਹੁਣ ਇਹ ਨਹੀਂ ਕਰਨਾ, ਹੁਣ ਇੱਦਾਂ ਦਾ ਕੁਛ ਕਰਨਾ, ਕਿਉਂਕਿ ਫਿਰ ਤੁਹਾਨੂੰ ਕਰੈਕਟਰ ਨਾ ਜੀਣ 'ਚ ਮਜ਼ਾ ਆਉਂਦਾ। ਤਾਂ ਗੁਰਮੁਖ ਇੱਦਾਂ ਦੀ ਆ ਜਿਹਦੇ ਵਿੱਚ ਇੰਨੇ ਸਾਰੇ ਵਧੀਆ ਕਰੈਕਟਰ ਨੇ, ਇੰਨਾ ਸੋਹਣਾ ਸਬਜੈਕਟ ਹੈ,
ਸਿੱਖੀ ਤੋਂ ਜੁੜੀ ਹੋਈ ਮੂਵੀ ਹੈ ਜਿਹਦੇ ਵਿੱਚ ਤੁਸੀਂ ਜੇ ਦੇਖੋਗੇ ਕ੍ਰਾਈਮ ਹੈ, ਥ੍ਰਿਲ ਹੈ ਤੇ ਨਾਲੇ ਡਰਾਮਾ ਤਾਂ ਹੈ ਹੀ ਹੈ ਪਰ ਫਨ ਵੀ ਹੈ। ਮਤਲਬ 2 ਘੰਟੇ ਕਿੱਥੇ ਚੱਲ ਜਾਣਗੇ ਥੀਏਟਰਾਂ 'ਚ ਪਤਾ ਨਹੀਂ ਲੱਗਣਾ ਨਹੀਂ ਸੀਰੀਅਸਲੀ। ਅਤੇ ਮੈਂ ਬਹੁਤ ਵਧੀਆ ਦਾਅਵੇ ਨਾਲ ਕਹਿੰਦੀ ਹਾਂ ਕਿ ਮੂਵੀ ਬਹੁਤ ਵਧੀਆ ਕਰੂਗੀ ਕਿਉਂਕਿ ਇਹਦਾ ਕਨਸੈਪਚੁਅਲੀ ਬਹੁਤ ਸੋਹਣੀ ਹੈ। ਬਿਲਕੁਲ, ਜਿੱਦਾਂ ਤੁਸੀਂ ਕਹਿ ਤਾ ਨਾ ਵੀ ਚੂਜ਼ੀ ਹੋ ਗਈ ਹੁਣ ਹੈ ਨਾ ਵੀ ਕਰਨੀ, ਬਟ ਇਹਦਾ ਕਿਤੇ ਨਾ ਕਿਤੇ ਨੁਕਸਾਨ ਵੀ ਹੁੰਦਾ ਆ। ਕਈ ਵਾਰੀ ਤੁਹਾਨੂੰ ਵੱਡੇ ਪ੍ਰੋਡਕਸ਼ਨ ਉਸ ਤੋਂ ਫਿਲਮ ਕੋਈ ਔਫਰ ਹੁੰਦੀ ਆ ਅਤੇ ਉਹਦੀ ਕਹਾਣੀ ਨਹੀਂ ਅੱਛੀ ਹੁੰਦੀ ਅਤੇ ਉਹ ਤੁਸੀਂ ਮਨਾ ਕਰ ਦਿਓ ਤੇ ਫਿਰ ਮੈਂ ਇਹ 'ਚ ਬਿਲੀਵ ਨਹੀਂ ਕਰਦੀ। ਵੱਡਾ ਪ੍ਰੋਡਕਸ਼ਨ ਹਾਊਸ ਕਦੇ ਵੀ ਮਾੜੀ ਸਕ੍ਰਿਪਟ ਲੈ ਕੇ ਨਹੀਂ ਆਊਗਾ। ਮਤਲਬ ਕਦੇ ਵੀ ਵਧੀਆ ਜੇ ਹੋਊਗਾ ਨਾ ਵਧੀਆ ਨਹੀਂ ਆਈ ਆ। ਹੁਣ 2-3 ਵੱਡਿਆਂ ਪ੍ਰੋਡਕਸ਼ਨ ਹਾਊਸ ਦੀਆਂ ਸੀ, ਉਸ ਡਿਟੇਲਿੰਗ 'ਚ ਜਾਣਾ ਨਹੀਂ ਹੈਗਾ। ਆਈਆਂ 2-3 ਫਿਲਮਾਂ ਨਹੀਂ 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 ਉਹ ਮੇਰੇ ਕੋਲੇ ਨਹੀਂ ਆਈ। ਅੱਛਾ, ਇਹ ਤੁਸੀਂ ਕਹਿ ਸਕਦੇ ਹੋ ਉਹ ਮੇਰੇ ਕੋਲੇ ਨਹੀਂ ਆਈਆਂ ਕਿਉਂਕਿ ਮੈਂ ਫਿਰ ਉਹ ਚੀਜ਼ ਨੂੰ ਉਦਾਂ ਨਹੀਂ ਮੰਨਦੀ। 2 ਚੀਜ਼ਾਂ ਹੁੰਦੀਆਂ ਨੇ ਜਿੱਥੇ ਪੈਸਾ ਵੱਧ ਮਿਲਦਾ ਜੀ ਜਾਂ ਫਿਰ ਇੱਕ ਹੁੰਦੀ ਹੈ ਜਿੱਥੇ ਤੁਹਾਨੂੰ ਮਜ਼ਾ ਆਉਂਦਾ ਐਜ਼ ਅ ਐਕਟਰ ਕੰਮ ਕਰਕੇ। ਇਹ ਪੁਆਇੰਟ ਆ, ਇਹ ਪੁਆਇੰਟ ਆ। ਜੇ ਮੈਂ ਤਾਂ ਸੋਚਾਂ ਕਿ ਆ ਵਧੀਆ ਪੈਸੇ ਮਿਲ ਰਹੇ ਛੱਡ ਯਾਰ, ਮੈਂ ਨਹੀਂ ਕਰਨਾ। ਟੱਚ ਵੁੱਡ ਵੀ ਇੰਨੇ ਟਾਈਮ ਤੋਂ ਕਮਾ ਰਹੇ ਹਾਂ, ਰੱਬ ਨੇ ਇੰਨਾ ਲਾਇਕ ਬਣਾਇਆ ਅਤੇ ਐਡੀ ਕੋਈ ਇੱਛਾ ਨਹੀਂ ਹੈਗੀ ਜ਼ਿੰਦਗੀ 'ਚ ਵੀ ਆਹ ਕਰਨਾ ਉਹ ਕਰਨਾ। ਛੋਟੀ ਜਿਹੀ ਜ਼ਿੰਦਗੀ ਹੈ, ਪਿਆਰੀ ਜਿਹੀ ਜ਼ਿੰਦਗੀ ਹੈ, 2-4 ਜਗ੍ਹਾ ਘੁੰਮ ਲਓ, ਪਰਿਵਾਰ ਨਾਲ ਟਾਈਮ ਸਪੈਂਡ ਕਰੋ। ਕੋਈ ਇੰਨਾ ਐਲਵੀਆਂ ਦਾ ਸ਼ੌਂਕ ਨਹੀਂ, ਕੋਈ ਵੱਡੀ ਚੀਜ਼ਾਂ ਦਾ ਸ਼ੌਂਕ ਨਹੀਂ। ਜਿਹੜੀ ਚੀਜ਼ ਮਿਲਦੀ ਹੈ ਮਤਲਬ ਰੱਬ ਨੂੰ ਹੱਥ ਜੋੜ ਕੇ ਲੈ ਲਓ, ਵੀ ਐਡਾ ਕੋਈ ਉਹ ਨਹੀਂ ਹੈਗਾ। ਤਾਂ ਵੀ ਜਦੋਂ ਇੰਨੀ ਕ੍ਰੇਜ਼ੀ ਇੱਛਾ ਨਹੀਂ ਹੈਗੀ, ਬਟ ਜੋ ਇੱਛਾ ਹੈਗੀ ਆ ਉਹ ਹੈਗੀ ਆ ਵੀ ਵਧੀਆ ਕੰਮ ਹੋਣਾ ਚਾਹੀਦਾ, ਵਧੀਆ ਵੀ ਕਦੇ ਸੋਚਣਾ ਨਾ ਪਵੇ ਕਿਸੇ ਚੀਜ਼ ਲਈ, ਹੈ ਨਾ। ਜਦੋਂ ਕਹਿੰਦੇ ਹੈਗੇ ਵੀ ਸੈਟਿਸਫੈਕਸ਼ਨ ਕਿੱਥੇ ਹੁੰਦੀ ਹੈ ਪੈਸੇ ਦੀ, ਪੈਸੇ ਦੀ ਕੋਈ ਸੈਟਿਸਫੈਕਸ਼ਨ ਨਹੀਂ ਹੈ। ਅੱਜ 2 ਰੁਪਿਆ ਤਾਂ ਵੀ ਮਤਲਬ ਠੀਕ ਆ, ਜੋ 200 ਕਰੋੜ ਹੈ, 2000 ਕਰੋੜ ਹੈ, 20000 ਕਰੋੜ ਹੈ, ਉਸ ਦੀ ਕੋਈ ਸੀਮਾ ਨਹੀਂ ਹੈ। ਤਾਂ ਸੈਟਿਸਫੈਕਸ਼ਨ ਤਾਂ ਤੁਸੀਂ ਆਪਣੇ ਆਪਣੇ ਦੇ ਵਿੱਚ ਆਪਣੇ ਆਪ ਦੇ ਵਿੱਚ ਲੈ ਕੇ ਆਉਂਦੇ ਹੋ। ਇੱਦਾਂ ਤਾਂ ਫਿਰ ਕੋਈ ਮੈਟਰ ਹੀ ਨਹੀਂ ਕਰਦੀ, ਫਿਰ ਤਾਂ ਜਿੰਨੀ ਮਰਜ਼ੀ ਕੁਛ ਮਰਜ਼ੀ ਹੁੰਦਾ ਰਹੇ। ਉਹ ਤਾਂ ਤੁਸੀਂ ਆਪ ਸੋਚਦੇ ਹੋ ਵੀ ਇੰਨਾ ਨਹੀਂ ਕਰਨਾ, ਇੰਨਾ ਚਾਹੀਦਾ, ਉਨਾ ਨਹੀਂ ਚਾਹੀਦਾ, ਇੰਨਾ ਹੋਵੇ, ਸੋਚਣ ਦੀ ਲੋੜ ਨਾ ਪਵੇ। ਸਰ ਜਦੋਂ ਨਾ ਤੁਹਾਨੂੰ ਸਕਸੈਸ ਮਿਲੀ ਉਦੋਂ ਤੁਸੀਂ ਬਹੁਤ ਜ਼ਿਆਦਾ ਟੀਨੇਜ 'ਚ ਸੀਗੇ, ਮੈਨੂੰ ਲੱਗਦਾ ਨਾ ਜੰਗ ਏਜ ਦੇ ਵਿੱਚ ਸੀਗੇ, ਜਦੋਂ ਤੁਸੀਂ ਪੈਸੇ ਕਮਾਉਣ ਲੱਗ ਪਏ, ਖਾਸੇ ਪੈਸੇ ਕਮਾਉਣ ਲੱਗ ਪਏ, ਉਦੋਂ ਤਾਂ ਉਨੇ ਪੈਸੇ ਵੀ ਬਹੁਤ ਹੁੰਦੇ ਸੀਗੇ ਅਤੇ ਸ਼ੋਹਰਤ ਵੀ ਜਿਹੜੀ ਤੁਹਾਨੂੰ ਉਦੋਂ ਮਿਲੀ, ਇੱਕ ਇਹ ਥੋਟ ਆ ਵੈਸੇ ਰੀਅਲ ਲਾਈਫ 'ਚ ਐਗਜ਼ਿਸਟ ਵੀ ਕਰਦਾ, ਜਦੋਂ ਤੁਹਾਨੂੰ ਛੋਟੀ ਉਮਰ ਵਿੱਚ ਪੈਸਾ ਅਤੇ ਸ਼ੋਹਰਤ ਮਿਲ ਜਾਵੇ ਨਾ, ਉਦੋਂ ਇਨਸਾਨ ਥੋੜ੍ਹਾ ਜਿਹਾ ਸਮਝ ਨਾਲ ਨਹੀਂ ਚੱਲਦਾ, ਇੱਕ ਉਮਰ ਇਹੋ ਜਿਹੀ ਹੁੰਦੀ ਆ ਅਤੇ ਇੱਕ ਉਹਨੂੰ ਫੈਸਲੇ ਲੈਣੇ ਨਹੀਂ ਆਉਂਦੇ ਜਾਂ ਡਿਸੀਜਨ ਲੈਣੇ ਨਹੀਂ ਆਉਂਦੇ। ਉਹ ਸਿਚੁਏਸ਼ਨ ਤੁਹਾਡੇ ਲਈ ਕਿਹੋ ਜਿਹੀ ਸੀਗੀ? ਜੇ ਮੈਂ ਸਮਝ ਕੇ ਨਹੀਂ ਚੱਲਦੀ ਹੁੰਦੀ ਤਾਂ ਅੱਜ ਇੱਥੇ ਨਾ ਬੈਠੀ ਹੁੰਦੀ, ਜੋ ਸੱਚੀ ਗੱਲ ਹੈ। ਬਹੁਤ ਕੁੜੀਆਂ ਆਉਂਦੀਆਂ ਨੇ, ਬਹੁਤ ਮੁੰਡੇ ਆਉਂਦੇ ਨੇ, ਫੇਮਸ ਹੁੰਦੇ ਨੇ, ਫਿਰ ਗਾਇਬ ਹੋ ਜਾਂਦੇ ਨੇ, 1-2 ਸਾਲ ਦੇ ਵਿੱਚ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਮੈਨੂੰ ਲੱਗਦਾ ਇਹਦੇ ਵਿੱਚ ਮੇਰੇ ਪੇਰੈਂਟਸ ਦਾ ਬੜਾ ਵੱਡਾ ਹੱਥ ਹੈ, ਵੀ ਉਹਨਾਂ ਨੇ ਕਦੇ ਇਹ ਨਹੀਂ ਫੀਲ ਕਰਨ ਦਿੱਤਾ ਜਾਂ ਫਿਰ ਇੱਦਾਂ ਨਹੀਂ ਕਿ ਜੇ ਪੈਸਾ ਕਮਾਇਆ ਤਾਂ ਇਹ ਨਹੀਂ ਹੈਗਾ ਕਿ ਮੈਂ ਆਪਦੇ ਕੋਲ ਰੱਖਿਆ। ਮੈਨੂੰ ਪਤਾ ਮੈਂ ਮੰਮੀ ਨੂੰ ਪੈਸੇ ਦੇਣੇ ਹੈ ਅਤੇ ਇਹ ਨਹੀਂ ਕਿ ਉਹਨਾਂ ਨੇ ਮੰਗੇ ਹੈ, ਇਹ ਮੇਰੀ ਖੁਦ ਦੀ ਰਿਸਪੈਕਟ ਆ। ਮਤਲਬ ਮੈਂ ਉਹਨਾਂ ਨੂੰ ਰਿਸਪੈਕਟ ਕਰਦੀ ਹਾਂ ਇੰਨਾ ਕਿ ਮੰਮਾ ਮੇਰੇ ਪੈਸੇ ਆਏ ਆ ਐਂਡ ਕੀਪ ਇਟ, ਕਿਉਂਕਿ ਮੈਂ ਕੀ ਕਰਨਾ। ਉਸ ਤੋਂ ਬਾਅਦ ਜੇ ਕੋਈ ਚੀਜ਼ ਲੈਣੀ ਆ, ਅੱਜ ਦੀ ਵੀ ਮੈਂ ਸੱਚੀ ਗੱਲ ਦੱਸਦੀ ਹਾਂ, ਮੈਂ ਸ਼ੋਪਿੰਗ ਪਤਾ ਕਦੋਂ ਕਰਦੀ ਹਾਂ, ਜਿਸ ਦਿਨ ਮੇਰਾ ਜਦੋਂ ਮੇਰਾ ਬਰਥਡੇ ਹੁੰਦਾ ਨਾ ਉਹ ਤੋਂ 2 ਦਿਨ ਪਹਿਲਾਂ ਮੰਮੀ ਨਾਲ ਜਾਂਦੀ ਹਾਂ ਅਤੇ ਉਹ ਹੀ ਕਹਿੰਦੇ ਆ ਕੁਛ ਲੈ ਲੈ ਨਵਾਂ, ਕੋਈ ਚੀਜ਼ ਨਵੀਂ ਲੈ ਲਾ, ਵੀ ਕੁਛ ਕੁਛ ਵਧੀਆ ਕੱਪੜੇ ਲੈ ਲੈ, ਕੋਈ ਚੀਜ਼ ਲੈ ਲੈ, ਮੈਨੂੰ ਵਧੀਆ ਲੱਗੂਗਾ। ਇਹ ਨਹੀਂ ਗਾ ਕਿ ਯਾਰ ਮੇਰੇ ਤੋਂ ਕੋਈ ਕੰਪਲਸ਼ਨ ਹੈ, ਕੋਈ ਪ੍ਰੈਸ਼ਰ ਹੈ ਪਾਇਆ ਗਿਆ ਕਿ ਉਹਨਾਂ ਦੇ ਕਰਕੇ ਕਰਨਾ। ਖੁਸ਼ੀ ਹੁੰਦੀ ਹੈ ਮੈਨੂੰ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਜਿੱਦਾਂ ਤੁਸੀਂ ਤੁਹਾਨੂੰ
ਪਾਲਿਆ ਹੁੰਦਾ ਆ ਫਿਰ ਤੁਹਾਡੀ ਰੇਜ਼ਿੰਗ ਹੁੰਦੀ ਆ ਉਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਪੈਂਦਾ। ਜੇ ਅੱਜ ਮੇਰੇ ਪੇਰੈਂਟਸ ਨੇ ਮੈਨੂੰ ਇਹ ਨਾ ਸਿਖਾਇਆ ਹੁੰਦਾ ਤਾਂ ਸ਼ਾਇਦ ਮੈਂ ਪੈਸਾ ਵੇਸਟ ਕਰ ਰਹੀ ਹੁੰਦੀ, ਕਿਉਂਕਿ ਉਸ ਟਾਈਮ ਫਸਟ ਟਾਈਮ ਮੈਨੂੰ ਯਾਦ ਹੈ ਜਦੋਂ ਜੀਨ ਕੀਤਾ ਸੀਗਾ ਮੈਨੂੰ 12,000 ਰੁਪਇਆ ਮਿਲਿਆ ਸੀ, ਹੈ ਨਾ ਯਾਰ 12,000 ਨਾ ਮਹੀਨੇ ਦੀ ਕਮਾਈ ਹੁੰਦੀ ਸੀ ਉਸ ਟਾਈਮ 'ਤੇ ਨਾ ਵਧੀਆ ਨੌਕਰੀ ਦੀ, ਅਤੇ 3 ਦਿਨ ਦੇ ਵਿੱਚ 12,000 ਰੁਪਇਆ ਮਿਲਣਾ ਬਹੁਤ ਵੱਡੀ ਗੱਲ ਹੈ। ਰਾਹੁਲ ਦੱਤਾ ਨੇ ਇਹ ਕੀਤਾ ਸੀਗਾ ਡਾਇਰੈਕਟ, ਰਣਜੀਤ ਬਾਵਾ ਵਾਜ਼ ਦੈਰ, ਅਤੇ ਮੈਂ ਕਿਹਾ ਬਹੁਤ ਪੈਸਾ ਮਿਲ ਗਿਆ ਇਹ ਤਾਂ, ਕਿ ਬਹੁਤ ਜ਼ਿਆਦਾ ਪੈਸੇ ਆ ਗਏ। ਚਾਹੁੰਦੀ ਤਾਂ ਮੈਂ ਸ਼ੋਪਿੰਗ ਕਰ ਲੈਣੀ, ਬਟ ਹਾਂ ਮੈਂ ਸਭ ਲਈ ਕੁਛ ਕੁਛ ਲੈ ਕੇ ਗਈ ਘਰੇ, ਫਿਰ ਜਿਹੜੇ ਪੈਸੇ ਬਚ ਗਏ ਮੈਂ ਕਿਹਾ ਮੰਮਾ ਅਸੀਂ, ਫਿਰ ਉਸ ਤੋਂ ਬਾਅਦ ਮੈਂ ਲਾਈਕ ਆਈ ਵਾਂਟ ਟੂ ਟੈਲ ਦਿਸ ਸਾਰਿਆਂ ਨੂੰ, ਮੈਂ ਆਪਣੀ ਜਿਹੜੀ ਐਜੂਕੇਸ਼ਨ ਆ ਮੈਂ ਉਹ ਪੈਸਾ ਐਜੂਕੇਸ਼ਨ 'ਚ ਲਾਇਆ। ਤੁਸੀਂ ਮੰਨੋਗੇ ਨਹੀਂ, ਜਦੋਂ ਮੈਂ ਸਕੂਲ ਕਾਲਜ ਦੇ ਵਿੱਚ ਸੀਗੀ ਤਾਂ ਮੈਂ ਜਿੰਨਾ ਪੈਸਾ ਕਮਾਇਆ ਉਹਦੇ ਨਾਲ ਆਪਦੀ ਫੀਸ ਭਰੀ ਹੈ। ਮਤਲਬ ਮੈਂ ਡੈਡ ਤੋਂ ਨਹੀਂ ਪੈਸੇ ਲੈਂਦੀ ਹੁੰਦੀ ਸੀਗੀ, ਐਕਸਟਰਾ ਐਕਸਪੈਂਸਿਵ ਜੇ ਐਕਸਪੈਂਸਿਸ ਜੇ ਹੁੰਦੇ ਸੀ ਮੈਂ ਡੈਡ ਤੋਂ ਨਹੀਂ ਲੈਂਦੀ ਸੀ, ਜਿਹੜਾ ਪੈਸਾ ਆਇਆ ਉਹਦੇ ਨਾਲ ਆਪਦੀ ਫੀਸ ਭਰੀ, ਜਿਹੜੇ ਪੀ ਜੀ ਦੇ ਖਰਚੇ ਨੇ ਉਹ, ਖਾਣ ਪੀਣ ਦਾ ਜੋ ਹੈ ਉਹ ਕੀਤਾ, ਵੀ ਉਸ ਟਾਈਮ ਮੈਂ ਉਹ ਪੈਸਾ ਉੱਥੇ ਲਾਇਆ। ਅਤੇ ਮੈਨੂੰ ਲੱਗਦਾ ਕਿ ਮੈਂ ਚਾਹੁੰਦੀ ਕੋਈ ਵੀ ਪੇਰੈਂਟਸ ਇੱਦਾਂ ਨਹੀਂ ਹੁੰਦਾ ਕਿ ਜੋ ਆਪਦੇ ਬੱਚਿਆਂ ਨੂੰ ਉਹਦੀ ਜ਼ਰੂਰਤ ਉਹ ਨਾ ਦੇਵੇ, ਹਮੇਸ਼ਾ ਦਿੰਦੇ ਆ ਸਾਰੇ, ਪਰ ਮੈਨੂੰ ਪਤਾ ਸੀ ਮੈਂ ਕਿਹਾ ਇਹ ਪੈਸੇ ਹੈਗੇ ਆ ਮੈਂ ਇਹਨੂੰ ਵਧੀਆ ਤਰੀਕੇ ਯੂਜ਼ ਕਰ ਸਕਦੀ ਹਾਂ, ਮੈਂ ਕਿਹਾ ਡੈਡ ਮੈਂ ਇੱਥੇ ਭਰੇ ਆ, ਫਿਰ ਮੈਨੂੰ ਬੱਚੇ ਤਾਂ ਮੰਮਾ ਨੂੰ ਦੇਤੇ, ਹੈ ਨਾ। ਤਾਂ ਮੈਨੂੰ ਪਤਾ ਕਿ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਜੋ ਤੁਹਾਨੂੰ ਬਣਾ ਵੀ ਸਕਦੀ ਹੈ ਅਤੇ ਵਿਗਾੜ ਵੀ ਸਕਦੀ ਹੈ, ਸਭ ਕੁਛ ਕਰ ਸਕਦੀ ਹੈ, ਕਿਉਂਕਿ ਉਹ ਪਾਵਰ ਹੈ, ਹੈ ਨਾ। ਅਤੇ ਉਹ ਪਾਵਰ ਨੂੰ ਲਿਮਿਟ ਰੱਖਣਾ ਬਹੁਤ ਜ਼ਰੂਰੀ ਹੈ। ਲੱਕੀਲੀ ਸਾਨੂੰ ਥੋੜ੍ਹਾ ਬਹੁਤ ਪਤਾ ਸੀ, ਮਾਂ ਬਾਪ ਨੇ ਸਿਖਾਇਆ ਸੀ ਤਾਂ ਹੋ ਗਿਆ। ਹੋ ਗਿਆ। ਅਤੇ ਗੁਰਮੁਖ ਦੇ ਵਿੱਚ ਵੀ ਜਿਹੜਾ ਤੁਸੀਂ ਕਰੈਕਟਰ ਨਿਭਾ ਰਹੇ ਹਾਂ ਉਹਦੇ ਵਿੱਚ ਵੀ ਜਿੰਨਾ ਕੁ ਸਾਨੂੰ ਜਦੋਂ ਡਾਇਰੈਕਟਰ ਸਾਹਿਬ ਦੇ ਨਾਲ ਆਫ ਦਾ ਕੈਮਰਾ ਗੱਲ ਚੱਲਦੀ ਸੀ, ਉਹ ਇਹੀ ਦੱਸਦੇ ਆ ਵੀ ਉਹ ਸਮਝਾਉਂਦੀ ਆ ਉਹਨੂੰ ਵੀ ਯਾਰ ਇਹਨਾਂ ਕੰਮਾਂ 'ਚ ਕੀ ਰੱਖਿਆ ਹੈ ਨਾ, ਵੀ ਤੂੰ ਨਾ ਸਾਡਾ ਉਸ ਚੀਜ਼ ਨੂੰ ਤੁਰ। ਇਹ ਥੋੜ੍ਹੀ ਜਿਹੀ ਆਪਾਂ ਨੇ ਰੀਅਲ ਦੇ ਵਿੱਚ ਜੇ ਇੱਦਾਂ ਦੀ, ਵੈਸੇ ਮੈਂ ਸਿੱਧੂ ਸਾਹਿਬ ਨਾਲ ਵੀ ਗੱਲ ਕੀਤੀ ਵੀ ਜੇ ਤੁਸੀਂ ਇੰਨਾ ਟਾਈਮ ਨਹੀਂ ਲਓਗੇ ਵੀ ਤੁਸੀਂ ਇੱਕਦਮ ਸਾਹਮਣੇ ਆ ਜਾਓਗੇ ਸਾਰਿਆਂ ਨੂੰ, ਵੀ ਮੈਂ ਜਿੰਨਾ ਕੁ ਜਾਣਦਾ ਵੀ ਸਾਰਾ ਵੀ ਏ ਸੀ ਐਟੀਟਿਊਡ ਦੀ ਆ, ਵੀ ਜਿੱਦਾਂ ਦਾ ਗੁਰਮੁਖ ਦੇ ਵਿੱਚ ਕਰੈਕਟਰ ਆ ਜੇ ਇੱਦਾਂ ਦਾ ਕੋਈ ਇੰਸੀਡੈਂਟ ਹੋਇਆ ਉਹ ਆਪਣੇ ਹਸਬੈਂਡ ਦੀ ਵੇਟ ਨਹੀਂ ਕਰੂਗੀ, ਆਈ ਥਿੰਕ ਸਾਰਾ ਖੁਦ ਹੀ ਐਕਸ਼ਨ ਦੇ ਵਿੱਚ ਆ ਜਾਊਗੀ। ਹਾਂ ਮਤਲਬ ਤੁਹਾਡੇ ਪਾਰਟਨਰ ਤੁਹਾਡੀ ਰਿਸਪੋਂਸਿਬਿਲਿਟੀ ਹੈ, ਸਪੈਸ਼ਲੀ ਸੋਸ਼ਲ ਤੌਰ 'ਤੇ ਜੇ ਗੱਲ ਕਰੀਏ, ਅੱਜ ਕੱਲ੍ਹ ਬੜਾ ਹੋ ਜਾਂਦਾ ਹੈ ਕਿ ਕੁੜੀਆਂ ਨੂੰ ਸਮਝ ਨਹੀਂ ਆਉਂਦਾ ਕਿ ਕਹਿੰਦੇ ਵੀ ਇਹ ਮੇਰੇ ਨਾਲ ਲੜ ਰਿਹਾ, ਫਿਰ ਉਹਦੇ ਜਗ੍ਹਾ ਨਹੀਂ ਦੇਖਦੇ ਉੱਥੇ ਲੜਨਾ ਸ਼ੁਰੂ ਕਰ ਦਿੰਦੀਆਂ ਨੇ। ਯੂ ਹੈਵ ਟੂ ਅੰਡਰਸਟੈਂਡ ਉਹਦੇ ਰਿਸਪੈਕਟ, ਤੁਹਾਡੇ ਰਿਸਪੈਕਟ ਆ, ਤੁਸੀਂ ਇਹ ਨਹੀਂ ਕਰ ਸਕਦੇ ਕਿ ਪਬਲਿਕਲੀ ਉਹਨੂੰ ਇਨਸਲਟ ਕਰ ਰਹੇ ਹੋ ਅਤੇ ਉਹਦੇ ਵਿੱਚ ਤੁਹਾਡੀ ਕੋਈ ਬੜਾਈ ਨਹੀਂ ਹੈਗੀ, ਵੀ ਤੂੰ ਬਹੁਤ ਚੰਗਾ ਕੰਮ ਕਰਤਾ, ਵੀ ਉਹ ਇੱਕ ਡਿਸਰਿਸਪੈਕਟ ਹੈ ਤੁਹਾਡੇ ਖੁਦ ਲਈ ਵੀ। ਪਰ ਰਹੀ ਕਿਸੇ ਨੂੰ ਪਾਰਟਨਰ ਨੂੰ ਜਾਂ ਦੋਸਤ ਨੂੰ ਜਾਂ ਫੈਮਿਲੀ ਨੂੰ ਸਪੋਰਟ ਕਰਨ ਦੀ ਗੱਲ, ਉਹ ਆ ਜਾਂਦੀ ਹੈ ਇੰਟਰਨਲੀ। ਆਪਾਂ ਵੈਸੇ ਵੀ ਪੰਜਾਬੀ ਹਾਂ, ਮੈਂ ਹਰਿਆਣਵੀ ਪੰਜਾਬੀ ਮਿਕਸ ਹਾਂ, ਤਾਂ ਸਾਡਾ ਕੀ ਹੁੰਦਾ ਕਿ ਸਾਡੇ ਐਵੇਂ ਖੂਨ 'ਚ ਹੁੰਦੀ ਹੈ। ਜਿੱਦਾਂ ਵੀ ਮੇਰੀ ਦੋਸਤ ਨੂੰ ਵੀ ਕੁਛ ਕਹਿਤਾ, ਕੌਣ ਸੀ, ਕਿੱਦਾਂ ਸੀ, ਕੀ ਹੈ ਕਿ ਨਹੀਂ, ਪਤਾ ਨਹੀਂ ਕੁਦਰਤ, ਬਟ ਕਰਨਾ ਹੈ, ਤਾਂ ਇਹ ਤਾਂ ਹੁੰਦੀ ਹੈ। ਗੁਰਮੁਖ ਦੀ ਜੇ ਗੱਲ ਕਰਾਂ, ਉਹ ਕਰੈਕਟਰ ਇੱਦਾਂ ਦਾ ਜਿਹੜਾ ਡਰਦਾ ਹੈ ਵੀ ਕਿਤੇ ਲੜਕ ਲੁੜ ਕੇ, ਕਿਉਂਕਿ ਸਿੱਖ ਬੰਦਾ ਹੈ, ਪਤਾ ਵੀ ਉਹਨੇ ਵੀ ਉਹਨੇ ਚੀਜ਼ਾਂ ਜੇ ਉਹਦਾ ਕੁਛ ਹੋ ਗਿਆ, ਉਹਦਾ ਪਰਿਵਾਰ ਵੀ ਪਿੱਛੇ ਉਹਨੂੰ ਸਮਝਾਉਂਦੀ ਹੈ ਵੀ ਇੱਦਾਂ ਨਾ ਕਰ, ਇੱਦਾਂ ਨਾ ਕਰ, ਬਟ ਜਿਹੜਾ ਐਂਡ ਹੁੰਦਾ ਨਾ ਇਸ ਚੀਜ਼ ਦਾ, ਉਹਦੇ ਵਿੱਚ ਮੇਨ ਸੀਰਤ ਦਾ ਹੀ ਹੁੰਦਾ ਸਾਰਾ ਕੁਛ। ਸੀਰਤ ਹੀ ਕਰਦੀ ਹੈ ਉਹਨੂੰ ਵੀ ਕਿੱਦਾਂ, ਕਿਉਂਕਿ ਉਹ ਤਾਂ ਬਿਲਕੁਲ ਖਤਮ ਹੀ ਹੋ ਜਾਂਦਾ ਬੰਦਾ ਇੱਕ ਟਾਈਮ 'ਤੇ ਨਾ, ਜੇ ਤੁਸੀਂ ਕੁਛ ਵਿਟਨੈਸ ਕੀਤਾ ਹੁੰਦਾ ਨਾ ਇੱਦਾਂ ਦਾ, ਬੰਦਾ ਕਹਿੰਦਾ ਯਾਰ ਮੈਂ ਬਿਲਕੁਲ ਟੁੱਟ ਗਿਆ, ਮੈਂ ਹੈਲਪ ਨਹੀਂ ਕਰ ਸਕਿਆ ਉਸ ਕੁੜੀ ਦੀ, ਫਿਰ ਉਹ ਹੀ ਹੈ ਜਿਹੜੀ ਉਹਨੂੰ ਐਨਰਜੀ ਦਿੰਦੀ ਹੈ। ਸੇਮ ਵੇ ਕਿ ਆਈ ਥਿੰਕ ਇੱਕ ਪਾਰਟਨਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕੁਛ ਗਲਤ ਕਰ ਰਹੇ ਹੋ ਰੋਕ ਕੇ, ਅਤੇ ਜਦੋਂ ਤੁਸੀਂ ਕੁਛ ਕਰ ਨਹੀਂ ਸਕਦੇ ਹੋ ਅਤੇ ਤੁਸੀਂ ਬੇਵਸ ਹੋ ਜਾਂ ਫਿਰ ਤੁਸੀਂ ਇਮੋਸ਼ਨਲੀ ਮੈਂਟਲੀ ਡਰੇਨਡ ਹੋ, ਤਾਂ ਤੁਹਾਨੂੰ ਉਹ ਪਾਵਰ ਦੇਵੇ ਕਿ ਨਹੀਂ ਇਟਸ ਟਾਈਮ ਟੂ ਮੂਵ ਔਨ। ਅਤੇ ਮੈਨੂੰ ਲੱਗਦਾ ਰੀਅਲ ਲਾਈਫ ਦੇ ਵਿੱਚ ਇਹੀ ਚੀਜ਼ ਸਭ ਤੋਂ ਵੱਧ ਅੱਜ ਦਿੱਕਤ ਦੇ ਵਿੱਚ ਆ ਰਹੀ ਆ ਵੀ ਜਿਹੜੀ ਯੰਗ ਜਨਰੇਸ਼ਨ ਆ ਉਹ ਰਿਲੇਸ਼ਨਸ਼ਿਪ 'ਚ ਆਉਣ ਨੂੰ ਤਾਂ ਰੈਡੀ ਆ,
ਬਟ ਪੱਕੀ ਕਮਿਟਮੈਂਟ ਦੇ ਲਈ ਉਹ ਰੈਡੀ ਨਹੀਂ ਹੈਗੀ। ਅੱਜ ਕੱਲ ਤਾਂ ਬੜਾ ਨਹੀਂ ਕੀ ਕੁਝ ਚੱਲਦਾ ਹੈ, ਸਿਚੁਏਸ਼ਨਸ਼ਿਪ, ਪਤਾ ਨਹੀਂ ਫੀਲਿੰਗ ਬਈ, ਇੰਨੇ ਸੱਚ ਟੱਚਵੁੱਡ ਇੰਨੇ ਪੁਰਾਣੇ ਵੀ ਨਹੀਂ ਹੈਗੇ ਸੀ। ਬਟ ਜੇ ਗੱਲ ਕਰੀਏ, ਮੈਂ 2014 'ਚ ਸ਼ੁਰੂ ਕੀਤਾ ਸੀਗਾ, ਹੈ ਨਾ, ਵੀ ਸਾਨੂੰ ਨਹੀਂ ਸਮਝ ਆਉਂਦਾ ਇਹ ਕੁਛ, ਨਾ ਸਾਨੂੰ ਪਤਾ ਇਹਨਾਂ ਚੀਜ਼ਾਂ ਦਾ। ਕੁੜੀਆਂ ਨੂੰ ਸਾਫ਼ ਪਤਾ ਹੁੰਦਾ ਕਿ ਇਹ ਮੈਨੂੰ ਹੋਸਟ ਕਰ ਰਿਹਾ, ਇਹ ਬੈਡ ਟ੍ਰੀਟਮੈਂਟ ਦੇ ਰਿਹਾ, ਇੰਨਾ ਮੈਂ ਡਿਜ਼ਰਵ ਨਹੀਂ ਕਰਦੀ। ਸਪੈਸ਼ਲੀ ਉਹਨਾਂ ਨੂੰ, ਵਿਚਾਰਿਆਂ ਨੂੰ ਅਵੇਅਰਨੈਸ ਨਹੀਂ ਹੁੰਦੀ ਵੀ ਚੀਜ਼ਾਂ, ਮੁੰਡਿਆਂ ਨੂੰ ਸਪੈਸ਼ਲੀ, ਮੁੰਡਿਆਂ ਨੂੰ ਵੀ ਇਹ ਗੱਲ ਨਹੀਂ ਹੈਗੀ ਵੀ ਕੁੜੀਆਂ ਨਾਲ ਹੀ ਹੁੰਦਾ ਇਕੱਲਾ, ਮੁੰਡਿਆਂ ਨਾਲ ਵੀ ਬਥੇਰਾ ਕੁਛ ਹੁੰਦਾ। ਬਟ ਗੱਲ ਮੈਨੂੰ ਇਹ ਚੀਜ਼ ਨਹੀਂ ਸਮਝ ਆਉਂਦੀ, ਮਾੜ ਚੰਗਿਆਂ ਨਾਲ ਮਾੜਾ ਸਾਨੂੰ ਰੱਜ ਕੇ ਰਵਾਵੇ, ਰੱਜ ਕੇ ਜਲੀਲ ਕਰੇ, ਰੱਜ ਕੇ ਇਨਸਲਟ ਕਰੇ। ਦੇਖੋ ਜੇ ਇਹਦਾ ਜੈਨੂਇਨ ਇੱਕ ਆਨਸਰ ਮੈਂ ਦਵਾਂ ਨਾ, ਇਹ ਸਾਰਾ ਕੁਛ ਰਿਲੇਟਡ ਹੁੰਦਾ ਤੁਹਾਡੀ ਬੈਕ ਸਟੋਰੀ, ਜਿਹੜੇ ਤੁਹਾਡੇ ਚਾਈਲਡਹੂਡ ਦੇ ਨਾਲ, ਕਿਉਂਕਿ ਕਈ 90% ਤੁਸੀਂ ਨਾ ਬਚਪਨ ਦੇ ਵਿੱਚ ਇੰਨੇ ਟਰੋਮਾ ਤੁਸੀਂ ਦੇਖੇ ਹੁੰਦੇ ਆ, ਇੰਨੀ ਚੀਜ਼ਾਂ ਦੇ ਦੇ ਵਿੱਚ ਤੁਸੀਂ ਗਏ ਹੁੰਦੇ ਹੋ ਕਿ ਜਦੋਂ ਤੁਸੀਂ ਬੜੇ ਵੱਡੇ ਹੁੰਦੇ ਹੋ ਨਾ, ਅਤੇ ਉਦੋਂ ਨਾ ਤੁਹਾਨੂੰ ਉਹ ਟਰੋਮਾ ਦੇ ਨਾਲ ਕਿੱਕ ਮਿਲਦੀ ਹੈ। ਮਤਲਬ ਆਈ ਥਿੰਕ ਬਹੁਤ ਸਾਰੀ ਕੁੜੀਆਂ ਜੇ ਇਸ ਟਾਈਮ ਮੈਨੂੰ ਸੁਣਦੀਆਂ ਨੇ, ਉਹ ਰਿਲੇਟ ਕਰ ਸਕਦੀਆਂ ਨੇ। ਜਿਹੜੀ ਕੁੜੀਆਂ ਨੂੰ ਜ਼ਿਆਦਾ ਸੁਣਿਆ ਨਹੀਂ ਗਿਆ ਹੁੰਦਾ, ਦਬਾਇਆ ਗਿਆ ਹੁੰਦਾ, ਉਹਨਾਂ ਨੂੰ ਉਹ ਚੀਜ਼ ਦੀ ਆਦਤ ਹੁੰਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੇ ਕੋਈ ਮੈਨੂੰ ਇੱਦਾਂ ਦਬਾਏਗਾ ਜਾਂ ਮੇਰੇ 'ਤੇ ਰੌਬ ਜਮਾਏਗਾ, ਜਾਂ ਫਿਰ ਕਈ ਵਾਰ ਹੁੰਦਾ ਹਿੱਟ ਵੀ ਕਰਦਾ, ਫਿਜ਼ੀਕਲੀ ਵੀ ਅਬਿਊਜ਼ ਕਰਦੇ ਆ, ਹੈ ਨਾ, ਤਾਂ ਉਹਨਾਂ ਨੂੰ ਇੱਦਾਂ ਹੁੰਦਾ ਕਿ ਸ਼ਾਇਦ ਮੈਂ ਇਹ ਡਿਜ਼ਰਵ ਕਰਦੀ ਹਾਂ। ਉਹ ਲੈਕ ਆਫ ਕੋਨਫੀਡੈਂਸ ਹੈ, ਉਹ ਲੈਕ ਆਫ ਕਹਿੰਦੋ ਅਸਾਈਨ, ਜਿੱਦਾਂ ਹੁੰਦਾ ਅਬੈਂਡਨਮੈਂਟ ਹੁੰਦਾ ਵੀ ਇਕੱਲੇ ਛੱਡ ਦੇਣਾ ਕਿਸੇ ਨੂੰ, ਉਹ ਡਰ ਲੱਗਦਾ ਉਹਨਾਂ ਨੂੰ, ਕਿਉਂਕਿ ਸ਼ਾਇਦ ਬਚਪਨ ਦੇ ਵਿੱਚ ਇੰਨਾ ਅਕੇਲਾਪਨ ਦੇਖਿਆ ਹੁੰਦਾ। ਅਤੇ ਇਹ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਨੇ ਉਹ ਅਟੈਚ ਹੈ ਤੁਹਾਡੇ ਚਾਈਲਡਹੁੱਡ ਤੋਂ, ਇਹ ਪ੍ਰੋਬਲਮ ਹੈ। ਜਦੋਂ ਤੁਹਾਨੂੰ ਇਹ ਚੀਜ਼ ਸਮਝ ਆਉਣ ਲੱਗ ਜਾਵੇ ਤਾਂ ਤੁਸੀਂ ਆਪਣੇ ਆਪ 'ਤੇ ਇਸ ਚੀਜ਼ ਦਾ ਵਰਕ ਕਰਨਾ। ਇਹ 'ਚ ਇਹ ਨਹੀਂ ਹੈਗਾ ਕਿ ਯਾਰ ਅਸੀਂ ਕਿਉਂ ਭੱਜਦੇ ਹਾਂ ਮਾੜੇ ਮੁੰਡਿਆਂ ਪਿੱਛੇ, ਕਿਉਂ ਮਾੜੇ ਮੁੰਡੇ, ਵਾਈ ਵੀ ਲਾਈਕ ਬੈਡ ਬੋਇਜ਼, ਕੀ ਗੱਲ ਹੈ, ਕਿਉਂਕਿ ਤੁਹਾਨੂੰ ਉਸ ਚੀਜ਼ ਦੀ ਆਦਤ ਹੁੰਦੀ ਹੈ। ਪਰ ਜਦੋਂ ਹੌਲੇ ਹੌਲੇ ਤੁਸੀਂ ਆਪਦੇ ਆਪ ਨੂੰ ਹੀਲ ਕਰਦੇ ਹੋ, ਸਮਝਦੇ ਹੋ ਕਿ ਨਹੀਂ ਤੁਸੀਂ ਇਹ ਡਿਜ਼ਰਵ ਨਹੀਂ ਕਰਦੇ, ਤੁਸੀਂ ਬਹੁਤ ਵਧੀਆ ਡਿਜ਼ਰਵ ਕਰਦੇ ਹੋ, ਅਤੇ ਟਰੱਸਟ ਮੀ, ਜਦੋਂ ਤੁਸੀਂ ਆਪਣੀ ਹੀਲਿੰਗ ਸ਼ੁਰੂ ਕਰਦੇ ਹੋ ਅਤੇ ਇਹ ਹੀਲ ਹੁੰਦੇ ਹੋ ਥੋੜ੍ਹਾ ਜਿਹਾ, ਉਦੋਂ ਸਭ ਠੀਕ ਹੋ ਜਾਂਦਾ। ਫਿਰ ਤੁਹਾਨੂੰ ਨਹੀਂ ਬੈਡ ਬੂਡ ਬੋਇਜ਼, ਫਿਰ ਤੁਹਾਨੂੰ ਪਤਾ ਕਿ ਮੈਨੂੰ ਇਹ ਚਾਹੀਦੀ ਹੈ, ਚੀਜ਼ ਇੱਦਾਂ ਡਿਜ਼ਰਵ ਕਰਦੀ ਹੈ, ਫਿਰ ਤੁਹਾਨੂੰ ਉਹ ਮਿਲਦੀ ਆ। ਰਹੀ ਮੁੰਡਿਆਂ ਦੀ ਗੱਲ, ਸ਼ਾਇਦ ਮੁੰਡਿਆਂ ਦਾ ਇੱਦਾਂ, ਹੁਣ ਮੈਨੂੰ ਨਹੀਂ ਪਤਾ ਵੀ ਕੀ ਉਹ ਸੋਚਦੇ ਨੇ ਜਦੋਂ ਇਹ ਚੀਜ਼ਾਂ ਕਰ ਰਹੇ ਹੁੰਦੇ, ਮੇ ਬੀ ਉਹਨਾਂ ਦਾ ਵੀ ਇੱਦਾਂ ਹੋਵੇ ਕਿ ਪਹਿਲਾਂ ਮੁੰਡੇ ਕਹਿੰਦੇ ਸੀ ਮੈਨੂੰ ਧੋਖਾ ਮਿਲਿਆ ਹੁਣ ਮੈਂ ਧੋਖਾ ਦਊਂਗਾ। ਇਹਦਾ ਕੋਈ ਮਤਲਬ ਨਹੀਂ ਹੈ ਕਿ ਮਤਲਬ ਧੋਖਾ ਦਊ, ਮਤਲਬ ਇਹ ਤਾਂ ਰਿਵੈਂਜ ਅਤੇ ਚੀਜ਼ਾਂ ਉੱਦਾਂ ਦੀਆਂ, ਹਰ ਇੱਕ ਚੀਜ਼ ਜਿਹੜੀ ਤੁਹਾਡੀ ਲਾਈਫ 'ਚ ਹੋ ਰਹੀ ਹੈ, ਇਟ ਇਜ਼ ਆਲ ਕਨੈਕਟਡ ਟੂ ਯੋਰ ਚਾਈਲਡਹੁੱਡ। ਸੋ ਹੀਲ ਯੋਰ ਸੈਲਫ ਫਸਟ। ਰਿਲੇਸ਼ਨਸ਼ਿਪ 'ਚ ਆ ਜਾਂਦੇ ਨੇ, ਪਹਿਲਾਂ ਵਾਲੇ ਟਰੋਮਾ ਹੀਲ ਨਹੀਂ ਹੁੰਦੇ ਉਹਨਾਂ ਦੇ, ਪਹਿਲਾਂ ਚੀਜ਼ਾਂ ਹੀਲ ਨਹੀਂ ਹੋਈਆਂ ਹੁੰਦੀਆਂ ਕਿ ਪਹਿਲਾਂ ਇੱਦਾਂ ਹੋਇਆ ਸੀ, ਉੱਦਾਂ ਹੋਇਆ ਸੀ, ਮੈਂ ਇਸ ਚੀਜ਼ ਤੋਂ ਟ੍ਰਿਗਰ ਹੋ ਜਾਂਦਾ, ਮੈਂ ਇਸ ਚੀਜ਼ ਤੋਂ ਟ੍ਰਿਗਰ ਹੋ ਜਾਂਦੀ। ਵੀ ਪਹਿਲਾਂ ਆਪਣੇ ਆਪ ਨੂੰ ਹੀਲ ਤਾਂ ਕਰੋ, ਆਪਣੇ ਆਪ ਨੂੰ ਤਾਂ ਟਾਈਮ ਦਿਓ। ਜੇ ਤੁਸੀਂ ਰਿਲੇਸ਼ਨਸ਼ਿਪ ਸੋਚਦੇ ਹੋ, ਪਹਿਲਾਂ ਆਪ ਤਾਂ ਸੋਚੋ ਕਿ ਮੇਰੇ 'ਚ ਕੀ ਇਹੋ ਜਿਹੀ ਕਮੀ ਹੈ, ਕਮੀ ਕਹਿ ਲਓ ਜਾਂ ਫਿਰ ਕਹਿ ਲਓ ਕਿ ਤੁਸੀਂ ਆਪਦੇ ਆਪ ਨੂੰ ਪ੍ਰਿਪੇਅਰ ਕਰਨਾ ਕਿਸੇ ਚੀਜ਼ ਲਈ। ਇਫ ਕਹਿੰਦੇ ਇਫ ਜਿਹੜੇ ਮਾਰਕ ਆ, ਜਿਹੜੀ ਯੂ ਨੋ ਸੱਟ ਤੁਹਾਨੂੰ ਕਿਸੇ ਹੋਰ ਨੇ ਦਿੱਤੀ ਹੈ, ਉਹ ਤੋਂ ਬਾਅਦ ਤੁਸੀਂ ਬਲੀਡ ਕਿਸੇ ਹੋਰ 'ਤੇ ਕਰਦੇ ਹੋ, ਉਹ ਚੀਜ਼ ਗਲਤ ਹੈ। ਪਹਿਲਾਂ ਤੁਸੀਂ ਆਪਦੇ ਆਪ ਨੂੰ ਹੀਲ ਤਾਂ ਕਰੋ। ਕੋਈ ਚੰਗਾ ਬੰਦਾ ਹੁੰਦਾ ਉਹਦੇ ਨਾਲ ਫਿਰ ਲੜਦੀਆਂ ਰਹਿੰਦੀਆਂ ਨੇ, ਜਿਹੜੇ ਚੰਗੇ ਹੁੰਦੇ ਮੁੰਡੇ ਉਹਨਾਂ ਨਾਲ ਲੜਦੀਆਂ ਰਹਿੰਦੀਆਂ ਨੇ, ਨਹੀਂ ਨਹੀਂ ਮੇਰੇ ਕੋਈ ਨਹੀਂ ਚਾਹੀਏ, ਜੇ ਗੱਲ ਹੈ ਤਾਂ ਛੋਟੀ ਗੱਲ 'ਤੇ ਟ੍ਰਿਗਰ ਹੋ ਜਾਂਦੀਆਂ ਨੇ, ਕਿਉਂ ਹੁੰਦੇ ਹੋ, ਕਿਉਂਕਿ ਤੁਸੀਂ ਆਪਦੇ ਆਪ ਨੂੰ ਹੀਲ ਨਹੀਂ ਕਰ ਰਹੇ।
ਪਹਿਲਾਂ ਆਪਣੇ ਆਪ ਤੇ ਵਰਕ ਕਰੋ, ਆਪਣੇ ਆਪ ਨੂੰ ਥੋੜਾ ਪਿਆਰ ਕਰਕੇ ਦੇਖੋ, ਆਪਣੇ ਆਪ ਨੂੰ ਤੇ ਉੱਤੇ ਵਰਕ ਕਰਕੇ ਦੇਖੋ, ਜਿਸ ਵੀ ਤਰੀਕੇ ਬੜੀ ਬੜੀ ਸਾਰੀਆਂ ਚੀਜ਼ਾਂ ਨੇ ਜਿਹਦੇ ਲਈ ਜਿਹਦੇ ਵਿੱਚ ਤੁਸੀਂ ਕਰ ਸਕਦੇ ਹੋ, ਜਦੋਂ ਤੁਹਾਨੂੰ ਇਹ ਚੀਜ਼ ਸਮਝ ਆ ਗਈ ਫਿਰ ਈਜ਼ੀ ਹੈ, ਇਟਸ ਵੈਰੀ ਈਜ਼ੀ। ਆਪਾਂ ਨਾ ਮੋਸਟਲੀ ਜਿੱਦਾਂ ਆਪਾਂ ਦੇਖਦੇ ਵੀ ਆਪਾਂ ਕਹਿੰਦੇ ਨਾ ਵੀ ਚੰਗਾ ਇਨਸਾਨ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆਲਵੇਜ਼, ਹੈ ਨਾ, ਸਾਰੀ ਲਾਈਫ ਵੀ ਚੰਗਾ ਬੰਦਾ ਲੱਭ ਲਈਏ, ਚੰਗਾ ਬੈਟਰ ਲੱਭ ਲਈਏ। ਕੋਈ ਤੁਹਾਨੂੰ ਲੱਗਦਾ ਵੀ ਨਿਸ਼ਾਨੀਆਂ ਵੀ ਹੁੰਦੀਆਂ ਵੀ, ਕਿਉਂਕਿ ਮੈਨੂੰ ਲੱਗਦਾ ਪਰਫੈਕਟ ਤਾਂ ਕੋਈ ਹੁੰਦਾ ਨਹੀਂ ਹੈਗਾ। ਕਿਸੇ ਵੀ ਨਾ ਪਰਫੈਕਟ ਕੁੜੀ ਤੇ ਪਰਫੈਕਟ ਮੁੰਡੇ ਦੀ ਕੋਈ ਪਰਿਭਾਸ਼ਾ ਨਹੀਂ ਹੈ। ਇਹ ਬਹੁਤ ਵੱਡਾ ਮਿੱਥ ਹੈ ਕਿ ਹੀ ਇਜ਼ ਪਰਫੈਕਟ ਫੋਰ ਮੀ, ਸ਼ੀ ਇਜ਼ ਪਰਫੈਕਟ ਫੋਰ ਮੀ। ਇਹ ਬਿਲਕੁਲ ਕੋਈ ਕੁਛ ਨਹੀਂ ਹੈ, ਇਹ ਚੀਜ਼ ਗਲਤ ਹੈ। ਤੁਹਾਨੂੰ ਇਹ ਰਿਲਾਈਜ਼ ਹੋਣਾ ਚਾਹੀਦਾ ਤੁਸੀਂ ਪਰਫੈਕਟ ਹੋ, ਤੁਹਾਡੇ 'ਚ ਕਮੀ ਨਹੀਂ ਹੈ, ਤੁਸੀਂ ਕਰ ਸਕਦੇ ਹੋ ਉਹਨਾਂ ਚੀਜ਼ਾਂ ਨਾਲ ਤੁਹਾਡੀਆਂ ਜਿਹੜੀਆਂ ਕਮੀਆਂ ਨੇ। ਤੁਹਾਨੂੰ ਲੱਗਦਾ ਜੇ ਤੁਹਾਡੀਆਂ ਇੰਨੀਆਂ ਛੋਟੀਆਂ ਛੋਟੀਆਂ ਕਮੀਆਂ ਦੇ ਨਾਲ ਜੇ ਕੋਈ ਤੁਹਾਡੇ ਨਾਲ ਡੀਲ ਕਰ ਸਕਦਾ ਉਹ ਪਰਫੈਕਟ ਹੈ। ਜੇ ਤੁਹਾਨੂੰ ਬਰਦਾਸ਼ਤ ਕਰ ਰਿਹਾ ਤੁਹਾਡੀਆਂ ਪ੍ਰੋਬਲਮਸ ਦੇ ਨਾਲ ਅਤੇ ਤੁਹਾਡੀ ਮੈਂਟਲ ਸਿਚੁਏਸ਼ਨ ਜੋ ਚੱਲ ਰਹੀ ਹੈ ਉਸ ਟਾਈਮ 'ਤੇ, ਇਮੋਸ਼ਨਲੀ ਤੁਸੀਂ ਇੰਨੇ ਵਨਰੇਬਲ ਬਣ ਰਹੇ ਹੋ, ਉਹਨਾਂ ਦੇ ਵਿੱਚ ਜੇ ਕੋਈ ਤੁਹਾਡੇ ਨਾਲ ਸਟੈਂਡ ਲੈ ਰਿਹਾ ਉਹ ਪਰਫੈਕਟ ਹੈ। ਪਰਫੈਕਸ਼ਨ ਕਿਤੇ ਨਹੀਂ ਆ ਸਕਦਾ। ਇੱਕ ਯਾਰ ਉਹ ਕਹਿੰਦੇ ਮੂਨ ਤੱਕ ਪਰਫੈਕਟ ਨਹੀਂ ਹੈ, ਤਾਂ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਇੱਕ ਇਨਸਾਨ ਪਰਫੈਕਟ ਹੋ ਸਕਦਾ? ਕਦੇ ਵੀ ਸਿਚੁਏਸ਼ਨ ਬਦਲ ਸਕਦੀ ਹੈ, ਕਦੇ ਵੀ ਇਨਸਾਨ ਬਦਲ ਸਕਦਾ, ਕੁਛ ਵੀ ਹੋ ਸਕਦਾ। ਬਟ ਕੋਈ ਇੱਦਾਂ ਚੀਜ਼ ਨਹੀਂ ਬਣੀ ਹੈ ਕਿ ਇਹ ਪਰਫੈਕਟ ਹੈ, ਕਿ ਵਨ ਡੇ ਯੂ ਵਿਲ ਫਾਈਂਡ ਅ ਪਰਫੈਕਟ ਗਾਏ, ਪਰਫੈਕਟ ਗਰਲ। ਇਫ ਯੂ ਥਿੰਕ ਕਿ ਇਸ ਬੰਦੇ ਨਾਲ ਤੁਹਾਡੀ ਕੰਪੈਟੀਬਿਲਿਟੀ ਇੰਨੀ ਆ ਵੀ ਤੁਸੀਂ ਕੱਟ ਸਕਦੇ ਹੋ। ਹੁਣ ਮੰਮੀ ਡੈਡੀ ਦੀ ਗੱਲ ਮੈਂ ਜੇ ਕਰਾਂ, ਇੰਨੇ ਸਾਲ ਹੋ ਗਏ ਨਾ ਮੈਰਿਜ ਨੂੰ, ਅਤੇ ਉਹ ਇੱਕ ਦੂਜੇ ਉਹਨਾਂ 'ਚ ਕਿ ਲੜਦੇ, ਬਥੇਰਾ ਲੜਦੇ ਆ, ਅਸੀਂ ਬਥੇਰਾ ਲੜਦੇ ਦੇਖਿਆ, ਬਟ ਐਂਡ ਐਂਡ ਆਫ ਦਾ ਡੇ ਇੰਨੇ ਸਾਲ ਨਿਕਲੇ ਆ, ਤਾਂ ਇਹ ਇਟਸ ਆਮ ਨੋਟ ਸੇਇੰਗ ਕਿ ਕੰਪਰੋਮਾਈਜ਼ ਕੰਪਰੋਮਾਈਜ਼ ਨਹੀਂ ਕਹਿੰਦੇ, ਇੱਦਾਂ ਹੀ ਗੱਡੀ ਚੱਲਦੀ ਆ। ਇੱਦਾਂ ਨਹੀਂ ਹੁੰਦਾ ਕਿ ਜਮਾਂ ਹੀ ਸਮੂਥ ਕੁਛ ਕੁਛ ਨਹੀਂ ਚੱਲਦਾ। ਜਦੋਂ ਕਹਿੰਦੇ ਵੈਂਟੀਲੇਟਰ ਦੀਆਂ ਲਾਈਨਾਂ ਵੀ ਇਹ ਹੁੰਦੀਆਂ ਨੇ, ਜੇ ਇਹ ਹੋ ਗਿਆ ਤਾਂ ਖਤਮ ਹੈ ਨਾ, ਫਿਰ ਫਿਰ ਤਾਂ ਕੋਈ ਵਧੀਆ ਹੀ ਨਹੀਂ ਰਹੀ ਚੀਜ਼, ਸਵਾਦ ਹੀ ਨਹੀਂ ਹੈ ਜ਼ਿੰਦਗੀ ਦਾ, ਕੀ ਫਾਇਦਾ ਫਿਰ। ਅਤੇ ਉਹ ਇਹ ਮੈਨੂੰ ਲੱਗਦਾ ਫਿਰ ਉਸ ਗੱਲ ਦੇ ਨਾਲ ਤੁਸੀਂ ਵੀ ਰਿਲੇਟ ਕਰਦੇ ਹੋ, ਕਹਿੰਦੇ ਨਾ ਵੀ ਤੁਸੀਂ ਪਰਫੈਕਟ ਲੱਭਣ ਦੀ ਕੋਸ਼ਿਸ਼ ਨਾ ਕਰੋ, ਖੁਦ ਪਰਫੈਕਟ ਬਣ ਜਾਓ ਤਾਂ ਸ਼ਾਇਦ ਤੁਹਾਨੂੰ ਹੀ ਕੋਈ ਲੱਭ ਲਵੇ। ਮੈਨੂੰ ਤਾਂ ਲੱਗਦਾ ਕਿ ਲੱਭ ਹੀ ਕਿਉਂ ਰਹੇ ਹੋ, ਬੜੀਆਂ ਮੈਂ ਹੋਸਟਲ ਚ ਰਹੀ ਆ, ਪੀਜੀ ਚ ਰਹੀ ਆ, ਮੇਰੀਆਂ ਸਹੇਲੀਆਂ ਬੜੀਆਂ, ਮੇਰੇ ਤੱਕ ਤਾਂ ਮੈਂ ਗੱਲ ਹੀ ਨਹੀਂ ਆਉਂਦੀ ਸੀ, ਮੈਂ ਤਾਂ ਉਹਨਾਂ ਤੋਂ ਹੀ ਸਿੱਖ ਲਿਆ, ਮੈਂ ਬੜਾ ਸਿੱਖ ਲਿਆ, ਮਤਲਬ ਮੇਰੇ ਨਾਲ ਦੀਆਂ ਕੁੜੀਆਂ ਤੋਂ ਚੀਜ਼ ਸੀਰੀਅਸਲੀ ਜੈਨੂਇਨਲੀ। ਅਤੇ ਮੈਂ ਆਪਣੀ ਆਪਣੀ ਜੇ ਗੱਲ ਕਰਾਂ, ਹਾਂ ਕਿਤੇ ਨਾ ਕਿਤੇ ਮੈਂ ਉੱਥੋਂ ਵੀ ਸਿੱਖਿਆ। ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਮੈਂ ਇਹ ਜ਼ਿਆਦਾ ਹੋ ਰਿਹਾ ਹੈ ਨਾ, ਵੀ ਮੈਂ ਕਿਉਂ ਇੰਨਾ ਕਰ ਰਹੀ ਹਾਂ, ਵੀ ਮੇਰੇ 'ਚ ਇਹੋ ਜਿਹੀ ਕੀ ਕਮੀ ਹੈ ਕਿ ਮੈਨੂੰ ਕਿਸੇ ਤੋਂ ਬੈਗ ਕਰਨਾ ਪੈ ਰਿਹਾ ਉਹ ਚੀਜ਼ ਲੈਣ ਲਈ ਜਿਹਦੀ ਮੈਂ ਹੱਕਦਾਰ ਹਾਂ, ਹੈ ਨਾ। ਅਤੇ ਉਹੀ ਮੈਂ ਕਹਿੰਦੀ ਹਾਂ ਕਿ ਥੋੜ੍ਹੇ ਟਾਈਮ ਲੱਗਦਾ, ਵੀ ਜਿਸ ਦਿਨ ਸਮਝ ਆ ਜਾਂਦੀ ਹੈ ਨਾ, ਫਿਰ ਤੁਹਾਡਾ ਜੀ ਨਹੀਂ ਕਰਦਾ, ਫਿਰ ਕਹਿੰਦੇ ਮੈਂ ਵਧੀਆ ਆਪੀ। ਅਤੇ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਲਾਇਕ ਹੋ, ਫਿਰ ਆਉਂਦਾ ਹੈ ਬੰਦਾ ਰਾਈਟ ਪਰਸਨ, ਫਿਰ ਹੁੰਦੀ ਹੈ ਗੱਲਬਾਤ, ਫਿਰ ਬਣਦੀ ਹੈ ਫਿਰ ਮੂਵੀ, ਫਿਰ ਜਲਦੀ ਹੈ ਸਮੂਥ, ਫਿਰ ਤੁਹਾਡਾ ਧਿਆਨ ਹੁੰਦਾ, ਤੁਹਾਡਾ ਧਿਆਨ ਹੁੰਦਾ ਆਪਣੇ ਕੰਮ 'ਤੇ, ਫਿਰ ਤੁਸੀਂ ਲੱਗਦਾ ਕਿ ਹੁਣ ਕੁਛ ਜ਼ਿੰਦਗੀ 'ਚ ਹੈ ਨਹੀਂ, ਵਧੀਆ ਚੱਲ ਰਿਹਾ, ਵਧੀਆ ਕੰਮ ਕਰੋ, ਵਧੀਆ ਆਪਣਾ ਇੰਜੋਏ ਕਰੋ, ਜ਼ਿੰਦਗੀ ਵਧੀਆ, ਕਿਉਂਕਿ ਤੁਸੀਂ ਉਸ ਉਸ ਚੀਜ਼ ਨੂੰ ਪਾਰ ਕਰ ਚੁੱਕੇ ਹੁੰਦੇ ਹੋ। 20s ਦੇ ਵਿੱਚ ਕੁੜੀਆਂ ਇਹ ਗਲਤੀ ਬੜੀ ਕਰਦੀਆਂ ਨੇ,
20s ਦੇ ਵਿੱਚ ਨਾ ਕੁੜੀਆਂ ਸੋਚਦੀਆਂ ਨੇ ਆਪਣੇ ਆਪ ਨੂੰ ਪ੍ਰਾਇੋਰਟੀ ਨਹੀਂ ਦਿੰਦੀਆਂ, ਉਹ ਨਾ ਵਿਚਾਰੀ ਸੋਚਦੀਆਂ ਨੇ ਹਾਏ ਮੈਨੂੰ ਫੋਨ ਨਹੀਂ ਲਾ ਰਿਹਾ, ਹਾਏ ਮੈਨੂੰ ਗੱਲ ਨਹੀਂ ਕਰ ਰਿਹਾ, ਹਾਏ ਮੈਨੂੰ ਕੀ ਹੈ ਕੰਮ 'ਤੇ ਧਿਆਨ ਦਾ, ਉਹ ਆਪ ਹੀ ਹੋ ਜਾਣਾ ਸਭ ਕੁਛ। ਅਤੇ ਮੈਨੂੰ ਲੱਗਦਾ ਵੀ ਜਿਹੜੀਆਂ ਗੱਲਾਂ ਤੁਸੀਂ ਇਹ ਦੱਸ ਰਹੇ ਹੋ, ਨਹੀਂ ਕੌਫੀ ਪਲੀਜ਼ ਤੁਸੀਂ ਨਹੀਂ, ਹਾਏ ਗਰਮ ਹੈ ਫਿਰ ਠੀਕ ਹੈ ਜੀ। ਅਤੇ ਜਿੱਦਾਂ ਆਪਾਂ ਨਾ ਸਿਨੇਮੇ ਨਾਲ ਰਿਲੇਟਡ ਆ ਨਾ, ਵੀ ਮੈਨੂੰ ਲੱਗਦਾ ਥੋੜ੍ਹੀ ਡਿਟੇਲਿੰਗ ਦੇ ਉੱਤੇ, ਬਹੁਤ ਜ਼ਿਆਦਾ ਡਿਟੇਲਿੰਗ 'ਤੇ ਨਾ ਚੀਜ਼ਾਂ ਉੱਤੇ ਵਰਕ ਨਹੀਂ ਕੀਤਾ ਜਾਂਦਾ ਹੈਗਾ। ਜਿੱਦਾਂ ਹੁਣ ਤੁਸੀਂ ਗੁਰਮੁਖ ਲੈ ਕੇ ਆ ਰਹੇ ਹੋ, ਇਹਦੇ ਵਿੱਚ ਮੈਨੂੰ ਲੱਗਦਾ ਵੀ ਇੱਕ ਚੀਜ਼ ਤਾਂ ਕਲੀਅਰ ਕਰ ਦਿੱਤੀ ਜਾਊਗੀ ਹੈ ਨਾ, ਵੀ ਜਦੋਂ ਇੱਦਾਂ ਦੀ ਸਿਚੁਏਸ਼ਨ ਆਵੇ ਵੀ ਉਹਨਾਂ ਨੂੰ ਤੁਸੀਂ ਕਿੱਦਾਂ ਹੈਂਡਲ ਕਰਨਾ ਨਾ ਉਸ ਚੀਜ਼ ਨੂੰ ਲੈ ਕੇ, ਵੀ ਇਹ ਕਿਤੇ ਨਾ ਕਿਤੇ ਮੈਸੇਜ ਵੀ ਛੱਡ ਕੇ ਜਾਊਗੀ ਇਹ ਫਿਲਮ। ਗੁਰਮੁਖ ਦੀ ਸਭ ਤੋਂ ਜਿਹੜੀ ਬੇਸ ਚੀਜ਼ ਹੈ ਉਹ ਇਹ ਆ ਵੀ ਉਹ ਵਿਟਨੈਸ ਕਰਦਾ ਇੱਕ ਕੁੜੀ ਦੇ ਨਾਲ ਧੱਕਾ ਹੋ ਰਿਹਾ, ਅਤੇ ਉਹ ਨਾ ਉਸ ਚੀਜ਼ ਨੂੰ ਹੈਲਪ ਨਹੀਂ ਕਰ, ਉਹਨੂੰ ਹੈਲਪ ਨਹੀਂ ਕਰ ਸਕ ਕਰ ਪਾ ਕਰ ਕਰ ਪਾਉਂਦਾ ਕਿਸੇ ਤਰੀਕੇ, ਵਿਚਾਰੇ ਤੋਂ ਨਹੀਂ ਹੁੰਦਾ, ਕੋਈ ਕੋਈ ਮਜਬੂਰੀ ਹੁੰਦੀ ਹੈ। ਉਸ ਤੋਂ ਬਾਅਦ ਨਾ ਉਹ ਉਸ ਉਹ ਚੀਜ਼ ਦਾ ਡਿਪਰੈਸ਼ਨ ਉਹਨੂੰ ਖਾ ਜਾਂਦਾ ਕਿ ਯਾਰ ਮੈਂ ਇੱਕ ਕੁੜੀ ਦੀ ਹੈਲਪ ਨਹੀਂ ਕਰ ਸਕਿਆ, ਕਿਉਂਕਿ ਉਹ ਕੁਛ ਹੋ ਰਿਹਾ ਹੁੰਦਾ ਉਹਦੇ ਨਾਲ, ਕੁੜੀ ਨੂੰ ਚੱਕ ਕੇ ਲੈ ਕੇ ਜਾਂਦੇ ਆ। ਨੈਕਸਟ ਡੇ ਜਦੋਂ ਨਿਊਜ਼ 'ਚ ਦੇਖਦਾ ਕਿ ਉਹ ਕੁੜੀ ਦੀ ਡੈੱਡ ਬੋਡੀ ਮਿਲਦੀ ਹੈ, ਅਤੇ ਉਹ ਕਹਿੰਦਾ ਯਾਰ ਮੇਰੇ ਤੋਂ ਇੰਨੀ ਵੱਡੀ ਗਲਤੀ ਹੋ ਗਈ। ਤਾਂ ਉਹ ਕਹਿੰਦਾ ਕਿ ਮੈਂ ਇੱਕ ਸਿੱਖ ਹੋ ਕੇ ਵੀ ਮੇਰੇ 'ਤੇ ਇੰਨੀ ਰਿਸਪੋਂਸੀਬਿਲਿਟੀ ਹੈ, ਅਤੇ ਭਾਵੇਂ ਮੇਰੀ ਜਾਨ ਚੱਲ ਜਾਂਦੀ ਹੈ ਨਾ, ਪਰ ਮੇਰੇ 'ਤੇ ਕੁਛ ਆ ਜਾਂਦਾ, ਮੈਂ ਉਹ ਕੁੜੀ ਦੀ ਜਾਨ ਬਚਾ ਸਕਦਾ ਸੀ ਜਾਂ ਕੁਛ ਵੀ ਕਰ ਸਕਦਾ ਸੀ। ਉਹਦੇ ਕਰਕੇ ਨਾ ਉਹ ਉਹਦੇ ਨਾਲ ਬੜਾ ਕੁਛ ਹੋ ਜਾਂਦਾ ਉਸ ਤੋਂ ਬਾਅਦ, ਅਤੇ ਉਹਦੀ ਪੂਰੀ ਜਰਨੀ ਹੈ ਇਸ ਇੰਸੀਡੈਂਟ ਤੋਂ ਨਾ ਉਹ ਪਾਗਲ ਹੋ ਜਾਂਦਾ ਲਿਟਰਲੀ ਕਿ ਮੇਰੇ ਤੋਂ ਇਹ ਕੀ ਹੋ ਗਿਆ, ਆਪਣੇ 'ਤੇ ਰਿਸਪੋਂਸੀਬਿਲਿਟੀ ਲੈ ਲੈਂਦਾ। ਅਤੇ ਇਹ ਇਹ ਤੋਂ ਸਿੱਖਣ ਨੂੰ ਕੀ ਮਿਲਦਾ ਵੀ ਮੈਂ ਜੇ ਪਰਸਨਲੀ ਗੱਲ ਕਰਾਂ ਕਿ ਆਪਣੇ ਨਾ ਪਰਸਨਲ ਲਾਈਫ ਦੇ ਵਿੱਚ ਜ਼ਿੰਦਗੀਆਂ ਦੇ ਵਿੱਚ ਵੀ ਆਪਾਂ ਕੀ ਕਰਦੇ ਹਾਂ ਨਾ, ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਬਣਦੀ ਹੈ ਜਿੱਥੇ ਆਪਾਂ ਕਹਿੰਦੇ ਛੱਡ ਯਾਰ ਮੈਂ ਨਹੀਂ ਪੈਣਾ ਵਿੱਚ, ਛੱਡ ਮੈਂ ਕੀ ਲੈਣਾ ਨਾ, ਇੱਦਾਂ ਹੀ ਕਰਦੇ ਹਾਂ ਵੀ ਮੈਂ ਨਹੀਂ ਕਰਦਾ ਯਾਰ, ਉਹਨਾਂ ਦੀ ਗੱਲ ਆ ਆਪਾਂ ਕੀ ਕਰਨਾ। ਬਟ ਗੱਲ ਉਹ ਨਹੀਂ ਹੁੰਦੀ, ਗੱਲ ਸਹੀ ਅਤੇ ਗਲਤ ਦੀ ਹੁੰਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਗਲਤ ਹੈ, ਟੇਕ ਅ ਸਟੈਂਡ। ਦੇ ਮੈਂ ਆਪਣੀ ਬਿਗ ਬੋਸ ਦੀ ਜਰਨੀ ਦੀ ਗੱਲ ਕਰਾਂ ਨਾ, ਤਾਂ ਮੈਨੂੰ ਉਸ ਤੋਂ ਸਿੱਖਣ ਨੂੰ ਮਿਲਿਆ ਬੋਲੋ ਬਈ, ਜੇ ਤੁਹਾਨੂੰ ਕੁਛ ਗਲਤ ਲੱਗ ਰਿਹਾ ਕਿਉਂ ਨਹੀਂ ਬੋਲੋਗੇ ਤੁਸੀਂ, ਬੋਲੋ ਕੀ ਹੋ ਜਾਏਗਾ ਜ਼ਿਆਦਾ ਤੋਂ ਜ਼ਿਆਦਾ, ਕੀ ਹੋ ਜਾਏਗਾ ਜ਼ਿਆਦਾ ਦਾ, ਤੁਹਾਨੂੰ ਦੋ ਗਾਲਾਂ ਪੈ ਜਾਣਗੀਆਂ, ਪਈ ਜਾਵੇ ਗਲਤ, ਤਾਂ ਗਲਤ ਨੂੰ ਤਾਂ ਘੱਟੋ ਘੱਟ ਆਪਾਂ ਐਡਰੈਸ ਕਰ ਰਹੇ ਹਾਂ ਨਾ। ਤਾਂ ਇਹੀ ਗੱਲ ਹੈਗੀ, ਜ਼ਿੰਦਗੀ 'ਚ ਕੁਛ ਵੀ ਹੁੰਦਾ ਰਹੇ ਸਹੀ ਹੈ ਉਹਦਾ ਸਾਥ ਦਿਓ, ਠੀਕ ਹੈ। ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਹੈ ਬੋਲੋ ਕਿ ਇਹ ਗਲਤ ਹੈ। ਇਹ ਹੈ ਗੁਰਮੁਖ ਦਾ ਮੇਨ, ਜਿਹੜਾ ਮੈਂ ਕਹਾਂ ਜਿਹੜਾ ਕਿ ਕੁਲਜਿੰਦਰ ਜੀ ਨੇ ਨਾ ਬਹੁਤ ਵਧੀਆ ਪਲੇ ਕੀਤਾ ਹੈ ਨਾ, ਬਹੁਤ ਜ਼ਿਆਦਾ ਸੋਹਣਾ ਹੈ। ਬਹੁਤ ਸਾਰੇ ਸੀਨ ਇੱਦਾਂ ਦੇ ਆ ਜਿਹੜੇ ਬੜੇ ਇਮੋਸ਼ਨਲ ਹੈ, ਜਿਨ੍ਹਾਂ ਦੇ ਵਿੱਚ ਮਤਲਬ ਮੈਨੂੰ ਆਪ ਇੱਦਾਂ ਹੋ ਗਿਆ ਸੀ, ਮਤਲਬ ਪਾਲੀ ਸਰ ਨੇ ਨਾ 1.5 ਮਿੰਟ ਦਾ ਮੈਨੂੰ ਵੋਇਸ ਨੋਟ ਭੇਜਿਆ ਸੀ ਜਦੋਂ ਉਹਨੇ ਪਹਿਲੀ ਵਾਰ ਮੂਵੀ ਦੇਖੀ, ਐਂਡ ਹੀ ਵਾਜ਼ ਵੈਰੀ ਇਮੋਸ਼ਨਲ ਕਿ ਸਾਰਾ ਤੇਰਾ ਬੈਸਟ ਵਰਕ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਆਪਾਂ ਨੇ ਇਕੱਠੇ ਕੀਤਾ ਯਾਰ। ਇਹੀ ਜਿਹੀ ਚੀਜ਼ ਉਹਨਾਂ ਤੋਂ ਸੁਣਨਾ ਜਿਨ੍ਹਾਂ ਨੇ ਇੰਨਾ ਟਾਈਮ ਇੰਨੇ ਸਾਲ ਥੀਏਟਰ ਦਿੱਤਾ, ਜੋ ਟੀਚਰ ਰਹੇ ਨੇ ਹੈ ਨਾ, ਮੇਰੇ ਲਈ ਪਤਾ ਕਿੰਨੀ ਮੇਰੀ ਇੰਨੀ ਪ੍ਰਾਊਡ, ਆਈ ਵਾਜ਼ ਫੀਲਿੰਗ ਸੋ ਪ੍ਰਾਊਡ। ਅਤੇ ਮੈਂ ਉਹਨਾਂ ਨੂੰ ਅੱਜ ਹੀ ਕਹਿ ਰਹੀ ਸੀ, ਮੈਂ ਕਿਹਾ ਸਰ ਕੋਈ ਪਲੇ ਲਿਖ ਲਓ ਕਿ ਜਾਂ ਫਿਰ ਕੋਈ ਪਲੇ ਲਿਖਿਆ ਹੋਇਆ ਉਹਨੂੰ ਆਪਾਂ ਤਿਆਰ ਕਰੀਏ, ਮੈਂ ਕਿਹਾ ਕੁਛ ਕਰਦੇ ਹਾਂ, ਮਤਲਬ ਮੇਰਾ ਪਲੇ ਕਰਨ ਦਾ ਮਨ ਕਰਦਾ। ਮੈਂ ਕਹੂੰਗੀ ਕਿ ਜਸਟ ਬਿਕੋਜ਼ ਆਫ ਭੁਪਿੰਦਰ ਪਾਲੀ ਜੀ, ਮਤਲਬ ਆਈ ਥਿੰਕ ਮੇਰਾ ਨਾ ਇੰਟਰਸਟ ਐਕਟਿੰਗ ਦੇ ਵਿੱਚ ਬਹੁਤ ਬਹੁਤ ਵੱਧ ਗਿਆ, ਲਾਈਕ ਆਈ ਵਾਂਟ ਟੂ ਡੂ ਮੋਰ ਰਿਅਲਿਸਟਿਕ ਸਿਨੇਮਾ। ਜਿੱਦਾਂ ਨਾ ਤੁਸੀਂ ਹੈਲਪ ਦੀ ਗੱਲ ਕੀਤੀ ਵੀ ਗੁਰਮੁਖ ਦੱਸ ਰਹੀ ਆ, ਇੱਦਾਂ ਰੀਅਲ ਲਾਈਫ ਦੇ ਵਿੱਚ ਕਦੇ ਹੋਇਆ ਵੀ ਸਾਰਾ ਕਿਸੇ ਦੀ ਮਦਦ ਕਰਨਾ ਚਾਹੁੰਦੀ ਸੀ ਪਰ ਉਹ ਕਰ ਨਹੀਂ ਪਾਈ? ਇਹਦੇ ਨਾਲ ਮੈਂ ਗੱਲ ਐਡ ਆਨ ਕਰਨਾ ਚਾਹੁੰਦਾ ਵੀ ਸ਼ੈਰੀ ਬਾਈ ਦੀ ਵੀ ਇੱਕ ਨਾ ਰੀਲ ਬਹੁਤ ਵਾਇਰਲ ਹੋਈ ਸੀ, ਉਹ ਕਹਿੰਦੇ ਵੀ ਤੁਸੀਂ ਜ਼ਿੰਦਗੀ 'ਚ ਨਾ ਕਿਸੇ ਦੀ ਮਦਦ ਕਰਕੇ ਦੇਖਿਓ, ਥੋੜ੍ਹੇ ਟਾਈਮ ਬਾਅਦ ਉਹੀ ਬੰਦਾ ਤੁਹਾਡਾ ਪੱਕਾ ਦੁਸ਼ਮਣ ਮਿਲੂਗਾ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ। ਅਤੇ ਜਿੱਦਾਂ ਮੈਂ ਫੀਲ ਵੀ ਕੀਤੀ ਬਹੁਤ ਬੰਦਿਆਂ ਨੇ ਗੱਲ ਰਿਲੇਟ ਵੀ ਕੀਤੀ ਹੈ। ਦੇਖੋ ਇਹ ਗੱਲ ਸਾਰੇ ਕਹਿੰਦੇ ਆ,
ਬਈ ਤੁਸੀਂ ਨਾ ਜੇ ਕਿਸੇ ਦੇ ਪਛੜੇ ਚ ਪੈਣਾ ਹੈ ਨਾ ਤੇ ਬਾਅਦ ਚ ਛਿੱਤਰ ਤੁਹਾਨੂੰ ਪੈਣੇ ਆ ਜੋ ਕਿ ਹੁੰਦਾ ਜੀ ਜੋ ਕਿ ਹੁੰਦਾ ਮੇਰੇ ਨਾਲ ਵੀ ਬਥੇਰੀ ਵਾਰ ਹੋਇਆ ਵੀ ਪਹਿਲਾਂ ਮੈਂ ਕਿਹਾ ਯਾਰ ਮੈਂ ਤਾਂ ਤੇਰੇ ਮਤਲਬ ਦੀ ਗੱਲ ਕਰ ਰਹੀ ਬਾਅਦ ਚ ਉਹੀ ਏਦਾਂ ਹੁੰਦਾ ਕਿ ਯਾਰ ਮਤਲਬ ਸੱਚੀ ਮਤਲਬ ਆਈ ਵਿਲ ਨਾਟ ਨੇਮ ਦੈਟ ਪਰਸਨ ਹੈ ਨਾ ਬਟ ਮੈਂ ਉਹਨੂੰ ਬੜਾ ਰਿਲੇਸ਼ਨਸ਼ਿਪ ਐਡਵਾਈਸ ਦਿੱਤਾ ਸੀ ਇੱਕ ਟਾਈਮ ਤੇ ਮੈਂ ਕਿਹਾ ਤੂੰ ਏਦਾਂ ਨਾ ਕਰ ਇਹ ਸਹੀ ਨਹੀਂ ਆ ਸਭ ਫੇਮ ਹੋ ਗਿਆ ਸਭ ਚੀਜ਼ ਆਪਣੇ ਪਾਸੇ ਹੈ ਬਟ ਜਿਹੜਾ ਬੰਦਾ ਤੁਹਾਡੇ ਨਾਲ ਇੰਨੇ ਸਾਲ ਰਵੇ ਜੋ ਚੀਜ਼ ਆ ਉਹ ਅਲੱਗ ਹੈ ਬਾਅਦ ਚ ਮੈਂ ਹੀ ਅੱਡ ਹੋ ਗਈ ਮੈਂ ਹੀ ਸਾਈਡ ਲਾਈਨ ਹੋ ਗਈ ਤੇ ਮੈਂ ਕਿਹਾ ਯਾਰ ਮੈਂ ਤਾਂ ਚੰਗੀ ਗੱਲ ਕਹੀ ਸੀ ਵੀ ਤੂੰ ਕੰਮ ਤੇ ਧਿਆਨ ਦੇ ਵਧੀਆ ਚੰਗਾ ਖਾਸਾ ਬੰਦਾ ਹੈ ਇੰਨੇ ਸਾਲ ਦੀ ਤੂੰ ਉਹਨੂੰ ਜਾਣਦੇ ਹੈ ਸਭ ਕੁਛ ਬਹੁਤ ਵਧੀਆ ਤੂੰ ਇੱਦਾਂ ਕਿਉਂ ਕਰ ਰਹੀ ਹੈ ਮਤਲਬ ਯੂ ਸ਼ੁੱਡ ਬੀ ਹੈ ਨਾ ਆਪਣੀ ਉਹ ਕਰ ਤੇ ਫਿਰ ਉਸ ਤੋਂ ਬਾਅਦ ਮੈਂ ਸਾਈਡ ਲਾਈਨ ਹੋ ਗਈ ਤੇ ਮੈਂ ਕਿਹਾ ਚਲੋ ਜੀ ਵਧੀਆ ਬਟ ਇੱਕ ਚੀਜ਼ ਹੈ ਇਹ ਚੀਜ਼ ਸੱਚਾਈ ਹੈ ਤੇ ਇਹ ਚੀਜ਼ ਕੋਈ ਬਦਲ ਨਹੀਂ ਸਕਦਾ ਜਿਹੜੀ ਉਹਦੀ ਟਾਈਮਿੰਗ ਹੈ ਨਾ ਉਹ ਬੜੀ ਬੰਬ ਹੈ ਉਹਦੀ ਟਾਈਮਿੰਗ ਇੰਨੀ ਘੈਂਟ ਹੈ ਨਾ ਤੁਸੀਂ ਚੰਗਾ ਕਰੋਗੇ ਨਾ ਮੇ ਬੀ ਸਟਾਰਟਿੰਗ 'ਚ ਤੁਹਾਨੂੰ ਕੁਛ ਹੋ ਨਹੀਂ ਹੋ ਰਿਹਾ ਬਟ ਜਿਸ ਦਿਨ ਹੋਣਾ ਨਾ ਉਹ ਹੋਏਗਾ ਜ਼ਰੂਰ ਕਿਉਂਕਿ ਇਹ ਹੈਗੇ ਇਹ ਲਿਟਰਲੀ ਹੈਗਾ ਕਰਮਾ ਕਰਮ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਜੇ ਮੈਂ ਟੱਚਵੁੱਡ ਮਤਲਬ ਆਪਣੇ ਜਿੰਨੀ ਮੈਂ ਉਮਰ ਜੀ ਲਈ ਆ ਹਲੇ ਤੱਕ ਮੈਂ ਕੋਸ਼ਿਸ਼ ਤਾਂ ਕੀਤੀ ਹੈ ਵੀ ਮੇਰੇ ਤੋਂ ਕਿਸੇ ਦਾ ਮਾੜਾ ਨਾ ਹੋਇਆ ਹੋਵੇ ਅਤੇ ਨਾ ਅੱਗੇ ਕਦੇ ਮੇਰੇ ਤੋਂ ਹੋਵੇ ਵੀ ਰੱਬ ਤੋਂ ਮੈਂ ਸਵੇਰੇ ਉੱਠ ਕੇ ਮੈਂ ਇਹੀ ਬੋਲਦੀ ਹਾਂ ਕਿ ਕਿਸੇ ਦਾ ਗਲਤੀ ਨਾਲ ਵੀ ਮੇਰੇ ਤੋਂ ਨਾ ਮਾੜਾ ਬੋਲਿਆ ਜਾਵੇ ਨਾ ਮੇਰੇ ਤੋਂ ਮਾੜਾ ਕਰਿਆ ਜਾਵੇ ਬਟ ਕਈ ਜੇ ਵੀ ਜੇਕਰ ਇੱਦਾਂ ਹੋ ਵੀ ਗਿਆ ਨਾ ਕੋਈ ਇੱਦਾਂ ਦੀ ਚੀਜ਼ ਹੋਈ ਹੈ ਮੈਨੂੰ ਇੱਦਾਂ ਲੱਗਦਾ ਯਾਰ ਇਹ ਤਾਂ ਰਿਪੀਟ ਕਰਤਾ ਇਹ ਚੀਜ਼ ਤਾਂ ਰਿਪੀਟ ਹੋ ਗਈ ਇਹ ਤਾਂ ਇੱਦਾਂ ਹੋਇਆ ਸੀ ਤਾਂ ਇੱਦਾਂ ਹੋ ਗਈ ਅਤੇ ਇਹ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਤੁਹਾਡੇ ਕੋਲ ਉਹ ਚੀਜ਼ ਵਾਪਸ ਆ ਜਾਂਦੀ ਹੈ ਤਾਂ ਹਾਂ ਹੁੰਦਾ ਹੈ ਕਿ ਉਹ ਬਾਅਦ ਦੇ ਵਿੱਚ ਤੁਸੀਂ ਚੰਗਾ ਕਰਦੇ ਇੱਦਾਂ ਹੋ ਜਾਂਦਾ ਬਟ ਟਾਈਮ ਦੁਨੀਆ ਦੀ ਬੈਸਟ ਚੀਜ਼ ਹੈ ਜਦੋਂ ਥੋੜ੍ਹਾ ਜਿਹਾ ਨਿਕਲਦਾ ਉਸ ਤੋਂ ਬਾਅਦ ਇੱਕਦਮ ਆਉਂਦੀ ਹੈ ਨਾ ਗੇਮ ਘੁੰਮਦੀ ਹੈ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਜੇ ਤੁਸੀਂ ਸਹੀ ਹੋ ਫਿਰ ਉਹ ਤੁਹਾਡੇ ਫੇਵਰ 'ਚ ਹੁੰਦੀ ਹੈ ਸਾਰੀ ਚੀਜ਼ ਸਰ ਇੱਕ ਨਾ ਇੰਟਰਵਿਊ ਦੇ ਵਿੱਚ ਤੁਸੀਂ ਗੱਲ ਕਹਿ ਰਹੇ ਸੀਗੇ ਮੈਂ ਨੋਟ ਕੀਤੀ ਵੀ ਲੋਕੀ ਕਹਿਣ ਲੱਗ ਪਏ ਸੀ ਵੀ ਇਹ ਤਾਂ ਗਾਣਿਆਂ ਵਾਲੀ ਆ ਵੀ ਇਹਨੂੰ ਫਿਲਮਾਂ 'ਚ ਨਾ ਲਓ ਮੈਂ ਥੋੜ੍ਹੇ ਇਸ ਗੱਲ ਨੂੰ ਐਕਸਪਲੋਰ 'ਚ ਸਮਝਣਾ ਚਾਹੁੰਦਾ ਕਿਉਂਕਿ ਮੇਰੀ ਸਮਝ ਆਈ ਨਹੀਂ ਇਹ ਗੱਲ ਮੈਂ ਇੱਕ ਸੈੱਟ ਦੀ ਗੱਲ ਹੈ ਤਾਂ ਬੇਸਿਕਲੀ ਪਹਿਲਾਂ ਕਹਿੰਦੇ ਸੀ ਵੀ ਕੁੜੀਆਂ ਨੂੰ ਮਾਡਲਿੰਗ 'ਚ ਨਹੀਂ ਰਿਸਪੈਕਟ ਦਿੰਦੇ ਜੋ ਕਿ ਸੱਚੀ ਹੈ ਉਹ ਕਹਿੰਦੇ ਵੀ ਉਹ ਫਲਾਂ ਫਲਾਂ ਦੇ ਗਾਣੇ 'ਚ ਸੀਗੀ ਹੈ ਨਾ ਉਹ ਇਹਦੇ ਗਾਣੇ ਵਾਲੀ ਹੈ ਤਾਂ ਫਿਰ ਅਸੀਂ ਉਸ ਟਾਈਮ ਅਸੀਂ ਦੋ ਚਾਰ ਕੁੜੀਆਂ ਫੇਮਸ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਫੀਚਰਿੰਗ ਪਾਇਆ ਕਰੋ ਫੀਚਰਿੰਗ ਸਾਰਾ ਗੁਰਪਾਲ ਫੀਚਰਿੰਗ ਬਲਾ ਬਲਾ ਫੀਚਰਿੰਗ ਹੈ ਨਾ ਅਤੇ ਉਹਨਾਂ ਨੇ ਉਹ ਪਾਉਣਾ ਸ਼ੁਰੂ ਕੀਤਾ ਤਾਂ ਥੋੜ੍ਹੀ ਸਾਨੂੰ ਲੱਗਿਆ ਕਿ ਹੈ ਨਾ ਵੀ ਸਾਡਾ ਵੀ ਮਾਨ ਰੱਖਿਆ ਜਾ ਰਿਹਾ ਉਹਦੇ ਵਿੱਚ ਹੈ ਨਾ ਅਤੇ ਉਸ ਤੋਂ ਬਾਅਦ ਜਦੋਂ ਮੂਵੀਜ਼ ਦੀ ਗੱਲ ਆਈ ਨਾ ਉਹ ਕਹਿੰਦੇ ਯਾਰ ਇਹ ਤਾਂ ਬੜਾ ਫੇਸ ਯੂਜ਼ ਹੋਇਆ ਇੰਨੇ ਗਾਣਿਆਂ 'ਚ ਆਈ ਹੈ ਠੀਕ ਹੈ ਤਾਂ ਫਿਰ ਇਹ 'ਚ ਰੋਂਗ ਕੀ ਹੈ ਇਹੀ ਮੈਂ ਜਾਣਨਾ ਚਾਹੁੰਦਾ ਇਹ 'ਚ ਗਲਤ ਕੀ ਆ